ਇਹ ਜਾਣ ਕੇ ਬਹੁਤ ਹੀ ਖੁਸ਼ੀ ਹੋਈ ਕਿ ਇੱਥੇ ਬਹੁਤ ਸਾਰੇ ਜਿਗਿਆਸੂ ਹਨ ਜੋ ਰੋਹਾਨੀ ਸਚਾਈ ਨੂੰ ਲੱਭਣਾ ਚਾਹੁੰਦੇ ਹਨ ਅਤੇ ਉਹ ਇਸ ਜਗ੍ਹਾ ਤੇ ਇਕੱਠੇ ਹੋਏ ਹਨ ਇਸ ਸੰਸਾਰ ਵਿੱਚ ਬਹੁਤ ਸਾਰੇ ਅਧਿਆਪਕ ਅਤੇ ਮੁਰਸ਼ਿਦ ਆਉਂਦੇ ਹਨ ਜੋ ਸਾਨੂੰ ਸਚਾਈ ਹਕੀਕਤ ਅਤੇ ਸਾਡੇ ਬਾਰੇ ਦੱਸਦੇ ਹਨ ਕਿ ਅਸੀਂ ਕੌਣ ਹਾਂ ਉਹ ਉੱਚ ਮੰਡਲਾਂ ਬਾਰੇ ਦੱਸਦੇ ਹਨ ਅਤੇ ਅੰਤ ਵਿੱਚ ਸਾਨੂੰ ਸਾਡੇ ਸੱਚੇ ਘਰ ਨੂੰ ਜਾਣ ਵਿੱਚ ਸਹਾਇਤਾ ਕਰਦੇ ਹਨ ਬੇਸ਼ੱਕ ਇਸ ਗੱਲ ਦੇ ਬੁਨਿਆਦ ਇਹ ਮੰਨਣਾ ਹੈ ਕਿ ਇਹ ਸਾਡਾ ਅਸਲ ਘਰ ਨਹੀਂ ਹੈ ਇਹ ਇਸ ਸਥੂਲ ਸੰਸਾਰ ਵਿੱਚ ਇੱਕ ਅਸਥਾਈ ਯਾਤਰਾ ਹੈ ਅਤੇ ਅਸੀਂ ਇੱਥੋਂ ਦੇ ਨਹੀਂ ਹਾਂ ਅਸੀਂ ਇੱਥੇ ਥੋੜੇ ਸਮੇਂ ਲਈ ਆਉਂਦੇ ਹਾਂ ਅਤੇ ਆਪਣਾ ਸਮਾਂ ਬਿਤਾਉਣ ਤੋਂ ਬਾਅਦ ਅਸੀਂ ਵਾਪਸ ਘਰ ਜਾਣਾ ਚਾਹੁੰਦੇ ਹਾਂ ਇਹ ਸੰਸਾਰ ਇੱਕ ਮੇਲੇ ਵਰਗਾ ਹੈ ਇੱਕ ਸਰਕਸ ਵਰਗਾ ਤੁਸੀਂ ਸਿਰਫ ਇੱਕ ਤਮਾਸ਼ਾ ਦੇਖਣ ਆਉਂਦੇ ਹੋ ਪਰ ਇੱਕ ਵਾਰ ਜਦੋਂ ਤੁਸੀਂ ਤਮਾਸ਼ਾ ਦੇਖਣ ਆਉਂਦੇ ਹੋ ਤਪੋਰ ਜਾਂਦੇ ਹੋ ਕਿ ਇਹ ਇੱਕ ਤਮਾਸ਼ਾ ਹੈ ਤੁਸੀਂ ਤਮਾਸ਼ੇ ਵਿੱਚ ਉਲਝ ਜਾਂਦੇ ਹੋ ਅਸੀਂ ਉਹਨਾਂ ਛੋਟੇ ਬੱਚਿਆਂ ਵਰਗੇ ਹਾਂ ਜੋ ਇੱਕ ਵੱਡੇ ਮੇਲੇ ਵਿੱਚ ਜਾਂਦੇ ਹਨ ਜਦੋਂ ਅਸੀਂ ਮੇਲੇ ਵਿੱਚ ਆਏ ਤਾਂ ਅਸੀਂ ਆਪਣੇ ਪਿਤਾ ਦਾ ਹੱਥ ਫੜਿਆ ਹੋਇਆ ਸੀ ਅਤੇ ਇਸੇ ਲਈ ਬਹੁਤ ਸੁਖਦਾਈ ਮਹਿਸੂਸ ਕਰ ਰਹੇ ਸੀ ਜੇ ਤੁਸੀਂ ਮੇਲੇ ਵਿੱਚ ਜਾਂਦੇ ਹੋ ਅਤੇ ਹਰ ਤਰ੍ਹਾਂ ਦੀ ਚੱਲ ਰਹੀਆਂ ਸ਼ਾਨਦਾਰ ਖੇਡਾਂ ਵੇਖਦੇ ਹੋ ਕੁਮਨਕੇਰੀਆਂ ਵੇਖਦੇ ਹੋ ਛੋਟੇ-ਛੋਟੇ ਘੋੜਿਆਂ ਨੂੰ ਢੇੜੇ ਮਾਰਦੇ ਦੇਖਦੇ ਹੋ ਉਹ ਬਹੁਤ ਹੀ ਸ਼ਾਨਦਾਰ ਲੱਗਦੇ ਹਨ ਜੇ ਕੋਈ ਬੱਚਾ ਕਿਸੇ ਤਰ੍ਹਾਂ ਆਪਣੀ ਮਾਂ ਜਾਂ ਪਿਤਾ ਦਾ ਹੱਥ ਛੱਡ ਦਵੇ ਤਾਂ ਉਹ ਗਵਾਚ ਜਾਂਦਾ ਹੈ ਤਾਂ ਉਹ ਚੀਜ਼ਾਂ ਜਿਹੜੀਆਂ ਮਨਮੋਹਕ ਅਤੇ ਮਨੋਰੰਜਕ ਲੱਗਦੀਆਂ ਸਨ ਹੁਣ ਉਹ ਡਰਾਉਣੀਆਂ ਬਣ ਜਾਂਦੀਆਂ ਹਨ ਉਹ ਭਿਆਨਕ ਲੱਗਣ ਲੱਗਦੇ ਹਨ ਉਹੇ ਬੱਚਾ ਜੋ ਮੇਲੇ ਵਿੱਚ ਹੱਸ ਖੇਡ ਰਿਹਾ ਸੀ ਅਤੇ ਆਨੰਦ ਲੈ ਰਿਹਾ ਸੀ ਉਹ ਹੁਣ ਰੋਣਾ ਚੀਕਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਉਹ ਹੀ ਚੀਜ਼ਾਂ ਹੁਣ ਆਕਰਸ਼ਕ ਨਹੀਂ ਰਹੀਆਂ ਉਲਟਾ ਦੁਖਦਾਈ ਬਣ ਜਾਂਦੀਆਂ ਹਨ ਅਸੀਂ ਵੀ ਇਹੋ ਜਹੀ ਸਥਿਤੀ ਵਿੱਚ ਹਾਂ ਅਸੀਂ ਇਸ ਸੰਸਾਰ ਵਿੱਚ ਇਸ ਦਾ ਆਨੰਦ ਲੈਣ ਲਈ ਆਏ ਹਾਂ ਅਸੀਂ ਇੱਕ ਨਵਾਂ ਤਜਰਬਾ ਲੈਣ ਲਈ ਇਸ ਸੰਸਾਰ ਵਿੱਚ ਆਏ ਹਾਂ ਪਰ ਕੀ ਹੋਇਆ ਅਸੀਂ ਆਪਣੇ ਪਿਤਾ ਨਾਲ ਸੰਪਰਕ ਗਵਾ ਬੈਠੇ ਅਸੀਂ ਉਸ ਥਾਂ ਨਾਲ ਸੰਪਰਕ ਗਵਾ ਲਿਆ ਹੈ ਜਿੱਥੇ ਦੇ ਅਸਲ ਵਿੱਚ ਅਸੀਂ ਹਾਂ ਅਸੀਂ ਭੁੱਲ ਗਏ ਕਿ ਅਸੀਂ ਕੌਣ ਹਾਂ ਅਤੇ ਹੁਣ ਸਾਨੂੰ ਸਭ ਕੁਝ ਦੁਖਦਾਈ ਜਾਪ ਰਿਹਾ ਹ ਅਸੀਂ ਇੱਥੇ ਦੇ ਸਭ ਕੁਝ ਨੂੰ ਦੁਖਦਾਈ ਅਤੇ ਦਰਦਨਾਕ ਬਣਾ ਲਿਆ ਹੈ ਜਦੋਂ ਅਸੀਂ ਆਲੇ ਦੁਆਲੇ ਵੇਖਦੇ ਹਾਂ ਤਾਂ ਸਾਨੂੰ ਲੱਗਦਾ ਹੈ ਕਿ ਇਸ ਸੰਸਾਰ ਵਿੱਚ ਖੁਸ਼ੀਆਂ ਨਾਲੋਂ ਦੁੱਖ ਜ਼ਿਆਦਾ ਹਨ ਕਾਰਨ ਇਹ ਹੈ ਕਿ ਅਸੀਂ ਆਪਣੇ ਮੂਲ ਨੂੰ ਗਵਾ ਚੁੱਕੇ ਹਾਂ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿੱਥੋਂ ਦੇ ਹਾਂ ਅਤੇ ਇਸ ਲਈ ਅਸੀਂ ਭੁੱਲ ਗਏ ਕਿ ਅਸੀਂ ਇੱਥੇ ਅਸਥਾਈ ਯਾਤਰਾ ਲਈ ਆਏ ਹਾਂ ਇਹ ਸੰਸਾਰ ਸਿਰਫ ਇੱਕ ਅਸਥਾਈ ਜਗ੍ਹਾ ਹੈ ਸਤੂਲ ਸ਼ਰੀਰਾਂ ਵਿੱਚ ਅਸੀਂ ਇੱਥੇ ਬਹੁਤ ਜ਼ਿਆਦਾ ਸਮੇਂ ਲਈ ਨਹੀਂ ਰਹਿੰਦੇ ਅਸੀਂ 40 50 ਜਾਂ 100 ਸਾਲ ਜਾਂ 120 ਸਾਲ ਤੱਕ ਜੀਉਂਦੇ ਹਾਂ ਕੋਈ ਵੀ ਉਸ ਤੋਂ ਲੰਬਾ ਨਹੀਂ ਜੀਉਂਦਾ ਅਤੇ ਇਸ ਲਈ ਬਰੇਮੰਡੀ ਸਮੇਂ ਦੇ ਸੰਦਰਭ ਵਿੱਚ ਲੱਖਾਂ ਸਾਲਾਂ ਦੇ ਸੰਦਰਭ ਵਿੱਚ ਜੋ ਕਿ ਅਸੀਂ ਕਹਿੰਦੇ ਹਾਂ ਉਦੋਂ ਤੋਂ ਇਹ ਸੰਸਾਰ ਹੋਂਦ ਵਿੱਚ ਆਇਆ ਹੈ ਅਸੀਂ ਇੱਥੇ ਬਹੁਤ ਥੋੜੇ ਸਮੇਂ ਲਈ ਹਾਂ ਇਹ ਲਗਭਗ ਉਸੇ ਤਰ੍ਹਾਂ ਹੈ ਜਿਵੇਂ ਕਿ ਸਮੁੰਦਰ ਦੇ ਕੰਢੇ ਤੇ ਇੱਕ ਬੁਲਬਲਾ ਬਣਦਾ ਹੈ ਰੋਸ਼ਨੀ ਵਿੱਚ ਚਮਕਦਾ ਹੈ ਆਪਣੀ ਸੱਤਾ ਤੇ ਸਤਰੰਗੀ ਪੀਂਘ ਬਣਾਉਂਦਾ ਹੈ ਅਤੇ ਫਿਰ ਅਚਾਨਕ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਆਲੇ-ਦੁਆਲੇ ਦੇ ਬਹੁਤ ਵੱਡੇ ਸਮੇਂ ਸਪੇਸ ਦੀ ਨਿਰੰਤਰਤਾ ਵਿੱਚ ਸਾਡੀ ਭੂਮਿਕਾ ਦੀ ਵਿਆਖਿਆ ਕਰਨ ਲਈ ਸਾਡੀ ਜ਼ਿੰਦਗੀ ਦਾ ਸਮਾਂ ਬਹੁਤ ਘਟ ਹੈ ਅਤੇ ਇਸ ਲਈ ਅਸੀਂ ਹਰ ਚੀਜ਼ ਨਾਲ ਸੰਪਰਕ ਗਵਾ ਲਿਆ ਹੈ ਅਸੀਂ ਆਪਣੇ ਆਪ ਨੂੰ ਸਥੂਲ ਸਰੀਰ ਸਮਝਣਾ ਸ਼ੁਰੂ ਕਰ ਦਿੰਦੇ ਹਾਂ ਉਹ ਸਥੂਲ ਸਰੀਰ ਜੋ ਸਾਨੂੰ ਇਸ ਛੋਟੇ ਜਿਹੇ ਖੇਡ ਵਿੱਚ ਪੈਨਣ ਲਈ ਸਿਰਫ ਇੱਕ ਪਹਿਰਾਵੇ ਵਜੋਂ ਦਿੱਤਾ ਗਿਆ ਸੀ ਇਸ ਸਟੇਜ ਨੂੰ ਨਿਰਧਾਰਿਤ ਕੀਤਾ ਗਿਆ ਤਾਂ ਜੋ ਅਸੀਂ ਆਪਣਾ ਰੋਲ ਅਦਾ ਕਰ ਸਕੀਏ ਅਤੇ ਇਸ ਨਾਲ ਤਮਾਸ਼ੇ ਦਾ ਆਨੰਦ ਲੈ ਸਕੀਏ ਸਿਰਫ ਇਹ ਤੱਤ ਕਿ ਅਸੀਂ ਵੀ ਉਸੇ ਤਮਾਸ਼ੇ ਵਿੱਚ ਅਭਿਨੇਤਾ ਹਾਂ ਕਿਸੇ ਵੀ ਤਰ੍ਹਾਂ ਇਸ ਤਮਾਸ਼ੇ ਦੀ ਕੀਮਤ ਨੂੰ ਨਹੀਂ ਘਟਾਉਂਦਾ ਅਸੀਂ ਆਪਣੇ ਪਹਿਰਾਵੇ ਪਹਿਨਦੇ ਹਾਂ ਅਸੀਂ ਆਪਣੇ ਉੱਤੇ ਕਈ ਪਹਿਰਾਵੇ ਪਹਿਨਦੇ ਹਾਂ ਅਤੇ ਸੋਚਦੇ ਹਾਂ ਕਿ ਪਹਿਰਾਵਾ ਹੀ ਸਾਡਾ ਸਵੈ ਹੈ ਇਹ ਸਤੂਲ ਸਰੀਰ ਇੱਕ ਪਹਿਰਾਵਾ ਹੈ ਜੋ ਅਸੀਂ ਸੰਸਾਰ ਵਿੱਚ ਆਪਣੀ ਭੂਮਿਕਾ ਨਿਭਾਉਣ ਲਈ ਪਾਇਆ ਹੋਇਆ ਹੈ ਇਹ ਸਾਡਾ ਸਵੈ ਨਹੀਂ ਹੈ ਇਹ ਸਿਰਫ ਇੱਕ ਪਹਿਰਾਵਾ ਹੈ ਕਿਉਂਕਿ ਅਸੀਂ ਇਸ ਨੂੰ ਛੱਡ ਦਿੰਦੇ ਹਾਂ ਅਸੀਂ ਜਨਮ ਲੈਣ ਦੇ ਇਸ ਨੂੰ ਪਹਿਨਦੇ ਹਾਂ ਅਤੇ ਮੌਤ ਦੇ ਸਮੇਂ ਇਸ ਨੂੰ ਸੁੱਟ ਦਿੰਦੇ ਹਾਂ ਯਕੀਨਨ ਇਸ ਪਹਿਰਾਵੇ ਤੋਂ ਇਲਾਵਾ ਵੀ ਕੁਝ ਹੋਰ ਹੋਣਾ ਲਾਜ਼ਮੀ ਹੈ ਇਹ ਤਾਂ ਅਸੀਂ ਅਸਥਾਈ ਤੌਰ ਤੇ ਪਹਿਨਿਆ ਹੋਇਆ ਹੈ ਅਤੇ ਅਸਲ ਵਿੱਚ ਕੁਝ ਹੋਰ ਵੀ ਹੈ ਸਾਡੀ ਚੇਤਨਾ ਸਾਡੀ ਜੀਵਨ ਸ਼ਕਤੀ ਦਾ ਕੋਈ ਜਨਮ ਅਤੇ ਕੋਈ ਮੋਤ ਨਹੀਂ ਹੈ ਇਹ ਅਮਰ ਹੈ ਅਸੀਂ ਇਸ ਬਾਰੇ ਹਰ ਧਰਮ ਤੋਂ ਸੁਣਦੇ ਹਾਂ ਹਰ ਆਤਮਿਕ ਸਿਧਾਂਤ ਕਹਿੰਦਾ ਹੈ ਕਿ ਆਤਮਾ ਜੋ ਕਿ ਮਨੁੱਖ ਦੀ ਹਕੀਕਤ ਹੈ ਉਹ ਅਮਰ ਹੈ ਆਪਣੇ ਆਪ ਨੂੰ ਗਲਤੀ ਨਾਲ ਸਤੂਲ ਸਰੀਰ ਸਮਝਣ ਕਰਕੇ ਅਸੀਂ ਸਾਰੇ ਦੁੱਖ ਅਤੇ ਉਹਨਾਂ ਦੇ ਨਤੀਜਿਆਂ ਤੋਂ ਦੁਖੀ ਹੁੰਦੇ ਹਾਂ ਅਤੇ ਸੋਚਦੇ ਹਾਂ ਕਿ ਇਹ ਸਾਡੇ ਸਵੈ ਨਾਲ ਹੋ ਰਿਹਾ ਹੈ ਇਹ ਇੱਕ ਕਮੀਜ਼ ਪਾ ਕੇ ਇਹ ਕਹਿਣ ਵਰਗਾ ਹੈ ਮੈਂ ਕਮੀਜ਼ ਹਾਂ ਅਤੇ ਜੇ ਹੁਣ ਜੇਕਰ ਮੇਰੀ ਕਮੀਜ਼ ਗੰਦੀ ਹੋ ਗਈ ਤਾਂ ਮੈਂ ਗੰਦਾ ਹੋ ਗਿਆ ਹਾਂ ਹੁਣ ਮੇਰੀ ਕਮੀਜ਼ ਫਟ ਗਈ ਹੈ ਇਸ ਲਈ ਮੈਂ ਫਟ ਗਿਆ ਹਾਂ ਇਹ ਸਚਾਈ ਨਹੀਂ ਹੈ ਸਚਾਈ ਇਹ ਹੈ ਕਿ ਸਾਡੀ ਆਤਮਾ ਜੋ ਕਿ ਅਮਰ ਹੈ ਉਸਨੇ ਬਸ ਬਹੁਤ ਸਾਰੇ ਪਹਿਰਾਵੇ ਪਹਿਨੇ ਹੋਏ ਹਨ ਜੇ ਅਸੀਂ ਇਹ ਪਛਾਣ ਲਈਏ ਕਿ ਅਸੀਂ ਕੌਣ ਹਾਂ ਅਤੇ ਇਹ ਪੁਸ਼ਾਕਾਂ ਕੀ ਹਨ ਤਾਂ ਅਸੀਂ ਉਹ ਪੁਸ਼ਾਕਾਂ ਉਤਾਰਨ ਦੇ ਕਾਬਿਲ ਹੋ ਜਾਂਦੇ ਹਾਂ ਅਸੀਂ ਆਪਣੀ ਅਸਲ ਹਕੀਕਤ ਨੂੰ ਜਾਣਨ ਦੇ ਯੋਗ ਹੋ ਜਾਂਦੇ ਹਾਂ ਆਪਣੇ ਅਸਲ ਘਰ ਨੂੰ ਜਾਣਨ ਲਈ ਕਿ ਕਿੱਥੇ ਹੈ ਸਾਨੂੰ ਲਾਜ਼ਮੀ ਇਹ ਪਤਾ ਲਗਾਉਣਾ ਹੋਵੇਗਾ ਕਿ ਅਸੀਂ ਕੌਣ ਹਾਂ ਅੱਜ ਮੈਂ ਤੁਹਾਡੇ ਨਾਲ ਉਸੇ ਯਾਤਰਾ ਦੀ ਤਿਆਰੀ ਬਾਰੇ ਸੰਖੇਪ ਵਿੱਚ ਗੱਲ ਕਰਨ ਜਾ ਰਿਹਾ ਹਾਂ ਜਿਸ ਨਾਲ ਤੁਸੀਂ ਪਤਾ ਲਗਾ ਸਕਦੇ ਹੋ ਕੀ ਤੁਹਾਡਾ ਅਸਲ ਕਰ ਕਿੱਥੇ ਹੈ ਤੁਹਾਡਾ ਅਸਲ ਸਵੈ ਕਿੱਥੇ ਹੈ ਇਹ ਪਤਾ ਲਗਾਉਣ ਲਈ ਕਿ ਅਸੀਂ ਕੌਣ ਹਾਂ ਸਭ ਤੋਂ ਪਹਿਲਾਂ ਸਾਨੂੰ ਇਹ ਪਛਾਣਨਾ ਪਵੇਗਾ ਕਿ ਅਸੀਂ ਆਪਣੇ ਉੱਤੇ ਕਿਹੜੇ ਪਰਦੇ ਪਾਏ ਹੋਏ ਹਨ ਆਓ ਆਪਾਂ ਸਭ ਤੋਂ ਬਾਹਰੀ ਪਰਦੇ ਤੋਂ ਆਰੰਭ ਕਰਦੇ ਹਾਂ ਇੱਕ ਪਰਦਾ ਸਾਡਾ ਸਥੂਲ ਸਰੀਰ ਹੈ ਇਹ ਸਥੂਲ ਸਰੀਰ ਇੱਕ ਬਹੁਤ ਕਮਾਲ ਦੀ ਚੀਜ਼ ਹੈ ਇਸ ਸਥੂਲ ਸੰਸਾਰ ਵਿੱਚ ਬਣਾਈ ਗਈ ਇਹ ਸਭ ਤੋਂ ਸ਼ਾਨਦਾਰ ਚੀਜ਼ ਹੈ ਇਸ ਧਰਤੀ ਅਤੇ ਕਿਸੇ ਵੀ ਹੋਰ ਸਥੂਲ ਬ੍ਰਹਿਮੰਡ ਵਿੱਚ ਮਨੁੱਖ ਦੇ ਸਥੂਲ ਸਰੀਰ ਤੋਂ ਵੱਡਾ ਕੁਝ ਵੀ ਨਹੀਂ ਹੈ ਇਸ ਦਾ ਕਾਰਨ ਇਹ ਹੈ ਕਿ ਇਸ ਸਥੂਲ ਸਰੀਰ ਵਿੱਚ ਅਸੀਂ ਸਿਰਫ ਆਪਣੇ ਆਪ ਨੂੰ ਹੀ ਨਹੀਂ ਸਿਰਫ ਆਪਣੀ ਹੋਂਦ ਨੂੰ ਹੀ ਨਹੀਂ ਠਕਿਆ ਹੋਇਆ ਬਲਕਿ ਸਿਰਜਣਹਾਰ ਅਤੇ ਸਾਰੀ ਸ੍ਰਿਸ਼ਟੀ ਜੋ ਅਸੀਂ ਆਪਣੇ ਆਲੇ ਦੁਆਲੇ ਦੇਖਦੇ ਹਾਂ ਉਹਨਾਂ ਸਭ ਨੂੰ ਵੀ ਇਸ ਸਰੀਰ ਦੇ ਅੰਦਰ ਠਕਿਆ ਹੋਇਆ ਹੈ ਅਤੇ ਹੋਰ ਸਾਰੀ ਸ੍ਰਿਸ਼ਟੀ ਜੋ ਅਸੀਂ ਸੰਭਾਵਿਤ ਤੌਰ ਤੇ ਦੇਖ ਸਕਦੇ ਹਾਂ ਸਾਰੀਆਂ ਇਸ ਸਤੂਲ ਸ਼ਰੀਰ ਵਿੱਚ ਰੱਖੀਆਂ ਹੋਈਆਂ ਹਨ ਇਸ ਤੱਤ ਤੋਂ ਇਲਾਵਾ ਕਿ ਇਸ ਸਤੂਲ ਸ਼ਰੀਰ ਦੀਆਂ ਆਪਣੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹਨ ਜਿਵੇਂ ਕਿ ਦਿਮਾਗੀ ਪ੍ਰਣਾਲੀ ਦੀ ਕਈ ਮੀਲ ਦੀ ਲੰਬਾਈ ਬਹੁਤ ਲੰਬੀ ਪਾਚਨ ਪ੍ਰਣਾਲੀ ਇੱਕ ਦਿਮਾਗ ਜਿਸ ਵਿੱਚ ਅਣਗਿਣਤ ਸਿਨੈਪਟਿਕ ਵੇਵਸ ਚਲਦੀਆਂ ਹਨ ਇੱਕ ਸਧਾਰਨ ਸੈੱਲ ਦੁਆਰਾ ਸ਼ਰੀਰਿਕ ਨਚਨਾ ਦੀ ਪ੍ਰਣਾਲੀ ਇਹ ਸੈੱਲ ਜੋ ਮੈਟਾਬੋਲਿਕ ਪ੍ਰਕਿਰਿਆ ਦੁਆਰਾ ਦੋ ਵਿੱਚ ਫੁੱਟਦਾ ਹੈ ਅਤੇ ਕਈ ਗੁਣਾ ਤੱਕ ਜਾਂਦਾ ਹੈ ਇਸ ਕਿਸਮ ਦੀ ਕਿਰਿਆ ਸੰਭਵ ਹੈ ਅਤੇ ਇਸ ਨਾਲ ਇੱਕ ਮਨੁੱਖੀ ਸਰੀਰ ਬਣਦਾ ਹੈ ਸਾਡੇ ਸਰੀਰ ਦਾ ਪਹਿਲਾ ਸੈੱਲ ਜੋ ਬੁਨਿਆਦੀ ਡੀਐਨਏ ਅਨੁਸਥਾਪਿਤ ਕਰਦਾ ਹੈ ਜੋ ਸਾਡੇ ਸਰੀਰ ਲਈ ਅਨੂ ਬਣਾਉਂਦਾ ਹੈ ਪਹਿਲੇ ਸੈੱਲ ਵਿੱਚ ਹੀ ਪੂਰੇ ਸਰੀਰ ਦਾ ਬਲੂਪ੍ਰਿੰਟ ਉਪਲਬਧ ਹੁੰਦਾ ਹੈ ਸੈਲ ਦੋ ਵਿੱਚ ਟੁੱਟ ਕੇ ਇੱਕ ਦਿਮਾਗ ਅਤੇ ਇੱਕ ਦਿਲ ਪੈਦਾ ਕਰਦੇ ਹਨ ਦਿਮਾਗ ਅਤੇ ਦਿਲ ਪਹਿਲੇ ਦੋ ਸੈਲ ਹਨ ਉਹਨਾਂ ਦਾ ਵਿਕਾਸ ਹੁੰਦਾ ਰਹਿੰਦਾ ਹੈ ਅਤੇ ਉਹਨਾਂ ਨਾਲ ਸਰੀਰ ਦੇ ਬਾਕੀ ਹਿੱਸੇ ਬਣਦੇ ਹਨ ਮਨੁੱਖੀ ਸਰੀਰ ਦੇ ਵਿਕਾਸ ਦੀ ਇਹ ਪ੍ਰਕਿਰਿਆ ਆਪਣੇ ਆਪ ਵਿੱਚ ਬਹੁਤ ਹੀ ਮਨਮੋਹਕ ਹੈ ਫਿਰ ਅਸੀਂ ਦੇਖਦੇ ਹਾਂ ਕਿ ਸਰੀਰ ਬਹੁਤ ਸੰਤੁਲਨ ਵਿੱਚ ਕੰਮ ਕਰਦਾ ਹੈ ਸਾਰੀਆਂ ਪ੍ਰਣਾਲੀਆਂ ਕੰਮ ਕਰਦੀਆਂ ਹਨ ਸਾਰੇ ਸਰੀਰ ਦਾ ਸਭ ਤੋਂ ਵੱਡਾ ਚਮਤਕਾਰ ਇਹ ਹੈ ਕਿ ਇਹ ਚੇਤਨਾ ਅਤੇ ਜੀਵਨ ਦੋਹਾਂ ਨੂੰ ਸੰਭਾਲਦਾ ਹੈ ਅਤੇ ਇਹਨਾਂ ਨੂੰ ਸੰਭਾਲਦੇ ਹੋਏ ਹਰ ਚੀਜ਼ ਨੂੰ ਸੂਝ ਵਿੱਚ ਲਿਆ ਸਕਦਾ ਹੈ ਸੋਝੀ ਦੀ ਅਵਸਥਾ ਵਿੱਚ ਲਿਜਾ ਸਕਦਾ ਹੈ ਅਤੇ ਕੋਈ ਵੀ ਚੀਜ਼ ਜਿਸ ਬਾਰੇ ਅਸੀਂ ਜਾਗਰੂਕ ਹੋ ਸਕਦੇ ਹਾਂ ਉਹ ਜੀਵਨ ਕਹਿਲਾਉਂਦਾ ਹੈ ਕਿਉਂਕਿ ਜੋ ਵੀ ਸਾਡੇ ਆਲੇ ਦੁਆਲੇ ਹੁੰਦਾ ਹੈ ਅਸੀਂ ਉਸ ਬਾਰੇ ਚੇਤਨ ਹੋ ਜਾਂਦੇ ਹਾਂ ਇਹ ਚੇਤਨਾ ਹੀ ਉਹ ਚੀਜ਼ ਹੈ ਜਿਹੜੀ ਸਾਨੂੰ ਆਪਣੇ ਆਲੇ ਦੁਆਲੇ ਬਾਰੇ ਚੇਤਨ ਕਰਦੀ ਹੈ ਇਹ ਸਰੀਰ ਦੀਆਂ ਦੇਖਣ ਵਾਲੀਆਂ ਅੱਖਾਂ ਨਹੀਂ ਹਨ ਜੇ ਤੁਸੀਂ ਚੇਤਨ ਨਹੀਂ ਤਾਂ ਅੱਖਾਂ ਕੁਝ ਵੀ ਨਹੀਂ ਦੇਖਦੀਆਂ ਜਦੋਂ ਅਸੀਂ ਸੋ ਜਾਂਦੇ ਹਾਂ ਅੱਖਾਂ ਖੁੱਲੀਆਂ ਹੋ ਸਕਦੀਆਂ ਹਨ ਪਰ ਅਸੀਂ ਦੇਖਦੇ ਨਹੀਂ ਅਸੀਂ ਕੁਝ ਸੁਪਨੇ ਦੀ ਸਥਿਤੀ ਵਿੱਚ ਵੇਖਦੇ ਹਾਂ ਅਸੀਂ ਕੁਝ ਹੋਰ ਵੇਖਦੇ ਹਾਂ ਇਸ ਲਈ ਇਹ ਸੋਚਣਾ ਕਿ ਅੱਖਾਂ ਵੇਖ ਸਕਦੀਆਂ ਹਨ ਕਿ ਇਹ ਕੰਨ ਸੁਣ ਸਕਦੇ ਹਨ ਕਿ ਇਹ ਹੱਥ ਕੁਝ ਕਰ ਸਕਦੇ ਹਨ ਇਹ ਸੱਚ ਨਹੀਂ ਹੈ ਉਹ ਇਹਨਾਂ ਚੀਜ਼ਾਂ ਨੂੰ ਉਦੋਂ ਤੱਕ ਹੀ ਕਰ ਸਕਦੇ ਹਨ ਜੇ ਸਰੀਰ ਜਿਉਂਦਾ ਹੋਵੇ ਜੇ ਸਰੀਰ ਵਿੱਚ ਚੇਤਨਾ ਹੋਵੇ ਇਸ ਲਈ ਸਰੀਰ ਨੂੰ ਚਲਾਉਣ ਵਾਲੀ ਕੁੰਜੀ ਸਾਡੀ ਚੇਤਨਾ ਹੈ ਅਤੇ ਇਹ ਤੱਤ ਕਿ ਇਹ ਸਰੀਰ ਇਸ ਚੇਤਨਾ ਨੂੰ ਆਪਣੇ ਆਪ ਵਿੱਚ ਰੱਖ ਸਕਦਾ ਹੈ ਇਹ ਇੱਕ ਵੱਡਾ ਚਮਤਕਾਰ ਹੈ ਇਸ ਮਨੁੱਖੀ ਸਰੀਰ ਦੀ ਇੱਕ ਹੋਰ ਵਿਸ਼ੇਸ਼ਤਾ ਹੈ ਜੋ ਕਿ ਇਸ ਰਚਨਾ ਵਿੱਚ ਕਿਤੇ ਵੀ ਹੋਰ ਉਪਲਬਧ ਨਹੀਂ ਹੈ ਉਹ ਪਸ਼ਾਕ ਜੋ ਇਸ ਨੂੰ ਇੱਕ ਵਿਲੱਖਣ ਵਾਹਨ ਬਣਾਉਂਦੀ ਹੈ ਉਹ ਹੈ ਨਿਰਨੇ ਕਰਨ ਦੀ ਯੋਗਤਾ ਨਿਰਣਾ ਸ਼ਕਤੀ ਦਾ ਇਤਜ਼ਰਬਾ ਸਾਨੂੰ ਇਹ ਕਹਿਣ ਦੇ ਯੋਗ ਬਣਾਉਂਦਾ ਹੈ ਕਿ ਮੈਂ ਉੱਥੇ ਜਾਵਾਂ ਜਾਂ ਨਾ ਜਾਵਾਂ ਕਿ ਮੈਂ ਇਹ ਭੋਜਨ ਖਾਵਾਂ ਜਾਂ ਨਾ ਖਾਵਾਂ ਕਿ ਮੈਂ ਇਸ ਲੈਕਚਰ ਵਿੱਚ ਆਵਾਂ ਜਾਂ ਨਾ ਆਵਾਂ ਇਹ ਨਿਰਨੇ ਜੋ ਅਸੀਂ ਕਰ ਸਕਦੇ ਹਾਂ ਸਾਨੂੰ ਇਹ ਮਹਿਸੂਸ ਕਰਾਉਂਦੇ ਹਨ ਕਿ ਅਸੀਂ ਸਤੂਲ ਸ਼ਰੀਰ ਵਿੱਚ ਆਪਣੀ ਕਿਸਮਤ ਨੂੰ ਆਪਣੇ ਆਪ ਬਣਾ ਰਹੇ ਹਾਂ ਇਹ ਸਾਨੂੰ ਮਹਿਸੂਸ ਕਰਾਉਂਦਾ ਹੈ ਕਿ ਅਸੀਂ ਇਹ ਸਾਰੇ ਨਿਰਣਿਆਂ ਨੂੰ ਲੈਣ ਵਾਲੇ ਹਾਂ ਅਤੇ ਇਸ ਲਈ ਇੱਕ ਤਰ੍ਹਾਂ ਅਸੀਂ ਉਸ ਪਰਮ ਸਿਰਜਣਹਾਰ ਵਰਗੇ ਹਾਂ ਜਿਸ ਨੇ ਪੂਰਾ ਪ੍ਰਦਰਸ਼ਨ ਬਣਾਉਣ ਲਈ ਸਾਰੇ ਨਿਰਣੇ ਕੀਤੇ ਹਨ ਇਸ ਸੰਤੂਲ ਸੰਸਾਰ ਵਿੱਚ ਕੋਈ ਵੀ ਹੋਰ ਜੀਵਤ ਰੂਪ ਇਹ ਕਾਰਜ ਨਹੀਂ ਕਰ ਸਕਦਾ ਰੁੱਖ ਉਸੇ ਆਤਮਾ ਨਾਲ ਜਿਉਂਦੇ ਹਨ ਜੋ ਸਾਡੇ ਵਿੱਚ ਹੈ ਜਾਨਵਰ ਕੀੜੇ ਸਾਰੇ ਜੀਵ ਜੰਤ ਫਰਿਸ਼ਤੇ ਅਦ੍ਰਿਸ਼ ਲੋਕ ਅਦ੍ਰਿਸ਼ ਰੂਹਾ ਅਦ੍ਰਿਸ਼ ਸਰੀਰਾਂ ਵਿੱਚ ਉਹਨਾਂ ਵਿੱਚ ਵੀ ਉਹੀ ਆਤਮਾ ਹੈ ਪਰ ਉਹਨਾਂ ਵਿੱਚੋਂ ਕੋਈ ਵੀ ਫੈਸਲਾ ਨਹੀਂ ਕਰ ਸਕਦਾ ਕਿ ਕੀ ਕਰਨਾ ਹੈ ਕੇਵਲ ਮਨੁੱਖ ਹੀ ਫੈਸਲਾ ਕਰ ਸਕਦਾ ਹੈ ਇਸ ਲਈ ਮਨੁੱਖੀ ਵਿਯੂਧ ਬਹੁਤ ਵਿਲੱਖਣ ਹੈ ਇਹ ਭਾਵਨਾ ਕਿ ਇੱਕ ਮਨੁੱਖ ਨਿਰਣੇ ਸ਼ਕਤੀ ਦੀ ਵਰਤੋਂ ਕਰ ਸਕਦਾ ਹੈ ਅਤੇ ਕੋਈ ਵੀ ਫੈਸਲਾ ਕਰ ਸਕਦਾ ਹੈ ਇਹ ਸਿਰਫ ਦੋ ਪੱਧਰਾਂ ਤੇ ਮੌਜੂਦ ਹੁੰਦੀ ਹੈ ਪਰਮ ਸਿਰਜਣਹਾਰ ਦੇ ਪੱਧਰ ਤੇ ਜਿਸ ਦੀ ਮਰਜ਼ੀ ਸਭ ਤੋਂ ਉੱਚੀ ਹੈ ਅਤੇ ਸਾਰਾ ਪ੍ਰਦਰਸ਼ਨ ਪੈਦਾ ਕਰਦੀ ਹੈ ਅਤੇ ਇੱਕ ਮਨੁੱਖ ਜੋ ਸੋਚਦਾ ਹੈ ਕਿ ਉਹ ਵੀ ਅਜਿਹਾ ਕਰ ਸਕਦਾ ਹੈ ਇਸ ਲਈ ਇਹ ਮਨੁੱਖੀ ਸਰੀਰ ਦੀ ਇੱਕ ਵਿਲੱਖਣਤਾ ਹੈ ਜੋ ਹੋਰ ਕਿਤੇ ਵੀ ਮੌਜੂਦ ਨਹੀਂ ਹੈ ਜਾਨਵਰ ਆਪਣੀਆਂ ਪ੍ਰਵਿਰਤੀਆਂ ਅਨੁਸਾਰ ਪ੍ਰਤੀਕਿਰਿਆ ਕਰਦੇ ਹਨ ਉਹਨਾਂ ਕੋਲ ਨਿਰਣਾ ਸ਼ਕਤੀ ਨਹੀਂ ਹੈ ਉਹ ਸੋਚ ਸਮਝ ਕੇ ਫੈਸਲਾ ਨਹੀਂ ਕਰਦੇ ਆਪਣੀ ਮਰਜ਼ੀ ਨਾਲ ਫੈਸਲਾ ਕਰਨ ਤੋਂ ਮੇਰਾ ਮਤਲਬ ਹੈ ਸੋਚਣ ਦੀ ਯੋਗਤਾ ਹੋਣਾ ਕਿ ਮੇਰੇ ਕੋਲ ਕੀ ਕੀ ਵਿਕਲਪ ਹਨ ਮੈਨੂੰ ਕਿਹੜਾ ਫੈਸਲਾ ਲੈਣਾ ਚਾਹੀਦਾ ਹੈ ਵਿਕਲਪਾਂ ਨੂੰ ਵੇਖਣ ਉਪਲਬਧ ਵਿਕਲਪਾਂ ਨੂੰ ਚੁਣਨ ਅਤੇ ਫੈਸਲਾ ਲੈਣ ਦੀ ਇਹ ਯੋਗਤਾ ਮਨੁੱਖੀ ਸਰੀਰ ਲਈ ਇੱਕ ਵਿਲੱਖਣ ਹੈ ਇਸ ਲਈ ਇਹ ਕਿਹਾ ਜਾਂਦਾ ਹੈ ਕਿ ਆਦਮੀ ਜਾਂ ਮਨੁੱਖ ਨੂੰ ਸਿਰਜਣਹਾਰ ਦੇ ਰੂਪ ਵਿੱਚ ਬਣਾਇਆ ਗਿਆ ਹੈ ਜਦੋਂ ਲੋਕ ਇਹ ਵਾਕ ਸੁਣਦੇ ਹਨ ਕਿ ਇਨਸਾਨ ਨੂੰ ਰੱਬ ਦੇ ਰੂਪ ਵਾਂਗੂ ਬਣਾਇਆ ਗਿਆ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਸ ਦਾ ਚਿਹਰਾ ਰੱਬ ਵਰਗਾ ਹੈ ਅੱਖਾਂ ਤੇ ਨੱਕ ਰੱਬ ਵਰਗੇ ਹਨ ਰੱਬ ਦਾ ਕੋਈ ਰੂਪ ਹੀ ਨਹੀਂ ਹੈ ਉਹ ਇੱਕ ਰਚਨਾਤਮਕ ਸ਼ਕਤੀ ਹੈ ਫਿਰ ਇਸ ਦਾ ਮਤਲਬ ਕੀ ਹੈ ਫਿਰ ਜੇਕਰ ਸਿਰਜਣਹਾਰ ਦਾ ਕੋਈ ਰੂਪ ਹੀ ਨਹੀਂ ਹੈ ਤਾਂ ਮਨੁੱਖ ਨੂੰ ਪਰਮਾਤਮਾ ਦੇ ਰੂਪ ਵਿੱਚ ਕਿਸ ਤਰ੍ਹਾਂ ਬਣਾਇਆ ਜਾ ਸਕਦਾ ਹੈ ਅਸੀਂ ਕਿਸੇ ਰੂਪ ਦੀ ਗੱਲ ਨਹੀਂ ਕਰ ਰਹੇ ਜਦੋਂ ਅਸੀਂ ਕਹਿੰਦੇ ਹਾਂ ਕਿ ਇਨਸਾਨ ਨੂੰ ਰੱਬ ਦੇ ਰੂਪ ਵਾਂਗ ਬਣਾਇਆ ਗਿਆ ਹੈ ਤਾਂ ਇਸ ਦਾ ਮਤਲਬ ਹੈ ਰੱਬ ਕੋਲ ਸਿਰਜਣ ਦੀ ਸ਼ਕਤੀ ਹੈ ਜੋ ਕੁਝ ਵੀ ਦਿਸਦਾ ਹੈ ਉਹ ਉਸ ਦੀ ਸਿਰਜਣਾ ਹੈ ਅਤੇ ਮਨੁੱਖ ਸੋਚਦਾ ਹੈ ਕਿ ਉਹ ਵੀ ਇਸੇ ਤਰ੍ਹਾਂ ਕਰ ਸਕਦਾ ਹੈ ਸੋਚਦਾ ਹੈ ਕਿ ਉਸ ਕੋਲ ਵੀ ਨਿਰਣਾ ਸ਼ਕਤੀ ਹੈ ਹੋਰ ਕਿਸੇ ਵੀ ਜੀਵ ਕੋਲ ਨਿਰਣਾ ਸ਼ਕਤੀ ਨਹੀਂ ਹੈ ਇਸੇ ਕਰਕੇ ਇਹ શરીર ਬਲੱਖਣ ਹੈ ਇਸ ਨਿਰਣੇ ਸ਼ਕਤੀ ਦੇ ਤਜਰਬੇ ਦਾ ਕੀ ਫਾਇਦਾ ਹੈ ਫਾਇਦਾ ਇਹ ਹੈ ਕਿ ਤੁਸੀਂ ਸੱਚੇ ਘਰ ਜਾਣ ਦੀ ਜਿਗਿਆਸਾ ਕਰ ਸਕਦੇ ਹੋ ਤੁਸੀਂ ਸਚਾਈ ਦੀ ਜਿਗਿਆਸਾ ਕਰ ਸਕਦੇ ਹੋ ਤੁਸੀਂ ਕਹਿ ਸਕਦੇ ਹੋ ਮੈਂ ਸਚਾਈ ਨੂੰ ਲੱਭਣਾ ਚਾਹੁੰਦਾ ਹਾਂ ਮੈਂ ਆਪਣਾ ਵਿਕਲਪ ਚੁਣ ਲਿਆ ਹੈ ਅਤੇ ਇਸ ਲਈ ਮਨੁੱਖ ਇੱਕ ਜਿਗਿਆਸੂ ਬਣ ਸਕਦਾ ਹੈ ਕੋਈ ਵੀ ਹੋਰ ਜੀਵ ਇੱਕ ਜਿਗਿਆਸੂ ਨਹੀਂ ਬਣ ਸਕਦਾ ਇਸ ਲਈ ਕਿਹਾ ਜਾਂਦਾ ਹੈ ਜੇ ਤੁਸੀਂ ਜਿਗਿਆਸਾ ਕਰੋਗੇ ਤਾਂ ਤੁਹਾਨੂੰ ਮਿਲ ਜਾਵੇਗਾ ਇਸ ਲਈ ਜਿਗਿਆਸਾ ਕਰਨਾ ਮਨੁੱਖ ਲਈ ਇੱਕ ਬਹੁਤ ਵੱਡੀ ਬਹੁਤ ਜ਼ਿਆਦਾ ਫਾਇਦੇ ਵਾਲੀ ਚੀਜ਼ ਹੈ ਕਿ ਉਹ ਜਿਗਿਆਸਾ ਕਰ ਸਕਦਾ ਹੈ ਅਤੇ ਇਸ ਕਰਕੇ ਲੱਭ ਸਕਦਾ ਹੈ ਜੇ ਮਨੁੱਖ ਕੋਲ ਇਹ ਕਾਬਲੀਅਤ ਨਾ ਹੁੰਦੀ ਤਾਂ ਉਹ ਵੀ ਦਰੱਖਤਾਂ ਕੀੜੇ ਮਕੋਰਿਆਂ ਜਾਨਵਰਾਂ ਬਦਲਾ ਮੰਗ ਭਟਕਦਾ ਰਹਿੰਦਾ ਪਰ ਫੈਸਲਾ ਲੈਣ ਦੀ ਸ਼ਕਤੀ ਜਿਗੇ ਐਸਾ ਕਰਨ ਜਾਂ ਨਾ ਕਰਨ ਦੀ ਸ਼ਕਤੀ ਹੀ ਸਾਨੂੰ ਜਿਗੇ ਆਸੂ ਬਣਾਉਂਦੀ ਹੈ ਜਦੋਂ ਅਸੀਂ ਰੋਹਾਨੀ ਮਾਰਗ ਦੀ ਤਿਆਰੀ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਮਹੱਤਵਪੂਰਨ ਚੀਜ਼ ਜਿਗਿਆਸਾ ਹੁੰਦੀ ਹੈ ਜੇ ਅਸੀਂ ਜਿਗਿਆਸਾ ਨਹੀਂ ਕਰਦੇ ਤਾਂ ਅਧਿਆਤਮਿਕ ਮਾਰਗ ਨੂੰ ਭੁੱਲ ਜਾਓ ਕਿਸੇ ਵੀ ਰਸਤੇ ਨੂੰ ਭੁੱਲ ਜਾਓ ਅਸੀਂ ਇੱਕ ਰਸਤੇ ਤੇ ਤਾਂ ਹੀ ਚੱਲਦੇ ਹਾਂ ਜਦੋਂ ਅਸੀਂ ਜਗਿਆਸਾ ਕਰਦੇ ਹਾਂ ਜਦੋਂ ਅਸੀਂ ਜਗਿਆਸਾ ਕਰਦੇ ਹਾਂ ਤਾਂ ਅਸੀਂ ਉਸ ਨੂੰ ਲੱਭ ਲੈਂਦੇ ਹਾਂ ਇਸ ਲਈ ਸਭ ਤੋਂ ਪਹਿਲਾ ਕਦਮ ਜੋ ਅਸੀਂ ਚੁੱਕਣਾ ਹੈ ਜੇ ਅਸੀਂ ਆਪਣੇ ਘਰ ਵਾਪਸ ਜਾਣਾ ਹੈ ਆਪਣੇ ਅਸਲ ਘਰ ਦਾ ਪਤਾ ਲਗਾਉਣਾ ਹੈ ਅਤੇ ਆਪਣੇ ਸੱਚੇ ਘਰ ਜਾਣਾ ਹੈ ਜਿੱਥੋਂ ਦੇ ਅਸੀਂ ਹਾਂ ਤਾਂ ਉਹ ਹੈ ਜਿਗਿਆਸਾ ਕਰਨਾ ਜਿਗਿਆਸਾ ਕਰਨ ਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਉੱਚੀ ਉੱਚੀ ਚਿਕਣਾ ਪਵੇਗਾ ਕਿ ਅਸੀਂ ਕੁਝ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਜਿਸ ਦੀ ਅਸੀਂ ਭਾਲ ਕਰ ਰਹੇ ਹਾਂ ਉਹ ਇਸ ਬਾਹਰ ਦੇ ਤਮਾਸ਼ੇ ਵਿੱਚ ਨਹੀਂ ਹੈ ਅਸੀਂ ਇਹ ਪਤਾ ਲਗਾ ਰਹੇ ਹਾਂ ਕਿ ਇਸ ਤਮਾਸ਼ੇ ਨੂੰ ਕਿਸ ਨੇ ਬਣਾਇਆ ਹੈ ਸਾਡਾ ਅਸਲ ਘਰ ਕਿਹੜਾ ਹੈ ਅਸੀਂ ਕਿੱਥੇ ਦੇ ਹਾਂ ਇਸ ਲਈ ਇਹ ਜਿਗਿਆਸਾ ਅੰਦਰੋਨੀ ਜਿਗਿਆਸਾ ਹੋਣੀ ਚਾਹੀਦੀ ਹੈ ਜਿਸ ਦਾ ਮਤਲਬ ਹੈ ਕਿ ਜਿਗਿਆਸਾ ਸਾਡੇ ਦਿਲਾਂ ਵਿੱਚ ਹੋਣੀ ਚਾਹੀਦੀ ਹੈ ਸਾਡੇ ਮਨ ਵਿੱਚ ਹੋਣੀ ਚਾਹੀਦੀ ਹੈ ਅਸੀਂ ਅੰਦਰੂਨੀ ਤੌਰ ਤੇ ਜਿਗਿਆਸਾ ਕਰਦੇ ਹਾਂ ਹੁਣ ਇਹ ਬਹੁਤ ਵਧੀਆ ਚੀਜ਼ ਹੈ ਕਿ ਜੇ ਤੁਸੀਂ ਜਿਗਿਆਸਾ ਕਰਦੇ ਹੋ ਤਾਂ ਤੁਹਾਨੂੰ ਪਾਲਣ ਦੇ ਸਾਧਨ ਮਿਲ ਜਾਂਦੇ ਹਨ ਇਸ ਦਾ ਮਤਲਬ ਕੀ ਹੈ ਹੁਣ ਇਹ ਇੱਕ ਅਜੀਬ ਤਜਰਬਾ ਹੈ ਕਿ ਉਹ ਸਾਰੇ ਲੋਕਾਂ ਜਿਨ੍ਹਾਂ ਨੇ ਪਾਲ ਕੀਤੀ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਜਦੋਂ ਤੁਸੀਂ ਜਗਿਆਸਾ ਕਰਦੇ ਹੋ ਤਾਂ ਤੁਸੀਂ ਇੱਕ ਅਧਿਆਪਕ ਨੂੰ ਮਿਲਦੇ ਹੋ ਜੋ ਤੁਹਾਨੂੰ ਦੱਸ ਸਕਦਾ ਹੈ ਕਿ ਕਿਵੇਂ ਲੱਭਣਾ ਹੈ ਇਹ ਇੱਕ ਅਜੀਬ ਵਿਕਾਸ ਹੈ ਪਰ ਇਹ ਆਪਣੇ ਆਪ ਹੁੰਦਾ ਹੈ ਜੇ ਤੁਸੀਂ ਜਗਿਆਸਾ ਨਹੀਂ ਕਰਦੇ ਤੁਹਾਨੂੰ ਕੋਈ ਵੀ ਅਧਿਆਪਕ ਨਹੀਂ ਮਿਲਦਾ ਜੇ ਪਰ ਜੇ ਤੁਸੀਂ ਤਿਆਰ ਹੋ ਜਗਿਆਸਾ ਲਈ ਤਿਆਰ ਹੋ ਤਾਂ ਤੁਹਾਨੂੰ ਇੱਕ ਅਧਿਆਪਕ ਮਿਲ ਜਾਂਦਾ ਹੈ ਅਧਿਆਪਕ ਤੁਹਾਡੇ ਕੋਲ ਬਹੁਤ ਸਾਰੇ ਤਰੀਕਿਆਂ ਨਾਲ ਆਉਂਦਾ ਹੈ ਤੁਹਾਡੀ ਮਾਨਸਿਕ ਜਿਗਿਆਸਾ ਤੁਹਾਨੂੰ ਕਿਤਾਬਾਂ ਵੱਲ ਲਿਜਾ ਸਕਦੀ ਹੈ ਉਹ ਕਿਤਾਬਾਂ ਤੁਹਾਡੇ ਲਈ ਅਧਿਆਪਕ ਹੋ ਸਕਦੀਆਂ ਹਨ ਤੁਸੀਂ ਫਿਲਾਸਫੀ ਜਾਂ ਫਲਸਫੇ ਨੂੰ ਪੜ੍ਹ ਸਕਦੇ ਹੋ ਮੈਟਾਫਿਜ਼ਿਕਸ ਜਾਂ ਅਲੰਕਾਰ ਵਿਗਿਆਨ ਦਾ ਅਧਿਐਨ ਕਰ ਸਕਦੇ ਹੋ ਹੋਰ ਕਲਾਵਾਂ ਦਾ ਅਧਿਐਨ ਕਰ ਸਕਦੇ ਹੋ ਅਤੇ ਸੱਚ ਨੂੰ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹੋ ਇਹ ਪਾਲਣ ਦਾ ਇੱਕ ਤਰੀਕਾ ਹੈ ਪਾਲਣ ਦਾ ਦੂਜਾ ਤਰੀਕਾ ਹੈ ਕਿ ਤੁਸੀਂ ਅਚਾਨਕ ਕਿਸੇ ਅਜਿਹੇ ਮਨੁੱਖ ਨੂੰ ਮਿਲਦੇ ਹੋ ਅਚਾਨਕ ਸੰਜੋਗ ਨਾਲ ਜੋ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕਿਸ ਚੀਜ਼ ਦੀ ਜਿਗਿਆਸਾ ਕਰ ਰਹੇ ਹੋ ਹੁਣ ਜਦੋਂ ਤੁਹਾਡੀ ਜਿਗਿਆਸਾ ਤੀਬਰ ਹੁੰਦੀ ਹੈ ਅਤੇ ਤੁਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਤਾਂ ਤੁਸੀਂ ਕਹਿੰਦੇ ਹੋ ਮੈਂ ਸੱਚਮੁੱਚ ਪਤਾ ਲਗਾਉਣਾ ਚਾਹੁੰਦਾ ਹਾਂ ਤਾਂ ਇਹ ਖੋਜ ਹੋਰ ਤੀਬਰ ਹੋ ਜਾਂਦੀ ਹੈ ਅਤੇ ਤੁਸੀਂ ਰੋਹਾਨੀ ਯਾਤਰਾ ਲਈ ਤਿਆਰ ਹੋ ਜਾਂਦੇ ਹੋ ਉਸ ਵਕਤ ਇਤਫਾਕ ਨਾਲ ਇੱਕ ਸੰਤ ਸਤਗੁਰੂ ਜਾਂ ਪਰਫੈਕਟ ਲਿਵਿੰਗ ਮਾਸਟਰ ਤੁਹਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਜਿਸ ਨੂੰ ਸੰਖੇਪ ਤੌਰ ਤੇ ਅਸੀਂ ਪੀ ਐਲ ਐਮ ਕਹਿੰਦੇ ਹਾਂ ਅਮਰੀਕਾ ਵਿੱਚ ਅਸੀਂ ਕੁਝ ਸੰਖੇਪ ਸ਼ਬਦਾ ਦੀ ਵਰਤੋਂ ਕਰਦੇ ਹਾਂ ਇਸ ਲਈ ਅਸੀਂ ਕਈ ਵਾਰ ਪਰਫੈਕਟ ਲਿਵਿੰਗ ਮਾਸਟਰ ਕਹਿਣ ਦੀ ਬਜਾਏ ਪੀ ਐਲ ਐਮ ਕਹਿੰਦੇ ਹਾਂ ਇਸ ਦਾ ਅਰਥ ਇੱਕੋ ਚੀਜ਼ ਹੈ ਇੱਕ ਪਰਫੈਕਟ ਲਿਵਿੰਗ ਮਾਸਟਰ ਜਾਂ ਪਰਮ ਸੰਤ ਸਤਗੁਰੂ ਕੌਣ ਹੈ ਉਹ ਇੱਕ ਅਜਿਹਾ ਮਨੁੱਖ ਹੈ ਜੋ ਸਾਡੇ ਵਰਗਾ ਹੈ ਸਾਡੇ ਵਾਂਗ ਹੀ ਪੈਦਾ ਹੁੰਦਾ ਹੈ ਉਸੇ ਤਰ੍ਹਾਂ ਵੱਡਾ ਹੁੰਦਾ ਹੈ ਅਤੇ ਉਸੇ ਤਰ੍ਹਾਂ ਇਸ ਸਥੂਲ ਸਰੀਰ ਵਿੱਚ ਮਰਦਾ ਹੈ ਪਰ ਆਪਣੀ ਚੇਤਨਾ ਵਿੱਚ ਉਹ ਅਜਿਹੀ ਅਵਸਥਾ ਤੇ ਪਹੁੰਚ ਚੁੱਕਾ ਹੈ ਜਿੱਥੇ ਉਸਨੇ ਸਮੁੱਚੀ ਚੇਤਨਾ ਜਾਂ ਪਰਮਾਤਮਾ ਦੇ ਅਸਲ ਨਿੱਜੀ ਅਨੁਭਵ ਅਤੇ ਗਿਆਨ ਨੂੰ ਹਾਸਲ ਕਰ ਲਿਆ ਹੈ ਅਤੇ ਉਸਨੇ ਸਿਰਜਣਾ ਦੀ ਸਾਰੀ ਪ੍ਰਕਿਰਿਆ ਦਾ ਪਤਾ ਲਗਾ ਲਿਆ ਹੈ ਕਿ ਸ੍ਰਿਸ਼ਟੀ ਕਿਵੇਂ ਸ਼ੁਰੂ ਹੋਈ ਕਿਵੇਂ ਇਸ ਨੂੰ ਕੰਮ ਰੱਖਿਆ ਜਾਂਦਾ ਹੈ ਇਹ ਕਿਵੇਂ ਚੱਲ ਰਹੀ ਹੈ ਅਤੇ ਇਸ ਵਿੱਚ ਸਾਡੀ ਕੀ ਭੂਮਿਕਾ ਹੈ ਉਸ ਵਿਅਕਤੀ ਨੇ ਅਸਲ ਵਿੱਚ ਇਸ ਨੂੰ ਪ੍ਰਾਪਤ ਕਰ ਲਿਆ ਹੈ ਕਿਉਂਕਿ ਉਸਨੇ ਇਸ ਨੂੰ ਪ੍ਰਾਪਤ ਕਰ ਲਿਆ ਹੈ ਇਸ ਲਈ ਉਹ ਵੇਖ ਸਕਦਾ ਹੈ ਕਿ ਸਾਰੀ ਰਚਨਾ ਉਸ ਇੱਕ ਚੇਤਨ ਹੋਣ ਦਾ ਹਿੱਸਾ ਹੈ ਅਤੇ ਕਦੇ ਵੀ ਕੁਝ ਵਕਤ ਹੋਇਆ ਹੀ ਨਹੀਂ ਅਸੀਂ ਸਾਰੇ ਆਪਣੇ ਸਰੋਤ ਨਾਲ ਨਿਰੰਤਰ ਜੁੜੇ ਹੋਏ ਹਾਂ ਜੇ ਅਸੀਂ ਆਪਣੇ ਸਰੋਤ ਨਾਲ ਜੁੜੇ ਨਾ ਹੋਈਏ ਤਾਂ ਅਸੀਂ ਮਰ ਜਾਵਾਂਗੇ ਸਾਡੀ ਜ਼ਿੰਦਗੀ ਸਰੋਤ ਨਾਲ ਸਾਡੇ ਸੰਬੰਧ ਤੇ ਨਿਰਭਰ ਕਰਦੀ ਹੈ ਇਸ ਸਮੁੱਚੀ ਚੇਤਨਾ ਜਿਸ ਤੋਂ ਵਿਅਕਤੀਗਤ ਚੇਤਨਾ ਪੈਦਾ ਹੁੰਦੀ ਹੈ ਜਿੱਥੋਂ ਅਸੀਂ ਆਪਣੀ ਭੂਮਿਕਾ ਨਿਭਾਉਣ ਲਈ ਪਹਿਰਾਵੇ ਚੁੱਕਦੇ ਹਾਂ ਉਹ ਸਮੁੱਚੀ ਚੇਤਨਾ ਕੇਵਲ ਇੱਕ ਹੈ ਅਤੇ ਸਾਰੀ ਸ੍ਰਿਸ਼ਟੀ ਦੀ ਸਾਂਝੀ ਹੈ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਉਸ ਤੋਂ ਹੀ ਹੋਈ ਹੈ ਅਤੇ ਉਸ ਨਾਲ ਹੀ ਸੰਬੰਧਿਤ ਹੈ ਇਸ ਲਈ ਜਿਸ ਨੇ ਉਸ ਅਵਸਥਾ ਦਾ ਤਜਰਬਾ ਕਰ ਲਿਆ ਉਸ ਗਿਆਨ ਅਤੇ ਚੇਤਨਾ ਦੀ ਅਵਸਥਾ ਨੂੰ ਪ੍ਰਾਪਤ ਕਰ ਲਿਆ ਹੈ ਉਸ ਨੂੰ ਇੱਕ ਪਰਫੈਕਟ ਲਿਵਿੰਗ ਮਾਸਟਰ ਜਾਂ ਜਿਉਂਦਾ ਜਾਗਦਾ ਸੰਤ ਸਤਗੁਰੂ ਕਿਹਾ ਜਾਂਦਾ ਹੈ ਜਿਉਂਦਾ ਹੋਣਾ ਤੇ ਕਿਉਂ ਜ਼ੋਰ ਹੈ ਜਿੰਦਾ ਹੋਣ ਤੇ ਜ਼ੋਰ ਦਾ ਮਤਲਬ ਇਹ ਹੈ ਕੀ ਉਹ ਵੀ ਸਾਡੇ ਵਾਂਗ ਜਿਉਂਦਾ ਵਿਅਕਤੀ ਹੈ ਜਿਉਂਦਾ ਹੋਣ ਕਰਕੇ ਉਹ ਸਾਡੇ ਨਾਲ ਇੱਕ ਮਿੱਤਰ ਦੀ ਤਰ੍ਹਾਂ ਗੱਲ ਕਰ ਸਕਦਾ ਹੈ ਉਹ ਸਚਾਈ ਵੱਲ ਦੀ ਯਾਤਰਾ ਦੌਰਾਨ ਇੱਕ ਸਾਥੀ ਵਾਂਗ ਸਾਡੇ ਨਾਲ ਗੱਲ ਕਰ ਸਕਦਾ ਹੈ ਜੇ ਉਹ ਇੱਕ ਜੀਵਤ ਵਿਅਕਤੀ ਨਹੀਂ ਹੈ ਅਤੇ ਅਸੀਂ ਕਿਸੇ ਵੀ ਵਿਅਕਤੀ ਨੂੰ ਮੰਨਦੇ ਹਾਂ ਜੋ ਹੁਣ ਜੀਵਤ ਨਹੀਂ ਹੈ ਪਰ ਉਹ ਕਿਸੇ ਸਮੇਂ ਇੱਕ ਮਹਾਨ ਅਧਿਆਪਕ ਸੀ ਅਸੀਂ ਉਸ ਅਧਿਆਪਕ ਉਸ ਦਿਨ ਅਸੀਂ ਖਿਆਵਾਂ ਤੇ ਨਿਰਭਰ ਕਰਨਾ ਚਾਹੁੰਦੇ ਹਾਂ ਇੱਦਾਂ ਕਰਕੇ ਅਸੀਂ ਆਪਣੇ ਮਨ ਤੇ ਨਿਰਭਰ ਕਰ ਰਹੇ ਹੁੰਦੇ ਹਾਂ ਕਿਉਂਕਿ ਸਾਡਾ ਮਨ ਕੋਈ ਵੀ ਕਹਾਣੀ ਬਣਾ ਸਕਦਾ ਹੈ ਇੱਦਾਂ ਇਹ ਮਨ ਹਰ ਸਮੇਂ ਕਰਦਾ ਹੈ ਇਸ ਲਈ ਉਹ ਅਧਿਆਪਕ ਜੋ ਸ਼ਾਇਦ ਇੱਕ ਸਮੇ ਸਭ ਤੋਂ ਮਹਾਨ ਅਧਿਆਪਕ ਹੋਣ ਪਰ ਜਿਹੜੇ ਚਲੇ ਗਏ ਹਨ ਸਾਡੇ ਵਾਂਗ ਸਤੂਲ ਸਰੀਰ ਵਿੱਚ ਜਿੰਦਾ ਨਹੀਂ ਹਨ ਉਹ ਸਾਡੇ ਲਈ ਇੱਕ ਪ੍ਰੇਰਨਾ ਤਾਂ ਹੋ ਸਕਦੇ ਹਨ ਸਾਨੂੰ ਜਗਿਆਸੂਤਾ ਬਣਾ ਸਕਦੇ ਹਨ ਸਾਨੂੰ ਜਗਿਆਸਾ ਵੱਲ ਪ੍ਰੇਰਿਤ ਕਰ ਸਕਦੇ ਹਨ ਪਰ ਉਹ ਸਚਾਈ ਲੱਭਣ ਵਿੱਚ ਸਾਡੀ ਮਦਦ ਨਹੀਂ ਕਰ ਸਕਦੇ ਕਿਉਂਕਿ ਅਸੀਂ ਆਪਣੇ ਮਨ ਅਨਸਾਰ ਚੱਲਦੇ ਹਾਂ ਅਤੇ ਆਪਣੇ ਮਨ ਨੂੰ ਜੋ ਵੀ ਅਸੀਂ ਸੋਚਣਾ ਚਾਹੁੰਦੇ ਹਾਂ ਉਹੀ ਸੋਚਣ ਲਈ ਵਰਤਦੇ ਹਾਂ ਇਸ ਲਈ ਅਸੀਂ ਉਹਨਾਂ ਸਖਿਆਵਾਂ ਦਾ ਅਨੁਭਵ ਉਸ ਅਨੁਸਾਰ ਹੀ ਕਰਦੇ ਹਾਂ ਜੋ ਸਾਡੇ ਮਨ ਨੂੰ ਚੰਗਾ ਲੱਗੇ ਥੋੜੀ ਦੇਰ ਪਹਿਲਾਂ ਮੈਂ ਉਹਨਾਂ ਪਹਿਰਾਵਿਆਂ ਦੀ ਗੱਲ ਕਰ ਰਿਹਾ ਸੀ ਜੋ ਅਸੀਂ ਇੱਥੇ ਪਹਿਨੇ ਹੋਏ ਹਨ ਪਹਿਲਾ ਪਹਿਰਾਵਾ ਜੋ ਅਸੀਂ ਪਹਿਨਿਆ ਹੋਇਆ ਹੈ ਉਹ ਹੈ ਸਤੂਲ ਸਰੀਰ ਜੋ ਬਹੁਤ ਅਸਥਾਈ ਜਾਂ ਟੈਂਪਰੇਰੀ ਹੁੰਦਾ ਹੈ ਇਸ ਦੇ ਅੰਦਰ ਅਸੀਂ ਇੱਕ ਹੋਰ ਲੰਬੇ ਸਮੇਂ ਦੇ ਪਹਿਰਾਵੇ ਨੂੰ ਪਹਿਨਿਆ ਹੋਇਆ ਹੈ ਜਿਵੇਂ ਕਿ ਜਿੱਥੇ ਤੱਕ ਮੈਨੂੰ ਪਤਾ ਹੈ ਕਿ 15ਵੀਂ 16ਵੀਂ ਸਦੀ ਵਿੱਚ ਇੰਗਲੈਂਡ ਵਿੱਚ ਉੱਚ ਵਰਗ ਦੇ ਲੋਕ ਕੁਝ ਅੰਦਰੂਨੀ ਲਿਬਾਸ ਤਿਆਰ ਕਰਾਉਂਦੇ ਸਨ ਦਰਜੀ ਉਹਨਾਂ ਦੇ ਸਰੀਰ ਲਈ ਅਜਿਹੇ ਅੰਦਰੂਨੀ ਲਿਬਾਸ ਬਣਾਉਂਦੇ ਸਨ ਜੋ ਉਹ ਕਦੇ ਨਹੀਂ ਸੀ ਬਦਲਦੇ ਬਾਹਰੀ ਲਿਬਾਸ ਬਦਲਦੇ ਸਨ ਉਸੇ ਤਰ੍ਹਾਂ ਸਾਡੇ ਕੋਲ ਇੱਕ ਅੰਦਰੂਨੀ ਲਿਬਾਸ ਹੈ ਅਤੇ ਇਹ ਅੰਦਰੂਨੀ ਲਿਬਾਸ ਜਿਸ ਨੂੰ ਅਸੀਂ ਸੂਖਸ਼ਮ ਜਾਂ ਸੂਖਮ ਸਰੀਰ ਕਹਿੰਦੇ ਹਾਂ ਜਿਸ ਵਿੱਚ ਗਿਆਨ ਇੰਦਰੀਆਂ ਹੁੰਦੀਆਂ ਹਨ ਇਹ ਸਰੀਰ ਇਸ ਸਥੂਲ ਸਰੀਰ ਦੇ ਅੰਦਰ ਹੁੰਦਾ ਹੈ ਜੋ ਸਾਡੀ ਗਿਆਨ ਇੰਦਰੀਆਂ ਨੂੰ ਪੈਦਾ ਕਰਦਾ ਹੈ ਅਸੀਂ ਉਸ ਅੰਦਰੂਨੀ ਸਰੀਰ ਦੇ ਕਾਰਨ ਵੇਖਣ ਛੂਣ ਸਵਾਦ ਗੰਧ ਨੂੰ ਪਛਾਣਨ ਦੇ ਯੋਗ ਬਣਦੇ ਹਾਂ ਜੇ ਉਹ ਨਾ ਹੋਵੇ ਤਾਂ ਇਹ ਸਰੀਰ ਕੁਝ ਵੀ ਨਹੀਂ ਕਰ ਸਕਦਾ ਇਸ ਲਈ ਸਾਰੀਆਂ ਗਿਆਨ ਇੰਦਰੀਆਂ ਜਿਹੜੀਆਂ ਅਸੀਂ ਇਸ ਸਥੂਲ ਸਰੀਰ ਦੀਆਂ ਮੰਨਦੇ ਹਾਂ ਅਸਲ ਵਿੱਚ ਉਹ ਅੰਦਰੂਨੀ ਸਰੀਰ ਤੋਂ ਆਉਂਦੀਆਂ ਹਨ ਅੰਦਰੂਨੀ ਸਰੀਰ ਇਸ ਸਥੂਲ ਸਰੀਰ ਤੇ ਨਿਰਭਰ ਨਹੀਂ ਹੁੰਦਾ ਸਤੂਲ ਸਰੀਰ ਇਸ ਅੰਦਰੂਨੀ ਸਰੀਰ ਤੇ ਨਿਰਭਰ ਕਰਦਾ ਹੈ ਅਤੇ ਅੰਦਰੂਨੀ ਸਰੀਰ ਜਿਸ ਵਿੱਚ ਇਹ ਗਿਆਨ ਇੰਦਰੀਆਂ ਹੁੰਦੀਆਂ ਹਨ ਉਹ ਇਸ ਸਤੂਲ ਸਰੀਰ ਦੇ ਬਗੈਰ ਕੰਮ ਕਰ ਸਕਦਾ ਹੈ ਦਰਸਲ ਇਹ ਕਰਦਾ ਵੀ ਹੈ ਇਹ ਸਾਡੇ ਜਨਮ ਤੋਂ ਪਹਿਲਾਂ ਵੀ ਸੀ ਇਹ ਸਾਡੇ ਮਰਨ ਤੋਂ ਬਾਅਦ ਵੀ ਹੋਵੇਗਾ ਇਸ ਲਈ ਇਹ ਸਤੂਲ ਸਰੀਰ ਇਸ ਨੂੰ ਨਹੀਂ ਬਣਾ ਰਿਹਾ ਅੰਦਰੂਨੀ ਸਰੀਰ ਇਸ ਸਤੂਲ ਸਰੀਰ ਨੂੰ ਬਣਾਉਂਦਾ ਹੈ ਸੋ ਅੰਦਰੂਨੀ ਸ਼ੀਰ ਜਿਸ ਵਿੱਚ ਗਿਆਨ ਇੰਦਰੀਆਂ ਹੁੰਦੀਆਂ ਹਨ ਅਸੀਂ ਵੇਖਦੇ ਹਾਂ ਕਿ ਉਹ ਹੁਣ ਵੀ ਕੰਮ ਕਰ ਰਿਹਾ ਹੈ ਇੱਥੋਂ ਤੱਕ ਕਿ ਜਦੋਂ ਅਸੀਂ ਸਤੂਲ ਸ਼ਰੀਰ ਵਿੱਚ ਸੁੱਤੇ ਹੋਏ ਸੁਪਨੇ ਵੇਖਦੇ ਹਾਂ ਉਹ ਉਸ ਵੇਲੇ ਵੀ ਕੰਮ ਕਰਦਾ ਹੈ ਜਦੋਂ ਅਸੀਂ ਸੁਪਨੇ ਵਿੱਚ ਚੀਜ਼ਾਂ ਵੇਖਦੇ ਹਾਂ ਤਾਂ ਕਿਹੜੀਆਂ ਅੱਖਾਂ ਦੇਖ ਰਹੀਆਂ ਹੁੰਦੀਆਂ ਹਨ ਸਤੂਲ ਸ਼ਰੀਰਿਕ ਅੱਖਾਂ ਨਹੀਂ ਉਹ ਤਾਂ ਬੰਦ ਹਨ ਕਿਹੜੀਆਂ ਲੱਤਾਂ ਤੇ ਵਾਹਾਂ ਨਾਲ ਅਸੀਂ ਤੁਰਦੇ ਫਿਰਦੇ ਹਾਂ ਇਹਨਾਂ ਸਤੂਰ ਲੱਤਾਂ ਤੇ ਵਾਹਾਂ ਨਾਲ ਨਹੀਂ ਉਹ ਤਾਂ ਸੁੱਤੇ ਹੋਏ ਹਨ ਅਸੀਂ ਅੰਦਰ ਕਿਵੇਂ ਸੁਣ ਸਕਦੇ ਹਾਂ ਇਹਨਾਂ ਕੰਦਾਂ ਨਾਲ ਨਹੀਂ ਬਲਕਿ ਅੰਦਰੂਨੀ ਕੰਨਾਂ ਨਾਲ ਅੰਦਰੂਨੀ ਸਰੀਰ ਨੂੰ ਕਈ ਵਾਰ ਅਸੀਂ ਕਾਲਪਨਿਕ ਸਰੀਰ ਕਹਿੰਦੇ ਹਾਂ ਪਰ ਉਹ ਉੱਥੇ ਹੁੰਦਾ ਹੈ ਹੁਣ ਕਲਪਨਾ ਕਰੋ ਕਿ ਤੁਸੀਂ ਕਿਤੇ ਬਾਹਰ ਹੋ ਆਪਣੀ ਕਲਪਨਾ ਨਾਲ ਤੁਸੀਂ ਚੀਜ਼ਾਂ ਨੂੰ ਦੇਖ ਸਕਦੇ ਹੋ ਉਹ ਕੌਣ ਵੇਖ ਰਿਹਾ ਹੈ ਉਹ ਕਿਹੜੀਆਂ ਅੱਖਾਂ ਇਸ ਨੂੰ ਵੇਖ ਰਹੀਆਂ ਹਨ ਕਿਹੜੀਆਂ ਅੱਖਾਂ ਉਸ ਕਲਪਨਾ ਨੂੰ ਵੇਖਦੀਆਂ ਹਨ ਸਰੀਰਿਕ ਅੱਖਾਂ ਨਹੀਂ ਇਸ ਲਈ ਸਾਡੀਆਂ ਅੰਦਰੂਨੀ ਅੱਖਾਂ ਅੰਦਰੂਨੀ ਕੰਨ ਅੰਦਰੂਨੀ ਸੂਝ ਦੇ ਸਾਰੇ ਸਾਧਨ ਸਾਡੇ ਅੰਦਰ ਹਨ ਇਹ ਅਤੇ ਇਹ ਇੱਕ ਅੰਦਰੂਨੀ ਪਹਿਰਾਵਾ ਖਮਾਂਦਾ ਹੈ ਜਿਸ ਨੂੰ ਅਸੀਂ ਪਾਇਆ ਹੋਇਆ ਹੈ ਇਹ ਸੰਸਾਰ ਨੂੰ ਅਨੁਭਵ ਕਰਨ ਲਈ ਇੱਕ ਬਹੁਤ ਹੀ ਬੁਨਿਆਦੀ ਪਹਿਰਾਵਾ ਹੈ ਪਰ ਇਹ ਤੋਂ ਵੀ ਮਹੱਤਵਪੂਰਨ ਤੀਜਾ ਪਹਿਰਾਵਾ ਹੈ ਜੋ ਕਿ ਦੂਜੇ ਦੇ ਅੰਦਰ ਹੈ ਅਤੇ ਉਹ ਪਹਿਰਾਵਾ ਸਾਡੇ ਵਿਚਾਰਾਂ ਦਾ ਸਾਡੇ ਮਨ ਦਾ ਪਹਿਰਾਵਾ ਹੈ ਇਸ ਕਾਰਨ ਪੋਸ਼ਾਕ ਵਿੱਚ ਕਾਰਨ ਸ਼ਰੀਰ ਜਿਸ ਨੂੰ ਕਾਰਨ ਮਨ ਕਹਿੰਦੇ ਹਾਂ ਕਿਉਂਕਿ ਇਹ ਹੀ ਸਭ ਕੁਝ ਵਾਪਰਨ ਦਾ ਕਾਰਨ ਬਣਦਾ ਹੈ ਹਰ ਚੀਜ਼ ਜੋ ਇਸ ਸੰਸਾਰ ਵਿੱਚ ਵਾਪਰਦੀ ਹੈ ਸਾਡੇ ਮਨ ਦੁਆਰਾ ਬਣਾਈ ਜਾ ਰਹੀ ਹੈ ਅਤੇ ਇਸ ਲਈ ਮਨ ਇੱਕ ਕਾਰਨ ਹਸਤੀ ਹੈ ਇਸ ਲਈ ਇਹ ਅੰਦਰ ਬੈਠਿਆ ਹੋਇਆ ਗਿਆਨ ਇੰਦਰੀਆਂ ਪੈਦਾ ਕਰਦਾ ਹੈ ਇਸ ਸਤੂਰ ਸਰੀਰ ਅਤੇ ਇਸ ਦੇ ਦੁਆਲੇ ਸਮੁੱਚੀ ਸਿਰਜਣਾ ਨੂੰ ਸਿਰਜਦਾ ਹੈ ਮਨ ਇੱਕ ਬਹੁਤ ਸ਼ਕਤੀਸ਼ਾਲੀ ਚੀਜ਼ ਹੈ ਮਨ ਸਮਾ ਅਤੇ ਸਪੇਸ ਡਾਈਮੈਂਡ ਸਪੇਸ ਅਤੇ ਕਾਰਨ ਅਤੇ ਪ੍ਰਭਾਵ ਕਾਉਜ਼ ਐਂਡ ਇਫੈਕਟ ਬਣਾਉਣ ਲਈ ਜ਼ਿੰਮੇਵਾਰ ਹੁੰਦਾ ਹੈ ਬਿਨਾ ਮਨ ਦੇ ਅਸੀਂ ਇਨਾਦਰ ਬਿਲਕੁਲ ਵੀ ਅਨੁਭਵ ਨਹੀਂ ਕਰ ਸਕਦੇ ਇਸ ਲਈ ਸਾਡੇ ਲਈ ਇਹ ਮਨ ਸਦੀਵੀ ਅਤੇ ਬਹੁਤ ਮਹੱਤਵਪੂਰਨ ਹੈ ਅਤੇ ਇਹ ਇੱਕ ਅਜਿਹੀ ਸ਼ਾਨਦਾਰ ਚੀਜ਼ ਹੈ ਜੋ ਕੋਈ ਵੀ ਅਨੁਭਵ ਪੈਦਾ ਕਰ ਸਕਦਾ ਹੈ ਜੋ ਵੀ ਅਸੀਂ ਚਾਹੁੰਦੇ ਹੋਈਏ ਇਸ ਨੇ ਸਾਡੇ ਆਲੇ ਦੁਆਲੇ ਦੀ ਦੁਨੀਆ ਦਾ ਇਹ ਸ਼ਾਨਦਾਰ ਅਨੁਭਵ ਬਣਾਇਆ ਹੈ ਅਤੇ ਅਸੀਂ ਇਸ ਵਿੱਚ ਰਹਿ ਰਹੇ ਹਾਂ ਇਹ ਸਭ ਸਾਡੇ ਆਪਣੇ ਮਨ ਦੀ ਸਿਰਜਣਾ ਹੈ ਪਰ ਅਜੀਹਾ ਲੱਗਦਾ ਹੈ ਕਿ ਦੁਨੀਆ ਬਾਹਰ ਹੈ ਜੋ ਕਿ ਅਸੀਂ ਪੋਸ਼ਾਕਾਂ ਨਾਲ ਸੰਪਰਕ ਗਵਾ ਚੁੱਕੇ ਹਾਂ ਸਾਨੂੰ ਪਤਾ ਹੀ ਨਹੀਂ ਕਿ ਅਸਾਂ ਨੇ ਕੱਪੜੇ ਪਹਿਨੇ ਹੋਏ ਹਨ ਜੋ ਕਿ ਇਹ ਅਨੁਪਬ ਪੈਦਾ ਕਰ ਰਹੇ ਹਨ ਸਾਨੂੰ ਲੱਗਦਾ ਹੈ ਕਿ ਇਹ ਅਨੁਪਬ ਅਸਲ ਹਨ ਅਤੇ ਅਸੀਂ ਇਹਨਾਂ ਚੀਜ਼ਾਂ ਦਾ ਅਨੁਭਵ ਕਰ ਰਹੇ ਹਾਂ ਅਸਲ ਸਚਾਈ ਇਸ ਦੇ ਉਲਟ ਹੈ ਸਚਾਈ ਇਹ ਹੈ ਕਿ ਇਹ ਮਨ ਹੀ ਹੈ ਜੋ ਇਹਨਾਂ ਅਨੁਪਮਾ ਨੂੰ ਪੈਦਾ ਕਰਦਾ ਹੈ ਅਤੇ ਫਿਰ ਅਸੀਂ ਇਸ ਨੂੰ ਭੁੱਲ ਜਾਂਦੇ ਹਾਂ ਅਤੇ ਸੋਚਦੇ ਹਾਂ ਇਹ ਸੰਸਾਰ ਬਿਲਕੁਲ ਅਸਲ ਹੈ ਅਤੇ ਫਿਰ ਕਿਉਂਕਿ ਸਾਡੇ ਕੋਲ ਇਸ ਦੀ ਤੁਲਨਾ ਕਰਨ ਲਈ ਕੋਈ ਹੋਰ ਹਕੀਕਤ ਨਹੀਂ ਹੁੰਦੀ ਸੋ ਇਹ ਹਕੀਕਤ ਆਪਣੇ ਆਪ ਵਿੱਚ ਹੋਰ ਤੀਬਰ ਹੋ ਜਾਂਦੀ ਹੈ ਅਤੇ ਅਸੀਂ ਸੋਚਦੇ ਹਾਂ ਕਿ ਇਹ ਸੰਸਾਰ ਇੱਕੋ ਇੱਕ ਅਸਲੀਅਤ ਹੈ ਅਤੇ ਫਿਰ ਅਸੀਂ ਨਹੀਂ ਜਾਣਦੇ ਕਿ ਸਾਡਾ ਮਨ ਕਿੱਥੋਂ ਕੰਮ ਕਰ ਰਿਹਾ ਹੈ ਵਿਚਾਰ ਕਿੱਥੋਂ ਆਉਂਦੇ ਹਨ ਤਰਕ ਕਿੱਥੋਂ ਆਉਂਦੇ ਹਨ ਇਹ ਅਖੌਤੀ ਭਾਵਨਾ ਕਿੱਥੋਂ ਆਉਂਦੀ ਹੈ ਅਸੀਂ ਇਹਨਾਂ ਚੀਜ਼ਾਂ ਵਿੱਚੋਂ ਕਿਸੇ ਨੂੰ ਨਹੀਂ ਜਾਣਦੇ ਇਹ ਮਨ ਸਮਾ ਸਥਾਨ ਕਾਰਨ ਪੈਦਾ ਕਰਦਾ ਹੈ ਇਹ ਵੀ ਸਾਡਾ ਸਵੈ ਨਹੀਂ ਹੈ ਇਹ ਬਸ ਇੱਕ ਪਹਿਰਾਵਾ ਹੈ ਇਹ ਇੱਕ ਸੋਚਣ ਵਾਲੀ ਮਸ਼ੀਨ ਹੈ ਇਹ ਸਾਨੂੰ ਸੋਚਣ ਸੰਚਾਰ ਕਰਨ ਬੋਲਣ ਅਤੇ ਲਿਖਣ ਦੇ ਯੋਗ ਹੋਣ ਲਈ ਦਿੱਤਾ ਗਿਆ ਸੀ ਪਰ ਅਸੀਂ ਸਮਝਣਾ ਸ਼ੁਰੂ ਕਰ ਦਿੱਤਾ ਕਿ ਮਨ ਸਾਡਾ ਸਵੈ ਹੈ ਅਸੀਂ ਕਦੇ ਨਹੀਂ ਕਹਿੰਦੇ ਕਿ ਮੇਰਾ ਮਨ ਸੋਚ ਰਿਹਾ ਹੈ ਅਸੀਂ ਕਹਿੰਦੇ ਹਾਂ ਮੈਂ ਅਜਿਹਾ ਸੋਚ ਰਿਹਾ ਹਾਂ ਅਸੀਂ ਆਪਣੇ ਆਪ ਨੂੰ ਮਨ ਸਮਝਣਾ ਸ਼ੁਰੂ ਕਰ ਦਿੱਤਾ ਵਿਚਾਰ ਕਰੋ ਕਿ ਗਲਤੀ ਨਾਲ ਅਸਾਂ ਨੇ ਆਪਣੇ ਆਪ ਨੂੰ ਕੀ ਸਮਝਣਾ ਸ਼ੁਰੂ ਕਰ ਦਿੱਤਾ ਪਹਿਲਾਂ ਅਸੀਂ ਆਪਣੇ ਆਪ ਨੂੰ ਮਨ ਸਮਝਦੇ ਹਾਂ ਆਪਣੇ ਆਪ ਨੂੰ ਉਸ ਤੋਂ ਵੱਖ ਨਹੀਂ ਕਰਦੇ ਫਿਰ ਅਸੀਂ ਆਪਣੇ ਆਪ ਨੂੰ ਗਿਆਨ ਇੰਦਰੀਆਂ ਸਮਝਦੇ ਹਾਂ ਜਿਵੇਂ ਕਿ ਉਹ ਹੀ ਸਾਡਾ ਸਵੈ ਹਨ ਅਤੇ ਅਖੀਰ ਵਿੱਚ ਅਸੀਂ ਆਪਣੇ ਆਪ ਦੀ ਬਾਹਰੀ ਪੋਸ਼ਾਕ ਇਸ ਸਤੂਰ ਸਰੀਰ ਨੂੰ ਆਪਣਾ ਆਪ ਸਮਝਦੇ ਹਾਂ ਅਤੇ ਸੋਚਦੇ ਹਾਂ ਕਿ ਇਹ ਸਾਡਾ ਸਵੈ ਹੈ ਗਲਤੀ ਨਾਲ ਇਹ ਪਹਿਰਾਵੇ ਜੋ ਕਿ ਸਾਡੇ ਉੱਤੇ ਪਏ ਹੋਏ ਹਨ ਉਹਨਾਂ ਨੂੰ ਆਪਣਾ ਆਪ ਸਮਝਣ ਕਰਕੇ ਅਸਾਂ ਨੇ ਆਪਣੇ ਆਪ ਦੀ ਸੋਚੀ ਦਾ ਦਰਵਾਜ਼ਾ ਬੰਦ ਕਰ ਲਿਆ ਜੇ ਅਸੀਂ ਇਹਨਾਂ ਤਿੰਨਾਂ ਪੁਸ਼ਾਕਾਂ ਸਤੂਲ ਸਰੀਰ ਸੂਖਸ਼ਮ ਗਿਆਨ ਇੰਦਰੀਆਂ ਵਾਲੇ ਸਰੀਰ ਅਤੇ ਕਾਰਨ ਜਾਂ ਮਨ ਦੇ ਸਰੀਰ ਜੋ ਕਿ ਸਵੈ ਗਿਆਨ ਦੇ ਰਾਹ ਵਿੱਚ ਰੁਕਾਵਟ ਹਨ ਜੇ ਇਹਨਾਂ ਰੁਕਾਵਟਾਂ ਨੂੰ ਪਾਰ ਕਰ ਸਕੀਏ ਜੇ ਅਸੀਂ ਇਹਨਾਂ ਤਿੰਨਾਂ ਸਰੀਰਾਂ ਦੀ ਰੁਕਾਵਟਾਂ ਨੂੰ ਪਾਰ ਕਰ ਸਕੀਏ ਤਾਂ ਅਸੀਂ ਜਾਣ ਜਾਵਾਂਗੇ ਕਿ ਅਸੀਂ ਕੌਣ ਹਾਂ ਅਤੇ ਫਿਰ ਸਾਨੂੰ ਪਤਾ ਲੱਗੇਗਾ ਕਿ ਅਸੀਂ ਇਹਨਾਂ ਤਿੰਨਾਂ ਤੋਂ ਪਰੇ ਇਕ ਜੀਵਨ ਸ਼ਕਤੀ ਹਾਂ ਇਹ ਸਿਰਫ ਅਸਥਾਈ ਚੀਜ਼ਾਂ ਹਨ ਜਿਨ੍ਹਾਂ ਨੂੰ ਅਸੀਂ ਪਾਇਆ ਹੋਇਆ ਸੀ ਬਿਸ਼ੱਕ ਇਨਤਨਾ ਸਰੀਰ ਦੀ ਉਮਰ ਬੱਕੋ ਬકરી ਹੈ ਸਤੂਰ ਸਰੀਰ 100 ਜਾਂ 120 ਸਾਲ ਤੋਂ ਵੱਧ ਨਹੀਂ ਚੱਲਦਾ ਸੂਖਸ਼ਮ ਸਰੀਰ 1000 ਤੋਂ 3000 ਸਤੂਲ ਸਾਲਾਂ ਤੋਂ ਵੱਧ ਨਹੀਂ ਚੱਲਦਾ ਅਤੇ ਮਨ ਵੀ ਹਮੇਸ਼ਾ ਨਹੀਂ ਰਹਿੰਦਾ ਇਹ ਮਨ ਸਤੂਲ ਸਮੇਂ ਅਨੁਸਾਰ ਲਗਭਗ 30 ਲੱਖ ਸਾਲ ਚੱਲਦਾ ਹੈ ਅਤੇ ਮਰ ਜਾਂਦਾ ਹੈ ਇਹ ਤਿੰਨੋਂ ਚੀਜ਼ਾਂ ਅਸਥਾਈ ਹਨ ਅਤੇ ਮਰ ਜਾਂਦੀਆਂ ਹਨ ਅਸੀਂ ਕਦੇ ਨਹੀਂ ਮਰਦੇ ਅਸੀਂ ਇਹਨਾਂ ਤਿੰਨਾਂ ਦੇ ਅੰਦਰ ਹਾਂ ਸਾਡੀ ਆਤਮਾ ਅਮਰ ਹੈ ਇਹ ਹੀ ਸਾਡੀ ਸੱਚਾਈ ਅਤੇ ਅਸਲੀਅਤ ਹੈ ਅਸੀਂ ਕਿੱਦਾਂ ਲੱਭੀਏ ਕਿ ਸਾਡੀ ਆਤਮਾ ਕਿਹੜੀ ਹੈ ਮੈਂ ਆਤਮਾ ਨੂੰ ਲੱਭਣ ਦੀ ਤਿਆਰੀ ਵਿੱਚ ਪਹਿਲੇ ਕਦਮ ਦਾ ਜ਼ਿਕਰ ਕੀਤਾ ਸੀ ਅਤੇ ਇਸ ਲਈ ਅਸਰ ਕਰਨ ਨੂੰ ਲੱਭਣ ਲਈ ਜਿਗਿਆਸਾ ਕਰਨੀ ਪਵੇਗੀ ਜੇ ਤੁਸੀਂ ਜਗਿਆਸਾ ਕਰੋਗੇ ਤਾਂ ਤੁਹਾਨੂੰ ਲੱਭਣ ਦਾ ਇੱਕ ਬਹੁਤ ਸੌਖਾ ਤਰੀਕਾ ਦਿੱਤਾ ਜਾਵੇਗਾ ਤਰੀਕਾ ਇਹ ਹੈ ਕਿ ਸਭ ਤੋਂ ਪਹਿਲਾਂ ਆਪਣੀ ਭਾਲ ਦੀ ਦਿਸ਼ਾ ਨੂੰ ਬਦਲਣਾ ਹੋਵੇਗਾ ਜੇ ਤੁਸੀਂ ਬਾਹਰਲੀ ਦੁਨੀਆ ਵਿੱਚ ਕਿਸੇ ਜਗ੍ਹਾ ਭਾਲ ਕਰ ਰਹੇ ਹੋ ਕਿ ਤੁਸੀਂ ਕੌਣ ਹੋ ਤਤਸਿੰਨ ਗਲਤ ਦਿਸ਼ਾਵਾਲ ਦੇਖ ਰਹੇ ਹੋ ਜੇ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਤੁਸੀਂ ਕੌਣ ਹੋ ਤਾਂ ਆਪਣੇ ਅੰਦਰ ਵੇਖੋ ਤੁਸੀਂ ਬਾਹਰ ਦੇਖ ਕੇ ਕਿਵੇਂ ਕਹਿ ਸਕਦੇ ਹੋ ਕਿ ਤੁਸੀਂ ਅੰਦਰ ਲੱਭ ਰਹੇ ਹੋ ਜੇ ਤੁਸੀਂ ਆਪਣੀ ਖੁਦ ਦੀ ਹਕੀਕਤ ਆਪਣੀ ਸਚਾਈ ਨੂੰ ਲੱਭ ਰਹੇ ਹੋ ਤਾਂ ਤੁਹਾਨੂੰ ਲਾਜ਼ਮੀ ਤੌਰ ਤੇ ਆਪਣੇ ਅੰਦਰ ਹੀ ਵੇਖਣਾ ਪਵੇਗਾ ਬਾਹਰ ਨਹੀਂ ਜਿਗਿਆਸੂ ਬਣਨ ਤੋਂ ਬਾਅਦ ਭਾਲ ਕਰਨ ਦਾ ਪਹਿਲਾ ਕਦਮ ਹੈ ਅੰਦਰ ਵੱਲ ਵੇਖਣਾ ਅਸੀਂ ਕਿਸ ਤਰ੍ਹਾਂ ਅੰਦਰ ਵੇਖ ਸਕਦੇ ਹਾਂ ਚੰਗਾ ਆਓ ਮੰਨ ਲਈਏ ਕਿ ਅਸੀਂ ਸ਼ੁੱਧ ਚੇਤਨਾ ਹਾਂ ਅਸੀਂ ਇੱਕ ਜੀਵਨ ਸ਼ਕਤੀ ਹਾਂ ਇਹ ਕਿੱਥੋਂ ਕੰਮ ਕਰ ਰਹੀ ਹੈ ਇਸ ਸਤੂਲ ਸਰੀਰ ਵਿੱਚ ਵੀ ਸਾਡਾ ਜੀਵਨ ਕਿੱਥੋਂ ਚੱਲ ਰਿਹਾ ਹੈ ਜਿਹੜਾ ਸੋਚੋ ਕਿ ਅਸੀਂ ਆਪਣੇ ਹੱਥਾਂ ਪੈਰਾਂ ਨਾਲ ਇਸ ਸਤੂਲ ਸਰੀਰ ਵਿੱਚ ਕੰਮ ਕਰ ਰਹੇ ਹਾਂ ਜਾਂ ਕਿ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਸਿਰਫ ਸਾਡੇ ਨਾਲ ਜੁੜੇ ਹੋਏ ਹਨ ਕਿ ਸਾਡਾ ਸਰੀਰ ਸਾਡੇ ਨਾਲ ਜੁੜਿਆ ਹੈ ਜਾਂ ਅਸੀਂ ਸਰੀਰ ਹਾਂ ਤੁਸੀਂ ਦੇਖੋਗੇ ਕਿ ਇਹ ਸਾਰੀਆਂ ਚੀਜ਼ਾਂ ਸਾਡੇ ਨਾਲ ਜੁੜੀਆਂ ਹੋਈਆਂ ਹਨ ਅਤੇ ਅਸੀਂ ਆਪਣੇ ਸਿਰ ਦੇ ਕਿਸੇ ਹਿੱਸੇ ਤੋਂ ਕੰਮ ਕਰ ਰਹੇ ਹਾਂ ਸੱਚ ਇਹ ਹੈ ਕਿ ਜਦੋਂ ਅਸੀਂ ਆਪਣੀਆਂ ਅੱਖਾਂ ਨੂੰ ਖੋਲਦੇ ਹਾਂ ਬਾਹਰ ਵੇਖਦੇ ਹਾਂ ਤਾਂ ਇਹ ਅੱਖਾਂ ਸਾਡੀ ਆਤਮਾ ਦੀਆਂ ਖਿੜਕੀਆਂ ਹਨ ਸਾਡੇ ਸਵੈ ਦੀਆਂ ਖਿੜਕੀਆਂ ਹਨ ਅਸੀਂ ਬਾਹਰ ਵੇਖਦੇ ਹਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਕਿਧਰੇ ਅੱਖਾਂ ਦੇ ਪਿੱਛੇ ਹਾਂ ਕਿਤੇ ਹੋਰ ਨਹੀਂ ਪੂਰੇ ਸਰੀਰ ਦੀ ਜਾਂਚ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਦਾ ਅਤੇ ਜੇ ਤੁਸੀਂ ਚਾਹੁੰਦੇ ਹੋ ਤਾਂ ਅਸੀਂ ਬਾਅਦ ਵਿੱਚ ਅੱਜ ਜਾਂ ਕੱਲ ਜਦੋਂ ਸਾਡੇ ਕੋਲ ਸਮਾਂ ਹੋਵੇਗਾ ਥੋੜਾ ਜਿਹਾ ਅਭਿਆਸ ਕਰਿਆ ਕਰਾਂਗੇ ਇਹ ਦੱਸਣ ਲਈ ਕਿ ਇਹ ਪਤਾ ਲਗਾਉਣਾ ਕਿੰਨਾ ਸੌਖਾ ਹੈ ਕਿ ਤੁਹਾਡੀ ਚੇਤਨਾ ਇਸ ਸਤੂਲ ਸ਼ਰੀਰ ਵਿੱਚ 1 ਪੁਆਇੰਟ ਤੋਂ ਕੰਮ ਕਰ ਰਹੀ ਹੈ ਉਹ ਉੱਥੋਂ ਫੈਲਦੀ ਹੈ ਇਹ ਚੇਤਨਾ ਹਰ ਚੀਜ਼ ਦੀ ਜਾਂਚ ਉੱਥੋਂ ਸ਼ੁਰੂ ਕਰਦੀ ਹੈ ਪਰ ਇਹ ਇੱਕ ਜਗ੍ਹਾ ਤੇ ਸਥਿਤ ਹੈ ਇਹ ਪਿਕ ਪੁਆਇੰਟ ਤੋ ਫੈਲਦੀ ਹੈ ਇਹ ਇਸ ਪੌਤਿਕ ਸਰੀਰ ਵਿੱਚ ਇੱਕੋ ਇੱਕ ਪੁਆਇੰਟ ਹੈ ਅਤੇ ਇਹ ਪੁਆਇੰਟ ਸਿਰ ਵਿੱਚ ਹੈ ਅਤੇ ਅੱਖਾਂ ਦੇ ਬਿਲਕੁਲ ਪਿੱਛੇ ਅਸੀਂ ਆਪਣੀਆਂ ਅੱਖਾਂ ਖੋਲਦੇ ਹਾਂ ਅਸੀਂ ਦੁਨੀਆ ਵੱਲ ਵੇਖਦੇ ਹਾਂ ਅਸੀਂ ਜਾਣ ਸਕਦੇ ਹਾਂ ਕਿ ਅਸੀਂ ਕਿੱਥੋਂ ਦੇਖ ਰਹੇ ਹਾਂ ਅਸੀਂ ਆਪਣੇ ਸਿਰ ਤੋਂ ਸੁਣਦੇ ਹਾਂ ਸਾਡੇ ਕੰਨ ਇਸ ਤਰ੍ਹਾਂ ਲਗਾਏ ਗਏ ਹਨ ਤਾਂ ਜੋ ਅਸੀਂ ਸਿੱਧੇ ਆਪਣੇ ਦਿਮਾਗ ਵਿੱਚ ਸੁਣ ਸਕੀਏ ਸਾਡੀਆਂ ਅੱਖਾਂ ਐਸੀ ਜਗ੍ਹਾ ਤੇ ਹਨ ਤਾਂ ਕਿ ਅਸੀਂ ਸਿੱਧਾ ਵੇਖ ਸਕੀਏ ਸਰੀਰ ਦੇ ਸਾਰੇ ਪ੍ਰਬੰਧ ਇਸ ਤਰ੍ਹਾਂ ਰੱਖੇ ਗਏ ਹਨ ਕਿ ਉਹਨਾਂ ਨੂੰ ਸਰੀਰ ਵਿੱਚ ਸਥਾਪਿਤ ਡਰਾਈਵਰ ਦੀ ਸੀਟ ਤੋਂ ਚਲਾਇਆ ਜਾ ਸਕਦਾ ਹੈ ਕਿੱਥੇ ਹੈ ਉਹ ਪੁਆਇੰਟ ਉਹ ਕਿਹੜਾ ਪੁਆਇੰਟ ਹੈ ਜਿੱਥੋਂ ਅਸੀਂ ਕੰਮ ਕਰ ਰਹੇ ਹਾਂ ਉਹ ਇੱਕ ਪੁਆਇੰਟ ਵਾਂਗ ਜਾਪਦਾ ਹੈ ਜੋ ਸਿਰ ਦੇ ਅੰਦਰ ਅੱਖਾਂ ਦੇ ਪਿੱਛੇ ਹੈ ਅਸੀਂ ਦੁਨੀਆ ਨੂੰ ਦੋ ਅੱਖਾਂ ਨਾਲ ਵੇਖ ਰਹੇ ਹਾਂ ਇਹ ਦੋਵੇਂ ਅੱਖਾਂ ਸਟੀਰੀਓਸਕੋਪਿਕ ਅਫੈਕਟ ਪੈਦਾ ਕਰਦੇ ਆਂ ਹਨ ਤਿੰਨ ਮਾਪ ਦਿੰਦੇ ਆਂ ਹਨ ਦੂਰੀ ਦਰਸਾਉਂਦੀਆਂ ਹਨ ਡੁੰਗਾਈ ਦਰਸਾਉਂਦੀਆਂ ਹਨ ਪਰ ਕੀ ਅਸੀਂ ਦੋਹਰਾ ਵੇਖਦੇ ਆਂ ਕਿ ਅਸੀਂ ਦੋ ਅੱਖਾਂ ਨਾਲ ਦੋ ਚਿੱਤਰ ਵੇਖਦੇ ਆਂ ਬਿਲਕੁਲ ਨਹੀਂ ਅਸੀਂ ਇੱਕ ਚਿੱਤਰ ਦੇਖਦੇ ਆਂ ਇਹ ਚਿੱਤਰ ਕਿੱਥੇ ਬਣਾਇਆ ਜਾਂਦਾ ਹੈ ਇਹ ਅੱਖਾਂ ਜੋ ਬਾਹਰ ਦੇਖ ਰਹੀਆਂ ਹਨ ਜੇ ਤੁਸੀਂ ਦੇਖੋ ਇਹ ਅੱਖਾਂ ਦੋ ਚਿੱਤਰਾਂ ਨੂੰ ਕਿਸ ਤਰ੍ਹਾਂ ਬਣਾਉਂਦੀਆਂ ਹਨ ਜੇਰਾ ਸੋਚੋ ਕਿ ਅਸੀਂ ਕਿਸ ਜਗ੍ਹਾ ਤੋਂ ਦੇਖਦੇ ਹਾਂ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਦੇਖਣ ਦੀ ਇਹ ਕਿਰਿਆ ਸਿਰ ਦੇ ਮੱਧ ਵਿੱਚ ਵਾਪਰ ਰਹੀ ਹੁੰਦੀ ਹੈ ਕਿਤੇ ਬਾਹਰ ਨਹੀਂ ਨਾ ਹੀ ਅੱਖਾਂ ਦੀ ਸਤਰ ਤੇ ਕਿਉਂਕਿ ਜੇ ਦੇਖਣ ਦੀ ਕਿਰਿਆ ਅੱਖਾਂ ਤੋਂ ਆਰੰਭ ਹੋ ਰਹੀ ਹੁੰਦੀ ਤਾਂ ਅਸੀਂ ਦੋ ਚਿੱਤਰ ਦੇਖਦੇ ਪਰ ਅਸੀਂ ਇੱਕ ਚਿੱਤਰ ਦੇਖਦੇ ਹਾਂ ਕਿਸ ਜਗ੍ਹਾ ਤੇ ਇਹ ਨਜ਼ਰ ਇੱਕ ਹੁੰਦੀ ਹੈ ਇਹ 3D ਪ੍ਰਭਾਵ ਕਿਤੇ ਹੁੰਦਾ ਹੈ ਅੱਖਾਂ ਦੇ ਪਿੱਛੇ ਵਿਚਕਾਰ ਤੋਂ ਜੇ ਮੈਂ ਆਪਣੀਆਂ ਦੋਵੇਂ ਉਂਗਲਾਂ ਇਸ ਤਰ੍ਹਾਂ ਕਰਾਂ ਅਤੇ ਮੰਨ ਲਓ ਕਿ ਉਂਗਲਾਂ ਦੀਆਂ ਇਹ ਨੋਕਾਂ ਮੇਰੀਆਂ ਅੱਖਾਂ ਦੀਆਂ ਪੁਤਰੀਆਂ ਹਨ ਤਾਂ ਜਿੱਥੇ ਇਹ ਦੋਵੇਂ ਉਂਗਲਾਂ ਮਿਲਦੀਆਂ ਹਨ ਇਹ ਸਿਰ ਦੇ ਵਿੱਚ ਲਗਭਗ ਉਨੀ ਹੀ ਦੂਰੀ ਹੈ ਜਿੱਥੋਂ ਅਸਲ ਵਿੱਚ ਅਸੀਂ ਦੇਖਦੇ ਹਾਂ ਅਸਲ ਵਿੱਚ ਅਨੁਭਵ ਕਰਦੇ ਹਾਂ ਸਿਰਫ ਦੇਖਦੇ ਹੀ ਨਹੀਂ ਸਾਡੀ ਸਾਰੀਆਂ ਗਿਆਨ ਇੰਦਰੀਆਂ ਉੱਥੋਂ ਕੰਮ ਕਰਦੀਆਂ ਹਨ ਮਨੁੱਖੀ ਅਸੀਂ ਕੁਝ ਸੁਣਦੇ ਹਾਂ ਅਸੀਂ ਕਿੱਥੋਂ ਸੁਣਦੇ ਹਾਂ ਅਸੀਂ ਉਸੇ ਜਗ੍ਹਾ ਤੋਂ ਜਦੋਂ ਅਸੀਂ ਕੁਝ ਕਰਦੇ ਹਾਂ ਨਿਰਦੇਸ਼ ਕਰਦੇ ਹਾਂ ਮੈਂ ਇਹ ਕਰਨਾ ਚਾਹੁੰਦਾ ਹਾਂ ਅਸੀਂ ਇਹ ਕਿੱਥੋਂ ਕਹਿੰਦੇ ਹਾਂ ਉਸੇ ਜਗ੍ਹਾ ਤੋਂ ਅਜੀਬਾ ਲੱਗਦਾ ਹੈ ਕਿ ਜ਼ਿੰਦਗੀ ਨੂੰ ਚਲਾਉਣ ਲਈ ਡਰਾਈਵਰ ਦੀ ਸੀਟ ਅੱਖਾਂ ਦੇ ਪਿੱਛੇ ਹੈ ਇਹ ਸਿਰਫ ਇੰਨਾ ਹੀ ਨਹੀਂ ਉਸ ਜਗ੍ਹਾ ਦੇ ਬਹੁਤ ਸਾਰੇ ਵੇਰੇਵੇ ਦਿੱਤੇ ਗਏ ਹਨ ਸਾਡੇ ਰੋਹਾਨੀ ਸਾਹਿਤ ਵਿੱਚ ਧਾਰਮਿਕ ਸਾਹਿਤ ਵਿੱਚ ਸਾਨੂੰ ਬਾਰ ਬਾਰ ਦੱਸਿਆ ਗਿਆ ਹੈ ਕਿ ਅੱਖਾਂ ਦੇ ਵਿਚਕਾਰ ਅੱਖਾਂ ਦੇ ਪਿੱਛੇ ਤੀਜੀ ਅੱਖ ਹੁੰਦੀ ਹੈ ਉੱਥੇ ਇੱਕ ਨੁਕਤਾ ਹੈ ਇੱਕ ਪੁਆਇੰਟ ਹੈ ਉੱਥੇ ਇੱਕ ਅੱਖ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਦਾ ਵਰਨਣ ਕੀਤਾ ਗਿਆ ਹੈ ਦਰਸਲ ਕਿਹਾ ਜਾਂਦਾ ਹੈ ਕਿ ਜੇ ਤੁਸੀਂ ਉਸ ਅੱਖ ਨੂੰ ਖੋਲਣ ਅਤੇ ਇਸ ਅੱਖ ਨੂੰ ਵੇ ਸਾਰੰ ਦੇ ਜੋਗ ਹੋ ਜਾਂਦੇ ਹੋ ਤਾਂ ਤੁਸੀਂ ਕੁਝ ਅਜੀਹਾ ਵੇਖਣ ਦੇ ਸਮਰਥ ਹੋ ਜਾਂਦੇ ਹੋ ਜੋ ਤੁਸੀਂ ਕਦੇ ਨਹੀਂ ਸੀ ਦੇਖਿਆ ਇਹ ਕਿਹਾ ਜਾਂਦਾ ਹੈ ਜੇ ਤੁਹਾਡੀ ਅੱਖ ਇੱਕ ਹੋ ਜਾਵੇ ਤਾਂ ਤੁਹਾਡਾ ਸਾਰਾ ਸਰੀਰ ਚਾਨਣ ਨਾਲ ਭਰ ਜਾਵੇਗਾ ਇਹ ਸਿਰਫ ਅਲੰਕਾਰ ਦੀ ਗੱਲ ਨਹੀਂ ਕਰਦੇ ਤੁਸੀਂ ਅਸਲ ਵਿੱਚ ਚਾਨਣ ਵੇਖੋਗੇ ਤੁਸੀਂ ਕਲਪਣਾ ਵੀ ਨਹੀਂ ਕਰ ਸਕਦੇ ਕਿ ਕਿੰਨੀ ਰੋਸ਼ਨੀ ਹੈ ਬਾਹਰ ਤਾਂ ਬਹੁਤ ਥੋੜੀ ਹੈ ਅੱਖਾਂ ਦੇ ਬਿਲਕੁਲ ਪਿੱਛੇ ਸਾਡੇ ਸਰੀਰ ਦੇ ਅੰਦਰ ਬਹੁਤ ਜ਼ਿਆਦਾ ਰੋਸ਼ਨੀ ਮੌਜੂਦ ਹੈ ਪਰ ਅਸੀਂ ਉਸ ਨੂੰ ਕਦੇ ਨਹੀਂ ਵੇਖਦੇ ਕਿਉਂਕਿ ਅਸੀਂ ਬਾਹਰ ਵੇਖਦੇ ਰਹਿੰਦੇ ਹਾਂ ਅਸੀਂ ਨਿਰੰਤਰ ਬਾਹਰ ਵੇਖਦੇ ਰਹਿੰਦੇ ਹਾਂ ਅਤੇ ਇਸ ਲਈ ਸਾਨੂੰ ਕਦੇ ਵੀ ਅੰਦਰ ਵੇਖਣ ਦਾ ਮੌਕਾ ਹੀ ਨਹੀਂ ਮਿਲਿਆ ਹੁਣ ਲੋਕ ਕਹਿੰਦੇ ਹਨ ਚੰਗਾ ਇਹ ਸੋਖਾ ਹੀ ਹੋਵੇਗਾ ਮੈਂ ਆਪਣੀ ਅੱਖਾਂ ਬੰਦ ਕਰਕੇ ਅੰਦਰ ਵੇਖਾਂਗਾ ਅੱਖਾਂ ਬੰਦ ਕਰਕੇ ਤੁਸੀਂ ਅੰਦਰ ਨਹੀਂ ਵੇਖਦੇ ਤੁਸੀਂ ਅਜੇ ਵੀ ਬਾਹਰ ਹੀ ਵੇਖ ਰਹੇ ਹੋ ਹੁਣ ਜੋ ਤੁਸੀਂ ਆਪਣੀਆਂ ਅੱਖਾਂ ਨਾਲ ਵੇਖ ਸਕਦੇ ਹੋ ਅਤੇ ਜਦੋਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਦੇ ਹੋ ਤਾਂ ਤੁਸੀਂ ਇਹ ਵੀ ਨਹੀਂ ਦੇਖ ਸਕਦੇ ਸੋ ਹਨੇਰਾ ਹੀ ਨਜ਼ਰ ਆਵੇਗਾ ਤੁਸੀਂ ਕਿਸੇ ਚੀਜ਼ ਨੂੰ ਕਿਵੇਂ ਵੇਖ ਸਕਦੇ ਹੋ ਇਸ ਲਈ ਅੱਖਾਂ ਨੂੰ ਬੰਦ ਕਰਨਾ ਅੰਦਰ ਵੇਖਣਾ ਨਹੀਂ ਹੈ ਅਸੀਂ ਕਿਸ ਤਰ੍ਹਾਂ ਅੰਦਰ ਵੇਖ ਸਕਦੇ ਹਾਂ ਇਸ ਦੀ ਤਿਆਰੀ ਕਰਨਾ ਬਹੁਤ ਮਹੱਤਵਪੂਰਨ ਹੈ ਅਤੇ ਇਹ ਇੱਕ ਕਾਮਲ ਮੁਰਸ਼ਿਦ ਦਰਸਲ ਕੋਈ ਵੀ ਮੁਰਸ਼ਿਦ ਜੋ ਸਾਨੂੰ ਆਪਣੇ ਆਪ ਤੱਕ ਪਹੁੰਚਣ ਦੀ ਸਹੀ ਦਿਸ਼ਾ ਦਿਖਾਉਂਦੇ ਹਨ ਉਹ ਸਾਨੂੰ ਦੱਸਦੇ ਹਨ ਕਿ ਆਪਣੇ ਆਪ ਵੱਲ ਜਾਣਾ ਸਿਰਫ ਅੱਖਾਂ ਬੰਦ ਕਰਨ ਨਾਲ ਹੀ ਨਹੀਂ ਹੁੰਦਾ ਇਹ ਹੁੰਦਾ ਹੈ ਆਪਣੀਆਂ ਅੱਖਾਂ ਬੰਦ ਕਰਕੇ ਆਪਣੀ ਤਵੱਜਾ ਨੂੰ ਸਿਰ ਦੇ ਕੇਂਦਰ ਤੇ ਵਾਪਸ ਖਿੱਚ ਕੇ ਉਹ ਤਵੱਜਾ ਹੀ ਹੈ ਜੋ ਸਾਨੂੰ ਹਰ ਚੀਜ਼ ਦਾ ਗਿਆਨ ਦਿੰਦੀ ਹੈ ਜੇ ਮੈਂ ਵੇਖਣਾ ਚਾਹਵਾਂ ਕਿ ਇੱਥੇ ਇੱਕ ਕੱਪ ਪਿਆ ਹੈ ਇੱਕ ਪਾਣੀ ਦਾ ਕੱਪ ਤਾਂ ਮੈਂ ਕੀ ਕਰਾਂ ਮੈਂ ਆਪਣੇ ਤਵਜੋ ਇਸ ਤੇ ਪਾਵਾਂਗਾ ਜੇ ਮੈਂ ਆਪਣੇ ਤਵਜੋ ਕਿਤੇ ਹੋਰ ਰੱਖਦਾ ਹਾਂ ਤਾਂ ਮੈਨੂੰ ਪਿਆਲਾ ਦਿਖਾਈ ਨਹੀਂ ਦੇਵੇਗਾ ਮੈਂ ਥੋੜਾ ਜਿਹਾ ਪਾਣੀ ਪੀਣਾ ਚਾਹੁੰਦਾ ਹਾਂ ਉਸ ਤੇ ਤਵਜੋ ਦੇਵਾਂਗਾ ਦੁਨੀਆ ਵਿੱਚ ਜੋ ਵੀ ਅਸੀਂ ਕਰਦੇ ਹਾਂ ਤਵਜੋ ਦੇ ਕੇ ਕਰਦੇ ਹਾਂ ਕੀ ਤੁਸੀਂ ਕਲਪਨਾ ਕਰ ਸਕਦੇ ਹੋ ਤਵਜੋ ਸਭ ਤੋਂ ਵੱਡਾ ਹਥਿਆਰ ਹੈ ਜਿਸ ਨਾਲ ਅਸੀਂ ਕੁਝ ਵੀ ਕਰ ਸਕਦੇ ਹਾਂ ਆਪਣੀ ਜ਼ਿੰਦਗੀ ਜਿਉਣ ਬਾਹਰ ਜਾਂ ਅੰਦਰ ਜਿਉਣ ਅਤੇ ਆਪਣੇ ਆਪ ਵਿੱਚ ਸਚਾਈ ਦੀ ਭਾਲ ਕਰਨ ਲਈ ਇਹਨਾਂ ਸਭ ਲਈ ਤਵੱਜਾ ਦੀ ਸ਼ਕਤੀ ਹੀ ਇੱਕੋ ਚੀਜ਼ ਹੈ ਜਿਸ ਦੀ ਸਾਨੂੰ ਜ਼ਰੂਰਤ ਹੈ ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਤੀਜੀ ਅੱਖ ਜਿਸ ਤੋਂ ਚੇਤਨਾ ਕੰਮ ਕਰ ਰਹੀ ਹੁੰਦੀ ਹੈ ਜਿੱਥੇ ਸਾਡੀ ਆਤਮਾ ਇੱਕ ਸਤੂਲ ਸਰੀਰ ਦੇ ਅੰਦਰ ਬੈਠੀ ਹੈ ਸਭ ਤੋਂ ਉੱਤਮ ਢੰਗ ਆਪਣੇ ਤਵੱਜਾ ਨੂੰ ਵਾਪਸ ਉਸ ਪੁਆਇੰਟ ਵੱਲ ਖਿੱਚਣਾ ਹੈ ਅਤੇ ਇਸ ਤਵੱਜਾ ਨੂੰ ਵਾਪਸ ਖਿੱਚਣਾ ਬਹੁਤ ਸੋਖਾ ਲੱਗਦਾ ਹੈ ਇਹ ਇੰਨਾ ਸੋਖਾ ਨਹੀਂ ਹੈ ਕਿਉਂਕਿ ਅਸੀਂ ساری ਜ਼ਿੰਦਗੀ ਕਈ ਜ਼ਿੰਦਗੀਆਂ ਇਸ ਅਭਿਆਸ ਵਿੱਚ ਬਤਾਈ ਹੈ ਕਿ ਤਵੱਜਾ ਨੂੰ ਬਾਹਰ ਕਿਵੇਂ ਕੇਂਦਰਿਤ ਕਰਨਾ ਹੈ ਇੱਕ ਨਵ ਜਮਿਆ ਬੱਚਾ ਇੱਕ ਛੋਟਾ ਜਿਹਾ ਬੱਚਾ ਜਦੋਂ ਇਸ ਸੰਸਾਰ ਵਿੱਚ ਆਉਂਦਾ ਹੈ ਅਤੇ ਇੱਕੋਦਮ ਉਸ ਦੇ ਸਾਹਮਣੇ ਖਿਡਾਉਣੇ ਹਲਾਉਂਦੇ ਹਾਂ ਤਾਂ ਜੋ ਬੱਚਾ ਬਾਹਰੀ ਸੰਸਾਰ ਵਿੱਚ ਲੀਨ ਹੋ ਜਾਵੇ ਉਦੋਂ ਬੱਚਾ ਬਹੁਤ ਡੂੰਗੀ ਸੋਚ ਵਿੱਚ ਹੁੰਦਾ ਹੈ ਅਸੀਂ ਉਸ ਨਵੇਂ ਜੰਮੇ ਬੱਚੇ ਦੀਆਂ ਅੱਖਾਂ ਵਿੱਚ ਵੇਖਦੇ ਹਾਂ ਕਹਿੰਦੇ ਹਾਂ ਬੱਚਾ ਕੀ ਸੋਚ ਰਿਹਾ ਹੈ ਛੋਟੇ ਬੱਚੀ ਦੀਆਂ ਅੱਖਾਂ ਵੱਲ ਵੇਖੋ ਲੱਗਦਾ ਹੈ ਕਿ ਬੱਚਾ ਕਿਸੇ ਅੰਦਰੂਨੀ ਚੀਜ਼ ਬਾਰੇ ਸੋਚ ਰਿਹਾ ਹੈ ਅਤੇ ਅਸੀਂ ਚਾਹੁੰਦੇ ਹਾਂ ਉਹ ਸਾਡੀ ਗੱਲ ਸੁਣੇ ਅਤੇ ਬਾਹਰ ਦੇ ਸੰਸਾਰ ਵੱਲ ਧਿਆਨ ਦੇਵੇ ਇਸ ਲਈ ਅਸੀਂ ਆਪਣੇ ਆਪ ਨੂੰ ਸਿਖਲਾਈ ਦਿੰਦੇ ਰਹਿੰਦੇ ਹਾਂ ਅਸੀਂ ਸ਼ਾਇਦ ਆਪਣੇ ਆਪ ਨੂੰ ਬਾਹਰ ਵੇਖਣ ਲਈ ਹਜ਼ਾਰਾਂ ਸਾਲਾਂ ਤੋਂ ਸਿਖਲਾਈ ਦਿੱਤੀ ਹੋਈ ਹੈ ਅਸੀਂ ਪੁੱਛ ਚੁੱਕੇ ਹਾਂ ਕਿ ਤਵੱਜਹ ਦੇ ਇਸ ਪ੍ਰਵਾਹ ਨੂੰ ਕਿਵੇਂ ਪਲਟਣਾ ਹੈ ਅਤੇ ਅਸੀਂ ਸਮਝਦੇ ਹਾਂ ਕਿ ਤਵੱਜਹ ਨੂੰ ਵਰਤਨ ਦਾ ਇੱਕੋ ਹੀ ਘਟੰਗ ਹੈ ਕਿ ਇਸ ਨੂੰ ਕਿਸੇ ਚੀਜ਼ ਤੇ ਕੇਂਦਰਿਤ ਕਰਨਾ ਜਦੋਂ ਵੀ ਅਸੀਂ ਕਹਿੰਦੇ ਹਾਂ ਕਿ ਆਪਣੀ ਤਵੱਜਹ ਕੇਂਦਰਿਤ ਕਰੋ ਇਸ ਦਾ ਮਤਲਬ ਹੈ ਕਿ ਤੁਸੀਂ ਜਿੱਥੇ ਹੋ ਉੱਥੋਂ ਇਸ ਨੂੰ ਬਾਹਰ ਵੱਲ ਲਿਜਾਓ ਕੋਈ ਵੀ ਕਦੇ ਨਹੀਂ ਕਹਿੰਦਾ ਵਾਪਸ ਉਸ ਜਗ੍ਹਾ ਜਾਓ ਜਿੱਥੋਂ ਤਵੱਜ ਨੂੰ ਕੇਂਦਰਿਤ ਕੀਤਾ ਜਾ ਰਿਹਾ ਹੈ ਕੋਈ ਨਹੀਂ ਕਹਿੰਦਾ ਤਵੱਜ ਵਾਪਸ ਖਿੱਚ ਲਓ ਹਰ ਕੋਈ ਕਹਿੰਦਾ ਹੈ ਤਵੱਜ ਕੇਂਦਰਿਤ ਕਰੋ ਉਹ ਲੋਕ ਜੋ ਨਿਯਮਤ ਤੌਰ ਤੇ ਅਤਨਦਾਨੀ ਨਾਲ ਅਭਿਆਸ ਕਰਦੇ ਹਨ ਉਹ ਵੀ ਇਹੀ ਗਲਤੀ ਕਰਦੇ ਹਨ ਉਹ ਵੀ ਆਪਣੀ ਤਵੱਜ ਨੂੰ ਕਿਸੇ ਚੀਜ਼ ਤੇ ਕੇਂਦਰਿਤ ਕਰਦੇ ਹਨ ਕਿਸੇ ਤਸਵੀਰ ਤੇ ਕੇਂਦਰਿਤ ਕਰਦੇ ਹਨ ਕਿਸੇ ਆਕ੍ਰਿਤੀ ਤੇ ਤਵੱਜ ਨੂੰ ਕੇਂਦਰਿਤ ਕਰਦੇ ਹਨ ਕੰਧ ਤੇ ਲਟਕੀ ਕਿਸੇ ਚੀਜ਼ ਤੇ ਤਵਜੂ ਕੇਂਦਰਿਤ ਕਰਦੇ ਹਨ ਕਿਸੇ ਬੁੱਤ ਤੇ ਤਵਜੂ ਕੇਂਦਰਿਤ ਕਰਦੇ ਹਨ ਅਸੀਂ ਹਰੇਕ ਨੂੰ ਇਹੀ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਪਣੇ ਆਪ ਤੋਂ ਬਾਹਰ ਕਿਵੇਂ ਨਿਕਲਣਾ ਹੈ ਨਾ ਕਿ ਵਾਪਸ ਉਸ ਜਗ੍ਹਾ ਜਾਣਾ ਜਿੱਥੇ ਤੁਸੀਂ ਹੋ ਇਸ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਸਿੱਖਣ ਦੀ ਹੈ ਕਿ ਤਵਜੂ ਨੂੰ ਅੱਖਾਂ ਦੇ ਪਿੱਛੇ ਆਪਣੇ ਆਪ ਵੱਲ ਕਿਵੇਂ ਵਾਪਸ ਖਿੱਚਿਆ ਜਾਵੇ ਅਸੀਂ ਇਹ ਕਦੇ ਨਹੀਂ ਕੀਤਾ ਇਸ ਲਈ ਇਹ ਮੁਸ਼ਕਲ ਲੱਗਦਾ ਹੈ ਜਦੋਂ ਅਸੀਂ ਇਹ ਕਰਦੇ ਹਾਂ ਅਤੇ ਇਸ ਦਾ ਅਭਿਆਸ ਕਰਦੇ ਹਾਂ ਤਾਂ ਇਹ ਬਹੁਤ ਸੌਖਾ ਹੋ ਜਾਂਦਾ ਹੈ ਆਪਣੇ ਆਪ ਵੱਲ ਤਵਜੋ ਵਾਪਸ ਖਿੱਚਣਾ ਬਹੁਤ ਸੌਖੀ ਚੀਜ਼ ਹੈ ਤੁਹਾਨੂੰ ਖੋਜ ਕਰਨ ਦੀ ਜ਼ਰੂਰਤ ਨਹੀਂ ਕਿ ਤੁਹਾਨੂੰ ਕਿੱਥੇ ਜਾਣਾ ਹੈ ਬਸ ਆਪਣੀ ਤਵਜੋ ਨੂੰ ਉਸ ਜਗ੍ਹਾ ਤੇ ਵਾਪਸ ਲੈ ਜਾਓ ਜਿਸ ਜਗ੍ਹਾ ਤੋਂ ਤਵਜੋ ਬਾਹਰ ਸੁੱਟ ਰਹੇ ਹੋ ਆਪਣੇ ਆਪ ਦੀ ਖੋਜ ਦਾ ਅਭਿਆਸ ਇਹਨਾਂ ਚੀਜ਼ਾਂ ਨਾਲ ਸ਼ੁਰੂ ਹੁੰਦਾ ਹੈ ਇਹ ਜਾਣਨ ਦਾ ਅਭਿਆਸ ਕਿ ਅੱਖਾਂ ਦੇ ਪਿੱਛੇ ਤੀਜੀ ਅੱਖ ਦੇ ਕੇਂਦਰ ਵਿੱਚ ਆਪਣੇ ਖੁਦ ਦੇ ਵੱਲ ਤਵੱਜਾ ਨੂੰ ਕਿਵੇਂ ਵਾਪਸ ਖਿੱਚਣਾ ਹੈ ਤੀਜੀ ਅੱਖ ਦਾ ਇਹ ਕੇਂਦਰ ਸਥਾਈ ਕੇਂਦਰ ਨਹੀਂ ਹੈ ਇਹ ਅਸਥਾਈ ਹੈ ਕਿਉਂਕਿ ਇਹ ਸਰੀਰ ਅਸਥਾਈ ਹੈ ਯਕੀਨਨ ਇਹ ਸਥਾਈ ਨਹੀਂ ਹੈ ਇਹ ਸਰੀਰ ਨਾਲ ਚਲਾ ਜਾਂਦਾ ਹੈ ਇਹ ਸਿਰਫ ਅਸਥਾਈ ਤੌਰ ਤੇ ਉੱਥੇ ਹੈ ਨਾ ਸਿਰਫ ਤੀਸਰੀ ਅੱਖ ਦਾ ਕੇਂਦਰ ਸਾਡੀ ਚੇਤਨਾ ਅਤੇ ਸਾਡੀ ਜੀਵਨ ਸ਼ਕਤੀ ਦਾ ਅਸਥਾਈ ਸਥਾਨ ਹੈ ਇਹ ਸਰੀਰ ਵਿੱਚ ਹੁੰਦੇ ਹੋਏ ਵੀ ਅਸਥਾਈ ਹੈ ਇਹ ਸਿਰਫ ਉਦੋਂ ਹੀ ਦੋ ਅੱਖਾਂ ਦੇ ਪਿੱਛੇ ਹੁੰਦਾ ਹੈ ਜਦੋਂ ਅਸੀਂ ਜਾਗਦੇ ਹਾਂ ਇੱਕ ਜਾਗਿਆ ਹੋਇਆ ਵਿਅਕਤੀ ਸੁੱਤੇ ਮਨੁੱਖ ਨਾਲੋਂ ਵੱਖਰਾ ਹੁੰਦਾ ਹੈ ਜਦੋਂ ਮਨੁੱਖ ਸੌਂ ਰਿਹਾ ਹੁੰਦਾ ਹੈ ਤਾਂ ਉਸ ਦਾ ਆਪਣੇ ਸਰੀਰ ਉੱਤੇ ਕੋਈ ਨਿਯੰਤਰਣ ਨਹੀਂ ਹੁੰਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਸਰੀਰ ਕਿੱਥੇ ਹੈ ਸੌਂਦੇ ਹੋਏ ਚੇਤਨਾ ਦਾ ਕੇਂਦਰ ਅੱਖਾਂ ਦੇ ਪਿੱਛੇ ਨਹੀਂ ਹੁੰਦਾ ਇਹ ਡਿਗ ਜਾਂਦਾ ਹੈ ਇਸ ਦੀ ਜਾਂਚ ਕੀਤੀ ਜਾ ਸਕਦੀ ਹੈ ਭਾਰਤ ਵਿੱਚ ਕਈ ਯੋਗੀਆਂ ਤੇ ਸਵਾਮੀਆ ਜਿਨ੍ਹਾਂ ਨੇ ਕਈ ਕਿਸਮ ਦੇ ਅਭਿਆਸ ਕੀਤੇ ਹਨ ਨੇ ਅਸਲ ਵਿੱਚ ਮਹਿਸੂਸ ਕੀਤਾ ਕਿ ਚੇਤਨਾ ਦਾ ਕੇਂਦਰ ਜੋ ਜਾਗਦੀ ਅਵਸਥਾ ਵਿੱਚ ਅੱਖਾਂ ਦੇ ਪਿੱਛੇ ਹੁੰਦਾ ਹੈ ਜਦੋਂ ਅਸੀਂ ਸੌਂਦੇ ਹਾਂ ਉਹ ਹੇਠਾਂ ਡਿਗ ਜਾਂਦਾ ਹੈ ਅਤੇ ਅਸਲ ਵਿੱਚ ਜਦੋਂ ਅਸੀਂ ਸੁਪਨੇ ਵੇਖ ਰਹੇ ਹੁੰਦੇ ਹਾਂ ਉਹ ਗਲ ਦੇ ਪੱਧਰ ਤੇ ਹੁੰਦਾ ਹੈ ਜਦੋਂ ਅਸੀਂ ਡੂੰਘੀ ਨੀਂਦ ਵਿੱਚ ਹੁੰਦੇ ਹਾਂ ਅਤੇ ਸਾਨੂੰ ਆਪਣੇ ਸੁਪਨੇ ਵੀ ਯਾਦ ਨਹੀਂ ਰਹਿੰਦੇ ਤਾਂ ਇਹ ਦਿਲ ਦੇ ਪੱਧਰ ਤੇ ਚਲਾ ਜਾਂਦਾ ਹੈ ਇਸ ਤਰ੍ਹਾਂ ਇਹ ਉੱਪਰ ਅਤੇ ਹੇਠਾਂ ਚੱਲਦਾ ਰਹਿੰਦਾ ਹੈ ਹੁਣ ਜੇ ਤੁਸੀਂ ਇਸ ਤੇ ਪਰਖ ਕਰਨਾ ਚਾਹੁੰਦੇ ਹੋ ਕੋਈ ਵੀ ਇਸ ਨੂੰ ਪਰਖ ਸਕਦਾ ਹੈ ਰਾਤ ਨੂੰ ਜਦੋਂ ਤੁਸੀਂ ਸੌਣ ਲਈ ਜਾਂਦੇ ਹੋ ਜਦੋਂ ਤੁਸੀਂ ਬਹੁਤ ਥੱਕੇ ਹੋਏ ਹੁੰਦੇ ਹੋ ਅਤੇ ਤੁਹਾਨੂੰ ਨੀਂਦ ਆ ਰਹੀ ਹੁੰਦੀ ਹੈ ਤਾਂ ਇੱਕ ਸੋਖੀ ਜਿਹੀ ਚੀਜ਼ ਕਰੋ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਤੱਕ ਲਿਜਾਓ ਦਿਨ ਵੇਲੇ ਜਦੋਂ ਤੁਸੀਂ ਜਾਗ ਰਹੇ ਹੁੰਦੇ ਹੋ ਤਾਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਵੀ ਆਪਣੀਆਂ ਅੱਖਾਂ ਨੂੰ ਆਪਣੇ ਹੱਥਾਂ ਨਾਲ ਛੂ ਸਕਦੇ ਹੋ ਤੁਸੀਂ ਜਾਣਦੇ ਹੋ ਕਿ ਉਹ ਕਿੱਥੇ ਹਨ ਤੁਹਾਨੂੰ ਆਪਣੇ ਹੱਥਾਂ ਵੱਲ ਵੇਖਣ ਦੀ ਜ਼ਰੂਰਤ ਨਹੀਂ ਹੁੰਦੀ ਤੁਸੀਂ ਜਾਣਦੇ ਹੋ ਉਹ ਕਿੱਥੇ ਹਨ ਤੁਹਾਡੇ ਕੋਲ ਇੱਕ ਸਰੀਰ ਹੋਣ ਦਾ ਅਹਿਸਾਸ ਹਮੇਸ਼ਾ ਕਾਇਮ ਰੰਦਾ ਹੈ ਅਸੀਂ ਜਾਣਦੇ ਹਾਂ ਕਿ ਇਹ ਸਾਡਾ ਸਰੀਰ ਹੈ ਜੇਕਰ ਅਸੀਂ ਆਪਣੀਆਂ ਅੱਖਾਂ ਬੰਦ ਕਰੀਏ ਤਾਂ ਵੀ ਅਸੀਂ ਜਾਣਦੇ ਹਾਂ ਕਿ ਅੱਖਾਂ ਕਿੱਥੇ ਹਨ ਅਤੇ ਅਸੀਂ ਆਪਣੀਆਂ ਅੱਖਾਂ ਨੂੰ ਛੂਹ ਸਕਦੇ ਹਾਂ ਜਦੋਂ ਤੁਸੀਂ ਸੌਣ ਜਾ ਰਹੇ ਹੁੰਦੇ ਹੋ ਤਾਂ ਉਹੀ ਕਿਰਿਆ ਕਰੋ ਆਪਣੀਆਂ ਅੱਖਾਂ ਨੂੰ ਛੂਹਣ ਦੀ ਕੋਸ਼ਿਸ਼ ਕਰੋ ਤੁਸੀਂ ਆਪਣੇ ਨੱਕ ਨੂੰ ਛੂਹੋਗੇ ਅਤੇ ਤੁਸੀਂ ਸੋਚੋਗੇ ਕਿ ਤੁਸੀਂ ਆਪਣੀਆਂ ਅੱਖਾਂ ਨੂੰ ਛੂ ਰਹੇ ਹੋ ਕੋਈ ਵੀ ਇਸ ਨੂੰ ਕਰ ਸਕਦਾ ਹੈ ਅਸਲ ਵਿੱਚ ਜਾਗਦੀ ਅਵਸਥਾ ਵਿੱਚ ਅਸੀਂ ਅੱਖਾਂ ਨੂੰ ਸੰਦਰਭ ਦੇ ਪੁਆਇੰਟ ਵਜੋਂ ਵਰਤ ਰਹੇ ਹੁੰਦੇ ਹਾਂ ਨੀਂਦ ਵਿੱਚ ਅਜਿਹਾ ਨਹੀਂ ਹੁੰਦਾ ਕਿਸੇ ਹੋਰ ਅਵਸਥਾ ਵਿੱਚ ਅਜਿਹਾ ਨਹੀਂ ਹੁੰਦਾ ਇਸ ਲਈ ਇਸ ਤੀਜੀ ਅੱਖ ਦੇ ਕੇਂਦਰ ਦਾ ਅਸਲ ਸਥਾਨ ਸਥਾਈ ਨਹੀਂ ਹੈ ਸਿਰਫ ਜਾਗਦੀ ਅਵਸਥਾ ਵਿੱਚ ਹੀ ਇਹ ਅੱਖਾਂ ਦੇ ਪਿੱਛੇ ਕਾਰਜਸ਼ੀਲ ਹੁੰਦਾ ਹੈ ਇਸ ਲਈ ਇਹ ਜਾਣਨ ਲਈ ਕਿ ਤੁਸੀਂ ਕੌਣ ਹੋ ਜੋ ਕੋਈ ਵੀ ਅਭਿਆਸ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇਹ ਜ਼ਰੂਰੀ ਹੈ ਕਿ ਤੁਸੀਂ ਪੂਰੀ ਤਰ੍ਹਾਂ ਜਾਗਦੇ ਹੋਵੋ ਜੇ ਤੁਸੀਂ ਉਨੀਂਦਰੇ ਹੋ ਜੇ ਤੁਸੀਂ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਜਾਂ ਨਸ਼ਾ ਲਿਆ ਹੋਇਆ ਹੈ ਅਤੇ ਫਿਰ ਸੋਚੋਗੇ ਹੁਣ ਮੈਂ ਸਚਾਈ ਨੂੰ ਲੱਭਣ ਜਾ ਰਿਹਾ ਹਾਂ ਤਾਂ ਤੁਸੀਂ ਕਦੇ ਵੀ ਨਹੀਂ ਲੱਭ ਸਕੋਗੇ ਕਿਉਂਕਿ ਤੁਸੀਂ ਸਹੀ ਜਗ੍ਹਾ ਤੇ ਨਹੀਂ ਹੋ ਤੁਹਾਨੂੰ ਸਹੀ ਜਗ੍ਹਾ ਤੇ ਰਹਿਣਾ ਪਵੇਗਾ ਜੋ ਜਾਗਦੇ ਅਵਸਥਾ ਵਿੱਚ ਅੱਖਾਂ ਦੇ ਪਿੱਛੇ ਹੈ ਇਸ ਲਈ ਆਪਣੇ ਆਪ ਨੂੰ ਖੋਜਣ ਦਾ ਅਭਿਆਸ ਜਾਗਦੇ ਅਵਸਥਾ ਵਿੱਚ ਹੀ ਕੀਤਾ ਜਾਣਾ ਚਾਹੀਦਾ ਹੈ ਕਿਸੇ ਹੋਰ ਅਵਸਥਾ ਵਿੱਚ ਨਹੀਂ ਇਸ ਵਿੱਚ ਹੋਰ ਕੋਈ ਵੀ ਚੀਜ਼ ਤੁਹਾਡੀ ਮਦਦ ਨਹੀਂ ਕਰ ਸਕਦੀ ਲੋਕ ਸੋਚਦੇ ਹਨ ਕਿ ਇੱਥੇ ਕੁਝ ਪੌਦੇ ਹਨ ਅਸੀਂ ਇਹਨਾਂ ਪੌਦਿਆਂ ਦਾ ਕੜਾੜਾ ਬਣਾ ਕੇ ਉਸ ਦਾ ਸੇਵਨ ਕਰਕੇ ਕਿਸੇ ਹੋਰ ਅਵਸਥਾ ਵਿੱਚ ਜਾ ਸਕਦੇ ਹਾਂ ਉਹ ਕਿਤੇ ਨਹੀਂ ਜਾਂਦੇ ਇਹ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਕੋਈ ਨਵਾਂ ਅਨੁਭਵ ਹੋਵੇ ਜੋ ਕਿ ਕਈ ਹੋਰ ਤਰੀਕਿਆਂ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਇਹ ਪਤਾ ਲਗਾਉਣ ਲਈ ਕਿ ਤੁਸੀਂ ਕੌਣ ਹੋ ਆਪਣੇ ਅਸਲ ਦਾ ਪਤਾ ਲਗਾਉਣ ਲਈ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੁਹਾਨੂੰ ਜਾਗਦੇ ਅਵਸਥਾ ਵਿੱਚ ਹੀ ਅਭਿਆਸ ਜਾਂ ਕਿਸੇ ਹੋਰ ਸਵੈ ਖੋਜ ਦੀ ਤਕਨੀਕ ਦੀ ਸਾਧਨਾ ਕਰਨੀ ਪਵੇਗੀ ਇਸ ਲਈ ਜਾਗਦੀ ਅਵਸਥਾ ਵਿੱਚ ਤੁਸੀਂ ਲੱਭਣ ਦਾ ਫੈਸਲਾ ਲੈਂਦੇ ਹੋ ਅਤੇ ਫਿਰ ਤੁਸੀਂ ਸਿੱਖਦੇ ਹੋ ਕਿ ਆਪਣੀ ਤਵੱਜਾ ਨੂੰ ਕਿਵੇਂ ਵਾਪਸ ਖਿੱਚਣਾ ਹੈ ਕਿਸੇ ਵੀ ਕਿਸਮ ਦਾ ਅਭਿਆਸ ਜਿਸ ਨਾਲ ਤੁਸੀਂ ਆਪਣੀ ਤਵੱਜਾ ਨੂੰ ਆਪਣੇ ਸਿਰ ਦੇ ਕੇਂਦਰ ਵੱਲ ਵਾਪਸ ਖਿੱਚ ਸਕੋ ਉਹ ਇੱਕ ਵਧੀਆ ਅਭਿਆਸ ਹੈ ਅਧਿਆਤਮਿਕ ਮਾਰਗ ਦੀ ਇੱਕ ਚੰਗੀ ਤਿਆਰੀ ਹੈ ਘਰ ਵਾਪਸ ਜਾਣ ਲਈ ਇੱਕ ਵਧੀਆ ਤਿਆਰੀ ਹੈ ਹੁਣ ਤਵੱਜਾ ਨੂੰ ਵਾਪਸ ਖਿੱਚਣ ਲਈ ਜੇ ਤੁਸੀਂ ਇਸ ਦੇ ਆਦੀ ਨਹੀਂ ਹੋ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਤੁਹਾਨੂੰ ਇੰਜ ਕਰਨ ਲਈ ਕੋਈ ਵਿਸ਼ੇਸ਼ ਸਹੂਲਤਾ ਕੋਈ ਵਿਸ਼ੇਸ਼ ਯੋਗਤਾ ਦਿੱਤੀ ਗਈ ਹੈ ਹਾਂ ਸ਼ਾਨਦਾਰ ਯੋਗਤਾ ਇਸ ਨੂੰ ਕਲਪਨਾ ਕਿਹਾ ਜਾਂਦਾ ਹੈ ਇਹ ਇੱਕ ਮਹਾਨ ਯੋਗਤਾ ਹੈ ਕਈ ਵਾਰ ਕਲਪਨਾ ਨੂੰ ਅਸੀਂ ਕਿਸੇ ਝੂਠੀ ਕਾਲਪਨਿਕ ਚੀਜ਼ ਦੇ ਤੌਰ ਤੇ ਖਾਰਜ ਕਰ ਦਿੰਦੇ ਹਾਂ ਕਿ ਇਹ ਵਿਕਾਰ ਹੈ ਪਰ ਸਚਾਈ ਇਹ ਹੈ ਕਿ ਕਲਪਨਾ ਦੁਆਰਾ ਅਸੀਂ ਆਪਣੇ ਤਵੱਜਾ ਦੀ ਸ਼ਕਤੀ ਨੂੰ ਜਿੱਥੇ ਅਸੀਂ ਚਾਹੁੰਦੇ ਹਾਂ ਉੱਥੇ ਕੇਂਦਰਿਤ ਕਰ ਸਕਦੇ ਹਾਂ ਜੇ ਤੁਸੀਂ ਕਿਸੇ ਚੀਜ਼ ਦੀ ਕਲਪਨਾ ਕਰਦੇ ਹੋ ਅਤੇ ਜ਼ੋਰਦਾਰ ਕਲਪਨਾ ਕਰਦੇ ਹੋ ਅਤੇ ਉਸ ਤੇ ਆਪਣੀ ਤਵੱਜਾ ਲਗਾਉਂਦੇ ਹੋ ਤਾਂ ਤੁਹਾਡੀ ਤਵੱਜਾ ਉਸ ਜਗ੍ਹਾ ਉੱਤੇ ਕੇਂਦਰਿਤ ਹੋ ਜਾਂਦੀ ਹੈ ਜਿਸ ਦੀ ਤੁਸੀਂ ਕਲਪਨਾ ਕਰਦੇ ਹੋ ਇਸ ਲਈ ਇਹ ਇੰਨਾ ਸੁਖਾਲਾ ਨਹੀਂ ਕਿ ਆਪਣੀ ਅੱਖਾਂ ਬੰਦ ਕਰਕੇ ਅਸੀਂ ਕਹੀਏ ਕਿ ਅਸੀਂ ਅੰਦਰ ਹਾਂ ਸਿਰਫ ਆਪਣੇ ਅੱਖਾਂ ਬੰਦ ਕਰਕੇ ਤੁਸੀਂ ਕਦੇ ਵੀ ਅੰਦਰ ਨਹੀਂ ਹੁੰਦੇ ਇਹ ਕਲਪਨਾ ਕਰਕੇ ਕਿ ਤੁਸੀਂ ਸਿਰ ਦੇ ਕੇਂਦਰ ਵਿੱਚ ਬੈਠੇ ਹੋ ਤੁਸੀਂ ਆਪਣੀ ਤਵੱਜਾ ਨੂੰ ਵਾਪਸ ਖਿੱਚ ਸਕਦੇ ਹੋ ਅਜਿਹਾ ਕਰਨ ਲਈ ਤੁਹਾਨੂੰ ਸਰੀਰ ਨੂੰ ਇੱਕ ਵੱਖਰੇ ਢੰਗ ਨਾਲ ਵਿਚਾਰਨਾ ਹੋਵੇਗਾ ਉਸ ਤੋਂ ਵੱਖਰਾ ਜੋ ਅਸੀਂ ਹੁਣ ਕਰ ਰਹੇ ਹਾਂ ਹੁਣ ਅਸੀਂ ਸੋਚਦੇ ਹਾਂ ਕਿ ਸਰੀਰ ਸਾਡਾ ਆਪਾ ਹੈ ਅਸੀਂ ਆਪਣੇ ਸਰੀਰ ਦੇ ਅੰਦਰ ਬੈਠਣ ਦੀ ਕਲਪਨਾ ਨਹੀਂ ਕਰ ਸਕਦੇ ਜੇ ਅਸੀਂ ਕਲਪਨਾ ਕਰੀਏ ਕਿ ਇਹ ਸਰੀਰ ਸਾਦਾ ਆਪਾ ਨਹੀਂ ਬਲਕਿ ਇੱਕ ਘਰ ਹੈ ਅਜਿਹੀ ਚੀਜ਼ ਜਿਸ ਵਿੱਚ ਅਸੀਂ ਰਹਿ ਰਹੇ ਹਾਂ ਅਤੇ ਅਸੀਂ ਆਪਣੇ ਸਿਰ ਵਿੱਚ ਰਹਿੰਦੇ ਹਾਂ ਤਾਂ ਸਰੀਰ ਵਿੱਚ ਕਿਤੇ ਵੀ ਜਾਣਾ ਸੰਭਵ ਹੈ ਇਸ ਲਈ ਸਭ ਤੋਂ ਪਹਿਲਾ ਜ਼ਰੂਰੀ ਅਭਿਆਸ ਜੋ ਕਿ ਆਪਣੇ ਆਪ ਨੂੰ ਜਾਣਨ ਦੀ ਤਿਆਰੀ ਕਰਨ ਲਈ ਵੀ ਜ਼ਰੂਰੀ ਹੈ ਉਹ ਇਹ ਹੈ ਕਿ ਪਹਿਲਾਂ ਤੁਹਾਨੂੰ ਇਹ ਮੰਨਣਾ ਹੋਵੇਗਾ ਕਿ ਇਹ ਸਰੀਰ ਤੁਹਾਡਾ ਘਰ ਹੈ ਤੁਸੀਂ ਇਸ ਘਰ ਵਿੱਚ ਰਹਿ ਰਹੇ ਹੋ ਤੁਸੀਂ ਇੱਕ ਸਰੀਰ ਨਹੀਂ ਹੋ ਸਰੀਰ ਇੱਕ ਘਰ ਹੈ ਅਤੇ ਇਸ ਨੂੰ ਵਧੇਰੇ ਸਪਸ਼ਟ ਬਣਾਉਣ ਲਈ ਸੋਚੋ ਕਿ ਇਹ ਸਰੀਰ ਇੱਕ ਘਰ ਹੈ ਅਤੇ ਇਸ ਦੀਆਂ 6 ਮੰਜ਼ਲਾ ਹਨ 6 ਮੰਜ਼ਲਾ ਸਾਡੇ ਸਰੀਰ ਵਿੱਚ ਊਰਜਾ ਦੇ 6 15 ਦੇ ਆਧਾਰ ਤੇ ਹਨ ਜਿਨ੍ਹਾਂ ਨੂੰ 6 ਚੱਕਰ ਵੀ ਕਿਹਾ ਗਿਆ ਹੈ ਊਰਜਾ ਦੇ ਛੇ ਕੇਂਦਰ ਇਸ ਨਾਲ ਸਰੀਰ ਨੂੰ ਛੇ ਹਿੱਸਿਆਂ ਵਿੱਚ ਵੰਡਣਾ ਆਸਾਨ ਹੋ ਜਾਂਦਾ ਹੈ ਅਤੇ ਹੁਣ ਸੋਚੋ ਅਸੀਂ ਛੇਵੀਂ ਮੰਜ਼ਲ ਵਿੱਚ ਬੈਠੇ ਹਾਂ ਇਹ ਸਰੀਰ ਇੱਕ ਘਰ ਹੈ ਇਸ ਦੀਆਂ ਛੇ ਮੰਜ਼ਲੇ ਹਨ ਅਸੀਂ ਅੱਖਾਂ ਦੇ ਪਿੱਛੇ ਛੇਵੀਂ ਮੰਜ਼ਲ ਵਿੱਚ ਬੈਠੇ ਹਾਂ ਇਸ ਤਰ੍ਹਾਂ ਨਾਲ ਕਲਪਨਾ ਕਰਨਾ ਸੌਖਾ ਹੋ ਜਾਂਦਾ ਹੈ ਕਿ ਤੁਸੀਂ ਉੱਥੇ ਹੋ ਇਸ ਲਈ ਇਸ ਨਾਲ ਆਪਣੇ ਅੰਦਰ ਵੱਲ ਆਪਣਾ ਧਿਆਨ ਵਾਪਸ ਖਿੱਚਣ ਦੀ ਕਲਾ ਦਾ ਅਭਿਆਸ ਕਰਨਾ ਸੁਖਾ ਹੋ ਜਾਂਦਾ ਹੈ। ਸਰੀਰ ਨੂੰ ਘਰ ਸਮਝਣ ਦੇ ਹੋਰ ਵੀ ਕਈ ਸਾਰੇ ਫਾਇਦੇ ਹਨ। ਕਿਉਂਕਿ ਫਿਰ ਤੁਸੀਂ ਇਸ ਗੱਲ ਦਾ ਅਧਿਐਨ ਕਰ ਸਕਦੇ ਹੋ ਕਿ ਸਰੀਰ ਦੀ ਹਰ ਮੰਜ਼ਲ ਤੇ ਕੀ ਹੋ ਰਿਹਾ ਹੈ। ਇਹ ਪਤਾ ਕਰਨ ਲਈ ਤੁਹਾਨੂੰ ਹੱਠ ਯੋਗ ਅਤੇ ਕਿਰਿਆ ਯੋਗ ਅਤੇ ਹੋਰ ਕਿਸਮ ਦੇ ਯੋਗਾ ਦੀ ਜ਼ਰੂਰਤ ਨਹੀਂ ਹੈ। ਸਰੀਰ ਨੂੰ ਊਰਜਾ ਦੇ 6 ਭਾਗਾਂ ਵਿੱਚ ਵੰਡਣ ਦੀ ਇੱਕ ਸਧਾਰਨ ਕਲਪਨਾਤਮਕ ਵਿਧੀ ਤੁਹਾਨੂੰ ਇਹ ਪਤਾ ਲਗਾਉਣ ਵਿੱਚ ਸਹਾਇਤਾ ਕਰਦੀ ਹੈ ਕਿ ਸਤੂਲ ਸਰੀਰ ਦੇ ਦੋ ਵੱਖਰੇ ਭਾਗ ਹਨ ਦੋ ਭਾਗਾਂ ਨੂੰ ਵੰਡਣ ਵਾਲੀ ਲਾਈਨ ਅੱਖਾਂ ਦੇ ਪਿੱਛੇ ਹੈ ਅੱਖਾਂ ਦੇ ਉੱਪਰ ਇੱਕ ਭਾਗ ਹੈ ਅਤੇ ਅੱਖਾਂ ਦੇ ਹੇਠਾਂ ਦੂਜਾ ਭਾਗ ਹੈ ਊਰਜਾ ਦਾ ਸਾਰਾ ਪ੍ਰਵਾਹ ਅੱਖਾਂ ਦੇ ਹੇਠਾਂ ਹੁੰਦਾ ਹੈ ਸਾਰੀ ਸੋਝੀ ਚੇਤਨਾ ਅਤੇ ਉੱਚ ਸੋਝੀ ਅੱਖਾਂ ਦੇ ਉੱਪਰ ਦੇ ਭਾਗ ਵਿੱਚ ਵਾਪਰਦੇ ਹੈ ਇਹਨਾਂ ਦੋ ਹਿੱਸਿਆਂ ਵਿੱਚ ਇੱਕ ਬਹੁਤ ਵੱਡਾ ਅੰਤਰ ਹੈ। 헤ਠਾ ਕੋਈ ਸੋਜੀ ਨਹੀਂ, ਸਿਰਫ ਊਰਜਾ ਹੈ। ਸੋਜੀ ਉੱਪਰਲੇ ਭਾਗ ਵਿੱਚ ਹੁੰਦੀ ਹੈ ਜਿਸ ਨੂੰ ਅਸੀਂ ਸੋਜੀ ਕਹਿੰਦੇ ਹਾਂ, ਚੇਤਨਾ ਕਹਿੰਦੇ ਹਾਂ। ਸੋਜੀ, ਚੇਤਨਾ ਉਸ ਦਾ ਗਿਆਨ ਜੋ ਵਾਪਰ ਰਿਹਾ ਹੈ, ਇਸ ਊਰਜਾ ਨਾਲ ਕੀ ਕਰਨਾ ਹੈ। ਇਹ ਸਭ ਅੱਖਾਂ ਦੇ ਉੱਪਰੋਂ ਹੁੰਦਾ ਹੈ। ਊਰਜਾ ਦਾ ਸਾਰਾ ਕੰਮ ਅੱਖਾਂ ਤੋਂ ਹੇਠਾਂ ਹੁੰਦਾ ਹੈ। ਇਸ ਲਈ ਜੇ ਅਸੀਂ ਸਰੀਰ ਦੇ ਊਰਜਾ ਕੇਂਦਰਾ ਦਾ ਅਧਿਐਨ ਕਰਨ ਵਿੱਚ ਬਹੁਤ ਸਾਰਾ ਸਮਾਂ ਬਤਾਈਏ ਜਿਸ ਬਾਰੇ ਸਾਨੂੰ ਕਈ ਤਰ੍ਹਾਂ ਦੇ ਯੋਗ ਦੱਸਦੇ ਹਨ ਕਈ ਕਿਸਮ ਦੇ ਅਭਿਆਸ ਜੋ ਕਈ ਲੋਕ ਕਰਦੇ ਹਨ ਸਾਨੂੰ ਇਹ ਸਿਖਾਉਂਦੇ ਹਨ ਤਾਂ ਅਸੀਂ ਆਪਣਾ ਸਮਾਂ ਸਰੀਰ ਵਿੱਚ ਊਰਜਾ ਦਾ ਅਧਿਐਨ ਕਰਨ ਵਿੱਚ ਲਗਾ ਰਹੇ ਹੁੰਦੇ ਹਾਂ ਨਾ ਕਿ ਸੋਝੀ ਬਾਰੇ ਜਾਣਨ ਵਿੱਚ ਦੂਜੇ ਪਾਸੇ ਅਸੀਂ ਜਾਣਦੇ ਹਾਂ ਕਿ ਸਾਡਾ ਆਪਾ ਚੇਤਨਾ ਹੈ ਸੋਝੀ ਹੈ ਇਹ ਕੇਵਲ ਊਰਜਾ ਨਹੀਂ ਹੈ ਊਰਜਾ ਚੇਤਨਾ ਦਾ ਇੱਕ ਕਾਰਜ ਹੈ ਆਪਣੇ ਆਪ ਨੂੰ ਖੋਜਣ ਲਈ ਤੁਹਾਨੂੰ ਕਿਤੇ ਵੀ ਅੱਖਾਂ ਦੇ 헤ਠਾ ਜਾਣ ਦੀ ਜ਼ਰੂਰਤ ਨਹੀਂ ਹੈ ਇਹ ਇੱਕ ਗਲਤੀ ਹੈ ਜੋ ਕਿ ਕੁਝ ਲੋਕਾਂ ਨੇ ਰੋਹਾਨੀ ਮਾਰਗ ਤੇ ਚੱਲਦੇ ਹੋਏ ਬਹੁਤ ਲੰਮੇ ਸਮੇਂ ਤੋਂ ਕੀਤੀ ਹੈ ਉਹਨਾਂ ਨੇ ਅੱਖਾਂ ਦੇ 헤ਠਾ ਜੋ ਬੁਖੋ ਵਕਰੇ ਚੱਕਰਾਂ ਦਿਲ ਚੱਕਰ ਨਾਭੀ ਚੱਕਰ ਸਰੀਰ ਦੇ ਹੋਰ ਚੱਕਰਾਂ ਦਾ ਅਧਿਐਨ ਕਰਦੇ ਕਰਦੇ ਆ ਕਈ ਕਈ ਸਾਲ ਬਤਾਏ ਹਨ ਉਹ ਇਹ ਭੁੱਲ ਗਏ ਹਨ ਕਿ ਇਹ ਚੱਕਰ ਊਰਜਾ ਕੇਂਦਰ ਹਨ ਇਹ ਸਾਡੀ ਸਹਾਇਤਾ ਲਈ ਕੰਮ ਕਰਦੇ ਹਨ ਇਹ ਸਾਡੇ ਕੰਮ ਕਾਜ ਕਰਨ ਲਈ ਕੰਮ ਕਰਦੇ ਹਨ ਇਹ ਸਾਡੇ ਸਰੀਰ ਨੂੰ ਕਾਰਜਸ਼ੀਲ ਰੱਖਣ ਲਈ ਕੰਮ ਕਰਦੇ ਹਨ ਪਰ ਇਹ ਗਿਆਨ ਦੇ ਸਰੋਤ ਨਹੀਂ ਹਨ ਇਹ ਇਹ ਨਹੀਂ ਦੱਸਦੇ ਕਿ ਅਸੀਂ ਕੌਣ ਹਾਂ ਸੋ ਗਿਆਨ ਦਾ ਸਰੋਤ ਕੀ ਅਸੀਂ ਕੌਣ ਹਾਂ ਇਹ ਇੱਥਾ ਤੋਂ ਨਹੀਂ ਬਲਕਿ ਅੱਖਾਂ ਦੇ ਉੱਪਰ ਤੋਂ ਆਉਂਦਾ ਹੈ ਇਸ ਲਈ ਕਈ ਵਾਰ ਜੋ ਮੇਰੇ ਕੁਝ ਦੋਸਤ ਹੋਰ ਕਿਸਮ ਦੇ ਯੋਗਾ ਹੱਟ ਯੋਗ ਪ੍ਰਾਣਾਯਾਮ ਅਤੇ ਸਾਧੀਆਂ ਕਸਰਤਾਂ ਆਦ ਬਹੁਤ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਉਹਨਾਂ ਨੂੰ ਉਲਟਾਉਣ ਵਿੱਚ ਮੁਸ਼ਕਲ ਹੁੰਦੀ ਹੈ ਉਹਨਾਂ ਨੂੰ ਉੱਪਰ ਵੱਲ ਚੜਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਹਰ ਸਮੇਂ ਹੇਠਾਂ ਇਹਨਾਂ ਊਰਜਾ ਕੇਂਦਰਾਂ ਵੱਲ ਹੀ ਤੇ ਆਂਦੇ ਆ ਰਹੇ ਹਨ ਇਸ ਵਿੱਚ ਉਨਾ ਨੂੰ ਕਈ ਮਹੀਨੇ ਕਈ ਵਾਰ ਤਾਂ ਲਗਭਗ 1 ਸਾਲ ਲੱਗ ਜਾਂਦਾ ਹੈ ਕਿ ਉਹ ਆਪਣੇ ਆਪ ਨੂੰ ਉਸ ਅਭਿਆਸ ਵਿੱਚੋਂ ਕੱਢ ਕੇ ਇੱਕ ਅਜਿਹੀ ਸਥਿਤੀ ਵਿੱਚ ਆਉਣ ਜਿੱਥੇ ਉਹ ਇਹ ਪਤਾ ਲਗਾ ਸਕਦੇ ਹਨ ਕਿ ਉਹ ਕੌਣ ਹਨ ਇੱਥੋਂ ਤੱਕ ਕਿ ਅੱਖਾਂ ਦੇ ਪਿੱਛੇ ਤਵੱਜਾ ਨੂੰ ਸਥਾਪਿਤ ਕਰਨਾ ਵੀ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਉਹ ਅਜਿਹੀ ਕਿਸੇ ਚੀਜ਼ ਦਾ ਅਭਿਆਸ ਕਰ ਰਹੇ ਸਨ ਕਿ ਜਿਸ ਨੂੰ ਉਹ ਅਧਿਆਤਮਿਕ ਸਮਝਦੇ ਸਨ ਉਹਨਾਂ ਨੇ ਸੋਚਿਆ ਉਹ ਅਧਿਆਤਮਿਕ ਗਿਆਨ ਪ੍ਰਾਪਤ ਕਰ ਰਹੇ ਹਨ ਅਸਲ ਵਿੱਚ ਉਹ ਸਰੀਰ ਦੇ ਊਰਜਾ ਕੇਂਦਰਾਂ ਦੇ ਕਾਰਜਾ ਦਾ ਗਿਆਨ ਪ੍ਰਾਪਤ ਕਰ ਰਹੇ ਸਨ ਜੋ ਕਿ ਕੋਈ ਵਧੀਆ ਅਨੁਭਵ ਨਹੀਂ ਹੈ ਆਪਣੇ ਆਪ ਨੂੰ ਜਾਣਨ ਦੇ ਰੋਹਾਨੀ ਗਿਆਨ ਲਈ ਉਹ ਇੱਕ ਵਧੀਆ ਅਨੁਭਵ ਨਹੀਂ ਹੈ ਇਸ ਲਈ ਯਾਦ ਰੱਖੋ ਕਿ ਸੋਝੀ ਸੌਣ ਨਾਲ ਨਹੀਂ ਆਉਂਦੀ ਸੁਸਤ ਹੋ ਕੇ ਨਹੀਂ ਆਉਂਦੀ ਐਸਾ ਕੁਛ ਲੈ ਕੇ ਜਿਸ ਨਾਲ ਤੁਹਾਨੂੰ ਨੀਂਦ ਜਾਂ ਸੁਸਤੀ ਆਵੇ ਉਸ ਨਾਲ ਨਹੀਂ ਆਉਂਦੀ ਹਰ ਉਸ ਚੀਜ਼ ਨਾਲ ਨਹੀਂ ਆਉਂਦੀ ਜੋ ਕਿਸੇ ਊਰਜਾ ਦੇ ਕੇਂਦਰਾ ਨੂੰ ਹੁਲਾਰਾ ਦਿੰਦੀ ਹੈ ਅਤੇ ਤੁਹਾਨੂੰ ਵਧੇਰੇ ਜਾਗ ਵਿੱਚ ਨਹੀਂ ਰੱਖਦੇ ਤੁਸੀਂ ਆਪਣੇ ਆਪ ਨੂੰ ਸਹੀ ਮਾਰਗ ਤੇ ਚੱਲਦੇ ਤਾਂ ਹੀ ਮਹਿਸੂਸ ਕਰ ਸਕਦੇ ਹੋ ਜੇ ਤੁਸੀਂ ਵਧੇਰੇ ਜਾਗਣ ਵਾਲੀ ਅਵਸਥਾ ਵਿੱਚ ਹੋਵੋ ਨਾ ਕਿ ਨੀਂਦ ਵਿੱਚ ਜਾਂ ਸੁਸਤੀ ਵਿੱਚ ਹੋਵੋ ਜੇ ਕੋਈ ਚੀਜ਼ ਤੁਹਾਨੂੰ ਘੱਟ ਜਾਗਰਤ ਬਣਾਉਂਦੀ ਹੈ ਤਾਂ ਤੁਸੀਂ ਸਹੀ ਦਿਸ਼ਾ ਵਿੱਚ ਨਹੀਂ ਹੋ ਜੇ ਤੁਸੀਂ ਜ਼ਿਆਦਾ ਸੁਚੇਤ ਹੁੰਦੇ ਹੋ ਵਧੇਰੇ ਗਿਆਨਮਾਨ ਹੁੰਦੇ ਹੋ ਆਪਣੇ ਬਾਰੇ ਹੋਰ ਜਾਣੂ ਹੁੰਦੇ ਹੋ ਸਾਰੇ ਪ੍ਰਦਰਸ਼ਨ ਬਾਰੇ ਹੋਰ ਚੇਤਨ ਹੁੰਦੇ ਹੋ ਤੁਸੀਂ ਸਹੀ ਮਾਰਗ ਤੇ ਹੋ ਇਸ ਲਈ ਸਹੀ ਮਾਰਗ ਅੱਖਾਂ ਤੋਂ ਸਿਰ ਦੇ ਕੇਂਦਰ ਵੱਲ ਅਤੇ ਉਸ ਤੋਂ ਉੱਪਰ ਜਾਂਦਾ ਹੈ ਹੇਠਾਂ ਵੱਲ ਨਹੀਂ ਮੈਨੂੰ ਯਾਦ ਹੈ ਕਿ ਮੇਰੇ ਮੁਰਸ਼ਦ ਮੇਰੇ ਅਧਿਆਪਕ ਮੇਰੇ ਗੁਰੂ ਮਹਾਰਾਜ ਬਾਬਾ 사ਵਨ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਵੱਡੇ ਮਹਾਰਾਜ ਕਹਿੰਦੇ ਹਾਂ ਹਰ ਕੋਈ ਉਹਨਾਂ ਨੂੰ ਪਿਆਰ ਨਾਲ ਵੱਡੇ ਮਹਾਰਾਜ ਕਹਿੰਦਾ ਹੈ ਉਹਨਾਂ ਦਾ ਕਰਾਚੀ ਨਾਮਕ ਇੱਕ ਕਸਬੇ ਵਿੱਚ ਜੋ ਹੁਣ ਪਾਕਿਸਤਾਨ ਵਿੱਚ ਹੈ ਜਿਹੜਾ ਕਦੇ ਭਾਰਤ ਦਾ ਹਿੱਸਾ ਹੁੰਦਾ ਸੀ ਉਸ ਵਿੱਚ ਇੱਕ ਬਹੁਤ ਦਿਲਚਸਪ ਕિસ્ਸਾ ਵਾਪਰਿਆ ਮੇਰੇ ਚਾਚਾ ਜੋ ਕਰਾਚੀ ਵਿੱਚ ਇੱਕ ਮੌਸਮ ਵਿਗਿਆਨੀ ਦੇ ਤੌਰ ਤੇ ਕੰਮ ਕਰਦੇ ਸਨ ਉਹਨਾਂ ਨੇ ਵੱਡੇ ਮਹਾਰਾਜ ਨੂੰ ਆਪਣੇ ਘਰ ਆਉਣ ਲਈ ਸੱਦਾ ਦਿੱਤਾ ਉਸ 1941 ਦੀ ਯਾਤਰਾ ਤੇ ਮੈਂ ਵੀ ਵੱਡੇ ਮਹਾਰਾਜ ਨਾਲ ਗਿਆ ਸੀ ਇਹ ਸਭ ਮੇਰਾ ਅੱਖੀ ਡਿਠਾ ਹੈ ਉੱਥੇ ਇੱਕ Swami ਜੀ ਰਹਿੰਦੇ ਸਨ ਜੋ ਪ੍ਰਾਣਾਯਾਮ ਅਤੇ ਸਾਹਾਂ ਦੀਆਂ ਕਸਰਤਾਂ ਰਾਹੀਂ ਹੀਠਾ ਦੇਸ਼ ਦੇ 6 ਚੱਕਰਾਂ ਵਿੱਚ ਕਿਵੇਂ ਦਾਖਲ ਹੋਣਾ ਹੈ ਇਹ ਸਿਖਾਉਂਦੇ ਸਨ ਅਤੇ ਜੋ ਇੱਕ ਚੰਗੇ ਆਯੁਰਵੈਦਿਕ ਵਿਆਦਵੀ ਸਨ ਉਹ ਦਵਾਈਆਂ ਆਯੁਰਵੈਦਿਕ ਦਵਾਈਆਂ ਦੰਦੇ ਸਨ ਅਤੇ ਇੱਕ ਵਧੀਆ ਚਿਕਿਤਸਕ ਸਨ ਉਹ ਬਹੁਤ ਤੇਜ ਸਨ ਅਤੇ ਉਹਨਾਂ ਦੀਆਂ ਅੱਖਾਂ ਬਹੁਤ ਸੁੰਦਰ ਸਨ ਉਹ ਭਗਵੇਂ ਰੰਗ ਦੇ ਸੰਤਰੀ ਰੰਗ ਦੇ ਕੱਪੜੇ ਪਹਿਨਦੇ ਸਨ ਅਤੇ ਉਹਨਾਂ ਕੋਲ ਹੱਥਾਂ ਵਿੱਚ ਇੱਕ ਮਫਲਰ ਵਰਗੀ ਚੀਜ਼ ਹੁੰਦੀ ਸੀ ਅਤੇ ਇਸ ਤਰ੍ਹਾਂ ਜਦੋਂ ਉਹ ਚੱਲਦੇ ਸਨ ਤਾਂ ਬਹੁਤ ਪ੍ਰਭਾਵਸ਼ਾਲੀ ਲੱਗਦੇ ਸਨ ਉਹ ਇੱਕ ਸ਼ਾਨਦਾਰ ਵਿਅਕਤੀ ਸਨ ਉਹ Swami Brahmanand ji ਕਰਾਚੀ ਵਿੱਚ ਰਹਿੰਦੇ ਸਨ ਅਤੇ ਮੇਰੇ ਚਾਚੀ ਅਤੇ ਮੇਰੇ ਚਾਚਾ ਜੋ ਉੱਥੋਂ ਰਹਿੰਦੇ ਸਨ ਆਯੁਰਵੈਦਿਕ ਦਵਾਈਆਂ ਲੈਣ ਲਈ ਉਹਨਾਂ ਕੋਲ ਜਾਂਦੇ ਸਨ ਪਰ ਉਹਨਾਂ ਨੂੰ ਵੈਸੇ ਵੀ ਉਹ ਸੁਆਮੀ ਬਹੁਤ ਪਸੰਦ ਸੀ ਜਦੋਂ ਵੱਡੇ ਮਹਾਰਾਜ ਨੇ ਕਰਾਚੀ ਉਹਨਾਂ ਦੇ ਘਰ ਆਉਣ ਦਾ ਸਦਾ ਪਰਵਾਨ ਕੀਤਾ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਉਹਨਾਂ ਨੇ ਸੋਚਿਆ ਸਾਨੂੰ ਜਰੂਰ ਸੁਆਮੀ ਜੀ ਨੂੰ ਦੱਸਣਾ ਚਾਹੀਦਾ ਹੈ ਕਿ ਸਾਡੇ ਮੁਰਸ਼ਿਦ ਆ ਰਹੇ ਹਨ ਉਹਨਾਂ ਨੇ ਸੁਆਮੀ ਜੀ ਨੂੰ ਕਿਹਾ ਕਿ ਸਾਡੇ ਮੁਰਸ਼ਿਦ ਪੰਜਾਬ ਤੋਂ ਆ ਰਹੇ ਹਨ ਉਹ ਸਾਡੇ ਨਾਲ ਰਹਿਣਗੇ ਅਤੇ Swami ji ਤੁਸੀਂ ਆ ਕੇ ਉਹਨਾਂ ਦੇ ਦਰਸ਼ਨ ਕਰੋ Swami ji ਨੇ ਜਵਾਬ ਦਿੱਤਾ ਜੇਕਰ ਉਹ ਆ ਰਹੇ ਹਨ ਤਾਂ ਉਹਨਾਂ ਨੂੰ ਮੇਰੇ ਕੋਲ ਲਿਆਉਣਾ ਮੈਂ ਉਹਨਾਂ ਨੂੰ ਅਸ਼ੀਰਵਾਦ ਦੇਵਾਂਗਾ ਉਹਨਾਂ ਨੂੰ ਇਸ ਗੱਲ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਕਿ Swami ਕਹਿਣਗੇ ਕਿ ਉਹ ਵੱਡੇ ਮਹਾਰਾਜ ਨੂੰ ਅਸੀਸ ਦੇਣਗੇ ਉਹਨਾਂ ਨੇ ਸੋਚਿਆ ਸੀ ਕਿ ਉਹ ਵੱਡੇ ਮਹਾਰਾਜ ਤੋਂ ਅਸੀਸ ਪ੍ਰਾਪਤ ਕਰਨ ਗਏ ਇਸ ਤੋਂ ਉਹ ਥੋੜੇ ਹੈਰਾਨ ਸਨ ਉਹਨਾਂ ਨੇ ਫੈਸਲਾ ਕੀਤਾ ਕਿ ਸਭ ਤੋਂ ਵਧੀਆ ਤਰੀਕਾ ਇਹ ਹੋਵੇਗਾ ਕਿ ਦੁਪਹਿਰ ਦੇ ਖਾਣੇ ਤੇ ਦੋਹਾਂ ਨੂੰ ਆਮਣੇ ਸਾਹਮਣੇ ਬਿਠਾਇਆ ਜਾਵੇ ਇਸ ਤਰ੍ਹਾਂ ਉਹ ਇੱਕ ਦੂਜੇ ਨਾਲ ਮਿਲ ਸਕਣਗੇ ਸੋ ਸੁਆਮੀ ਜੀ ਨੂੰ ਬੁਲਾਇਆ ਗਿਆ ਜਦੋਂ ਵੱਡੇ ਮਹਾਰਾਜ ਆਪਣੇ ਕਮਰੇ ਵਿੱਚ ਸਨ ਤਾਂ Swami ji ਆਏ Swami ji ਸੋਫੇ ਤੇ ਬੈਠ ਗਏ ਵੱਡੇ ਮਹਾਰਾਜ ਬਾਹਰ ਆਏ ਅਤੇ ਉਹਨਾਂ ਨੂੰ ਸਵਾਮੀ ਜੀ ਦੇ ਕੋਲ ਬਿਠਾ ਦਿੱਤਾ ਗਿਆ। ਸਵਾਮੀ ਜੀ ਨੂੰ ਕਿਹਾ ਸਵਾਮੀ ਜੀ ਇਹ ਸਾਡੇ ਮੁਰਸ਼ਿਦ ਪੰਜਾਬ ਤੋਂ ਆਏ ਹਨ ਅਤੇ ਸਤਗੁਰ ਜੀ ਇਹ ਸਾਡੇ ਸਵਾਮੀ ਜੀ ਹਨ ਜੋ ਸਾਨੂੰ ਆਯੁਰਵੈਦਿਕ ਦਵਾਈ ਬਾਰੇ ਦੱਸਦੇ ਹਨ ਅਤੇ ਸਾਨੂੰ ਉਹਨਾਂ ਬਾਰੇ ਸਾਰੀਆਂ ਹਦਾਇਤਾਂ ਦਿੰਦੇ ਹਨ। ਅਤੇ ਵੱਡੇ ਮਹਾਰਾਜ ਨੇ ਇਸ ਤਰ੍ਹਾਂ ਹੱਥ ਜੋੜ ਕੇ ਝੁਕਾਏ। ਸਵਾਮੀ ਜੀ ਨੇ ਆਪਣਾ ਹੱਥ ਉਠਾਇਆ ਅਤੇ ਅਸ਼ੀਰਵਾਦ ਦਿੱਤਾ। ਅਸੀਂ ਇਹ ਸਾਰਾ ਪ੍ਰਦਰਸ਼ਨ ਵੇਖ ਰਹੇ ਸੀ ਇਹ ਸਾਡੀ ਉਮੀਦ ਤੋਂ ਉਲਟ ਹੋ ਰਿਹਾ ਸੀ ਅਸੀਂ ਤਾਂ ਸੋਚਿਆ ਸੀ ਕਿ ਵੱਡੇ ਮਹਾਰਾਜ ਜੀ Swami ji ਨੂੰ ਅਸੀਸ ਦੇਣਗੇ ਪਰ ਬਿਲਕੁਲ ਇਸ ਦੇ ਉਲਟ ਹੋਇਆ ਥੋੜੀ ਦੇਰ ਬਾਅਦ ਮੁਰਸ਼ਿਦ ਨੇ Swami ji ਨੂੰ ਕਿਹਾ Swami ji ਕਿ ਇਹ ਦੁੱਖ ਦੀ ਗੱਲ ਨਹੀਂ ਕਿ ਬਹੁਤ ਸਾਰੇ ਯੋਗੀ ਅਤੇ Swami ਅੱਖਾਂ ਦੇ ਹੇਠਾਂ ਦੇ 6 ਚੱਕਰਾਂ ਵਿੱਚ ਗਵਾਚੇ ਹੋਏ ਹਨ ਅਤੇ ਉਹ ਤੇ ਘਟ 18 ਚੱਕਰਾਂ ਬਾਰੇ ਜਾਣਦੇ ਹਨ। ਸਵਾਮੀ ਨੇ ਮਹਾਰਾਜ ਵੱਲ ਮੁੜ ਕੇ ਕਿਹਾ ਮਹਾਰਾਜ ਜੀ ਸਤਿਗੁਰੂ ਜੀ ਮੈਨੂੰ ਨਹੀਂ ਪਤਾ ਕਿ 18 ਚੱਕਰ ਹੁੰਦੇ ਹਨ। ਕਿਤੇ ਹਨ ਉਹ 18 ਚੱਕਰ? ਵੱਡੇ ਮਹਾਰਾਜ ਨੇ ਕਿਹਾ ਕਿ ਤੁਹਾਨੂੰ ਨਹੀਂ ਪਤਾ ਕਿ ਪਿੰਡ ਦੇ 6 ਚੱਕਰ ਹੁੰਦੇ ਹਨ ਜੋ ਇਸ ਸਰੀਰ ਦੇ ਹਨ। ਅੰਡ ਅਤੇ ਬ੍ਰਹਿਮੰਡ ਦੇ 6 ਚੱਕਰ ਹੁੰਦੇ ਹਨ ਅਤੇ ਸੱਚਖੰਡ ਦੇ 6 ਚੱਕਰ ਹੁੰਦੇ ਹਨ। ਕੀ ਤੁਸੀਂ ਇਹਨਾਂ ਬਾਰੇ ਕਦੇ ਨਹੀਂ ਸੁਣਿਆ? ਸਵਾਮੀ ਜੀ ਨੇ ਕਿਹਾ, ਸਤਗੁਰ ਜੀ ਮੈਂ ਸੱਚਮੁੱਚ ਇਹਨਾਂ ਬਾਰੇ ਨਹੀਂ ਸੁਣਿਆ। ਮੈਂ ਤਾਂ ਸੋਚਿਆ ਸੀ ਕਿ ਸਰੀਰ ਵਿੱਚ ਸਿਰਫ 6 ਚੱਕਰ ਹੀ ਹੁੰਦੇ ਹਨ। ਵੱਡੇ ਮਹਾਰਾਜ ਨੇ ਕਿਹਾ, ਹਾਂ ਉਹ ਤਾਂ ਸਰੀਰ ਵਿੱਚ ਹਨ ਪਰ ਸੋਜੀ ਦੇ ਉੱਚ ਚੱਕਰਾਂ ਬਾਰੇ ਕੀ ਵਿਚਾਰ ਹੈ? ਇਹ ਊਰਜਾ ਦੇ ਚੱਕਰ ਹਨ ਪਰ ਉੱਚ ਸੋਜੀ ਬਾਰੇ ਕੀ ਵਿਚਾਰ ਹੈ? ਸਵਾਮੀ ਜੀ ਨੇ ਕਿਹਾ, ਸਤਗੁਰ ਜੀ ਤੁਸੀਂ ਜੋ ਕਿਹਾ ਹੈ ਉਹ ਮੇਰੇ ਲਈ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਤੁਸੀਂ ਉਹਨਾਂ 18 ਚੱਕਰਾਂ ਬਾਰੇ ਕੁਝ ਹੋਰ ਦੱਸ ਸਕਦੇ ਹੋ ਅਤੇ ਵੱਡੇ ਮਹਾਰਾਜ ਨੇ ਕਿਹਾ ਮੇਰੇ خیال ਨਾਲ ਇਹ ਇੱਕ ਲੰਬਾ ਵਿਸ਼ਾ ਹੈ ਜੇ ਤੁਸੀਂ 18 ਚੱਕਰਾਂ ਬਾਰੇ ਹੋਰ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਪੰਜਾਬ ਵਿੱਚ ਵਿਆਸ ਦੇ ਡੇਰੇ ਤੇ ਆ ਸਕਦੇ ਹੋ ਅਤੇ ਮੈਂ ਤੁਹਾਨੂੰ ਹੋਰ ਦੱਸਾਂਗਾ ਉਸ ਤੋਂ ਬਾਅਦ ਸਵਾਮੀ ਨੂੰ ਦੋ ਰਾਤਾਂ ਨੀਂਦ ਨਹੀਂ ਆਈ ਉਹ ਕਹਿੰਦੇ ਸਨ ਮੈਂ ਇਹਨਾਂ 18 ਚੱਕਰਾਂ ਨੂੰ ਲੈ ਕੇ ਜਿਨ੍ਹਾਂ ਬਾਰੇ ਵੱਡੇ ਮਹਾਰਾਜ ਨੇ ਗੱਲ ਕੀਤੀ ਬਹੁਤ ਹੈਰਾਨ ਹਾਂ ਉਹਨਾਂ ਨੇ ਕਰਾਚੀ ਦੇ ਆਪਣੇ ਡੇਰੇ ਨੂੰ ਬੰਦ ਕਰ ਦਿੱਤਾ ਅਤੇ ਆਪਣੇ ਚੇਲਿਆਂ ਨੂੰ ਕਿਹਾ ਮੈਂ 18 ਚੱਕਰਾਂ ਬਾਰੇ ਪਤਾ ਲਗਾਉਣ ਜਾ ਰਿਹਾ ਹਾਂ ਮੈਂ ਇੱਕ ਮੁਰਸ਼ਿਦ ਤੋਂ ਇਹਨਾਂ ਬਾਰੇ ਸੁਣਿਆ ਹੈ ਇੱਕ ਚਿੱਟੇ ਕੱਪੜੇ ਪਹਿਨੇ ਇੱਕ ਚਿੱਟੀ ਦਾੜੀ ਵਾਲੇ ਆਦਮੀ ਤੋਂ ਇਹਨਾਂ ਬਾਰੇ ਸੁਣਿਆ ਹੈ ਇੱਕ ਆਦਮੀ ਜੋ ਇੱਥੇ ਆਇਆ ਸੀ ਉਹ 18 ਚੱਕਰਾਂ ਦੀ ਗੱਲ ਕਰਦਾ ਸੀ ਮੈਨੂੰ ਜ਼ਰੂਰ ਪਤਾ ਲਗਾਉਣਾ ਚਾਹੀਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਸੀ ਇਸ ਤਰ੍ਹਾਂ ਉਹਨਾਂ ਨੇ ਆਪਣਾ ਆਸ਼ਰਮ ਸਮੇਟ ਦਿੱਤਾ ਅਤੇ ਡੇਰੇ ਆ ਗਏ ਵੱਡੇ ਮਹਾਰਾਜ ਨੇ ਕਿਹਾ Swami ji ਆਏ ਹਨ ਉਹਨਾਂ ਦਾ ਸ਼ਾਹੀ ਸਵਾਗਤ ਕਰੋ ਸਭ ਤੋਂ ਵਧੀਆ ਕਮਰੇ ਵਿੱਚ ਠਹਿਰਨ ਦਾ ਪ੍ਰਬੰਧ ਕਰੋ ਉਹਨਾਂ ਲਈ ਵਧੀਆ ਭੋਜਨ ਅਤੇ ਸੇਵਾ ਦਾ ਪ੍ਰਬੰਧ ਕਰੋ ਅਤੇ ਜਦੋਂ प्रवचन ਚੱਲ ਰਹੇ ਹੋਣ ਤਾਂ ਉਹਨਾਂ ਨੂੰ ਮੇਰੇ ਕੋਲ ਬਿਠਾਓ ਇਦਾਂ ਉਹਨਾਂ ਨੂੰ ਬਹੁਤ ਸਨਮਾਨ ਦਿੱਤਾ ਗਿਆ ਉਹ ਆਏ ਪ੍ਰਵਚਨ ਵੇਲੇ ਵੱਡੇ ਮਹਾਰਾਜ ਜੀ ਸਵਾਮੀ ਜੀ ਨੂੰ ਆਪਣੇ ਕੋਲ ਬੈਠਣ ਲਈ ਆਖਦੇ ਪ੍ਰਵਚਨ ਵਿੱਚ ਵੱਡੇ ਮਹਾਰਾਜ ਨੇ ਕਿਹਾ ਕਿਸ ਤਰ੍ਹਾਂ ਇਹ ਯੋਗੀ ਅਤੇ ਸਵਾਮੀ ਇਹਨਾਂ ਚੱਕਰਾਂ ਵਿੱਚ ਉਲਝੇ ਹੋਏ ਹਨ ਅਤੇ ਸਵਾਮੀ ਇਸ ਤਰ੍ਹਾਂ ਮਹਾਰਾਜ ਵੱਲ ਵੇਖਦੇ ਅਤੇ ਸੋਚਦੇ ਕਿ ਇਹ ਕੀ ਕਹਿ ਰਹੇ ਹਨ ਕੁਝ ਦਿਨਾਂ ਬਾਅਦ ਉਹਨਾਂ ਨੇ ਵੱਡੇ ਮਹਾਰਾਜ ਨੂੰ ਸ਼ਿਕਾਇਤ ਕੀਤੀ ਕਿਹਾ ਮਹਾਰਾਜੀ ਮੈਨੂੰ ਇੱਕ ਸ਼ਿਕਾਇਤ ਹੈ ਜਦੋਂ ਤੁਸੀਂ ਗੱਲ ਕਰਦੇ ਹੋ ਤੁਹਾਡੀਆਂ ਗੱਲਾਂ ਇੰਨੀਆਂ ਜ਼ੋਰਦਾਰ ਹੁੰਦੀਆਂ ਹਨ ਕਿ ਮੈਨੂੰ ਨਿਰੰਤਰ ਆਪਣੀ ਗਰਦਨ ਮੋੜਨੀ ਪੈਂਦੀ ਹੈ ਜਿਸ ਨਾਲ ਮੇਰੀ ਗਰਦਨ ਵਿੱਚ ਦਰਦ ਹੁੰਦਾ ਹੈ ਅਤੇ ਵੱਡੇ ਮਹਾਰਾਜ ਨੇ ਕਿਹਾ ਮੈਂ ਵੀ ਇਹ ਦੇਖਿਆ ਹੈ ਕਿ ਤੁਹਾਨੂੰ ਆਪਣਾ ਸਿਰ ਘੁਮਾਉਣਾ ਪੈਂਦਾ ਹੈ ਸ਼ਾਇਦ ਤੁਹਾਨੂੰ ਮੰਚ ਦੇ ਸਾਹਮਣੇ ਬੈਠਣਾ ਚਾਹੀਦਾ ਹੈ ਸੋ Swami ji ਲਈ ਮੰਚ ਦੇ ਸਾਹਮਣੇ ਇੱਕ ਕੁਰਸੀ ਰੱਖ ਦਿੱਤੀ ਗਈ ਕੁਝ ਦਿਨਾਂ ਬਾਅਦ ਉਹਨਾਂ ਨੇ ਫਿਰ ਸ਼ਿਕਾਇਤ ਕੀਤੀ ਗੁਰੂ ਜੀ ਮੈਨੂੰ ਸ਼ਿਕਾਇਤ ਹੈ ਵੱਡੇ ਮਹਾਰਾਜ ਨੇ ਕਿਹਾ ਕੀ ਸ਼ਿਕਾਇਤ ਹੈ Swami ji ਕਹਿੰਦੇ ਮੈਂ ਕੁਰਸੀ ਤੇ ਬੈਠਦਾ ਹਾਂ ਮੇਰੇ ਪਿੱਛੇ ਲੋਕ ਜ਼ਮੀਨ ਤੇ ਬੈਠੇ ਹੋਏ ਹਨ ਉਹ ਤੁਹਾਨੂੰ ਦੇਖ ਨਹੀਂ ਸਕਦੇ ਮੈਂ ਕਸੂਰਵਾਰ ਮਹਿਸੂਸ ਕਰਦਾ ਹਾਂ ਵੱਡੇ ਮਹਾਰਾਜ ਨੇ ਕਿਹਾ ਹਾਂ ਮੈਂ ਵੀ ਇਹ ਦੇਖਿਆ ਹੈ ਕੁਰਸੀ ਹਟਾਓ ਉਹਨਾਂ ਨੂੰ ھیਠਾਂ ਬੈਠਣ ਦਿਓ ਸਵਾਮੀ ਜੀ ਫਿਰ ਕਹਿਣ ਲੱਗੇ ਗੁਰੂ ਜੀ ਮੈਂ ਤੁਹਾਡੇ ਕਾਫੀ ਨੇੜੇ ਬੈਠਾ ਹਾਂ ਮੈਨੂੰ ਆਪਣਾ ਸਿਰ ਇਸ ਤਰ੍ਹਾਂ ਉੱਚਾ ਕਰਨਾ ਪੈਂਦਾ ਹੈ ਵੱਡੇ ਮਹਾਰਾਜ ਜੀ ਨੇ ਕਿਹਾ ਹਾਂ ਮੈਂ ਵੀ ਦੇਖਿਆ ਹੈ ਉਹਨਾਂ ਨੂੰ 30 ਕਦਮ ਪਿੱਛੇ ਬਿਠਾਓ ਇੱਕ ਹਫ਼ਤੇ ਜਾਂ 10 ਦਿਨਾਂ ਬਾਅਦ ਸਵਾਮੀ ਜੀ ਵੀ ਕਿਸੇ ਹੋਰ ਵਾਂਗ ਸਾਡੇ ਵਾਂਗ ਬਹੁਤ ਪਿੱਛੇ ਬੈਠੇ ਸਨ ਅਤੇ ਫਿਰ ਉਹਨਾਂ ਨੂੰ ਆਪਣੀ ਆਯੁਰਵੈਦਿਕ ਪ੍ਰੈਕਟਿਸ ਚਲਾਉਣ ਲਈ ਇੱਕ ਛੋਟਾ ਜਿਹਾ ਕਲੀਨਿਕ ਦਿੱਤਾ ਗਿਆ ਅਤੇ ਮੈਂ ਵੀ ਉਹਨਾਂ ਦੇ ਨਾਲ ਵਾਲੀ ਜਗ੍ਹਾ ਵਿੱਚ ਬੈਠਾ ਸੀ ਮੈਂ ਉਹਨਾਂ ਦੇ ਨਾਲ ਵਿੱਚ ਹੋਮੋਪੈਥਿਕ ਦੀ ਪ੍ਰੈਕਟਿਸ ਕਰ ਰਿਹਾ ਸੀ ਅਸੀਂ ਵੱਖ-ਵੱਖ ਦਵਾਈਆਂ ਦੇ ਵੱਖ-ਵੱਖ ਰੂਪਾਂ ਦੀ ਤੁਲਨਾ ਬਾਰੇ ਗੱਲਬਾਤ ਕਰਦੇ ਰਹਿੰਦੇ ਇੱਕ ਦਿਨ ਮੈਂ ਸਵਾਮੀ ਜੀ ਨਾਲ ਬੈਠਾ ਸੀ ਉਹਨਾਂ ਸਵਾਮੀ ਜੀ ਨੇ ਮੈਨੂੰ ਕਿਹਾ ਤੁਹਾਡੇ ਮਹਾਰਾਜ ਬਹੁਤ ਵੱਡੇ ਡਿਪਲੋਮੈਟ ਹਨ ਉਹਨਾਂ ਨੂੰ ਪਤਾ ਹੈ ਕਿ ਸਵਾਮੀ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ਸਵਾਮੀ ਜੀ ਨੇ ਅੱਗੇ ਕਿਹਾ ਜੇਕਰ ਉਹਨਾਂ ਨੇ ਮੈਨੂੰ ਪਹਿਲੇ ਦਿਨ ਹੀ ਕਿਹਾ ਹੁੰਦਾ ਆਓ ਅਤੇ ਇਸ ਸੰਗਤ ਵਿੱਚ ਬੈਠ ਕੇ ਮੇਰੀਆਂ ਗੱਲਾਂ ਸੁਣੋ ਤਾਂ ਮੈਂ ਕਰਾਚੀ ਵਾਪਸ ਚਲਾ ਜਾਂਦਾ ਉਹਨਾਂ ਮੇਰਾ ਚੰਗਾ ਸਵਾਗਤ ਕੀਤਾ ਚੰਗੀ ਆਉ ਭਗਤ ਕੀਤੀ ਫਿਰ ਉਹਨਾਂ ਹੌਲੀ-ਹੌਲੀ ਮੈਨੂੰ ਉੱਥੇ ਪਾ ਦਿੱਤਾ ਜਿੱਥੇ ਮੈਨੂੰ ਹੋਣਾ ਚਾਹੀਦਾ ਹੈ ਇੱਕ ਜਗਿਆਸੂ ਦੇ ਤੌਰ ਤੇ ਮੈਂ ਇੱਕ ਜਗਿਆਸੂ ਹਾਂ ਅਤੇ ਵੱਡੇ ਮਹਾਰਾਜ ਜਾਣਦੇ ਹਨ ਕਿ ਕਿਸੇ ਵੀ ਸਵਾਮੀ ਨਾਲ ਕਿਵੇਂ ਨਜਿੱਠਣਾ ਹੈ ਮੈਂ ਕਿਹਾ ਉਹ ਸਿਰਫ ਸਵਾਮੀਆਂ ਨੂੰ ਹੀ ਨਹੀਂ ਉਹ ਤਾਂ ਡਾਕਟਰਾਂ ਅਤੇ ਦਾਰਸ਼ਨਿਕਾਂ ਨਾਲ ਵੀ ਨਜਿੱਠਣਾ ਜਾਣਦੇ ਹਨ ਉਹਨਾਂ ਨੇ ਬੁੱਧੀਜੀਵੀਆਂ ਨੂੰ ਵੀ ਨਜਿੱਠਿਆ ਹੈ ਉਹ ਕਿਸੇ ਨਾਲ ਵੀ ਨਜਿੱਠ ਸਕਦੇ ਹਨ ਕਿਉਂਕਿ ਉਹ ਸੱਚ ਬੋਲਦੇ ਹਨ ਉਹ ਸਾਨੂੰ ਕੁਝ ਅਜੀਹਾ ਦੱਸਦੇ ਹਨ ਜੋ ਸਾਡੇ ਲਈ ਕੁਦਰਤੀ ਹੈ ਉਹ ਸਾਨੂੰ ਕੁਝ ਵੀ ਗੈਰ ਕੁਦਰਤੀ ਚੀਜ਼ ਨਹੀਂ ਸਿਖਾ ਰਹੇ ਉਹ ਇਹ ਨਹੀਂ ਕਹਿ ਰਹੇ ਕਿ ਮੇਰੇ ਕੋਲ ਕੁਝ ਖਾਸ ਹੈ ਜੋ ਮੈਂ ਤੁਹਾਨੂੰ ਦੇਣ ਜਾ ਰਿਹਾ ਹਾਂ ਉਹ ਕਹਿੰਦੇ ਹਨ ਕਿ ਤੁਹਾਡੇ ਸਾਰਿਆਂ ਵਿੱਚ ਉਹ ਖਾਸ ਚੀਜ਼ ਹੈ ਉਹ ਇਹ ਨਹੀਂ ਕਹਿੰਦੇ ਮੈਂ ਇੱਕ ਖਾਸ ਸਮੂਹ ਨਾਲ ਸੰਬੰਧਤ ਹਾਂ ਜਿਸ ਨੂੰ ਇਹ ਗਿਆਨ ਹੈ ਉਹ ਕਹਿੰਦੇ ਹਨ ਕਿ ਦੁਨੀਆ ਵਿੱਚ ਹਰ ਕਿਸੇ ਨੂੰ ਇਹ ਗਿਆਨ ਹੈ ਸਾਰੇ ਮਨੁੱਖਾਂ ਨੂੰ ਇਹ ਗਿਆਨ ਹੈ ਧਰਮ ਕੌਮ ਜਾਤ ਚਮੜੀ ਦੇ ਰੰਗ ਜਾਂ ਕਿਸੇ ਵੀ ਹੋਰ ਚੀਜ਼ ਦੇ ਵਕਰੇਵੇਂ ਦੇ ਬਿਨਾਂ ਉਹ ਸਾਨੂੰ ਇਹ ਨਹੀਂ ਦੱਸਦੇ ਕਿ ਉਹ ਸਾਨੂੰ ਕੁਝ ਦੇਣ ਜਾ ਰਹੇ ਹਨ ਉਹ ਕਹਿੰਦੇ ਹਨ ਕਿ ਸਭ ਕੁਝ ਆਪਣੇ ਅੰਦਰੋਂ ਲੱਭ ਲਓ ਉਹ ਸਿਰਫ ਕੁਝ ਲੱਭਣ ਵਿੱਚ ਸਾਡੀ ਸਹਾਇਤਾ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਹਨਾਂ ਦੀ ਸਿੱਖਿਆ ਇੰਨੀ ਵਿਆਪਕ ਜਾਂ ਯੂਨੀਵਰਸਲ ਹੈ ਸੁਆਮੀ ਜੀ ਨੇ ਕਿਹਾ ਇਹੀ ਕਾਰਨ ਹੈ ਕਿ ਮੈਂ ਸਮਝਦਾ ਹਾਂ ਕਿ ਉਹਨਾਂ ਦੀ ਸਿੱਖਿਆ ਵਿੱਚ ਇਹਨਾਂ ਆਪਣਾਪਨ ਕਿਉਂ ਹੈ ਕਿਉਂਕਿ ਉਹਨਾਂ ਦੀ ਸਿੱਖਿਆ ਸਾਨੂੰ ਬਾਹਰੋਂ ਕੁਝ ਵੀ ਦੇਣ ਲਈ ਨਹੀਂ ਹੈ ਉਹ ਸਾਨੂੰ ਅੰਦਰੋਂ ਹੀ ਸਾਡੀ ਆਪਣੀ ਹਕੀਕਤ ਨੂੰ ਖੋਜਣਾ ਸਿਖਾਉਂਦੀ ਹੈ ਅਤੇ ਜੋ ਟੰਗ ਉਹ ਸਾਨੂੰ ਦੱਸਦੇ ਹਨ ਉਹ ਇੱਕ ਸਰਲ ਕੁਦਰਤੀ ਟੰਗ ਹੈ ਨਕਲੀ ਨਹੀਂ ਉਹ ਇਹ ਨਹੀਂ ਕਹਿੰਦੇ ਕਿ ਅਜੀਬ ਕਿਸਮ ਦੇ ਆਸਣ ਕਰੋ ਸੱਚਾਈ ਨੂੰ ਲੱਭਣ ਲਈ ਆਪਣੇ ਸਰੀਰ ਨੂੰ ਅਜੀਬ ਤਰੀਕੇ ਨਾਲ ਮਰੋੜੋ ਉਹ ਕਹਿੰਦੇ ਹਨ ਕਿ ਸਰੀਰ ਨੂੰ ਸਧਾਰਨ ਟੰਗ ਨਾਲ ਰੱਖੋ ਜਦੋਂ ਤੁਸੀਂ ਉਹਨਾਂ ਦੀਆਂ ਹਦਾਇਤਾਂ ਅਨੁਸਾਰ ਅਭਿਆਸ ਕਰੋ ਤਾਂ ਤੁਹਾਨੂੰ ਇੱਕੋ ਜ਼ਰੂਰਤ ਦਾ ਖਿਆਲ ਰੱਖਣਾ ਹੁੰਦਾ ਹੈ ਕਿ ਸਰੀਰ ਇੱਕ ਅਜਿਹੀ ਸਥਿਤੀ ਵਿੱਚ ਹੋਵੇ ਜੋ ਦੁਖਦਾਈ ਸਥਿਤੀ ਨਾ ਹੋਵੇ ਆਪਣੇ ਸਰੀਰ ਦੇ ਅੰਗਾਂ ਨੂੰ ਇਸ ਤੰਗ ਨਾਲ ਨਾ ਮੋੜੋ ਅਤੇ ਕਮਾਓ ਕਿ ਤੁਹਾਨੂੰ ਦਰਦ ਹੋਵੇ ਜੇਕਰ ਤੁਸੀਂ ਕਹਿੰਦੇ ਹੋ ਮੈਂ ਸੱਚ ਨੂੰ ਲੱਭਣ ਲਈ ਇੱਕ ਖਾਸ ਆਸਣ ਕਰ ਰਿਹਾ ਹਾਂ ਤਾਂ ਤੁਸੀਂ ਆਪਣੀਆਂ ਲੱਤਾਂ ਵਿੱਚੋਂ ਦਰਦ ਤੋਂ ਇਲਾਵਾ ਕੁਝ ਵੀ ਨਹੀਂ ਪਾ ਸਕੋਗੇ ਇਸ ਲਈ ਉਹ ਕਹਿੰਦੇ ਹਨ ਜੇ ਤੁਸੀਂ ਅਭਿਆਸ ਕਰਨਾ ਚਾਹੁੰਦੇ ਹੋ ਤਾਂ ਸਧਾਰਨ ਰਹੋ ਨੈਚੁਰਲ ਅਵਸਥਾ ਵਿੱਚ ਹੋਵੋ ਪਰ ਕੁਦਰਤੀ ਸਥਿਤੀ ਦਾ ਇਹ ਮਤਲਬ ਨਹੀਂ ਕਿ ਤੁਸੀਂ ਸੋ ਜਾਵੋ ਕਿਉਂਕਿ ਜੇ ਤੁਸੀਂ ਲੇਟ ਜਾਂਦੇ ਹੋ ਅਤੇ ਕਹਿੰਦੇ ਹੋ ਕਿ ਇਹ ਹੀ ਮੇਰੀ ਨੈਚੁਰਲ ਅਵਸਥਾ ਹੈ ਮੈਂ ਲੇਟ ਕੇ ਅਭਿਆਸ ਕਰਾਂਗਾ ਉਹ ਕਹਿੰਦੇ ਹਨ ਇਦਾਂ ਤੁਸੀਂ ਸੋ ਜਾਂਦੇ ਹੋ ਤੁਸੀਂ ਅਭਿਆਸ ਨਹੀਂ ਕਰ ਸਕੋਗੇ ਸੰਜੋਗ ਨਾਲ ਹਰ ਰਾਤ ਜਦੋਂ ਅਸੀਂ ਸੌਂਦੇ ਹਾਂ ਅਸਲ ਵਿੱਚ ਅਸੀਂ ਆਪਣੇ ਸਰੀਰ ਨੂੰ ਛੱਡ ਦਿੰਦੇ ਹਾਂ ਅਸੀਂ ਸੁਪਨੇ ਦੇ ਸਰੀਰ ਵਿੱਚ ਚਲੇ ਜਾਂਦੇ ਹਾਂ ਇਸ ਲਈ ਇੱਕ ਤਰ੍ਹਾਂ ਨਾਲ ਅਸੀਂ ਸਾਰੇ ਆਪਣੇ ਆਪ ਅਭਿਆਸ ਕਰ ਰਹੇ ਹੁੰਦੇ ਹਾਂ ਅਸੀਂ ਅਭਿਆਸ ਕਰ ਰਹੇ ਹੁੰਦੇ ਹਾਂ ਕਿਉਂਕਿ ਅਸੀਂ ਆਪਣੇ ਸਰੀਰ ਨੂੰ ਛੱਡ ਦਿੰਦੇ ਹਾਂ ਅਤੇ ਕਿਸੇ ਹੋਰ ਸੰਸਾਰ ਵਿੱਚ ਕਿਸੇ ਹੋਰ ਸਰੀਰ ਵਿੱਚ ਜਾਂਦੇ ਹਾਂ ਤਾਂ ਫਿਰ ਇਸ ਨੂੰ ਅਭਿਆਸ ਕਿਉਂ ਨਹੀਂ ਕਿਹਾ ਜਾਂਦਾ ਨੀਂਦ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਸਾਡੇ ਜਾਗਣ ਦਾ ਪੱਧਰ चेतना ਦਾ ਪੱਧਰ ਉੱਤੇ ਜਾਣ ਦੀ بجائے ਹੇਠਾਂ ਡਿੱਗ ਜਾਂਦਾ ਹੈ ਇਸ ਲਈ ਇਹ ਅਭਿਆਸ ਨਹੀਂ ਹੈ ਅਭਿਆਸ ਵਿੱਚ ਸੋਝੀ ਚੇਤਨਾ ਗਿਆਨ ਦਾ ਪੱਧਰ ਉੱਚਾ ਹੁੰਦਾ ਹੈ ਨੀਵਾ ਨਹੀਂ ਅਤੇ ਇਸ ਲਈ ਨੀਂਦ ਅਭਿਆਸ ਨਹੀਂ ਕਹਿ ਲਾਂਦੀ ਉਹ ਹੇਠਾਂ ਵੱਲੋਂ ਜਾਂਦੀ ਹੈ ਉੱਪਰ ਵੱਲੋਂ ਨਹੀਂ ਅਤੇ ਕਿਉਂਕਿ ਸਾਡਾ ਸੌਣ ਰੁਝਾਨ ਤਾਂ ਹੁੰਦਾ ਹੀ ਹੈ ਅਭਿਆਸ ਕਈ ਵਾਰ ਇਸ ਰੁਝਾਨ ਨੂੰ ਤਿੱਬਰ ਕਰ ਦਿੰਦਾ ਹੈ ਤੁਸੀਂ ਆਪਣੀਆਂ ਅੱਖਾਂ ਬੰਦ ਕਰਦੇ ਹੋ ਤੁਸੀਂ ਆਰਾਮ ਵਿੱਚ ਹੁੰਦੇ ਹੋ ਤਾਂ ਤੁਸੀਂ ਸੌਣਾ ਚਾਹੁੰਦੇ ਹੋ ਕਈ ਵਾਰ ਵੱਡੇ ਮਹਾਰਾਜ ਮਜ਼ਾਕ ਨਾਲ ਕਹਿੰਦੇ ਸਨ ਜੇ ਕਿਸੇ ਨੂੰ ਨੀਂਦ ਨਾ ਆਉਣ ਦੀ ਬਿਮਾਰੀ ਹੋਵੇ ਤਾਂ ਉਹ ਅਭਿਆਸ ਕਰਨ ਦੀ ਕੋਸ਼ਿਸ਼ ਕਰੇ ਇਸ ਨਾਲ ਉਸ ਨੂੰ ਚੰਗੀ ਨੀਂਦ ਆਵੇਗੀ ਸੋ ਜਿਨ੍ਹਾਂ ਸਵਾਮੀ ਨੇ ਸਚਾਈ ਨੂੰ ਖੋਜਣ ਲਈ ਆਪਣੀ ਤਵੱਜਾ ਨੂੰ ਲਿਆਉਣ ਦੀ ਪ੍ਰਕਿਰਿਆ ਕੀਤੀ ਹੈ ਉਹਨਾਂ ਨੂੰ ਅਜੀਬ ਅਨੁਭਵ ਹੋਏ ਹਨ ਬਹੁਤੇ ਦਿਲਚਸਪ ਅਨੁਭਵ ਹੋਏ ਹਨ ਕਿਉਂਕਿ ਜੇ ਤੁਸੀਂ ਕਿਸੇ ਵੀ ਚੀਜ਼ ਤੇ ਆਪਣੀ ਤਵਜਹ ਕੇਂਦਰਿਤ ਕਰਦੇ ਹੋ ਤਾਂ ਕੁਝ ਖਾਸ ਕਿਸਮ ਦਾ ਅਨੁਭਵ ਹੁੰਦਾ ਹੈ ਜੇਕਰ ਤੁਸੀਂ ਆਪਣੀ ਤਵਜਹ ਆਪਣੇ ਦਿਲ ਤੇ ਚੱਕਰ ਤੇ ਕੇਂਦਰਿਤ ਕਰਦੇ ਹੋ ਤਾਂ ਇਸ ਨਾਲ ਕੁਝ ਅਲੱਗ ਤਰ੍ਹਾਂ ਦੇ ਅਨੁਭਵ ਪੈਦਾ ਹੁੰਦੇ ਹਨ ਅਸਲ ਵਿੱਚ ਮੈਂ ਸਕੂਲ ਗਿਆ ਅਮਰੀਕਾ ਦੇ ਬੋਸਟਨ ਵਿੱਚ ਹਾਰਵਰਡ ਯੂਨੀਵਰਸਿਟੀ ਇੱਕ ਸਕਾਲਰਸ਼ਿਪ ਤੇ ਗਿਆ ਸੀ ਅਤੇ ਉਸ ਸਮੇਂ ਉੱਥੋਂ ਦੇ ਦੋ ਪ੍ਰੋਫੈਸਰ ਸਨ ਇਹ 1962 63 ਦੀ ਗੱਲ ਹੈ ਸਾਈਕੋਲੋਜੀ ਦੇ ਦੋ ਪ੍ਰੋਫੈਸਰ ਸਨ ਅਤੇ ਉਹ ਸਾਈਕੋਲੋਜੀ ਅਤੇ ਫਿਲਾਸਫੀ ਦੇ ਅਧਿਆਪਕ ਸਨ ਉਨ੍ਹਾਂ ਨੂੰ ਇਸ ਗੱਲ ਵਿੱਚ ਦਿਲਚਸਪੀ ਹੋ ਗਈ ਕਿ ਅਸਲ ਚੇਤਨਾ ਕੀ ਹੈ ਉੱਚ ਚੇਤਨਾ ਕੀ ਹੈ ਕਿ ਇਹ ਮਨੋਵਿਗਿਆਨਿਕ ਤੱਤ ਹੈ ਕਿ ਸਿਰਫ ਇਹ ਇੱਕ ਮਾਨਸਿਕ ਚੀਜ਼ ਹੈ ਜਾਂ ਮਾਨਸਿਕ ਵਿਕਾਸ ਹੈ ਕਿ ਇਹ ਇਨਾਤੋ ਕੁਝ ਹੋਰ ਵੀ ਹੈ ਉਹ ਇਹ ਪੜ ਰਹੇ ਸਨ ਪਰ ਉਥੋਂ ਉਹਨਾਂ ਨੇ ਕੁਝ ਬਾਹਰੀ ਚੀਜ਼ਾਂ ਜਿਵੇਂ ਮੈਕਸੀਕਨ ਮਸ਼ਰੂਮਾਂ ਦੇ ਨਾਲ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਮੈਕਸੀਕਨ ਮਸ਼ਰੂਮਾਂ ਨੂੰ ਖਾਧਾ ਜਿਨ੍ਹਾਂ ਨਾਲ ਉਹਨਾਂ ਨੂੰ ਕੁਝ ਨਜ਼ਾਰਾ ਜਿਹਾ ਆਇਆ ਅਤੇ ਕੁਝ ਉੱਚੇ ਅਨੁਭਵ ਹੋਏ ਫਿਰ ਉਹਨਾਂ ਨੇ ਪਤਾ ਲਗਾਇਆ ਕਿ ਉਹਨਾਂ ਮਸ਼ਰੂਮਾਂ ਵਿੱਚ ਕੀ ਹੈ ਅਤੇ ਉਹਨਾਂ ਨੇ ਉਸ ਵਿੱਚੋਂ ਐਲ ਐਸ ਡੀ ਅਤੇ ਡੀ ਐਮ ਟੀ ਨੂੰ ਕੱਢ ਲਿਆ ਜੋ ਕਿ ਉਸ ਸਮੇਂ ਦੇ ਨਸ਼ੇ ਸਨ ਅਤੇ ਦੋਵੇਂ ਪ੍ਰੋਫੈਸਰਾਂ ਨੂੰ ਉਸ ਪ੍ਰਯੋਗ ਲਈ ਯੂਨੀਵਰਸਿਟੀ ਤੋਂ ਕੱਢ ਦਿੱਤਾ ਗਿਆ ਇੱਕ ਸੀ ਡਾਕਟਰ ਰਿਚਰਡ ਅਲਫਰਡ ਉਹ ਭਾਰਤ ਗਏ ਅਤੇ ਬਾਬਾ RAMਦਾਸ ਬਣ ਗਏ ਉਹਨਾਂ ਨੇ ਅਧਿਆਤਮਿਕਤਾ ਵਿੱਚ ਨਵੇਂ ਅਧਿਐਨ ਕੀਤੇ ਸਾਰੇ ਨਸ਼ੇ ਤਿਆਗ ਦਿੱਤੇ ਅਤੇ ਕਈ ਕਿਤਾਬਾਂ ਲਿਖੀਆਂ ਦੂਜੇ ਸਨ ਪ੍ਰੋਫੈਸਰ ਟਿਮਥੀ ਲੇਰੀ ਉਹਨਾਂ ਨੇ ਜਾ ਕੇ ਪੈਸੀਫਿਕ ਓਸ਼ਨ ਵਿੱਚ ਇੱਕ ਟਾਪੂ ਉਤੇ ਇੱਕ ਚਰਚ ਸਥਾਪਿਤ ਕੀਤੀ ਜਿਸ ਦਾ ਨਾਮ ਚਰਚ ਆਫ ਦਾ ਬੂਹੂ ਰੱਖਿਆ ਗਿਆ। ਉਹਨਾਂ ਨੇ ਇਹ ਦਰਸਾਉਣ ਲਈ ਕਿ ਸ੍ਰੇਸ਼ਟ ਅਤੇ ਹਸੋ ਹੀਣੇ ਸਥਿਤੀ ਵਿੱਚ ਕੋਈ ਅੰਤਰ ਨਹੀਂ ਹੈ। ਉਸ ਚਰਚ ਦਾ ਨਾਮ ਚਰਚ ਆਫ ਦਾ ਬੂਹੂ ਰੱਖਿਆ ਗਿਆ। ਇਹਨਾਂ ਦੇ ਵੇਲੇ ਮੈਂ ਵੀ ਉੱਥੇ ਉਸ ਯੂਨੀਵਰਸਿਟੀ ਵਿੱਚ ਸੀ ਅਤੇ ਉਸ ਸਮੇਂ ਪੜ੍ਹਾਈ ਕਰ ਰਿਹਾ ਸੀ। ਉਹਨਾਂ ਨੇ 40-50 ਵਿਦਿਆਰਥੀਆਂ ਦਾ ਇੱਕ ਛੋਟਾ ਜਿਹਾ ਸਮੂਹ ਬਣਾਇਆ ਹੋਇਆ ਸੀ ਜੋ ਇੱਕ ਯੋਗਾ ਕੇਂਦਰ ਵਿੱਚ ਯੋਗ ਤਕਨੀਕਾਂ ਦੇ ਨਾਲ-ਨਾਲ ਮਸ਼ਰੂਮਸ ਨਾਲ ਵੀ ਅਭਿਆਸ ਕਰਦੇ ਸਨ ਮੈਨੂੰ ਇੱਕ ਵਾਰ ਉਹਨਾਂ ਨੇ ਇੱਕ ਪਾਰਟੀ ਵਿੱਚ ਬੁਲਾਇਆ ਜਿੱਥੇ ਉਹ ਸਾਰੇ ਲੋਕ ਮੌਜੂਦ ਸਨ ਉਹ ਲੋਕ ਆਪਣੇ ਦਿਨ ਦੇ ਤਜਰਬਿਆਂ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ ਕੋਈ ਕਹਿ ਰਿਹਾ ਸੀ ਅਤੇ ਫਿਰ ਅਸੀਂ ਉਸ ਵਿੱਚੋਂ ਥੋੜਾ ਹੋਰ ਲਿਆ ਇੱਕ ਸੂਟਾ ਮਾਰਿਆ ਅਤੇ ਫਿਰ ਇਹ ਵਾਪਰਿਆ ਮੈਂ ਉਹਨਾਂ ਨਾਲ ਗੱਲਾਂ ਕਰਨ ਲੱਗ ਪਿਆ ਮੈਂ ਕਿਹਾ ਫਿਰ ਤੁਸੀਂ ਵੇਖਿਆ ਹੋਵੇਗਾ ਕਿ ਕੰਧਾਂ ਗੁਲਾਬੀ ਹੋ ਰਹੀਆਂ ਹਨ ਅਤੇ ਤੁਹਾਡੇ ਵੱਲ ਆ ਰਹੀਆਂ ਹਨ ਉਹਨਾਂ ਨੇ ਕਿਹਾ ਤੁਸੀਂ ਵੀ ਇਹ ਕਰਦੇ ਹੋ ਮੈਂ ਕਿਹਾ ਮੈਂ ਕਦੇ ਵੀ ਕੋਈ ਨਸ਼ਾ ਨਹੀਂ ਲਿਆ ਉਹਨਾਂ ਕਿਹਾ ਫਿਰ ਤੁਸੀਂ ਇਸ ਬਾਰੇ ਕਿਵੇਂ ਜਾਣਦੇ ਹੋ ਮੈਂ ਕਿਹਾ ਕਿਸੇ ਵੀ ਊਰਜਾ ਕੇਂਦਰ ਤੇ ਥੋੜਾ ਜਿਹਾ ਧਿਆਨ ਦੇਣ ਨਾਲ ਤੁਹਾਨੂੰ ਇਹ ਤਜਰਬਾ ਮਿਲ ਸਕਦਾ ਹੈ ਤੁਸੀਂ ਆਪਣੇ ਹੇਠਲੇ ਕੇਂਦਰਾ ਵਿੱਚ ਕੁਝ ਖਾਸ ਕੰਪਨੀਆਂ ਪੈਦਾ ਕਰਕੇ ਅਜਿਹੇ ਅਜੀਬ ਤਜਰਬੇ ਪ੍ਰਾਪਤ ਕਰ ਸਕਦੇ ਹੋ ਤੁਹਾਨੂੰ ਗਿਆਨ ਨਹੀਂ ਮਿਲ ਰਿਹਾ ਤੁਹਾਨੂੰ ਕੋਈ ਉੱਚ ਸੋਝੀ ਨਹੀਂ ਮਿਲ ਰਹੀ ਤੁਹਾਨੂੰ ਨਸ਼ਾ ਕਰਕੇ ਸਿਰਫ ਇੱਕ ਨਵਾਂ ਤਜਰਬਾ ਮਿਲਦਾ ਹੈ ਇਸ ਦਾ ਮਤਲਬ ਕੁਝ ਵੀ ਨਹੀਂ ਤੁਸੀਂ ਸਮਝਦੇ ਕੋਈ ਦਰਵਾਜ਼ੇ ਨਹੀਂ ਖੋਲ ਰहे ਜਿਵੇਂ ਕਿ ਤੁਸੀਂ ਦਾਵਾ ਕਰਦੇ ਹੋ ਕਿ ਤੁਹਾਨੂੰ ਪਤਾ ਲੱਗ ਰਿਹਾ ਹੈ ਕਿ ਰੂਹ ਕੀ ਹੈ ਜੇਤਨਾ ਕੀ ਹੈ ਤੁਸੀਂ ਇਸ ਨੂੰ ਇੱਕ ਬਹੁਤ ਵਧੀਆ ਤਜਰਬਾ ਦੱਸਦੇ ਹੋ ਪਰ ਇਸ ਤਰ੍ਹਾਂ ਦੇ ਤਜਰਬਿਆਂ ਨੇ ਕਈ ਦੁਖਾਂਤ ਘਟਨਾਵਾਂ ਨੂੰ ਜਨਮ ਦਿੱਤਾ ਉਸ ਸਥਿਤੀ ਵਿੱਚ ਕਈ ਲੋਕਾਂ ਨੇ ਖਿੜਕੀਆਂ ਤੋਂ ਛਲਾਂਗ ਮਾਰ ਦਿੱਤੀ ਆਪਣੀ ਜੀਵਨ ਲੀਲਾ ਖਤਮ ਕਰ ਲਈ ਇਸ ਲਈ ਆਖਰਕਾਰ ਬਹੁਤ ਸਾਰੇ ਦੇਸ਼ਾਂ ਵਿੱਚ ਇਸ ਉੱਤੇ ਪਾਬੰਦੀ ਲੱਗ ਗਈ ਸੀ ਅਤੇ ਇਸ ਤਰ੍ਹਾਂ ਸਾਰਾ ਪ੍ਰਯੋਗ ਫੇਲ ਹੋ ਗਿਆ ਅੱਲਾ ਕੀ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਹਨਾਂ ਪ੍ਰਯੋਗਾਂ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਸਭ ਨਾਲ ਇਹਨਾਂ ਚੀਜ਼ਾਂ ਦੀ ਪ੍ਰਤੀਸ਼ਟਾ ਤੇ ਬਹੁਤ ਪੂਰਾ ਪ੍ਰਭਾਵ ਪਿਆ ਇਹਨਾਂ ਨਾਲ ਕੋਈ ਵੀ ਉੱਚ ਸੋਝੀ ਵੱਲ ਨਹੀਂ ਜਾਂਦਾ ਇਸ ਲਈ ਮੈਂ ਜੋ ਨੁਕਤੇ ਤੇ ਜੋਰ ਦੇ ਰਿਹਾ ਹਾਂ ਉਹ ਇਹ ਹੈ ਕਿ ਕਿਸੇ ਵੀ ਛੇਟਲੇ ਚੱਕਰ ਤੇ ਤਵਜੂ ਕੇਂਦ੍ਰਿਤ ਕਰਨਾ ਆਪਣੇ ਆਪ ਨੂੰ ਖੋਜਣ ਜਾਂ ਜਾਗਰੂਕਤਾ ਜਾਂ ਸੁਚੋਝੀ ਦੀ ਅਵਸਥਾ ਵਿੱਚ ਜਾਣ ਲਈ ਟੁਕਮਾ ਨਹੀਂ ਹੈ ਇਹ ਪਤਾ ਲਗਾਉਣ ਲਈ ਕਿ ਤੁਸੀਂ ਕੌਣ ਹੋ ਤੁਹਾਨੂੰ ਜਾਗਦੇ ਸਥਿਤੀ ਜਾਂ ਉਸ ਤੋਂ ਉੱਚ ਸਥਿਤੀ ਵਿੱਚ ਹੋਣਾ ਜ਼ਰੂਰੀ ਹੈ ਅਝੀਹਾ ਕਰਨ ਲਈ ਤੁਹਾਨੂੰ ਅੱਖਾਂ ਦੇ ਪਿੱਛੇ ਹੋਣ ਦਾ ਅਭਿਆਸ ਕਰਨਾ ਜ਼ਰੂਰੀ ਹੈ ਅਤੇ ਇਹ ਅਭਿਆਸ ਕਲਪਨਾ ਦੁਆਰਾ ਕੀਤਾ ਜਾ ਸਕਦਾ ਹੈ ਸਾਨੂੰ ਦਿੱਤੀ ਗਈ ਕਲਪਨਾ ਸ਼ਕਤੀ ਨੂੰ ਇੱਕ ਸਾਧਨ ਵਜੋਂ ਵਰਤੋ ਕਲਪਨਾ ਕਰੋ ਤੁਸੀਂ ਉੱਥੇ ਹੋ ਜੇ ਤੁਸੀਂ ਕਲਪਨਾ ਕਰਦੇ ਹੋ ਕਿ ਤੁਸੀਂ ਕੁਰਸੀ ਤੇ ਬੈਠੇ ਹੋ ਜਿੱਥੇ ਤੁਸੀਂ ਅਸਲ ਵਿੱਚ ਨਹੀਂ ਬੈਠੇ ਤਾਂ ਤੁਹਾਡੀ ਕਲਪਨਾ ਅਸਲ ਵਿੱਚ ਇੰਨੀ ਡੂੰਗੀ ਹੋ ਸਕਦੀ ਹੈ ਕਿ ਤੁਸੀਂ ਆਪਣੇ ਆਪ ਨੂੰ ਕੁਰਸੀ ਤੇ ਬੈਠਿਆ ਮਹਿਸੂਸ ਕਰ ਸਕਦੇ ਹੋ ਅਤੇ ਇਸ ਦਾ ਦ੍ਰਿਸ਼ ਵੀ ਵੇਖ ਸਕਦੇ ਹੋ ਤਾਂ ਉਸੇ ਤਰ੍ਹਾਂ ਕਲਪਨਾ ਸਾਡੀ ਤਵੱਜਹ ਨੂੰ ਅੰਦਰ ਖਿੱਚ ਸਕਦੀ ਹੈ ਜੋ ਜ਼ੋਰ ਨਾਲ ਨਹੀਂ ਹੋ ਸਕਦਾ ਲੋਕ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰਦੇ ਹਨ ਕੀ ਹੁੰਦਾ ਹੈ ਉਹਨਾਂ ਨੂੰ ਇਸ ਨਾਲ ਸਿਰਦਰਦ ਹੋ ਜਾਂਦਾ ਹੈ ਲੋਕ ਹਰ ਸਮੇਂ ਇਹ ਗਲਤੀਆਂ ਕਰਦੇ ਹਨ ਰੋਹਾਨੀ ਯਾਤਰਾ ਦੀ ਤਿਆਰੀ ਕਰਦੇ ਹਨ ਇਹਕ ਤੀਨ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਘਰ ਵਾਪਸ ਜਾਣਾ ਇੱਕ ਕੁਦਰਤੀ ਯਾਤਰਾ ਹੈ ਅਤੇ ਇਹ ਜੋੜ ਜ਼ਬਰਦਸਤੀ ਜਾਂ ਸੰਘਰਸ਼ ਦੁਆਰਾ ਪ੍ਰਾਪਤ ਨਹੀਂ ਹੋ ਸਕਦੇ ਜੇ ਤੁਸੀਂ ਜੋੜ ਨਾਲ ਆਪਣੀ ਤਵੱਜਾ ਨੂੰ ਖਿੱਚਣ ਲੱਗ ਪੋ ਲੋਕ ਆਪਣੀਆਂ ਅੱਖਾਂ ਸਰੀਰਿਕ ਅੱਖਾਂ ਤੇ ਆਪਣੇ ਤਵੱਜਾ ਲਗਾਉਂਦੇ ਹਨ ਉਹਨਾਂ ਨੂੰ ਵਾਪਸ ਖਿੱਚਣ ਦੀ ਕੋਸ਼ਿਸ਼ ਕਰਦੇ ਹਨ ਕਹਿੰਦੇ ਹਨ ਅਸੀਂ ਅੰਦਰ ਵੱਲ ਵੇਖ ਰਹੇ ਹਾਂ ਪਰ ਇਹ ਅੱਖਾਂ ਅੰਦਰ ਵੱਲ ਵੇਖਣ ਲਈ ਬਣੀਆਂ ਹੀ ਨਹੀਂ ਹਨ ਤੁਸੀਂ ਇਹਨਾਂ ਅੱਖਾਂ ਨਾਲ ਅੰਦਰ ਵੱਲ ਵੇਖਣ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਸਿਰਫ ਸਿਰ ਦਰਦ ਹੋਵੇਗਾ ਅਤੇ ਅੰਤ ਵਿੱਚ ਅੱਖਾਂ ਦਾ ਦਰਦ ਵੀ ਹੋਵੇਗਾ ਇਸ ਲਈ ਇਹ ਵਿਧੀ ਕਲਪਨਾ ਨੂੰ ਵਰਤਣ ਦਾ ਤਰੀਕਾ ਹੈ ਜੋ ਕਿ ਚੇਤਨਾ ਦਾ ਇੱਕ ਕਾਰਜ ਹੈ ਕਲਪਨਾ ਚੇਤਨਾ ਦਾ ਇੱਕ ਕਾਰਜ ਹੈ ਜੇ ਤੁਸੀਂ ਕਲਪਨਾ ਕਰਨਾ ਚਾਹੁੰਦੇ ਹੋ ਕਿ ਤੁਸੀਂ ਬਾਹਰ ਗਲੀ ਵਿੱਚ ਹੋ ਸਰੀਰ ਦੇ ਕਿਸੇ ਵੀ ਹਿੱਸੇ ਤੇ ਤਣਾਅ ਨਹੀਂ ਹੁੰਦਾ ਤੁਸੀਂ ਆਪਣੀ ਚੇਤਨਾ ਨੂੰ ਉੱਥੇ ਹੋਣ ਲਈ ਵਰਤ ਰਹੇ ਹੁੰਦੇ ਹੋ ਇਸ ਲਈ ਨੇਚਰਲ ਤਰੀਕਾ ਜਿਸ ਨਾਲ ਤੁਸੀਂ ਆਪਣੇ ਆਪ ਬਾਰੇ ਜਾਣ ਸਕਦੇ ਹੋ ਉਹ ਬਿਨਾ ਆਪਣੇ ਸਰੀਰ ਨਾਲ ਸੰਘਰਸ਼ ਕੀਤੇ ਕਲਪਨਾ ਨੂੰ ਵਰਤ ਕੇ ਅੱਖਾਂ ਦੇ ਪਿੱਛੇ ਤੀਜੇ ਕੇਂਦਰ ਤੇ ਜਾਣਾ ਹੈ ਇਸ ਲਈ ਇਸ ਤਕਨੀਕ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਸਰੀਰ ਇੰਨੀ ਆਰਾਮਦਾਇਕ ਸਥਿਤੀ ਵਿੱਚ ਨਾ ਹੋਵੇ ਕਿ ਨੀਂਦ ਆ ਜਾਵੇ ਅਤੇ ਇੰਨੀ ਔਖੀ ਜਬੇ ਰਾਮ ਵਾਲੀ ਸਥਿਤੀ ਵਿੱਚ ਨਾ ਹੋਵੇ ਕਿ ਤਵਜੋ ਸਰੀਰ ਦੇ ਬੇਹਰਮੀ ਵੱਲ ਲੱਗੀ ਰਹੇ ਇਹ ਸਭ ਤੋਂ ਵਧੀਆ ਆਸਨ ਹੈ ਕਿਸੇ ਵੀ ਕਿਸਮ ਦੇ ਅਭਿਆਸ ਨੇ ਸਭ ਤੋਂ ਵਧੀਆ ਆਸਨ ਅਭਿਆਸ ਵਿੱਚ ਸਫਲ ਹੋਣ ਲਈ ਆਪਣੇ ਸਰੀਰ ਨੂੰ ਇਸ ਤਰ੍ਹਾਂ ਰੱਖੋ ਤੁਸੀਂ ਕੁਰਸੀ ਤੇ ਬੈਠ ਸਕਦੇ ਹੋ ਤੁਸੀਂ ਫਰਸ਼ ਤੇ ਬੈਠ ਸਕਦੇ ਹੋ ਤੁਸੀਂ ਆਪਣੀ ਉਮਰ ਅਤੇ ਆਪਣੀ ਪਿੱਠ ਦੀ ਸਥਿਤੀ ਦੇ ਆਧਾਰ ਤੇ ਕੰਧ ਨਾਲ ਢੋ ਲਾ ਕੇ ਬੈਠ ਸਕਦੇ ਹੋ ਤੁਸੀਂ ਪਿਛਲੇ ਪਾਸੇ ਇੱਕ ਗੱਦੀ ਰੱਖ ਸਕਦੇ ਹੋ ਪਰ ਅਜੇਹੀ ਸਥਿਤੀ ਵਿੱਚ ਹੋਵੋ ਕਿ ਤੁਸੀਂ ਸੁਚੇਤ ਰਹੋ ਅਤੇ ਜਾਗਦੇ ਰਹੋ ਕਿਤੇ ਸੋ ਨਾ ਜਾਓ ਦੂਜੇ ਪਾਸੇ ਦਰਦ ਅਤੇ ਪੀੜਾ ਵੀ ਨਾ ਹੋਵੇ ਜੇ ਦਰਦ ਅਤੇ ਪੀੜ ਹੋਵੇਗੀ ਤਾਂ ਤੁਸੀਂ ਅਭਿਆਸ ਵਿੱਚ ਸਫਲ ਨਹੀਂ ਹੋਵੋਗੇ ਇਸ ਲਈ ਆਪਣੇ ਆਪ ਨੂੰ ਖੋਜਣ ਦੇ ਚੰਗੇ ਅਨੁਭਵ ਚੰਗੇ ਅਧਿਆਤਮਿਕ ਮਾਰਗ ਦੀ ਤਿਆਰੀ ਲਈ ਸਿਹਤ ਚੰਗੀ ਰੱਖਣਾ ਜ਼ਰੂਰੀ ਹੈ ਸਰੀਰ ਨੂੰ ਚੰਗੀ ਸਥਿਤੀ ਵਿੱਚ ਰੱਖਣਾ ਜ਼ਰੂਰੀ ਹੈ ਕਿਉਂਕਿ ਸਾਰਾ ਅਭਿਆਸ ਇਸ ਸਤੂਲ ਸਰੀਰ ਵਿੱਚ ਹੋ ਰਿਹਾ ਹੁੰਦਾ ਹੈ ਜਿੰਨਾ ਸੰਭਵ ਹੋ ਸਕੇ ਸਰੀਰ ਨੂੰ ਸ਼ੁੱਧ ਰੂਪ ਵਿੱਚ ਬਣਾਈ ਰੱਖਣਾ ਜ਼ਰੂਰੀ ਹੈ ਇਸ ਵਿੱਚ ਜਿਆਦਾ ਖਰਾਬ ਚੀਜ਼ਾਂ ਨਾ ਪਾਓ ਇਸ ਲਈ ਇਹਨਾਂ ਸਾਧੂਆਂ ਅਤੇ ਕਾਮਲ ਮੁਰਸ਼ਿਦਾ ਨੇ ਘੱਟ ਖਾਣ ਅਤੇ ਵੈਜੀਟੇਰੀਅਨ ਸਧਾਰਨ ਭੋਜਨ ਖਾਣ ਦੀ ਸਿਫਾਰਿਸ਼ ਕੀਤੀ ਹੈ ਜਿਸ ਨਾਲ ਤੁਹਾਡੇ ਮਨ ਤੇ ਘੱਟ ਤੋਂ ਘੱਟ ਤਣਾਅ ਪੈਦਾ ਹੁੰਦਾ ਹੈ ਕੁਝ ਲੋਕ ਪੁੱਛਦੇ ਹਨ ਵੈਜੀਟੇਰੀਅਨ ਕਿਉਂ ਉਹਨਾਂ ਨੂੰ ਵੈਜੀਟੇਰੀਅਨ ਹੋਣਾ ਇੱਕ ਮਤ ਜਾਂ ਪੰਥ ਦੀ ਤਰ੍ਹਾਂ ਜਾਪਦਾ ਹੈ ਵੈਜੀਟੇਰੀਅਨ ਹੋਣਾ ਰੂਹਾਨੀਅਤ ਨਾਲ ਕਿਵੇਂ ਜੁੜਿਆ ਹੋ ਸਕਦਾ ਹੈ ਰੂਹਾਨੀਅਤ ਰੂਹ ਨਾਲ ਸਬੰਧਤ ਹੈ ਭੋਜਨ ਦਾ ਇਸ ਦੇ ਨਾਲ ਕੀ ਸਬੰਧ ਹੈ ਸਚਾਈ ਇਹ ਹੈ ਕਿ ਭੋਜਨ ਦਾ ਇਸ ਦੇ ਨਾਲ ਬਹੁਤ ਗਹਿਰਾ ਰਿਸ਼ਤਾ ਹੈ ਮੈਂ ਤੁਹਾਨੂੰ ਦੱਸਦਾ ਹਾਂ ਕਿ ਅਜਿਹਾ ਕਿਉਂ ਹੈ ਕਿਉਂਕਿ ਮਾਨਦੀ ਇਕਾਗਰਤਾ ਦੀ ਸ਼ਕਤੀ ਤੁਹਾਡੇ ਖਾਂ ਨਾਲ ਪ੍ਰਭਾਵਿਤ ਹੁੰਦੀ ਹੈ ਤੁਹਾਡੇ ਮਨ ਦੀ ਇਕਾਗਰਤਾ ਦੀ ਸ਼ਕਤੀ ਤੁਹਾਡੇ ਕੰਮ ਕਾਜਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ ਮੰਨ ਲਓ ਕਿ ਤੁਸੀਂ ਜਾ ਕੇ ਇੱਕ ਆਦਮੀ ਨੂੰ ਮਾਰ ਆਉਂਦੇ ਹੋ ਅਤੇ ਕਹਿੰਦੇ ਹੋ ਮੇਰੀ ਤਵਜਹ ਨੂੰ ਕੇਂਦਰਿਤ ਕਰਨ ਦੀ ਸ਼ਕਤੀ ਉਸੇ ਤਰ੍ਹਾਂ ਬਰਕਰਾਰ ਹੈ ਇਹ ਕਦੇ ਵੀ ਉਸੇ ਤਰ੍ਹਾਂ ਨਹੀਂ ਰਹਿੰਦੀ ਇੱਕ ਸਧਾਰਨ ਉਦਾਹਰਣ ਲਓ ਤੁਸੀਂ ਇੱਕ ਕਿਤਾਬ ਪੜ ਰਹੇ ਹੋ ਅਤੇ ਇੱਕ ਪੰਨੇ ਨੂੰ ਪੜਨ ਦਾ ਕੁਝ ਨਿਸ਼ਚਿਤ ਸਮਾਂ ਲੈਂਦੇ ਹੋ। ਮੰਨ ਲਓ ਤੁਸੀਂ ਇੱਕ ਪੰਨੇ ਨੂੰ 1 ਮਿੰਟ ਵਿੱਚ ਪੜਦੇ ਹੋ। ਤੁਸੀਂ ਕਿਸੇ ਨੂੰ ਮਾਰ ਕੇ ਆਉਂਦੇ ਹੋ। ਕਿਤਾਬ ਪੜਦੇ ਹੋ। ਹੁਣ ਤੁਹਾਨੂੰ ਇੱਕ ਪੰਨਾ ਪੜਨ ਵਿੱਚ ਜ਼ਿਆਦਾ ਸਮਾਂ ਲੱਗੇਗਾ। ਤੁਹਾਨੂੰ ਕੀ ਹੋ ਗਿਆ? ਇਹ ਝਟਕਣਾ ਤੁਹਾਨੂੰ ਤਵੱਜਾ ਨੂੰ ਕੇਂਦਰਿਤ ਨਹੀਂ ਹੋਣ ਦੇਵੇਗੀ। ਕਿਉਂ? ਕਿਉਂਕਿ ਤੁਸੀਂ ਇੱਕ ਵਿਅਕਤੀ ਦੀ ਜ਼ਿੰਦਗੀ ਖਤਮ ਕਰ ਦਿੱਤੀ ਹੈ। ਇਹ ਕਿਰਿਆ ਤੁਹਾਡੇ ਅਵਚੇਤਨ ਨੂੰ ਪ੍ਰਭਾਵਿਤ ਕਰਦੀ ਹੈ ਇਹ ਤੁਹਾਡੇ ਅੰਦਰ ਨੂੰ ਪ੍ਰਭਾਵਿਤ ਕਰਦੀ ਹੈ ਤੁਸੀਂ ਪਹਿਲਾਂ ਜਿੰਨੀ ਇਕਾਗਰਤਾ ਨਹੀਂ ਕਰ पाओगे ਜੇ ਤੁਸੀਂ ਕਿਸੇ ਜਾਨਵਰ ਨੂੰ ਮਾਰਦੇ ਹੋ ਉਹੀ ਚੀਜ਼ ਹੁੰਦੀ ਹੈ ਪਰ ਥੋੜੀ ਘੱਟ ਕਿਸੇ ਜਾਨਵਰ ਨੂੰ ਮਾਰਨ ਤੋਂ ਬਾਅਦ ਵਾਪਸ ਪਹਿਲੇ ਵਾਲੀ ਸਥਿਤੀ ਵਿੱਚ ਆਉਣ ਲਈ ਮਨੁੱਖ ਦੀ ਹਤਿਆ ਦੀ ਬਜਾਏ ਘੱਟ ਸਮਾਂ ਲੱਗਦਾ ਹੈ ਹੁਣ ਜੇ ਤੁਸੀਂ ਕਿਸੇ ਕੀੜੇ ਨੂੰ ਵੀ ਮਾਰਦੇ ਹੋ ਪਾ ਉਸ ਦਾ ਵੀ ਕੁਝ ਪ੍ਰਭਾਵ ਹੁੰਦਾ ਹੈ ਭਾਵੇਂ ਤੁਸੀਂ ਸਬਜ਼ੀਆਂ ਨੂੰ ਪੁੱਟੋ ਪ੍ਰਭਾਵ ਤਾਂ ਹੋਵੇਗਾ ਪਰ ਬਹੁਤ ਘੱਟ ਇਸ ਲਈ ਇਹ ਗੁਰੂ ਫਕੀਰ ਆਏ ਅਤੇ ਸਾਨੂੰ ਸਫਾਰਿਸ਼ ਕਰਦੇ ਹਨ ਕਿ ਸਾਨੂੰ ਉਹ ਭੋਜਨ ਖਾਣਾ ਚਾਹੀਦਾ ਹੈ ਜੋ ਸਾਡੀ ਤਵੱਜਾ ਕੇਂਦਰਿਤ ਕਰਨ ਦੀ ਸ਼ਕਤੀ ਨੂੰ ਘੱਟੋ-ਘੱਟ ਪਟਕਾਵੇ ਅਤੇ ਘੱਟੋ-ਘੱਟ ਪਰੇਸ਼ਾਨੀ ਦਾ ਕਾਰਨ ਬਣੇ ਇਹ ਨਹੀਂ ਕਿ ਭੋਜਨ ਵਿੱਚ ਕੁਝ ਹੈ ਅਸੀਂ ਇਸ ਨੂੰ ਬਿਲਕੁਲ ਦੂਸਰੇ ਅੰਤਵਾਲ ਲਿਜਾ ਸਕਦੇ ਹਾਂ ਅਤੇ ਕਹਿ ਸਕਦੇ ਹਾਂ ਕਿ ਭੋਜਨ ਵਿੱਚ ਹੀ ਰੋਹਾਨੀਅਤ ਹੈ ਮੈਂ ਜਾਪਾਨ ਗਿਆ ਅਤੇ ਇੱਕ ਜੈਨ ਬੋਧੀ ਗਰੁੱਪ ਨੂੰ ਮਿਲਿਆ ਅਤੇ ਉਹਨਾਂ ਨੇ ਮੈਨੂੰ ਇੱਕ ਰਾਜ਼ ਦੱਸਿਆ ਮੈਨੂੰ ਰਾਜ਼ ਸੁਣਨ ਲਈ ਉਹਨਾਂ ਦੇ ਸਮੂਹ ਵਿੱਚ ਸ਼ਾਮਲ ਹੋਣਾ ਪਿਆ ਰਾਜ਼ ਸੀ ਕਿ ਇੱਕ ਚਾਵਲ ਦੇ ਦਾਣਿਆਂ ਵਿੱਚ ਅਧਿਆਤਮਿਕਤਾ ਹੁੰਦੀ ਹੈ ਕਿ ਚਾਵਲ ਦਾ ਹਰ ਦਾਣਾ ਅਧਿਆਤਮਿਕ ਹੁੰਦਾ ਹੈ ਸੋ ਜੇ ਤੁਸੀਂ ਚਾਵਲ ਖਾਂਦੇ ਹੋ ਤਾਂ ਅਧਿਆਤਮਿਕ ਹੋ ਜਾਵੋਗੇ ਮੈਂ ਕਿਹਾ ਇਹ ਤਾਂ ਬਹੁਤ ਹੀ ਅਜੀਬ ਰਾਜ ਹੈ ਕਿ ਚਾਵਲ ਵਿੱਚ ਸਾਰੀ ਰੋਹਾਨੀਅਤ ਅਤੇ ਚੇਤਨਾ ਹੁੰਦੀ ਹੈ ਸੋ ਅਸੀਂ ਇਸ ਨੂੰ ਪੂਰੀ ਤਰ੍ਹਾਂ ਮੂਰਖਤਾ ਅਤੇ ਹਸੋਹਾਣੇ ਪੱਧਰ ਤੇ ਲਿਜਾ ਸਕਦੇ ਹਾਂ ਇਸ ਲਈ ਸਾਨੂੰ ਇਹਨਾਂ ਚੀਜ਼ਾਂ ਤੇ ਆਪਣੀ ਸਮਝਦਾਰੀ ਲਗਾਉਣੀ ਪਵੇਗੀ ਸਾਨੂੰ ਆਪਣੀ ਸਮਝਦਾਰੀ ਨੂੰ ਕਦੇ ਨਹੀਂ ਗਵਾਉਣਾ ਚਾਹੀਦਾ ਇਹ ਮਹੱਤਵਪੂਰਨ ਹੈ ਮੇਰਾ ਮੰਨਣਾ ਹੈ ਕਿ ਸਾਡੇ ਕੋਲ 8 ਸੈਂਸਸ ਜਾਂ ਇੰਦਰੀਆਂ ਹੁੰਦੀਆਂ ਹਨ ਪੰਜ ਨਹੀਂ ਪੰਜ ਇੰਦਰੀਆਂ ਸਾਡੀ ਸੂਝ-ਬੂਝ ਹਨ ਵੇਖਣਾ ਛੂਣਾ ਸੁਣਨਾ ਚੱਖਣਾ ਸੁੰਘਣਾ ਇਹ ਪੰਜ ਗਿਆਨ ਇੰਦਰੀਆਂ ਹਨ ਛੇਵੀਂ ਇੰਦਰੀ ਹੈ ਮਜ਼ਾਕ ਨਾਲ ਕਿਹਾ ਜਾਂਦਾ ਹੈ ਇਹ ਔਰਤਾਂ ਵਿੱਚ ਵਧੇਰੇ ਹੁੰਦੀ ਹੈ ਉਹ ਹੈ ਸਹਿਜ ਗਿਆਨ ਸਹਿਜ ਗਿਆਨ ਛੇਵੀਂ ਇੰਦਰੀ ਹੈ ਸੱਤਵੀਂ ਹੈ ਆਮ ਜਾਂ ਸਧਾਰਨ ਸੋਝ ਜੋ ਸਾਦੀ ਅਛੇਵਾਂ ਨਾਲੋਂ ਵਧੇਰੇ ਮਹੱਤਵਪੂਰਨ ਹੈ ਕਿਹਾ ਤਾਂ ਇਸ ਨੂੰ ਆਮ ਸੋਚ ਜਾਂ ਕਾਮਨ ਸੈਂਸ ਜਾਂਦਾ ਹੈ ਪਰ ਇਹ ਬਿਲਕੁਲ ਵੀ ਆਮ ਨਹੀਂ ਹੈ ਆਮ ਸੋਚ ਹੈ ਕਾਨਕ ਅਤੇ ਫੂਸ ਵਿੱਚ ਫਰਕ ਕਰਨ ਦੀ ਯੋਗਤਾ ਇਹ ਜਾਣਨ ਲਈ ਕਿ ਕਿਹੜੀ ਚੀਜ਼ ਮਹੱਤਵਪੂਰਨ ਹੈ ਅਤੇ ਕਿਹੜੀ ਨਹੀਂ ਇਹ ਸਧਾਰਨ ਸੂਝ ਹੈ ਕਾਮਨ ਸੈਂਸ ਹੈ ਜੋ ਸਾਡੀ ਜ਼ਿੰਦਗੀ ਵਿੱਚ ਸਹੀ ਤਰਜੀਹਾਂ ਬਣਾਉਣ ਬਾਰੇ ਦੱਸਦੀ ਹੈ ਇਸ ਆਧਾਰਨ ਜਾਂ ਆਮ ਸੋਚ ਸਾਡੇ ਲਈ ਬਹੁਤ ਮਹੱਤਵਪੂਰਨ ਹੈ 8ਵੀਂ ਇੰਦਰੀ ਇੱਕ 8ਵੀਂ ਇੰਦਰੀ ਹੈ ਜੋ ਮੇਰੇ ਅਨਸਾਰ ਸਭ ਤੋਂ ਉੱਚੀ ਹੈ ਜਿਸ ਨਾਲ ਅਸੀਂ ਚੰਗੀ ਜ਼ਿੰਦਗੀ ਜੀ ਸਕਦੇ ਹਾਂ ਅਤੇ ਉਹ ਹੈ ਹੱਸਣ ਦੀ ਯੋਗਤਾ ਖੁਸ਼ ਰਹਿਣ ਦੀ ਭਾਵਨਾ ਜੇ ਤੁਸੀਂ ਚੀਜ਼ਾਂ ਤੇ ਹੱਸ ਸਕਦੇ ਹੋ ਤਾਂ ਤੁਸੀਂ ਸੱਚਮੁੱਚ ਇਹ ਸਾਰੀ ਜ਼ਿੰਦਗੀ ਨੂੰ ਵੱਖ ਨਜ਼ਰੀਏ ਨਾਲ ਦੇਖ ਸਕਦੇ ਹੋ ਸਾਨੂੰ ਆਮ ਸੋਚ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਇਹ ਨਹੀਂ ਭੁੱਲਣਾ ਚਾਹੀਦਾ ਕਿ ਤੁਸੀਂ ਚਾਵਲ ਦੇ ਦਾਣੇ ਜਾਂ ਕਿਸੇ ਵਿਸ਼ੇਸ਼ ਸ਼ਾਕਾਹਾਰੀ ਭੋਜਨ ਵਿੱਚੋਂ ਰੋਹਾਨੀਅਤ ਨੂੰ ਨਹੀਂ ਲੱਭ ਸਕਦੇ ਭਾਰਤ ਵਿੱਚ ਇੱਕ ਮੰਦਰ ਹੈ ਮੈਂ ਉੱਥੇ ਗਿਆ ਉਹਨਾਂ ਨੇ ਕਿਹਾ ਜੇ ਤੁਸੀਂ ਮੁਕਤੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਹ ਖਾਣਾ ਖਾਓ ਜੋ ਧਰਤੀ ਦੇ ਉੱਪਰ ਉਗਾਇਆ ਜਾਂਦਾ ਹੈ ਧਰਤੀ ਦੇ ਅੰਦਰ ਉਗਾਇਆ ਕੁਝ ਵੀ ਨਾ ਖਾਓ ਜੇ ਤੁਸੀਂ ਉਸ ਨੂੰ ਬਾਹਰ ਕੱਢੋਗੇ ਤਾਂ ਤੁਸੀਂ ਪੌਦਾ ਮਾਰ ਦੇਵੋਗੇ ਤੁਹਾਨੂੰ ਕਦੇ ਵੀ ਮੁਕਤੀ ਨਹੀਂ ਮਿਲੇਗੀ ਇੱਦਾਂ ਦੀਆਂ ਕਈ ਕਿਸਮ ਦੀਆਂ ਇਤਿਹਾਸਿਕ ਕਥਾਵਾਂ ਮੌਜੂਦ ਹਨ ਜੋ ਆਮ ਸਮਝ ਦੇ ਵਿਰੁੱਧ ਹਨ ਇਸ ਲਈ ਸਾਨੂੰ ਆਮ ਸਮਝ ਜਾਂ ਕਾਮਨ ਸੈਂਸ ਨੂੰ ਕਦੇ ਨਹੀਂ ਗਵਾਉਣਾ ਚਾਹੀਦਾ ਇੱਕ ਵਾਰ ਮੈਂ ਇੱਕ ਟੀਵੀ ਚੈਨਲ ਤੇ ਇੱਕ ਆਦਮੀ ਇੱਕ Swami ਦੁਆਰਾ ਇੱਕ ਅਧਿਆਤਮਿਕ ਪ੍ਰਵਚਨ ਸੁਣ ਰਿਹਾ ਸੀ ਜੋ ਆਮ ਸੂਝ ਜਾਂ ਕਾਮਨ ਸੈਂਸ ਦੀ ਵਰਤੋਂ ਦੀ ਵਕਾਲਤ ਕਰ ਰਿਹਾ ਸੀ ਮੈਨੂੰ ਉਸ ਦੀ ਗੱਲ ਪਸੰਦ ਆਈ ਉਹ ਕਹਿ ਰਿਹਾ ਸੀ ਆਪਣੀ ਸਮਝਦਾਰੀ ਨਾ ਗਵਾਓ ਅਤੇ ਉਸ ਨੇ ਇੱਕ ਉਦਾਹਰਣ ਦਿੱਤੀ ਕਿ ਇੱਕ ਆਦਮੀ ਤੁਰ ਰਿਹਾ ਸੀ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਉਸ ਨੇ ਵੇਖਿਆ ਕਿ ਇੱਕ ਤੰਬੂ ਅੰਦਰ ਇੱਕ ਅਧਿਆਤਮਿਕ ਗੁਰੂ ਆਪਣੇ ਲੋਕਾਂ ਨਾਲ ਗੱਲਬਾਤ ਕਰ ਰਿਹਾ ਹੈ ਉਸ ਆਦਮੀ ਨੂੰ प्रवचन ਵਿੱਚ ਕੋਈ ਰੁਚੀ ਨਹੀਂ ਸੀ ਉਹ ਮੀਤ ਉਹ ਬਚਨਾ ਚਾਹੁੰਦਾ ਸੀ ਇਸ ਲਈ ਉਹ ਤੰਬੂ ਦੇ ਢੇਹਾ ਖੜਾ ਹੋ ਗਿਆ ਉਹ ਅਧਿਆਤਮਿਕ ਗੁਰੂ ਕਹਿ ਰਿਹਾ ਸੀ ਹੁਣ ਇਸ ਆਦਮੀ ਦੇ ਕੰਨਾਂ ਵਿੱਚ ਉਸ ਦੇ ਕੁਝ ਬੋਲ ਪਏ ਉਹ ਅਧਿਆਤਮਿਕ ਗੁਰੂ ਕਹਿ ਰਿਹਾ ਸੀ ਅਤੇ ਫਿਰ ਮੈਂ ਜੰਗਲ ਵਿੱਚ ਗਿਆ ਅਤੇ ਉੱਥੇ ਇੱਕ ਸ਼ੇਰ ਸੀ ਅਤੇ ਸਾਰੇ ਲੋਕਾਂ ਨੇ ਕਿਹਾ ਸਵਾਮੀ ਜੀ ਫਿਰ ਕੀ ਹੋਇਆ ਉਸਨੇ ਕਿਹਾ ਫਿਰ ਸ਼ੇਰ ਤੁਰਦਾ ਤੁਰਦਾ ਮੇਰੇ ਵੱਲ ਆ ਗਿਆ ਫਿਰ ਕੀ ਹੋਇਆ ਸਵਾਮੀ ਜੀ ਮੈਂ ਸਿਦਾ ਸ਼ੇਰ ਦੀਆਂ ਅੱਖਾਂ ਵਿੱਚ ਵੇਖਿਆ ਅਤੇ ਸ਼ੇਰ ਮੁੜ ਗਿਆ ਫਿਰ ਕੀ ਹੋਇਆ ਸਵਾਮੀ ਜੀ ਫਿਰ ਸ਼ੇਰ ਚਲਾ ਗਿਆ ਅਤੇ ਮੈਂ ਸ਼ੇਰ ਦੇ ਪਿੱਛੇ-ਪਿੱਛੇ ਤੁਰ ਪਿਆ ਸਵਾਮੀ ਜੀ ਉਸ ਤੋਂ ਬਾਅਦ ਕੀ ਹੋਇਆ ਜਦੋਂ ਅਸੀਂ ਕੁਝ ਹੀ ਦੂਰ ਗਏ ਤਾਂ ਸ਼ੇਰ ਮੁੜਿਆ ਫਿਰ ਕੀ ਹੋਇਆ ਫਿਰ ਸ਼ੇਰ ਨੇ ਮੈਨੂੰ ਖਾ ਲਿਆ ਉਹ ਆਦਮੀ ਜੋ ਆਪਣੇ ਆਪ ਨੂੰ بارش ਤੋਂ ਬਚਾਉਣ ਲਈ ਤੰਬੂ ហេਟਾ ਆਇਆ ਸੀ ਉਸਨੇ ਅੱਗੇ ਹੋ ਕੇ ਕਿਹਾ ਸਵਾਮੀ ਜੀ ਮੈਂ ਤੁਹਾਡਾ ਚੇਲਾ ਤਾਂ ਨਹੀਂ ਹਾਂ ਕਿ ਮੈਂ ਤੁਹਾਨੂੰ ਇੱਕ ਸਧਾਰਨ ਪ੍ਰਸ਼ਨ ਪੁੱਛ ਸਕਦਾ ਹਾਂ ਜੇ ਤੁਹਾਨੂੰ ਸ਼ੇਰ ਨੇ ਖਾ ਲਿਆ ਸੀ ਤਾਂ ਤੁਸੀਂ ਅੱਜ ਇੱਥੇ ਕਿਵੇਂ ਹੋ ਉਸਨੇ ਅੱਗੇ ਕਿਹਾ ਜੇ ਤੁਹਾਨੂੰ ਸ਼ੇਰ ਨੇ ਖਾ ਲਿਆ ਸੀ ਤਾਂ ਤੁਹਾਨੂੰ ਮਰ ਨਹੀਂ ਸੀ ਜਾਣਾ ਚਾਹੀਦਾ ਸਵਾਮੀ ਨੇ ਜਵਾਬ ਦਿੱਤਾ ਇਹ ਨੌਜਵਾਨ ਕੀ ਤੂੰ ਸੋਚਦਾ ਹੈ ਕਿ ਮੈਂ ਜਿੰਦਾ ਹਾਂ ਮੈਂ ਮਰਿਆ ਹੋਇਆ ਹਾਂ ਹੋ ਸਕਦਾ ਹੈ ਕਿ Swami ਕੁਝ ਬਹੁਤ ਹੀ ਦਿਲਚਸਪ ਚੀਜ਼ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਕਿ ਹਾਲਾਂਕਿ ਅਸੀਂ ਜੀਉਂਦੇ ਹਾਂ ਪਰ ਅਸੀਂ ਮਰਿਆ ਵਾਂਗ ਜੀ ਰਹੇ ਹਾਂ ਸ਼ਾਇਦ ਇਹ ਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਇਹ ਤੱਤ ਇਹ ਹੈ ਕਿ ਇਸ ਤਰ੍ਹਾਂ ਦੀ ਸਿੱਖਿਆ ਆਮ ਸੂਝ ਦੇ ਵਿਰੁੱਧ ਹੁੰਦੀ ਹੈ ਇੱਕ ਹੋਰ ਵਿਅਕਤੀ ਜਿਸ ਨੇ ਕਿਸੇ Swami ਨੂੰ ਕਿਹਾ ਮੇਰਾ ਇੱਕ ਮੁਰਸ਼ਿਦ ਹੈ ਮੇਰਾ ਇੱਕ ਸਵਾਮੀ ਹੈ ਜੋ ਬੰਗਲੌਰ ਵਿੱਚ ਰਹਿੰਦਾ ਹੈ ਮੈਨੂੰ ਉਸ ਵਿੱਚ ਬਹੁਤ ਵਿਸ਼ਵਾਸ ਹੈ ਮੇਰਾ ਉਹਨਾਂ ਤੇ ਇੰਨਾ ਵਿਸ਼ਵਾਸ ਹੈ ਕਿ ਜੇਕਰ ਉਹ ਮੈਨੂੰ ਕਹਿਣ ਇਸ ਖਿੜਕੀ ਤੋਂ ਛਾਲ ਮਾਰੋ ਛੱਤ ਤੋਂ ਛਾਲ ਮਾਰੋ ਤਾਂ ਮੈਂ ਛਾਲ ਮਾਰ ਦੇਵਾਂਗਾ ਪਰ ਕੀ ਤੁਹਾਡਾ ਕੋਈ ਚੇਲਾ ਅਜਿਹਾ ਕਰ ਸਕਦਾ ਹੈ ਸਵਾਮੀ ਨੇ ਕਿਹਾ ਨਹੀਂ ਮੇਰੇ ਚੇਲੇ ਅਜਿਹਾ ਨਹੀਂ ਕਰਨਗੇ ਜੇ ਮੈਂ ਉਹਨਾਂ ਨੂੰ ਛੱਤ ਤੋਂ ਛਾਲ ਮਾਰਨ ਲਈ ਕਹਾ ਤਾਂ ਉਹ ਕਹਿਣਗੇ ਸਵਾਮੀ ਜੀ ਪਹਿਲਾਂ ਤੁਸੀਂ ਛਾਲ ਮਾਰੋ ਸੋ ਉਸਨੇ ਕਿਹਾ ਸਧਾਰਨ ਸਮਝਦਾਰੀ ਜਾਂ ਕਾਮਨ ਸੈਂਸ ਨਾ ਗਵਾਓ ਇਹਨਾਂ ਚੀਜ਼ਾਂ ਵਿੱਚ ਆਪਣੀ ਆਮ ਸਮਝਦਾਰੀ ਦੀ ਵਰਤੋਂ ਕਰੋ ਅਤੇ ਜੋ ਪਰਜੋਗ ਉਹਨਾਂ ਪਰ ਫੈਸਲਾ ਦੁਆਰਾ ਕੀਤੇ ਗਏ ਸਨ ਅਤੇ ਉਹਨਾਂ ਨੂੰ ਜੋ ਅਨੁਭਵ ਹੋਇਆ ਨਸ਼ੇ ਦਾ ਅਨੁਭਵ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੇ ਆਪਣੇ ਬਾਰੇ ਕੋਈ ਉੱਚ ਗਿਆਨ ਪ੍ਰਾਪਤ ਕਰ ਲਿਆ ਜਾਂ ਉਹ ਆਪਣੀ ਚੇਤਨਾ ਦੇ ਪੱਧਰ ਵਿੱਚ ਸੁਧਾਰ ਕਰ ਰਹੇ ਸਨ ਇਸ ਦਾ ਸਿਰਫ ਇਹ ਮਤਲਬ ਹੈ ਕਿ ਊਰਜਾ ਕੇਂਦਰ ਵੱਖ-ਵੱਖ ਕਿਸਮ ਦੇ ਤਜਰਬੇ ਪੈਦਾ ਕਰ ਸਕਦੇ ਹਨ ਜੋ ਕਿ ਸਾਰੇ ਜੋਗੀ ਜਾਣਦੇ ਹਨ ਇਥੋਂ ਤੱਕ ਕਿ ਉਹਨਾਂ ਲੋਕਾਂ ਨੂੰ ਵੀ ਪਤਾ ਹੈ ਜਿਹੜੇ ਵੱਖ-ਵੱਖ ਕਿਸਮ ਦੇ ਅਭਿਆਸ ਕਰਦੇ ਹਨ ਅਤੇ ਜਿਵੇਂ ਕਿ ਇਹ ਮੇਰੇ ਨਾਲ ਸ਼ੁਰੂ ਦੀ ਉਮਰ ਵਿੱਚ ਹੋਇਆ ਮੈਂ ਹਰ ਚੀਜ਼ ਦੀ ਜਾਂਚ ਕਰਨਾ ਚਾਹੁੰਦਾ ਸੀ ਇਸ ਲਈ ਮੈਂ ਵੱਖ-ਵੱਖ ਕਿਸਮ ਦੇ ਯੋਗ ਅਤੇ ਹੋਰ ਬਹੁਤ ਸਾਰੇ ਅਨੁਭਵ ਕੀਤੇ ਤਾਂ ਕਿ ਮੈਨੂੰ ਪਤਾ ਲੱਗ ਸਕੇ ਕਿ ਉਹਨਾਂ ਦੀ ਕਾਮਨ ਮੁਰਸ਼ਿਦ ਦੀਆਂ ਸਿੱਖਿਆਵਾਂ ਦੇ ਸਾਹਮਣੇ ਕੀ ਸਥਿਤੀ ਹੈ ਜੋ ਸਿੱਖਿਆਵਾਂ ਜੋ ਸਾਨੂੰ ਉੱਚ ਸੋਝੀ ਦੇ ਕੇ ਪੜਾਵਾਂ ਤੇ ਲਿਆ ਜਾਂਦੀ ਹੈ ਇਹਨਾਂ ਵਿੱਚ ਕੀ ਪਿੰਨਤਾ ਹੈ ਇਸ ਲਈ ਇਸ ਦੀ ਤਿਆਰੀ ਲਈ ਸਾਨੂੰ ਚੇਤਨਾ ਦੀਆਂ ਉੱਚੀਆਂ ਅਵਸਥਾ ਵਿੱਚ ਜਾਣ ਲਈ ਤਿਆਰ ਰਹਿਣਾ ਚਾਹੀਦਾ ਹੈ ਨਾ ਕਿ ਹੇਠਲੇ ਪੜਾਵਾਂ ਤੇ ਰੋਹਾਨੀ ਮਾਰਗ ਦੀ ਤਿਆਰੀ ਜਲਦੀ ਨਹੀਂ ਹੁੰਦੀ ਕਿਸੇ ਨੇ ਪੁੱਛਿਆ ਕਿ ਇਹ 3 ਮਹੀਨੇ 6 ਮਹੀਨੇ ਲੈਂਦਾ ਹੈ ਨਹੀਂ ਇਹ ਕਈ ਜੀਵਨ ਲੈਂਦਾ ਹੈ ਅਸੀਂ ਕਈ ਜੀਵਨਾਂ ਤੋਂ ਇਸ ਰੋਹਾਨੀ ਮਾਰਗ ਲਈ ਤਿਆਰੀ ਕਰ ਰਹੇ ਹਾਂ ਕਿੰਨੇ ਸਮੇਂ ਤੋਂ ਸ਼ਾਇਦ ਸਾਨੂੰ ਨਹੀਂ ਪਤਾ ਅਸੀਂ ਬਹੁਤ ਸਾਰੇ ਚੱਕਰਾਂ ਵਿੱਚੋਂ ਲੰਗੇ ਅਤੇ ਜਿਵੇਂ ਜਿਵੇਂ ਜਗਿਆਸਾ ਵਧਦੀ ਜਾਂਦੀ ਹੈ ਅਸੀਂ ਆਪਣੀ ਖੁਦ ਦੀ ਹਕੀਕਤ ਵਿੱਚ ਜਾਣ ਲਈ ਆਪਣੀ ਰੋਹਾਨੀ ਮੰਜ਼ਰ ਲਈ ਤਿਆਰ ਹੋ ਜਾਂਦੇ ਹਾਂ ਇਸ ਲਈ ਇਹ ਸਮੇਧਾ ਫੈਕਟਰ ਵਕ ਵਕ ਹੁੰਦਾ ਹੈ ਜਦੋਂ ਇੱਕ ਸੰਤ ਸਤਿਗੁਰੂ ਸਾਡੇ ਵੱਲ ਵੇਖਦਾ ਹੈ ਉਹ ਇਹ ਨਹੀਂ ਵੇਖਦਾ ਕਿ ਅਸੀਂ ਸਤੂਲ ਸਰੀਰ ਵਿੱਚ ਕਿਸ ਤਰ੍ਹਾਂ ਦਿਖਾਈ ਦਿੰਦੇ ਹਾਂ ਉਹ ਸਾਡਾ ਪੂਰਾ ਅਤੀਤ ਵੇਖਦਾ ਹੈ ਉਹ ਉਸ ਅਤੀਤ ਨੂੰ ਵੀ ਵੇਖਦਾ ਹੈ ਜੋ ਅਸੀਂ ਨਹੀਂ ਦੇਖ ਸਕਦੇ ਅਤੇ ਨਿਰਧਾਰਿਤ ਕਰਦਾ ਹੈ ਕਿ ਇਹ ਵਿਅਕਤੀ ਹੁਣ ਰੋਹਾਨੀ ਮਾਰਗ ਲਈ ਤਿਆਰ ਹੈ ਛੋਟੇ ਬੱਚੇ ਵੀ ਕਈ ਵਾਰ ਹਰ ਕਿਸੇ ਨਾਲੋਂ ਵੱਖਰੇ ਹੋ ਸਕਦੇ ਹਨ ਕਿਉਂਕਿ ਉਹ ਰੋਹਾਨੀ ਮਾਰਗ ਲਈ ਤਿਆਰ ਹੁੰਦੇ ਹਨ ਮੇਰਾ ਇੱਕ ਦੋਸਤ ਹੈ 70 ਸਾਲਾਂ ਦਾ ਬਜ਼ੁਰਗ ਦੋਸਤ ਅਤੇ ਉਸਨੇ ਕਿਹਾ ਕਿ ਉਸਦੇ ਭਰਾ ਨੂੰ ਰੋਹਾਨੀਅਤ ਵਿੱਚ ਕੋਈ ਦਿਲਚਸਪੀ ਨਹੀਂ ਉਸਦੇ ਭਰਾ ਦੀ ਪਤਨੀ ਨੂੰ ਵੀ ਕੋਈ ਦਿਲਚਸਪੀ ਨਹੀਂ ਇੱਕ ਵਾਰ ਉਹ ਉਸ ਸ਼ਹਿਰ ਵਿੱਚ ਆਏ ਜਿੱਥੇ ਮੈਂ ਰੋਹਾਨੀਅਤ ਬਾਰੇ ਕੁਝ ਸੰਬੋਧਨ ਕਰਨ ਜਾ ਰਿਹਾ ਸੀ ਉਹ ਭਰਾ ਅਤੇ ਭੈਣ ਜਿਨ੍ਹਾਂ ਬਾਰੇ ਉਸ ਆਦਮੀ ਨੇ ਕਿਹਾ कि ਉਹਨਾਂ ਨੂੰ ਕੋਈ ਦਿਲਚਸਪੀ ਨਹੀਂ ਹੈ ਪਰ ਉਹਨਾਂ ਨੇ ਕਿਹਾ ਚਲੋ ਚਲिए ਅਤੇ ਉਸ ਨੂੰ ਸੁਣੀਏ ਸੋ ਉਹਨਾਂ ਨੇ ਮੇਰੀ ਗੱਲ ਸੁਣੀ ਫਿਰ ਬਾਅਦ ਵਿੱਚ ਉਹਨਾਂ ਨੇ ਇੱਕ ਇੰਟਰਵਿਊ ਮੰਗੀ ਅਤੇ ਉਹਨਾਂ ਦੋਹਾਂ ਨੇ ਕਿਹਾ ਇਹ ਉਹ ਹੈ ਜੋ ਅਸੀਂ ਬਚਪਨ ਤੋਂ ਲੱਭ ਰਹੇ ਸੀ ਉਸ ਭਰਾ ਨੂੰ ਇਹ ਬਿਲਕੁਲ ਨਹੀਂ ਸੀ ਪਤਾ ਕਿ ਉਹਨਾਂ ਦੀ ਜਿਗਿਆਸਾ ਬਚਪਨ ਤੋਂ ਹੀ ਸੀ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੈਂ ਮਿਲਿਆ ਹਾਂ ਜਿਨਾਂ ਨੇ ਕਦੇ ਵੀ ਇਹਨਾਂ ਚੀਜ਼ਾਂ ਬਾਰੇ ਗੱਲ ਨਹੀਂ ਕੀਤੀ ਜਦੋਂ ਉਹ ਮੇਰੇ ਕੋਲ ਆਉਂਦੇ ਹਨ ਜਦੋਂ ਉਹਨਾਂ ਨੂੰ ਰੋਹਾਨੀ ਰਸਤਾ ਮਿਲਦਾ ਹੈ ਤਾਂ ਉਹ ਕਹਿੰਦੇ ਹਨ ਇਹ ਬਿਲਕੁਲ ਉਹੀ ਹੈ ਜੋ ਅਸੀਂ ਆਪਣੀ ਸਾਰੀ ਜ਼ਿੰਦਗੀ ਭਾਲਦੇ ਰਹੇ ਅਸੀਂ ਉਹ ਚੀਜ਼ ਲੱਭਦੇ ਰਹਿੰਦੇ ਹਾਂ ਜੋ ਸਾਡੇ ਅੰਦਰ ਹਰ ਸਮੇਂ ਜਾਰੀ ਸੀ ਇਸ ਲਈ ਅਧਿਆਤਮਿਕ ਮਾਰਗ ਦੀ ਤਿਆਰੀ ਲੰਬੇ ਸਮੇਂ ਤੋਂ ਹੋ ਰਹੀ ਹੁੰਦੀ ਹੈ ਅਤੇ ਉਦੋਂ ਤੱਕ ਜਾਰੀ ਰਹਿੰਦੀ ਹੈ ਜਦ ਤੱਕ ਅਸੀਂ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਜਾਂਦੇ ਅਤੇ ਜਦੋਂ ਅਸੀਂ ਤਿਆਰ ਹੋ ਜਾਂਦੇ ਹਾਂ ਫਿਰ ਅਸੀਂ ਇੱਕ ਪਰਮ ਸੰਤ ਸਤਿਗੁਰੂ ਨੂੰ ਮਿਲਦੇ ਹਾਂ ਕੁਝ ਲੋਕ ਸੋਚਦੇ ਹਨ ਕਿ ਤਿਆਰ ਹੋਣ ਤੋਂ ਬਾਅਦ ਉਹ ਇੱਕ ਪਰਮ ਸੰਤ ਸਤਿਗੁਰੂ ਨੂੰ ਲੱਭ ਸਕਦੇ ਹਨ ਪਰ ਮਾਫ ਕਰਨਾ ਇਦਾਂ ਨਹੀਂ ਹੁੰਦਾ ਪਰਮ ਸੰਤ ਸਤਿਗੁਰੂ ਨੂੰ ਕੋਈ ਨਹੀਂ ਲੱਭ ਸਕਦਾ ਇਸ ਦਾ ਕੋਈ ਰਸਤਾ ਹੈ ਹੀ ਨਹੀਂ ਜੇ ਉਹ ਇੱਕ ਪਰਮ ਸੰਤ ਸਤਿਗੁਰੂ ਹੈ ਤੁਸੀਂ ਉਸ ਨੂੰ ਨਹੀਂ ਲੱਭ ਸਕਦੇ ਜੇ ਉਹ ਨਕਲੀ ਹੈ ਤਾਂ ਤੁਸੀਂ ਉਸ ਨੂੰ ਲੱਭ ਸਕਦੇ ਹੋ ਜੇ ਉਹ ਇੱਕ ਕਾਮਲ ਮੁਰਸ਼ਿਦ ਹੋਣ ਦਾ ਟੋਗ ਕਰ ਰਿਹਾ ਹੈ ਸ਼ੇਖੀ ਮਾਰਦਾ ਹੈ ਤਾਂ ਤੁਸੀਂ ਉਸ ਨੂੰ ਲੱਭ ਸਕਦੇ ਹੋ ਪਰ ਅਸਲ ਵਿੱਚ ਇੱਕ ਕਾਮਲ ਮੁਰਸ਼ਿਦ ਇੰਨਾ ਸਧਾਰਨ ਹੋਵੇਗਾ ਉਹ ਕਦੀ ਨਹੀਂ ਕਹੇਗਾ ਕਿ ਉਹ ਇੱਕ ਕਾਮਲ ਮੁਰਸ਼ਿਦ ਹੈ ਉਹ ਇਸ ਬਾਰੇ ਸ਼ੇਖੀ ਨਹੀਂ ਮਾਰੇਗਾ ਉਸ ਨੂੰ ਇਸ ਦੀ ਜਰੂਰਤ ਹੀ ਨਹੀਂ ਹੈ ਕਿਉਂਕਿ ਉਸ ਦੀ ਚੇਤਨਾ ਹੀ ਇੰਨੀ ਹੁੰਦੀ ਹੈ ਜਿਸ ਨਾਲ ਉਹ ਹਕੀਕਤ ਬਾਰੇ ਸਾਰੇ ਸੋਝੀ ਰੱਖਦਾ ਹੈ ਉਹ ਸਾਨੂੰ ਸਾਡੇ ਨਾਲੋਂ ਕਿਤੇ ਵਧੇਰੇ ਜਾਣਦਾ ਹੈ ਅਜਿਹੇ ਕਾਮਨ ਮੁਰਸ਼ਦ ਨੂੰ ਕਦੇ ਵੀ ਕੋਈ ਜਨਤਕ ਪ੍ਰਦਰਸ਼ਨ ਜਨਤਕ ਚਮਤਕਾਰ ਜਨਤਕ ਨਮਾਇਸ਼ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਉਹ ਬਹੁਤ ਸਾਰੇ ਨਿੱਜੀ ਕ੍ਰਿਸ਼ਮੇ ਕਰਦਾ ਹੈ ਵਿਅਕਤੀਗਤ ਤੌਰ ਤੇ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਇਸ ਵਿਅਕਤੀ ਕਰਕੇ ਹੀ ਹੋ ਸਕਦਾ ਹੈ ਇਸ ਲਈ ਇਹ ਕਹਿਣਾ ਕਿ ਅਸੀਂ ਇੱਕ ਕਾਮਲ ਮੁਰਸ਼ਿਦ ਨੂੰ ਲੱਭ ਸਕਦੇ ਹਾਂ ਇਹ ਸਹੀ ਨਹੀਂ ਹੈ ਪਰ ਇਹ ਕਹਿਣਾ ਸਹੀ ਹੈ ਕਿ ਇੱਕ ਕਾਮਲ ਮੁਰਸ਼ਿਦ ਸਾਨੂੰ ਲੱਭ ਸਕਦਾ ਹੈ ਭਾਰਤ ਵਿੱਚ ਕਿਹਾ ਜਾਂਦਾ ਹੈ ਕਿ ਜਦੋਂ ਇੱਕ ਚੇਲਾ ਤਿਆਰ ਹੁੰਦਾ ਹੈ ਤਾਂ ਗੁਰੂ ਪ੍ਰਗਟ ਹੋ ਜਾਂਦਾ ਹੈ ਕੋਈ ਨਹੀਂ ਕਹਿੰਦਾ ਕਿ ਜਦੋਂ ਚੇਲਾ ਤਿਆਰ ਹੁੰਦਾ ਹੈ ਤਾਂ ਉਹ ਇੱਕ ਕਾਮਲ ਮੁਰਸ਼ਿਦ ਨੂੰ ਲੱਭ ਸਕਦਾ ਹੈ ਕਿਹਾ ਜਾਂਦਾ ਹੈ ਜਦੋਂ ਉਹ ਤਿਆਰ ਹੁੰਦਾ ਹੈ ਜਦੋਂ ਚੇਲਾ ਤਿਆਰ ਹੁੰਦਾ ਹੈ ਜਦੋਂ ਇੱਕ ਜਿਗਿਆਸੂ ਤਿਆਰ ਹੁੰਦਾ ਹੈ ਕਾਬਲ ਮੁਰਸ਼ਿਦ ਆਵੇਗਾ ਉਹ ਕਿਵੇਂ ਪ੍ਰਗਟ ਹੁੰਦਾ ਹੈ ਉਹ ਅਸਮਾਨ ਤੋਂ ਨਹੀਂ ਟਪਕਦਾ ਉਹ ਇੱਕ ਸਧਾਰਨ ਪ੍ਰਕਿਰਿਆ ਰਾਹੀਂ ਪ੍ਰਗਟ ਹੁੰਦਾ ਹੈ ਜਿਸ ਨੂੰ ਸੰਜੋਗ ਕਿਹਾ ਜਾਂਦਾ ਹੈ ਇਹ ਸੰਜੋਗ ਕਦੇ ਵੀ ਅਚਾਨਕ ਨਹੀਂ ਹੁੰਦੇ ਜਿਸ ਨੂੰ ਅਸੀਂ ਇੱਕ ਸੰਜੋਗ ਕਹਿੰਦੇ ਹਾਂ ਜਿਸ ਦਾ ਅਰਥ ਹੈ ਚੀਜ਼ਾਂ ਦਾ ਇੱਕੋ ਸਮੇਂ ਵਾਪਰਨਾ ਜੋ ਸ਼ਾਇਦ ਵੈਸੇ ਹੋਣਾ ਮੁਸ਼ਕਲ ਹੈ ਇਸ ਤਰ੍ਹਾਂ ਇਕੋ ਸਮੇਂ ਤੇ ਚੀਜ਼ਾਂ ਦਾ ਹੋਣਾ ਅਚਾਨਕ ਨਹੀਂ ਹੁੰਦਾ ਇਹ ਇੱਕ ਯੋਜਨਾ ਦਾ ਹਿੱਸਾ ਹੁੰਦਾ ਹੈ ਅਤੇ ਇਸ ਲਈ ਜਦੋਂ ਅਸੀਂ ਤਿਆਰ ਹੁੰਦੇ ਹਾਂ ਇੱਕ ਅਜੀਬ ਸੰਜੋਗ ਨਾਲ ਅਸੀਂ ਉਸ ਵਿਅਕਤੀ ਨੂੰ ਮਿਲਦੇ ਹਾਂ ਜੋ ਇੱਕ ਕਾਮਨ ਮੁਰਸ਼ਿਦ ਹੁੰਦਾ ਹੈ ਹੋ ਸਕਦਾ ਹੈ ਕਿ ਸਾਨੂੰ ਕੁਝ ਸਮੇਂ ਲਈ ਪਤਾ ਨਾ ਲੱਗੇ ਪਰ ਕਈ ਵਾਰ ਅਸੀਂ ਤੁਰੰਤ ਜਾਣ ਜਾਂਦੇ ਹਾਂ ਇਹ ਸਾਡੀ ਤਿਆਰੀ ਦੀ ਸਥਿਤੀ ਉੱਤੇ ਨਿਰਭਰ ਕਰਦਾ ਹੈ। ਕਈ ਵਾਰੀ ਉਸ ਨੂੰ ਪਛਾਣਨ ਵਿੱਚ ਕੁਝ ਸਮਾਂ ਲੱਗਦਾ ਹੈ। ਸੋ ਜਦੋਂ ਅਸੀਂ ਤਿਆਰ ਹੁੰਦੇ ਹਾਂ ਤਾਂ ਕਾਮਲ ਮੁਰਸ਼ਿਦ ਸਾਡੀ ਜ਼ਿੰਦਗੀ ਵਿੱਚ ਪ੍ਰਗਟ ਹੁੰਦਾ ਹੈ। ਉਹ ਸਾਨੂੰ ਲੱਭ ਲੈਂਦਾ ਹੈ। ਕਈ ਵਾਰ ਮੈਂ ਅਨੇ ਲੋਕਾਂ ਦੇ ਸਮੂਹ ਦਾ ਉਦਾਹਰਣ ਦਿੰਦਾ ਹਾਂ ਜਿਹੜੇ ਇੱਕ ਕਮਰੇ ਵਿੱਚ ਬੰਦ ਹਨ ਅਤੇ ਕਮਰੇ ਵਿੱਚ ਇੱਕ ਦਰਵਾਜ਼ਾ ਕੰਧ ਵਿੱਚ ਲੱਗਾ ਹੋਇਆ ਹੈ। ਉਹ ਕੰਧ ਵਾਂਗੂ ਹੈ। ਜੇ ਤੁਸੀਂ ਇਸ ਨੂੰ ਛੁੰਦੇ ਹੋ ਤਾਂ ਪਤਾ ਨਹੀਂ ਲੱਗਦਾ ਕਿ ਦਰਵਾਜ਼ਾ ਕਿੱਥੇ ਹੈ ਜੇ ਤੁਸੀਂ ਦੇਖਦੇ ਹੋ ਤਾਂ ਦੇਖ ਸਕਦੇ ਹੋ ਕਿ ਦਰਵਾਜ਼ਾ ਕਿੱਥੇ ਹੈ ਉਹ ਸਾਰੇ ਦੇਖ ਨਹੀਂ ਸਕਦੇ ਕਿ ਦਰਵਾਜ਼ਾ ਕਿੱਥੇ ਹੈ ਕਿਉਂਕਿ ਉਹ ਅੰਨੇ ਹਨ ਤੋਂ ਉਹ ਸਾਰੇ ਕਮਰੇ ਤੋਂ ਬਾਹਰ ਆਉਣਾ ਚਾਹੁੰਦੇ ਹਨ ਇਸ ਲਈ ਉਹ ਸਾਰੇ ਕੰਧ ਦੇ ਵਿੱਚ ਲੱਗੇ ਦਰਵਾਜ਼ੇ ਨੂੰ ਛੂਣ ਲਈ ਉਸ ਦੇ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ ਪਰ ਉਹ ਦਰਵਾਜੇ ਅਤੇ ਕੰਧ ਨੂੰ ਨਹੀਂ ਲੱਭ ਸਕਦੇ ਤਾਂ ਉਹ ਕਹਿੰਦੇ ਹਨ ਜਦ ਤੱਕ ਕੋਈ ਸਾਡੇ ਕੋਲ ਆ ਕੇ ਸਾਡੇ ਦੇ ਦਰਵਾਜਾ ਨਹੀਂ ਖੋਲਦਾ ਅਸੀਂ ਉਸ ਬਾਰੇ ਕਦੇ ਨਹੀਂ ਜਾਣ ਸਕਦੇ ਫਿਰ ਉਹਨਾਂ ਨੂੰ ਦਰਵਾਜਾ ਖੁੱਲਣ ਦੀ ਆਵਾਜ਼ ਸੁਣਾਈ ਦਿੰਦੀ ਹੈ ਕੋਈ ਅੰਦਰ ਆਉਂਦਾ ਹੈ ਉਹ ਸੋਚਦੇ ਹਨ ਕਿ ਕੋਈ ਆਇਆ ਹੈ ਅਤੇ ਅਸੀਂ ਉਸ ਬੰਦੇ ਨੂੰ ਲੱਭ ਲਵਾਂਗੇ ਅਤੇ ਉਹ ਸਾਨੂੰ ਦਿਖਾਏਗਾ ਕਿ ਦਰਵਾਜਾ ਕਿੱਥੇ ਹੈ ਉਹ ਘੁੰਮਦੇ ਰਹਿੰਦੇ ਹਨ ਉਹ ਅੰਨੇ ਹਨ ਉਹ ਆਏ ਹੋਏ ਵਿਅਕਤੀ ਨੂੰ ਨਹੀਂ ਵੇਖ ਸਕਦੇ ਪਰ ਅੱਖਾਂ ਵਾਲਾ ਵਿਅਕਤੀ ਉਹਨਾਂ ਨੂੰ ਘੁੰਮਦੇ ਟੋਹਾ ਲਗਾਉਂਦੇ ਦੇਖਦਾ ਹੈ ਅਤੇ ਕਹਿੰਦਾ ਹੈ ਇਹ ਆਦਮੀ ਬਹੁਤ ਥੱਕ ਗਿਆ ਹੈ ਮੈਨੂੰ ਉਸ ਦਾ ਹੱਥ ਫੜ ਲੈਣਾ ਚਾਹੀਦਾ ਹੈ ਸੋ ਉਹ ਜਾ ਕੇ ਅੰਨੇ ਦਾ ਹੱਥ ਫੜ ਲੈਂਦਾ ਹੈ ਅੰਨਾ ਆਦਮੀ ਸੋਚਦਾ ਹੈ ਮੈਂ ਅੱਖਾਂ ਵਾਲੇ ਨੂੰ ਲੱਭ ਲਿਆ ਉਹ ਸੋਚਦਾ ਹੈ ਉਸ ਨੇ ਅੱਖਾਂ ਵਾਲੇ ਆਦਮੀ ਨੂੰ ਲੱਭ ਲਿਆ ਹੈ ਪਰ ਸਚਾਈ ਇਹ ਹੈ ਕੀ ਅੱਖਾਂ ਵਾਲਾ ਬੰਦਾ ਉਸ ਅੰਨੇ ਨੂੰ ਲੱਭਦਾ ਹੈ ਸਾਡੇ ਨਾਲ ਵੀ ਕੁਝ ਅਜਿਹਾ ਹੁੰਦਾ ਹੈ ਅਸੀਂ ਆਪਣੀ ਅਸਲੀਅਤ ਤੋਂ ਅਣਜਾਣ ਹਾਂ ਅਸੀਂ ਆਪਣੀ ਚੇਤਨਾ ਤੋਂ ਅਣਜਾਣ ਹਾਂ ਕਾਮਲ ਮੁਰਸ਼ਿਦ ਉਹ ਹੈ ਜੋ ਜਾਗ ਰਿਹਾ ਹੈ ਅਤੇ ਉਸ ਕੋਲ ਅੱਖਾਂ ਹਨ ਅਤੇ ਉਹ ਸਾਨੂੰ ਅਤੇ ਸਾਡੀ ਆਪਣੀ ਅਸਲੀਅਤ ਨੂੰ ਵੇਖ ਸਕਦਾ ਹੈ ਇਸ ਲਈ ਅਸੀਂ ਇੱਕ ਕਾਮਲ ਮੁਰਸ਼ਿਦ ਦੁਆਰਾ ਲੱਭੇ ਜਾਂਦੇ ਹਾਂ ਨਾ ਕਿ ਅਸੀਂ ਉਸ ਨੂੰ ਲੱਭ ਸਕਦੇ ਹਾਂ ਸਾਡੀ ਤਿਆਰੀ ਉਦੋਂ ਪੂਰੀ ਹੁੰਦੀ ਹੈ ਜਦੋਂ ਸਾਨੂੰ ਕੋਈ ਕਾਮਲ ਮੁਰਸ਼ਿਦ ਮਿਲਦਾ ਹੈ ਉਸ ਤੋਂ ਬਾਅਦ ਇਹ ਉਸ ਦੀ ਜ਼ਿੰਮੇਵਾਰੀ ਹੈ ਇੱਕ ਕਾਮਲ ਮੁਰਸ਼ਿਦ ਇਹ ਨਹੀਂ ਕਹਿੰਦਾ ਮੈਂ ਤੁਹਾਨੂੰ ਕੁਝ ਹਦਾਇਤਾਂ ਦੇ ਰਿਹਾ ਹਾਂ ਇਹਨਾਂ ਦੀ ਪਾਲਣਾ ਕਰੋ ਜੇ ਤੁਸੀਂ ਯੋਗਤਾ ਪੂਰੀ ਕਰੋਗੇ ਅਤੇ ਪਾਸ ਹੋ ਜਾਵੋਗੇ ਤਾਂ ਤੁਸੀਂ ਆਪਣੇ ਘਰ ਜਾ ਸਕੋਗੇ ਨਹੀਂ ਤਾਂ ਤੁਸੀਂ ਫੇਲ ਹੋ ਅਤੇ ਇੱਥੇ ਹੀ ਰਹੋਗੇ ਉਹ ਇਦਾਂ ਕਦੇ ਨਹੀਂ ਕਹਿੰਦਾ ਉਹ ਕਹਿੰਦਾ ਹੈ ਜੇ ਮੈਂ ਤੁਹਾਡਾ ਹੱਥ ਫੜ ਲਿਆ ਹੈ ਮੈਂ 100% ਗਾਰੰਟੀ ਦਿੰਦਾ ਹਾਂ ਕਿ ਤੁਸੀਂ ਮੇਰੇ ਨਾਲ ਘਰ ਵਾਪਸ ਚਲੋਗੇ ਇਹ ਬਹੁਤ ਫਖਰਾ ਹੈ ਉਹ ਇਹ ਨਹੀਂ ਸਿਖਾਉਂਦਾ ਕਿ ਘਰ ਕਿਵੇਂ ਜਾਣਾ ਹੈ ਉਹ ਸਾਨੂੰ ਘਰ ਵਾਪਸ ਲੈ ਕੇ ਜਾਂਦਾ ਹੈ ਇੱਥੇ ਬਹੁਤ ਵੱਡਾ ਅੰਤਰ ਹੈ ਸਾਨੂੰ ਕੁਝ ਸਿਖਾਉਣਾ ਸਾਡੇ ਘਰ ਵਾਪਸ ਲਿਜਾਣ ਤੋਂ ਵੱਖਰਾ ਹੈ ਉਹ ਕਿਉਂ ਕਹਿੰਦਾ ਹੈ ਮੈਂ ਤੁਹਾਨੂੰ ਘਰ ਲੈ ਜਾਵਾਂਗਾ ਕਿਉਂਕਿ ਇਹ ਉਸ ਦਾ ਮਿਸ਼ਨ ਹੈ ਇਹ ਉਸ ਦਾ ਕੰਮ ਹੈ ਉਹ ਇਸ ਲਈ ਹੀ ਆਇਆ ਹੈ ਉਹ ਇਸੇ ਕਾਰਨ ਮਨੁੱਖ ਬਣਿਆ ਹੈ ਆਪਣੀਆਂ ਨਿਸ਼ਾਨ ਲਗੀਆਂ ਭੇਡਾਂ ਨੂੰ ਘਰ ਵਾਪਸ ਅਜਾਣ ਲੈ ਅਤੇ ਉਹਨਾਂ ਨੂੰ ਝੁਕਣ ਲੈ ਉਹ ਪਾਵੇ ਜਿੱਥੇ ਮਰਜੀ ਹੋਣ ਇੱਕ ਕਾਮਨ ਮੁਰਸ਼ਿਦ ਆਪਣੀਆਂ ਰੂਹਾਂ ਨੂੰ ਆਪਣੇ ਘਰ ਵਾਪਸ ਅਜਾਣ ਲੈ ਕਿਤੇ ਵੀ ਜਾਵੇਗਾ ਅਤੇ ਕੁਝ ਵੀ ਹੋ ਜਾਵੇ ਉਹ ਉਹਨਾਂ ਨੂੰ ਘਰ ਵਾਪਸ ਲੈ ਕੇ ਜਾਵੇਗਾ ਉਹ ਸਿਖਾਉਂਦਾ ਕਿਉਂ ਹੈ ਉਦਾਹਰਨ ਵਜੋਂ ਉਹ ਅਭਿਆਸ ਕਿਉਂ ਸਿਖਾਉਂਦਾ ਹੈ ਸਾਡੇ ਮਨ ਨੂੰ ਸੰਤੁਸ਼ਟ ਕਰਨ ਲਈ ਸਾਡੀ ਰੂਹ ਨੂੰ ਸੰਤੁਸ਼ਟ ਕਰਨ ਲਈ ਨਹੀਂ ਸਾਡੀ ਰੂਹ ਤਾਂ ਤਾਂ ਹੀ ਸੰਤੁਸ਼ਟ ਹੁੰਦੀ ਹੈ ਜਦੋਂ ਇਹ ਘਰ ਪਹੁੰਚੇਗੀ ਸਾਡੀ ਆਤਮਾ ਕੇਵਲ ਉਦੋਂ ਹੀ ਸੰਤੁਸ਼ਟ ਹੁੰਦੀ ਹੈ ਜਦੋਂ ਇਹ ਆਰਾਮਦਾਇਕ ਮਹਿਸੂਸ ਕਰਦੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਇਹ ਉਸ ਦੀ ਜਗ੍ਹਾ ਹੈ ਰੂਹ ਇਹ ਮਹਿਸੂਸ ਨਹੀਂ ਕਰਦੀ ਕੀ ਇੱਥੇ ਉਸ ਦੀ ਜਗ੍ਹਾ ਹੈ ਮਨ ਆਪਣੀਆਂ ਇਛਾਵਾਂ ਅਤੇ ਲਗਾਵ ਦੁਆਰਾ ਰੂਹ ਨੂੰ ਚੀਜ਼ਾਂ ਨਾਲ ਜੋੜ ਕੇ ਇਸ ਨੂੰ ਵਿਅਸਤ ਰੱਖਦਾ ਹੈ ਪਰ ਰੂਹ ਇਸ ਦੀ ਪਰਵਾਹ ਨਹੀਂ ਕਰਦੀ ਰੂਹ ਘਰ ਵਾਪਸ ਜਾਣਾ ਚਾਹੁੰਦੀ ਹੈ ਇਸ ਲਈ ਰੂਹ ਉਹ ਅੰਦਰਲੀ ਚੀਜ਼ ਹੈ ਮਨ ਅਤੇ ਆਤਮਾ ਵਿੱਚ ਕੀ ਅੰਤਰ ਹੈ ਇਹ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਮਨ ਸੋਚਦਾ ਹੈ ਮਨ ਲੌਜੀਕ ਬਣਾਉਂਦਾ ਹੈ ਮਨ ਸੰਚਾਰ ਕਰਦਾ ਹੈ ਮਨ ਸ਼ਬਦਾਂ ਅਤੇ ਤਸਵੀਰਾਂ ਦੀ ਵਰਤੋਂ ਕਰਦਾ ਹੈ ਇਸ ਸੰਸਾਰ ਨੂੰ ਜਾਣਨ ਲਈ ਮਨ ਧਾਰਨਾਵਾਂ ਦੀਆਂ ਸਾਰੀਆਂ ਪਰਤਾਂ ਦੀ ਵਰਤੋਂ ਕਰਦਾ ਹੈ ਮਨ ਅੰਦਰ ਦੇ ਵਿਚਾਰ ਕਰ ਸਕਦਾ ਹੈ ਪਰ ਮਨ ਆਨੰਦ ਅਤੇ ਵਿਸਮਾਦ ਅਤੇ ਸਹਿਜ ਗਿਆਨ ਨਹੀਂ ਪੈਦਾ ਕਰ ਸਕਦਾ ਜੋ ਰੂਹ ਦੁਆਰਾ ਬਣਾਏ ਜਾਂਦੇ ਹਨ ਮਨ ਪਿਆਰ ਨਹੀਂ ਪੈਦਾ ਕਰ ਸਕਦਾ ਪਿਆਰ ਸਿੱਧਾ ਆਤਮਾ ਤੋਂ ਆਉਂਦਾ ਹੈ ਪਿਆਰ ਇਸ ਦੁਨੀਆ ਦੇ ਉਹਨਾਂ ਤਜਰਬਿਆਂ ਵਿੱਚੋਂ ਇੱਕ ਹੈ ਜੋ ਕੇਵਲ ਆਤਮਾ ਤੋਂ ਆਉਂਦਾ ਹੈ ਸੋਚ ਨਾਲ ਤੁਸੀਂ ਕਿਸੇ ਨਾਲ ਪਿਆਰ ਨਹੀਂ ਕਰ ਸਕਦੇ ਪਿਆਰ ਆ ਜਾਂਦਾ ਹੈ ਪਿਆਰ ਸਹਿਸਵਾਹ ਆਉਂਦਾ ਹੈ ਰੂਹ ਅਤੇ ਮਨ ਦੇ ਕਾਰਜ ਵਿੱਚ ਇਹ ਅੰਤਰ ਹੈ ਕਿ ਰੂਹ ਸਹਿਸਵਾਹ ਕੰਮ ਕਰਦੀ ਹੈ ਨਾ ਕਿ ਸਮੇਂ ਅਤੇ ਸਪੇਸ ਵਿੱਚ ਜਦ ਕਿ ਮਨ ਹਮੇਸ਼ਾ ਸਮੇਂ ਅਤੇ ਸਪੇਸ ਵਿੱਚ ਕੰਮ ਕਰਦਾ ਹੈ ਸਭ ਤੋਂ ਛੋਟੀ ਜਹੀ ਸੋਚ ਵਿੱਚ ਵੀ ਸਮਾਂ ਲੱਗਦਾ ਹੈ ਅਤੇ ਸਹਿਜ ਗਿਆਨ ਜਾਂ ਇੰਟੂਇਸ਼ਨ ਵਿੱਚ ਕਦੇ ਵੀ ਕੋਈ ਸਮਾਂ ਨਹੀਂ ਲੱਗਦਾ ਇਹ ਇੱਕ ਵੱਡਾ ਅੰਤਰ ਹੈ ਸਹਿਜ ਗਿਆਨ ਜਾਂ ਇੰਟੂਇਸ਼ਨ ਦੇ ਅਨੁਭਵ ਸਿੱਧੇ ਆਤਮਾ ਤੋਂ ਆਉਂਦੇ ਹਨ ਪਿਆਰ ਰੂਹ ਦਾ ਇੱਕ ਅਨੁਭਵ ਹੈ ਲਗਾਅ ਮਨ ਦਾ ਅਨੁਭਵ ਹੈ ਲਗਾਅ ਵਿੱਚ ਅਸੀਂ ਕਹਿੰਦੇ ਹਾਂ ਮੈਂ ਉਸ ਵਿਅਕਤੀ ਨੂੰ ਪਸੰਦ ਕਰਦਾ ਹਾਂ ਮੈਨੂੰ ਮੇਰਾ ਬੱਚਾ ਪਸੰਦ ਹੈ ਮੈਨੂੰ ਮੇਰਾ ਘਰ ਪਸੰਦ ਹੈ ਮੈਨੂੰ ਮੇਰੀ ਘਰ ਪਸੰਦ ਹੈ ਇਹ ਲਗਾਵ ਹਨ ਅਸੀਂ ਇਹਨਾਂ ਨੂੰ ਪਿਆਰ ਕਹਿ ਦਿੰਦੇ ਹਾਂ ਅਸੀਂ ਪਿਆਰ ਸ਼ਬਦ ਨੂੰ ਬਹੁਤ ਢਿੱਲੇ ਢੰਗ ਨਾਲ ਵਰਤਦੇ ਹਾਂ ਸਾਨੂੰ ਇਹ ਕਹਿਣਾ ਚਾਹੀਦਾ ਹੈ ਮੈਨੂੰ ਆਪਣੇ ਘਰ ਨਾਲ ਲਗਾਵ ਹੈ ਮੈਨੂੰ ਆਪਣੇ ਪਰਿਵਾਰ ਨਾਲ ਲਗਾਵ ਹੈ ਮੈਂ ਇਸ ਨਾਲ ਜੁੜਿਆ ਹੋਇਆ ਹਾਂ ਅਸੀਂ ਕਹਿੰਦੇ ਹਾਂ ਮੈਂ ਇਹਨਾਂ ਸਭ ਨੂੰ ਪਿਆਰ ਕਰਦਾ ਹਾਂ ਜਦ ਕਿ ਪਿਆਰ ਇਹਨਾਂ ਸਹਿਸਵਾ ਹੁੰਦਾ ਹੈ ਇਹ ਆਪਣੇ ਆਪ ਜਕ ਇਸੇ ਨੂੰ ਕਹੇ ਬਿਨਾ ਆਪਣੇ ਆਪ ਪੈਦਾ ਹੋ ਜਾਂਦਾ ਹੈ ਪਰ ਜਦੋਂ ਲੋਕ ਇੱਕ ਦੂਜੇ ਨਾਲ ਨਿਰੰਤਰ ਇਹ ਕਹਿੰਦੇ ਹਨ ਕਿ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਉਹ ਪਿਆਰ ਦੀ ਗੱਲ ਨਹੀਂ ਕਰਦੇ ਉਹ ਇੱਛਾ ਅਤੇ ਲਗਾਅ ਦੀ ਗੱਲ ਕਰ ਰਹੇ ਹੁੰਦੇ ਹਨ ਇਸ ਲਈ ਰੂਹ ਇਹਨਾਂ ਚੀਜ਼ਾਂ ਨੂੰ ਪੈਦਾ ਕਰਨ ਲਈ ਜ਼ਿੰਮੇਵਾਰ ਹੈ ਜਿਵੇਂ ਕਿ ਅਨੁਭਵ ਆਨੰਦ ਅਤੇ ਖੇੜਾ ਸਮੇਂ ਅਤੇ ਸਪੇਸ ਵਿੱਚ ਚੀਜ਼ਾਂ ਬਣਾਉਣ ਦੀ ਜ਼ਿੰਮੇਵਾਰੀ ਮਨ ਦੀ ਹੈ ਦੋਵਾਂ ਦੇ ਸਪਸ਼ਟ ਪੇਧ ਹਨ ਅਤੇ ਇਹੀ ਕਾਰਨ ਹੈ ਕਿ ਆਤਮਾ ਵਿੱਚ ਹਮੇਸ਼ਾ ਘਰ ਵਾਪਸ ਜਾਣ ਲਈ ਜਿੱਥੇ ਦੀ ਉਹ ਹੈ ਉੱਥੇ ਜਾਣ ਦੀ ਤਾਂਗ ਰਹਿੰਦੀ ਹੈ ਜਦੋਂ ਕਿ ਮਨ ਨਿਰੰਤਰ ਬਾਹਰ ਦੀਆਂ ਚੀਜ਼ਾਂ ਬਾਰੇ ਸੋਚਦਾ ਰਹਿੰਦਾ ਹੈ ਉਹਨਾਂ ਨਾਲ ਇੱਧਰ ਉੱਧਰ ਜੁੜੇ ਰਹਿਣ ਬਾਰੇ ਸੋਚਦਾ ਰਹਿੰਦਾ ਹੈ ਇਸ ਲਈ ਸਾਡੀ ਆਤਮਾ ਜਾਣਦੀ ਹੈ ਕਿ ਉਹ ਕੀ ਚਾਹੁੰਦੀ ਹੈ ਅਤੇ ਇਹ ਤਾਂਗ ਆਤਮਾ ਦੀ ਹੁੰਦੀ ਹੈ ਜਦੋਂ ਅਸੀਂ ਤਿਆਰ ਹੁੰਦੇ ਹਾਂ ਤਾਂ ਆਤਮਾ ਦੀ ਮੁਲਾਕਾਤ ਇੱਕ ਪਰਮ ਸੰਤ ਸਤਿਗੁਰੂ ਦੀ ਰੂਹ ਨਾਲ ਹੁੰਦੀ ਹੈ ਜੋ ਆਤਮਾ ਦੀ ਤੰਗ ਦਾ ਜਵਾਬ ਦਿੰਦਾ ਹੈ ਮਨ ਦਾ ਨਹੀਂ ਪਰ ਉਹ ਮਨ ਨੂੰ ਸਿਖਾਉਂਦਾ ਹੈ ਕਿਉਂਕਿ ਮਨ ਰਸਤੇ ਦੀ ਰੁਕਾਵਟ ਹੈ ਮਨ ਹਮੇਸ਼ਾ ਵਿਗਨ ਪੈਦਾ ਕਰਦਾ ਹੈ ਕਿਉਂਕਿ ਮਨ ਦਾ ਸ਼ੰਕਾ ਪੈਦਾ ਕਰਨ ਦਾ ਇੱਕ ਬਹੁਤ ਹੀ ਵਿਸ਼ੇਸ਼ ਸੁਭਾਅ ਹੁੰਦਾ ਹੈ ਜੇ ਤੁਹਾਨੂੰ ਕੋਈ ਸ਼ੱਕ ਨਹੀਂ ਹੈ ਤਾਂ ਆਪਣੇ ਮਨ ਦੀ ਵਾਰਤਾਂ ਕਰੋ ਤੁਸੀਂ ਦੇਖੋਗੇ ਕਿ ਬਹੁਤ ਜਲਦੀ ਤੁਹਾਨੂੰ ਸ਼ੱਕ ਹੋਵੇਗਾ ਕੁਝ ਲੋਕ ਕਹਿੰਦੇ ਹਨ ਅਸੀਂ ਇਹਨਾਂ ਚੀਜ਼ਾਂ ਬਾਰੇ ਪੱਕੇ ਹਾਂ ਮੈਂ ਜਵਾਬ ਦਿੰਦਾ ਹਾਂ ਬਸ ਥੋੜਾ ਹੋਰ ਸੋਚੋ 10 ਮਿੰਟ ਲਈ ਸੋਚੋ ਅਤੇ ਤੁਸੀਂ ਸ਼ੱਕ ਵਿੱਚ ਹੋਵੋਗੇ ਮਨ ਸਿਰਫ ਇੱਕ ਸੋਚਣ ਵਾਲੀ ਮਸ਼ੀਨ ਹੀ ਨਹੀਂ ਇਹ ਇੱਕ ਸ਼ੰਕੇ ਕਰਨ ਵਾਲੀ ਮਸ਼ੀਨ ਵੀ ਹੈ ਜਦੋਂ ਵੀ ਕੋਈ ਸ਼ੱਕ ਪੈਦਾ ਹੁੰਦਾ ਹੈ ਤਾਂ ਅਨਿਸ਼ਚਿਤਤਾ ਪੈਦਾ ਹੁੰਦੀ ਹੈ ਇਸ ਦੇ ਨਾਲ ਹੀ डरवी ऑन द है क्योंकि डर है। शक ਦਾ ਇੱਕ ਸਿੱਧਾ ਸਿੱਟਾ ਹੁੰਦਾ ਹੈ ਜੇ ਤੁਹਾਨੂੰ ਕਿਸੇ ਚੀਜ਼ ਬਾਰੇ ਸ਼ੱਕ ਹੈ ਤਾਂ ਤੁਸੀਂ ਡਰਦੇ ਹਾਂ ਤੁਸੀਂ ਯਕੀਨ ਤੋਂ ਨਹੀਂ ਡਰਦੇ ਅਸਲ ਵਿੱਚ ਕੁਝ ਅਜੀਬ ਤਜਰਬੇ ਕੀਤੇ ਗਏ ਇੱਕ ਆਦਮੀ ਨੂੰ ਦੱਸਿਆ ਗਿਆ ਕਿ ਪਰਦੇ ਪਿੱਛੇ ਕੋਈ ਜਾਨਵਰ ਹੈ ਜੋ ਉਸ ਤੇ ਹਮਲਾ ਕਰ ਸਕਦਾ ਹੈ ਉਹ ਡਰਦਾ ਹੈ ਜੇ ਤੁਸੀਂ ਪਰਦਾ ਹਟਾ ਦਿੰਦੇ ਹੋ ਤਾਂ ਫਿਰ ਕੀ ਹੁੰਦਾ ਹੈ ਪਰ ਹੁਣ ਲੜਾਈ ਲੜਨ ਜਾਂ ਭੱਜਣ ਦੀਆਂ ਭਾਵਨਾਵਾਂ ਵਾਪਰਦੀਆਂ ਹਨ ਅਤੇ ਡਰ ਅਨੋਪ ਹੋ ਜਾਂਦਾ ਹੈ ਇਹ ਡਰ ਹੋਰ ਭਾਵਨਾਵਾਂ ਵਿੱਚ ਬਦਲ ਜਾਂਦਾ ਹੈ ਡਰ ਸ਼ੰਕਾ ਦਾ ਸਿੱਟਾ ਹੁੰਦਾ ਹੈ ਅਤੇ ਡਰ ਅਣਜਾਣ ਚੀਜ਼ਾਂ ਕਰਕੇ ਹੁੰਦਾ ਹੈ ਜੇਕਰ ਅਸੀਂ ਜਾਣਦੇ ਨਹੀਂ ਕਿ ਕੀ ਹੋਵੇਗਾ ਤਾਂ ਅਸੀਂ ਡਰਦੇ ਹਾਂ ਇਸ ਲਈ ਇਹ ਸ਼ੰਕੇ ਅਤੇ ਡਰ ਮਨ ਦੀ ਉਪਜ ਹਨ ਜੇ ਤੁਸੀਂ ਆਤਮਾ ਵਿੱਚ ਰਹਿੰਦੇ ਹੋ ਤਾਂ ਇਹ ਸ਼ੰਕੇ ਅਤੇ ਡਰ ਖਤਮ ਹੋ ਜਾਂਦੇ ਹਨ ਜੇ ਤੁਸੀਂ ਮਨ ਤੋਂ ਉੱਪਰ ਆਪਣੀ ਚੇਤਨਾ ਦੇ ਅੰਦਰ ਜਾ ਸਕੋ ਪਾਪ ਤੁਸੀਂ ਆਪਣੀ ਆਤਮਾ ਦੁਆਰਾ ਕਾਰਜਸ਼ੀਲ ਹੋ ਨਾ ਕਿ ਮਨ ਦੁਆਰਾ ਤਾਂ ਤੁਸੀਂ ਆਪਣੇ ਮਨ ਦੀ ਵਰਤੋਂ ਕਰ ਸਕੋਗੇ ਜੋ ਕਿ ਮਨ ਨੂੰ ਪ੍ਰਾਪਤ ਕਰਨ ਦਾ ਅਸਲ ਉਦੇਸ਼ ਸੀ ਸਾਨੂੰ ਮਨ ਮਿਲਿਆ ਸੀ ਤਾਂ ਕਿ ਅਸੀਂ ਇਸ ਦੀ ਵਰਤੋਂ ਕਰ ਸਕੀਏ ਸਾਡੀ ਮਦਦ ਕਰਨ ਅਤੇ ਸੰਚਾਰ ਕਰਨ ਲਈ ਇਹ ਸ਼ਾਨਦਾਰ ਸਾਧਨ ਹੈ ਸੋਚਣ ਲਈ ਇੱਕ ਬਹੁਤ ਵਧੀਆ ਮਸ਼ੀਨ ਹੈ ਅਸੀਂ ਇਹ ਸੋਚ ਕੇ ਫਸ ਜਾਂਦੇ ਹਾਂ ਕਿ ਅਸੀਂ ਮੰਨ ਹਾਂ ਅਸੀਂ ਗਲਤ ਪਛਾਣ ਕਰ ਰਹੇ ਹਾਂ ਅਤੇ ਇਸੇ ਲਈ ਅਸੀਂ ਇਹ ਸਮੱਸਿਆ ਪੈਦਾ ਕਰ ਰਹੇ ਹਾਂ ਅਸੀਂ ਭੁੱਲ ਗਏ ਹਾਂ ਕਿ ਇਹ ਕੇਵਲ ਇੱਕ ਸਾਧਨ ਹੈ ਜੋ ਸਾਨੂੰ ਇੱਕ ਸਿਰਜ ਸੰਸਾਰ ਵਿੱਚ ਇੱਕ ਨਿਰਮਤ ਪ੍ਰਦਰਸ਼ਨ ਵਿੱਚ ਡਰਾਮੇ ਵਿੱਚ ਸਾਡੇ ਲਈ ਬਣਾਇਆ ਗਿਆ ਸੀ ਜਿਸ ਵਿੱਚ ਅਸੀਂ ਰਹਿ ਕੇ ਆਨੰਦ ਮਾਣਨਾ ਸੀ ਅਸੀਂ ਇਸ ਦੁਨੀਆ ਵਿੱਚ ਕੋਈ ਦੁੱਖ ਚੱਲਣ ਨਹੀਂ ਨਹੀਂ ਸਿ ਆਏ ਅਸੀਂ ਨਿਰਾਸ਼ਾ ਦਾ ਸਾਹਮਣਾ ਕਰਨ ਲਈ ਨਹੀਂ ਸਿ ਆਏ ਅਸੀਂ ਦੁੱਖ ਅਤੇ ਨਿਰਾਸ਼ਾ ਸਮੇਤ ਹਰ ਚੀਜ਼ ਦਾ ਪ੍ਰਦਰਸ਼ਨ ਵੇਖਣ ਲਈ ਆਏ ਸਾਂ ਸਾਨੂੰ ਦਰਸ਼ਕਾਂ ਵਾਂਗ ਇੱਕ ਪ੍ਰਦਰਸ਼ਨ ਦੇਖਵਾ ਬਣਨਾ ਸੀ ਅਤੇ ਸਿਰਫ ਇਸ ਲਈ ਕਿ ਇਸ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਅਤੇ ਇਸ ਨੂੰ ਨਜ਼ਦੀਕੀ ਤੌਰ ਤੇ ਦੇਖਣ ਲਈ ਅਸੀਂ ਪਹਿਰਾਵੇ ਪਹਿਨ ਲਏ ਭੁੱਲ ਗਏ ਕਿ ਇਹ ਇੱਕ ਪ੍ਰਦਰਸ਼ਨ ਹੈ ਅਤੇ ਅਸੀਂ ਇਸ ਨੂੰ ਅਸਲੀ ਜ਼ਿੰਦਗੀ ਦੇ ਤੌਰ ਤੇ ਲੈ ਲਿਆ ਅਤੇ ਅਸੀਂ ਇੱਥੇ ਫਸ ਗਏ ਇਸ ਲਈ ਇੱਕ ਵਾਰ ਜਦੋਂ ਅਸੀਂ ਤਿਆਰੀ ਦੇ ਪੜਾ ਤੋਂ ਅੱਗੇ ਜਾਂਦੇ ਹਾਂ ਅਤੇ ਇੱਕ ਪਰਮ ਸੰਤ ਸਤਿਗੁਰੂ ਨੂੰ ਮਿਲਦੇ ਹਾਂ ਤਾਂ ਉਹ ਮਨ ਨੂੰ ਨਿਜੰਤਰਨ ਕਰਨਾ ਸਿਖਾਵੇਗਾ ਸਾਨੂੰ ਮਨ ਤੋਂ ਵੱਖ ਰਹਿਣਾ ਸਿਖਲਾਵੇਗਾ ਇਹ ਨਾ ਸੋਚੋ ਕਿ ਤੁਸੀਂ ਸੋਚਣ ਵਾਲੀ ਮਸ਼ੀਨ ਹੋ ਇਹ ਇੱਕ ਮਸ਼ੀਨ ਹੈ ਤੁਸੀਂ ਵਰਤੋਂ ਕਰ ਰਹੇ ਹੋ ਅਤੇ ਇੱਕ ਵਾਰ ਜਦੋਂ ਉਹ ਸਾਨੂੰ ਸਧਾਰਨ ਅਭਿਆਸ ਦੇ ਉਹ ਟੰਗ ਸਿਖਾਉਂਦਾ ਹੈ ਜਿਸ ਨਾਲ ਅਸੀਂ ਜਾਣ ਸਕਦੇ ਹਾਂ ਕਿ ਮਨ ਜੋ ਅਸੀਂ ਵਰਤਦੇ ਹਾਂ ਉਹ ਸਾਡਾ ਆਪਣਾ ਆਪ ਨਹੀਂ ਹੈ ਤਾਂ ਅਸੀਂ ਆਪਣੇ ਅੰਦਰ ਤਰੱਕੀ ਕਰਦੇ ਹਾਂ ਮੈਂ ਸੋਚ ਰਿਹਾ ਹਾਂ ਕਿ ਅੱਜ ਜਾਂ ਕੱਲ ਸ਼ਾਇਦ ਅੱਜ ਸ਼ਾਮ ਨੂੰ ਮੈਂ ਇਸ ਬਾਰੇ ਥੋੜੀ ਹੋਰ ਗੱਲ ਕਰਾਂਗਾ ਕਿ ਕਿਸ ਕਿਸਮ ਦੀ ਸਿੱਖਿਆ ਅਤੇ ਕਿਹੜੀ ਚੀਜ਼ ਸਾਨੂੰ ਰੂਹ ਦੀ ਪਛਾਣ ਕਰਵਾ ਸਕਦੀ ਹੈ ਕੀ ਅਸੀਂ ਕੌਣ ਹਾਂ ਅਤੇ ਕਿਵੇਂ ਅਸੀਂ ਮਨ ਨੂੰ ਪਾਰ ਕਰਕੇ ਇਸ ਤੋਂ ਉੱਤੇ ਜਾ ਸਕਦੇ ਹਾਂ ਸੋ ਧਿਆਨ ਨਾਲ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਜੇ ਤੁਸੀਂ ਕੋਈ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਉੱਤਰ ਦੇਣ ਵਿੱਚ ਬਹੁਤ ਖੁਸ਼ੀ ਹੋਵੇਗੀ ਜਿਵੇਂ ਕਿ ਮੈਂ ਆਪਣੀ ਹਰ ਛੋਟੀ ਜਹੀ ਗੱਲਬਾਤ ਦੇ ਅੰਤ ਤੇ ਹਮੇਸ਼ਾ ਕਹਿੰਦਾ ਹਾਂ ਕਿ ਜੋ ਮੈਂ ਕਹਿ ਰਿਹਾ ਹਾਂ ਉਸ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ ਤਾਂ ਤੁਸੀਂ ਪੁੱਛ ਸਕਦੇ ਹੋ ਜੋ ਮੈਂ ਨਹੀਂ ਕਿਹਾ ਉਸ ਬਾਰੇ ਤੁਹਾਡੇ ਕੋਈ ਪ੍ਰਸ਼ਨ ਹਨ ਤਾਂ ਤੁਸੀਂ ਉਸ ਨੂੰ ਵੀ ਪੁੱਛ ਸਕਦੇ ਹੋ ਅਤੇ ਜੇ ਤੁਹਾਡੇ ਕੋਈ ਪ੍ਰਸ਼ਨ ਨਹੀਂ ਹਨ ਸਿਰਫ ਜਵਾਬ ਹਨ ਮੈਂ ਤੁਹਾਡੇ ਜਵਾਬ ਨੂੰ ਸੁਣਨ ਲਈ ਵੀ ਖੁਸ਼ ਹੋਵਾਂਗਾ ਤੁਸੀਂ ਕੁਝ ਵੀ ਪੁੱਛਣ ਲਈ ਸੁਤੰਤਰ ਹੋ ਮਾਨ ਚ ਤੁਹਾਡੇ ਲਈ ਖੁੱਲਾ ਹੈ ਤੁਹਾਡਾ ਧੰਨਵਾਦ ਅਨੁਭਵ ਹਮੇਸ਼ਾ ਮਨ ਦੇ ਹੀ ਹੁੰਦੇ ਹਨ ਤਜਰਬੇ ਮੰਦੇ ਹੁੰਦੇ ਹਨ ਹਮੇਸ਼ਾ ਆਤਮਾ ਦਾ ਕੋਈ ਅਨੁਭਵ ਨਹੀਂ ਆਤਮਾ ਅਨੁਭਵ ਲੈਣ ਵਾਲੀ ਹੈ ਹਰ ਕੋਈ ਅਨੁਭਵ ਮਨ ਦਾ ਹੁੰਦਾ ਹੈ ਮਨ ਦੁਆਰਾ ਹੁੰਦਾ ਹੈ ਸਾਰੇ ਅਨੁਭਵ ਮਨ ਦੇ ਕਾਰਨ ਹੋ ਰਹੇ ਹਨ ਅਨੁਭਵ ਦਾ ਮਤਲਬ ਉਹ ਚੀਜ਼ ਹੈ ਜੋ ਸਮੇਂ ਅਤੇ ਸਪੇਸ ਵਿੱਚ ਵਾਪਰਦੀ ਹੈ ਹਰ ਚੀਜ਼ ਜੋ ਸਮੇਂ ਅਤੇ ਸਪੇਸ ਵਿੱਚ ਵਾਪਰਦੀ ਹੈ ਉਹ ਇੱਕ ਮਾਨਸਿਕ ਅਨੁਭਵ ਹੈ ਇਹ ਅਭਿਆਸ ਦੇ ਸਮੇਂ ਲਾਭਦਾਇਕ ਹੋਵੇਗਾ ਪਰ ਇਹ ਅਜੇ ਵੀ ਮਾਨਸਿਕ ਅਨੁਭਵ ਹੈ ਕੋਈ ਰੋਹਾਨੀ ਅਨੁਭਵ ਨਹੀਂ ਉਹ ਮਾਨ ਦੇ ਅਨੁਭਵ ਹਨ ਅਨੁਭਵ ਲੈਣ ਵਾਲੇ ਦਾ ਗਿਆਨ ਇੱਕ ਆਤਮਿਕ ਗਿਆਨ ਹੁੰਦਾ ਹੈ ਜੇ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੌਣ ਅਨੁਭਵ ਕਰ ਰਿਹਾ ਹੈ ਇਹ ਆਤਮਿਕ ਗਿਆਨ ਹੈ ਪਰ ਜੇ ਤੁਸੀਂ ਕਿਸੇ ਅਨੁਭਵ ਨੂੰ ਸਿਰਫ ਸਪੇਸ ਅਤੇ ਸਮੇਂ ਵਿੱਚ ਵੇਖ ਰਹੇ ਹੋ ਤਾਂ ਇਹ ਇੱਕ ਮਾਨਸਿਕ ਅਨੁਭਵ ਹੈ ਸਾਰਾ ਸਪੇਸ ਅਤੇ ਸਮਾਂ ਅਤੇ ਇਸ ਸਪੇਸ ਅਤੇ ਸਮੇਂ ਵਿੱਚ ਇਸ ਸਾਰੇ ਕਾਇਨਾਤ ਮਾਨਸਿਕ ਹੁੰਦੀ ਹੈ ਮਨ ਬਹੁਤ ਸ਼ਕਤੀਸ਼ਾਲੀ ਹੈ ਸਾਰੀ ਚੀਜ਼ ਸਥਾਪਿਤ ਕਰਦਾ ਹੈ ਅਤੇ ਇਹੀ ਕਾਰਨ ਹੈ ਕਿ ਸਾਰੇ ਅਨੁਭਵ ਮਨ ਦੇ ਖੇਤਰ ਵਿੱਚ ਵਾਪਰਦੇ ਹਨ ਇਹ ਅਨੁਭਵ ਹੈ ਜੋ ਆਤਮਾ ਨਾਲ ਗੱਲ ਕਰਨਾ ਹੈ ਅਨੁਭਵ ਦੁਆਰਾ ਇੱਕ ਜਾਣਾ ਆਤਮਾ ਨਾਲ ਗੱਲ ਕਰ ਸਕਦਾ ਹੈ ਆਤਮਾ ਬਕਤਾ ਨਹੀਂ ਹੈ ਬੋਲਣ ਵਾਲੀ ਨਹੀਂ ਹੈ ਆਤਮਾ ਸੁਣਨ ਵਾਲੀ ਹੈ ਸਾਡੇ ਵਿੱਚ ਉੱਚੀ ਆਵਾਜ਼ ਜਾ ਮਨ ਦੇ ਵਿੱਚ ਵਿਚਾਰ ਨਾਲ ਬੋਲਣ ਵਾਲਾ ਉਹ ਕੌਣ ਹੈ ਉਹ ਹੈ ਮਨ ਬੋਲਣ ਵਾਲਾ ਹਮੇਸ਼ਾ ਮਨ ਹੁੰਦਾ ਹੈ ਸੁਣਨ ਵਾਲੀ ਹਮੇਸ਼ਾ ਆਤਮਾ ਹੁੰਦੀ ਹੈ ਇਹ ਯਾਦ ਰੱਖੋ ਕਿ ਸੁਣਨਾ ਅਤੇ ਅਨੁਭਵ ਕਰਨਾ ਆਤਮਾ ਦਾ ਕੰਮ ਹੁੰਦਾ ਹੈ ਅਨੁਭਵ ਆਪਣੇ ਆਪ ਵਿੱਚ ਮਨ ਦਾ ਕਾਰਜ ਹੈ ਇਸੇ ਕਰਕੇ ਦੋਹਾਂ ਵਿਚਾਲੇ ਇੰਨਾ ਸੁਖਮ ਸੰਬੰਧ ਹੈ ਕਿ ਅਸੀਂ ਗਲਤੀ ਕਰ ਬੈਠਦੇ ਹਾਂ ਅਤੇ ਅਸੀਂ ਕਈ ਅਨੁਭਵਾਂ ਨੂੰ ਰੋਹਾਨੀ ਅਨੁਭਵ ਕਹਿ ਦਿੰਦੇ ਹਾਂ ਪੇਸ਼ਕ ਰੂਹ ਅਨੁਭਵ ਲੈਂਦੀ ਹੈ ਪਰ ਅਨੁਭਵ ਮਨ ਦੁਆਰਾ ਤਿਆਰ ਕੀਤਾ ਜਾਂਦਾ ਹੈ ਅਨੁਭਵ ਪੈਦਾ ਕਰਨਾ ਇੱਕ ਬਹੁਤ ਵਧੀਆ ਚੀਜ਼ ਹੈ ਇਸ ਮਨ ਦੀ ਸਭ ਤੋਂ ਵਧੀਆ ਵਰਤੋਂ ਇਹ ਅਨੁਭਵ ਪੈਦਾ ਕਰਨਾ ਹੁੰਦਾ ਹੈ ਮਨ ਹੁਣ ਵੀ ਇਹ ਅਨੁਭਵ ਪੈਦਾ ਕਰ ਰਿਹਾ ਹੈ ਹੁਣ ਜੋ ਅਸੀਂ ਇੱਕ ਦੂਜੇ ਨਾਲ ਗੱਲਬਾਤ ਕਰ ਰਹੇ ਹਾਂ ਇਹ ਵੀ ਇੱਕ ਅਨੁਭਵ ਹੈ ਹਾਲਾਂਕਿ ਰੂਹ ਇਸ ਦਾ ਅਨੁਭਵ ਕਰ ਰਹੀ ਹੈ ਪਰ ਅਨੁਭਵ ਮਨ ਹੀ ਬਣਾ ਰਿਹਾ ਹੈ ਮਨ ਹੀ ਸਾਰੇ ਅਨੁਭਵ ਪੈਦਾ ਕਰਦਾ ਹੈ ਮੈਂ ਅੱਜ ਬਾਦ ਵਿੱਚ ਆਵਾਜ਼ ਯਾ ਧੁਨੀ ਬਾਰੇ ਗੱਲ ਕਰਾਂਗਾ ਮੇਰਾ ਖਿਆਲ ਹੈ ਉਹ ਅਜੰਡੇ ਵਿੱਚ ਹੈ ਉਹਨਾਂ ਨੇ ਸੂਚੀ ਵਿੱਚ ਪਾਇਆ ਹੋਇਆ ਹੈ ਕਿ ਮੈਂ ਧੁਨੀ ਬਾਰੇ ਗੱਲ ਕਰਾਂ ਆਵਾਜ਼ ਯਾ ਧੁਨੀ ਇੱਕ ਸ਼ਾਨਦਾਰ ਅਨੁਭਵ ਹੈ ਕਿਉਂਕਿ ਇਹ ਸੁਣਨ ਵਾਲੇ ਦੀ ਭੂਮਿਕਾ ਨੂੰ ਵਧਾਉਂਦੀ ਹੈ ਇਸ ਲਈ ਇਹ ਆਤਮਾ ਦੀ ਰੂਹੀ ਭੂਮਿਕਾ ਨੂੰ ਵਧਾਉਂਦੀ ਹੈ ਸਾਰੇ ਦੇ ਸਾਰੇ ਪੰਜ ਭਾਵ ਜਾਂ ਪੈਸ਼ਨ ਸਾਰੇ ਮੰਨ ਦੇ ਹਨ ਅਤੇ ਉਹ ਮਨ ਨੂੰ ਘਟਾਉਂਦੇ ਵਧਾਉਂਦੇ ਹਨ ਮਨ ਨੂੰ ਉਸ ਜਗ੍ਹਾ ਤੇ ਨਹੀਂ ਠਹਿਰ ਹੋਣ ਦਿੰਦੇ ਜਿੱਥੇ ਅਸੀਂ ਅਭਿਆਸ ਵੇਲੇ ਚਾਹੁੰਦੇ ਹਾਂ ਇਸੇ ਕਰਕੇ ਇਹ ਪੰਜੇ ਰੋਹਾਨੀਅਤ ਅਤੇ ਆਤਮਕ ਮਾਰਗ ਲਈ ਨੁਕਸਾਨਦੇ ਹਨ ਰੋਹਾਨੀ ਮਾਰਗ ਨਾਲ ਤੁਸੀਂ ਮਨ ਤੋਂ ਉੱਪਰ ਉੱਠ ਜਾਂਦੇ ਹੋ ਅਤੇ ਜਦੋਂ ਤੁਹਾਨੂੰ ਮਨ ਤੋਂ ਉੱਤੇ ਹੋਣ ਦਾ ਮਨ ਤੋਂ ਵੱਖ ਹੋਣ ਦਾ ਅਨੁਭਵ ਪ੍ਰਾਪਤ ਹੁੰਦਾ ਹੈ ਤਾਂ ਇਹਨਾਂ ਭਾਵਾਂ ਵਿੱਚੋਂ ਕੋਈ ਵੀ ਤੁਹਾਨੂੰ ਪ੍ਰਭਾਵਿਤ ਨਹੀਂ ਕਰ ਸਕਦਾ ਅਤੇ ਪਰਮ ਸੰਤ ਸਤਗੁਰੂ ਦਾ ਉਦੇਸ਼ ਤੁਹਾਨੂੰ ਮਨ ਤੋਂ ਉੱਪਰ ਲਿਆਉਣਾ ਹੁੰਦਾ ਹੈ ਦਰਸਲ ਵਿੱਚ ਇੱਕ ਪਰਮ ਸੰਤ ਸਤਗੁਰੂ ਦੀ ਪਰਵਾਸ਼ਾ ਹੀ ਇਹ ਹੈ ਕਿ ਉਹ ਮਨ ਦੇ ਉੱਪਰ ਤੋਂ ਕੰਮ ਕਰਦਾ ਹੈ ਪਰ ਸਾਡੇ ਨਾਲ ਸੰਚਾਰ ਕਰਨ ਲਈ ਗੱਲਬਾਤ ਕਰਨ ਲਈ ਉਹ ਮਨ ਦੀ ਉਹੀ ਹੀ ਵਰਤੋਂ ਕਰਦਾ ਹੈ ਜਿੰਨਾ ਕਿ ਅਸੀਂ ਕਰਦੇ ਹਾਂ ਠੀਕ ਕੁੰਡਲਿਨੀ ਤੁਸੀਂ ਕੁੰਡਲਿਨੀ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕੁੰਡਲਿਨੀ ਇੱਕ ਯੋਗ ਅਨੁਭਵ ਹੈ ਇਹ એનર્ਜੀ ਨੂੰ ਹੇਠਲੇ ਚੱਕਰਾਂ ਤੋਂ ਉਲਟਾ ਕੇ ਵਾਪਸ ਹੀ ਰੀਡ ਦੀ ਹੱਡੀ ਵਿੱਚ ਲਜਾਣ ਦਾ ਅਨੁਭਵ ਹੈ ਇਹ ਯੋਗ ਤੁਹਾਨੂੰ ਬਹੁਤ ਅਨੁਭਵ ਦਿੰਦਾ ਹੈ ਪਰ ਇਹ ਸਭ એનਰਜੈਟਿਕ ਅਨੁਭਵ ਹਨ ਇਹ ਸੋਜੀ ਵਧਾਉਣ ਦਾ ਅਨੁਭਵ ਨਹੀਂ ਹੈ ਇਹ એનર્ਜੀ ਦੇ ਵਧਾਉਣ ਦਾ ਅਨੁਭਵ ਹੈ ਮੈਂ ਇਹ ਸਭ ਕਰਕੇ ਦੇਖੇ ਹਨ ਅੱਖਾਂ ਦੇ ਹੇਠਾਂ એનર્ਜੀ ਦੇ 6 ਚੱਕਰ ਹਨ ਇਹ 6 ਚੱਕਰ ਇਸ ਬ੍ਰਹਮਾਣਡ ਵਿੱਚ ਇਸ ਸੰਸਾਰ ਵਿੱਚ ਸਥੋਰ ਸਰੀਰ ਦੇ ਸਾਡੇ ਤਜਰਬੇ ਨੂੰ ਕਾਇਮ ਰੱਖਣ ਲਈ ਕਾਰਜ ਕਰ ਰਹੇ ਹਨ ਇਹ 6 ਚੱਕਰ ਇੱਕ ਤੋਂ ਦੂਜੇ ਉੱਪਰ ਮੌਜੂਦ ਹਨ ਹੇਠਾਂ ਤੋਂ ਸ਼ੁਰੂ ਹੋ ਕੇ ਗੁੱਦੇ ਦਾ ਚੱਕਰ ਜੋ ਗੁੱਦੇ ਦੇ ਹੇਠਲੇ ਹਿੱਸੇ ਵਿੱਚ ਹੁੰਦਾ ਹੈ ਉਹ ਦੇਵਤਿਆਂ ਨੂੰ ਇਹਨਾਂ ਚੱਕਰਾਂ ਵਿੱਚ ਦਰਸਾਉਂਦੇ ਹਨ ਗਣੇਸ਼ ਉੱਥੇ ਬੈਠਾ ਹੋਇਆ ਮੰਨਿਆ ਗਿਆ ਹੈ ਭਾਰਤੀ ਇਤਿਹਾਸਕ ਵਿੱਚ ਸਾਰੇ ਦੇਵੀ ਦੇਵਤੇ ਚੱਕਰਾਂ ਵਿੱਚ ਰੱਖੇ ਗਏ ਹਨ ਦੂਜਾ ਚੱਕਰ ਜਨਨ ਅੰਗਾ ਦਾ ਹੈ ਜਨਨ ਚੱਕਰ ਹੈ ਬ੍ਰਹਮਾ ਸਿਰਜਨਹਾਰ ਉੱਥੇ ਬੈਠਾ ਹੈ ਇਸ ਤੋਂ ਉੱਪਰ ਨਾਭੀ ਚੱਕਰ ਪੋषण ਦੁਆਰਾ ਸਾਡੇ ਸਰੀਰ ਦੀ ਸੰਭਾਲ ਦਾ ਚੱਕਰ ਵਿਸ਼ਨੂੰ ਉੱਥੇ ਬੈਠਾ ਹੈ ਫਿਰ ਅਸੀਂ ਦਿਲ ਦੇ ਚੱਕਰ ਤੇ ਜਾਂਦੇ ਹਾਂ ਜਿੱਥੇ ਸ਼ਿਵ ਬੈਠਾ ਹੈ ਦਿਲ ਰੁਕ ਜਾਂਦਾ ਹੈ ਅਸੀਂ ਮਰ ਜਾਂਦੇ ਹਾਂ ਸ਼ਿਵ ਇੱਥੇ ਬੈਠਾ ਹੈ ਫਿਰ ਗੰਠ ਚੱਕਰ ਗਲਾ ਹੈ ਜਿੱਥੇ ਦੇਵੀ ਬੈਠਦੀ ਹੈ ਇਹਨਾਂ ਸਭ ਦੀ ਮਾਂ ਅਤੇ ਫਿਰ ਸਾਡੇ ਕੋਲ ਅੱਖਾਂ ਦੇ ਪਿੱਛੇ ਦੋ ਪਤੀਆਂ ਵਾਲਾ ਕਮਲ ਚੱਕਰ ਹੈ ਨੀਤਰ ਚੱਕਰ ਜਿੱਥੇ ਅਸੀਂ ਬੈਠੇ ਹਾਂ ਇਹ ਹੈ ਵੇਰਵਾ ਅਸੀਂ ਇੱਥੇ ਨੀਤਰ ਚੱਕਰ ਤੇ ਬੈਠੇ ਹਾਂ ਇਹ ਸਾਰੇ ਦੇਵੀ ਦੇਵਤੇ ਇਸ ਸੰਸਾਰ ਵਿੱਚ ਸਾਡੇ ਅਨੁਭਵ ਨੂੰ ਕਾਇਮ ਰੱਖਣ ਲਈ ਸਾਡੇ ਤੋਂ ਠੇਹਾ ਕੰਮ ਕਰ ਰਹੇ ਹਨ ਜਦੋਂ ਅਸੀਂ ਉਹਨਾਂ ਚੱਕਰਾਂ ਕੋਲ ਜਾਂਦੇ ਹਾਂ ਇਹਨਾਂ એનર્ਜੀ ਕੇਂਦਰਾ ਤੇ ਜਾਂਦੇ ਹਾਂ ਤਾਂ ਉਹਨਾਂ ਨੂੰ ਜਗਾਉਂਦੇ ਹਾਂ ਉਹਨਾਂ ਵਿੱਚੋਂ ਤਾਕਤ ਜਗਾਉਂਦੇ ਹਾਂ ਤਾਂ ਉਹ ਸਾਨੂੰ ਸ਼ਾਨਦਾਰ ਅਨੁਭਵ ਦਿੰਦੇ ਹਨ ਉਹ ਇੱਕ ਛੋਟਾ ਪੜਾਦਰ ਪੜਾਵ ਵਾਲਾ ਰਸਤਾ ਹੈ ਤੁਹਾਨੂੰ ਪੜਾਵ ਤੈਅ ਕਰਨੇ ਹੁੰਦੇ ਹਨ ਜੋ ਕਿ ਆਪਣੇ ਆਪ ਤੱਕ ਪਹੁੰਚ ਲੈ ਇਹ ਪਤਾ ਲਗਾਉਣ ਲਈ ਕਿ ਉਹ ਅੱਖਾਂ ਦੇ ਪਿੱਛੇ ਹਨ ਇਹ ਅਭਿਆਸ ਕਰਦੇ ਹਨ ਹੇਠਾਂ ਤੋਂ ਸ਼ੁਰੂ ਕਰਦੇ ਆ ਉਹ ਕਦਮ ਦਰ ਕਦਮ ਉੱਪਰ ਜਾਂਦੇ ਹਨ ਵੱਖ-ਵੱਖ ਪੜਾਵਾਂ ਲਈ ਵੱਖ-ਵੱਖ ਮੰਤਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਹਰ ਪੜਾਅ ਤੇ ਉਹ ਮੰਤਰ ਬਦਲਦੇ ਹਨ ਅਤੇ ਪੂੜੀਆਂ ਚੜਦੇ ਹਨ ਉਹਨਾਂ ਵਿੱਚੋਂ ਕਈਆਂ ਨੂੰ ਪਤਾ ਹੈ ਕਿ ਉੱਥੇ ਇੱਕ ਲਿਫਟ ਹੈ ਰੀਡ ਦੀ ਹੱਡੀ ਵਿੱਚ ਇੱਕ ਲਿਫਟ ਹੈ ਤੁਹਾਨੂੰ ਹਰ ਚੱਕਰ ਤੇ ਨਹੀਂ ਜਾਣਾ ਪਵੇਗਾ ਤੁਸੀਂ ਰੀਡ ਦੀ ਹੱਡੀ ਤੋਂ ਆਪਣੇ ਆਪ ਤੱਕ ਸਿੱਧਾ ਆ ਸਕਦੇ ਹੋ ਪਰ ਦੂਸਰੇ ਚੱਕਰ ਨੂੰ ਉਲਟਾ ਕੇ ਕੋਲ ਕੇ ਅੱਗੇ ਤੋਂ ਸਿੱਧੇ ਰੀਡ ਦੀ ਹੱਡੀ ਵਿੱਚ ਜਾਣਾ ਅਤੇ ਫਿਰ ਛੇ ਸੂਖਸ਼ਮ ਚੱਕਰਾਂ ਜੋ ਅੱਖਾਂ ਦੇ ਪਿੱਛੇ ਹਨ ਉਹਨਾਂ ਤੱਕ ਜਾਣਾ ਇਸ ਉਲਟਾਵ ਨੂੰ ਕੁੰਡਲਿਨੀ ਯੋਗਾ ਕਿਹਾ ਜਾਂਦਾ ਹੈ ਇਹ ਇੱਕ ਵਧੀਆ ਅਨੁਭਵ ਦਿੰਦਾ ਹੈ ਪਰ ਇਹ ਇੱਕ ਊਰਜਾ ਦਾ ਅਨੁਭਵ ਹੈ ਨਾ ਕਿ ਉੱਚ ਸੋਝੀ ਦਾ ਸਾਨੂੰ ਕਿਵੇਂ ਪਤਾ ਲੱਗ ਸਕਦਾ ਹੈ ਕਿ ਆਪਣੇ ਰੋਹਾਨੀ ਵਿਕਾਸ ਦੇ ਰਾਹ ਤੇ ਅਸੀਂ ਕਿੱਥੇ ਪਹੁੰਚੇ ਹਾਂ ਕਿ ਇਸ ਬਾਰੇ ਜਾਣਨ ਲਈ ਕੋਈ ਸੰਕੇਤ ਹਨ ਕੁਝ ਸੰਕੇਤ ਹਨ ਸੰਕੇਤ ਇਹ ਪੰਜ ਔਗਣ ਹੋ ਸਕਦੇ ਹਨ ਜਿਵੇਂ ਕਿ ਗੁੱਸਾ ਸਾਨੂੰ ਕਿੰਨਾ ਕੋ ਗੁੱਸਾ ਆਉਂਦਾ ਹੈ ਜੇ ਸਾਨੂੰ ਪਹਿਲਾਂ ਵਾਂਗ ਹੀ ਗੁੱਸਾ ਆਉਂਦਾ ਹੈ ਤਾਂ ਅਸੀਂ ਕੋਈ ਵਿਕਾਸ ਨਹੀਂ ਕਰ ਰਹੇ ਜੇ ਸਾਨੂੰ ਘਟ ਗੁੱਸਾ ਆਉਂਦਾ ਹੈ ਤਾਂ ਅਸੀਂ ਵਿਕਾਸ ਕਰ ਰਹੇ ਹਾਂ ਇਹ ਬਾਹਰੀ ਸੰਕੇਤ ਹਨ ਜੋ ਅਸੀਂ ਆਪਣੇ ਆਪ ਜਾਂਚ ਸਕਦੇ ਹਾਂ ਦੂਜੀ ਨਿਸ਼ਾਨੀ ਹੈ ਕਿ ਅਸੀਂ ਤੀਜੀ ਅੱਖ ਦੇ ਕੇਂਦਰ ਅਤੇ ਇਸ ਤੋਂ ਉੱਪਰ ਵੱਲ ਪਹੁੰਚਣ ਵਿੱਚ ਕਿਸ ਤਰ੍ਹਾਂ ਦੇ ਅਨੁਭਵ ਕਰ ਰਹੇ ਹਾਂ ਇਹ ਅਨੁਭਵ ਅੰਦਰੂਨੀ ਤੌਰ ਤੇ ਤਾਰੇ ਚੰ드ਰਮਾ ਅੰਦਰ ਰੋਸ਼ਨੀ ਵੇਖਣਾ ਵਧੇਰੇ ਰੋਸ਼ਨੀ ਵੇਖਣਾ ਆਪਣੇ ਕਾਮਰ ਮੁਰਸ਼ਿਦਾ ਨੂਰੀਸ ਰੂਟ ਵੇਖਣਾ ਉਹ ਇਹ ਸਾਰੇ ਅਨੁਭਵ ਹਨ ਜੋ ਤੁਹਾਡੇ ਰੋਹਾਨੀ ਵਿਕਾਸ ਨੂੰ ਦਰਸਾਉਂਦੇ ਹਨ ਇਦਾਂ ਤੁਸੀਂ ਦੋਵੇਂ ਬਾਹਰੀ ਅਤੇ ਅੰਦਰੂਨੀ ਵਿਕਾਸ ਵੇਖ ਸਕਦੇ ਹੋ ਜਿੱਦਾਂ ਜਿੱਦਾਂ ਤੁਸੀਂ ਤਰੱਕੀ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਵਿੱਚ ਵਧੇਰੇ ਇਤਫਾਕ ਜਾਂ ਕੋਇਨਸੀਡੈਂਸਸ ਹੋਣੇ ਸ਼ੁਰੂ ਹੋ ਜਾਣਗੇ ਇਹ ਸਭ ਹੋਣ ਤੇ ਤੁਹਾਨੂੰ ਲੱਗਦਾ ਹੈ ਕਿ ਮੈਂ ਸਹੀ ਰਾਹ ਤੇ ਹਾਂ ਇਸ ਤੋਂ ਪਹਿਲਾਂ ਜਦੋਂ ਮੈਂ ਇੱਕ ਸਾਧਕ ਸੀ ਸ਼ਾਇਦ ਹੀ ਕਦੇ ਕੁਝ ਹੋਇਆ ਹੋਵੇ ਉਹ ਹਰ ਵਾਰ ਮੈਂ ਕੁਝ ਬਦਲਾਅ ਦੇਖਦਾ ਹਾਂ ਮੈਂ ਸੜਕ ਤੇ ਕੋਈ ਨਿਸ਼ਾਨ ਵੇਖਦਾ ਹਾਂ ਉਹ ਮੈਨੂੰ ਕੁਝ ਦੱਸਦਾ ਹੈ ਮੈਂ ਬੇਤਰਤੀਬੇ ਕੋਈ ਕਿਤਾਬ ਖੋਲਦਾ ਹਾਂ ਉਹ ਮੈਨੂੰ ਕੁਝ ਦੱਸਦੀ ਹੈ ਇਹ ਇਤਫਾਕ ਕਿਉਂ ਵੱਧ ਰਹੇ ਹਨ ਕਿ ਇਹ ਵਿਕਾਸ ਦੀ ਨਿਸ਼ਾਨੀ ਹੈ ਉਹ ਦੋਵੇਂ ਬਾਹਰੀ ਅਤੇ ਅੰਦਰੂਨੀ ਹਨ ਠੀਕ ਹੈ ਕਿ ਮੈਂ ਇਕੱਲਾ ਹੀ ਇਥੇ ਹਾਂ ਇਹ ਇੱਕ ਬਹੁਤ ਵਧੀਆ ਸਵਾਲ ਹੈ ਜਦੋਂ ਅਸੀਂ ਸੌਂ ਰਹੇ ਹੁੰਦੇ ਹਾਂ ਮੰਨ ਲਓ ਅਸੀਂ ਸੌਂ ਰਹੇ ਹਾਂ ਇੱਕ ਸੁਪਨਾ ਦੇਖ ਰਹੇ ਹਾਂ ਸੁਪਨੇ ਵਿੱਚ ਤੁਸੀਂ 20 ਲੋਕ ਦੇਖਦੇ ਹੋ ਅਤੇ ਉਹਨਾਂ ਵਿੱਚੋਂ ਇੱਕ ਪੁੱਛਦਾ ਹੈ ਕਿ ਅਸੀਂ ਸੁਪਨਾ ਦੇਖ ਰਹੇ ਹਾਂ ਕੋਈ ਹੋਰ ਕਹਿੰਦਾ ਹੈ ਹਾਂ ਇਹ ਇੱਕ ਸੁਪਨਾ ਹੈ ਮੈਨੂੰ ਪਤਾ ਹੈ ਕਿ ਇਹ ਇੱਕ ਸੁਪਨਾ ਹੈ ਕਿ 20 ਲੋਕ ਸੁਪਨਾ ਦੇਖ ਰਹੇ ਹਨ ਜਾਂ ਇੱਕ ਵਿਅਕਤੀ ਸੁਪਨਾ ਦੇਖ ਰਿਹਾ ਹੈ ਕਿੰਨੇ ਲੋਕ ਸੁਪਨਾ ਦੇਖ ਰਹੇ ਹਨ ਕਿ ਸਾਰੇ 20 ਲੋਕ ਸੁਪਨਾ ਦੇਖ ਰਹੇ ਹਨ ਜਾਂ ਇੱਕ ਜਦੋਂ ਤੁਸੀਂ ਜਾਗਦੇ ਹੋ ਤਾਂ ਦੇਖਦੇ ਹੋ ਕਿ ਉਹ ਇੱਕੋ ਹੀ ਸੀ ਉਹ ਵੀ ਬੰਦੇ ਸੁਪਨੇ ਦਾ ਹਿੱਸਾ ਸਨ ਇਸ ਲਈ ਜਦੋਂ ਤੁਸੀਂ ਕਹਿੰਦੇ ਹੋ ਮਨ ਸਭ ਕੁਝ ਬਣਾਉਂਦਾ ਹੈ ਇਹ ਮਨ ਦੀ ਇੱਕ ਰਚਨਾ ਹੈ ਇਹ ਇੱਕ ਅਨੁਭਵ ਹੈ ਦੁਜੇ ਸਾਰੇ ਅਨੁਭਵ ਇੱਕ ਮਨ ਦੇ ਹੀ ਅਨੁਭਵ ਹਨ ਕੋਈ ਫਰਕ ਨਹੀਂ ਪੈਂਦਾ ਕਿ ਇਹ ਕੌਣ ਕਰ ਰਿਹਾ ਹੈ ਕਿਉਂਕਿ ਅਝਾ ਲੱਗਦਾ ਹੈ ਕਿ ਇੱਥੇ ਬਹੁਤ ਸਾਰੇ ਮਨ ਹਨ ਕਿਉਂਕਿ ਇੱਥੇ ਬਹੁਤ ਸਾਰੇ ਰੂਪ ਹਨ ਪਰ ਅੰਤ ਵਿੱਚ ਤੁਸੀਂ ਦੇਖੋਗੇ ਕਿ ਇਹ ਸਾਰੇ ਰੂਪ ਇੱਕ ਮਨ ਦੇ ਅੰਦਰ ਹੀ ਬਣਾਏ ਜਾ ਰਹੇ ਹਨ ਇਸੇ ਤਰ੍ਹਾਂ ਅਸੀਂ ਸੋਚਦੇ ਹਾਂ ਕਿ ਅਸੀਂ ਸਾਰੀਆਂ ਵੱਖਰੀਆਂ ਰੂਹਾਂ ਹਾਂ ਵੱਖ-ਵੱਖੇ ਸਰੀਰਾਂ ਵਿੱਚ ਬੈਠੀਆਂ ਹਨ ਆਖਰਕਾਰ ਤੁਹਾਨੂੰ ਪਤਾ ਲੱਗੇਗਾ ਕਿ ਇੱਥੇ ਇੱਕ ਹੀ ਰੂਹ ਹੈ ਅਤੇ ਇਹ ਇੱਕੋ ਰੂਹ ਦਾ ਸੁਪਨਾ ਹੈ ਜੋ ਦੂਜਿਆਂ ਨੂੰ ਇੱਕ ਸੁਪਨੇ ਦੇ ਕਰਮ ਵਿੱਚ ਬਣਾਉਂਦਾ ਹੈ ਇਹ ਪਰਮ ਦੁਆਰਾ ਹਕੀਕਤ ਪੈਦਾ ਕਰਨ ਦੀ ਇੱਕ ਕਲਾ ਹੈ ਲੋਕ ਕਹਿੰਦੇ ਹਨ ਇਹ ਸੰਸਾਰ ਭਰਮ ਹੈ ਭਾਰਤੀ ਗ੍ਰੰਥਾ ਵਿੱਚ ਇਸ ਨੂੰ ਮਾਇਆ ਜਾਂ ਭਰਮ ਕਿਹਾ ਗਿਆ ਹੈ ਪਰਮ ਦਾ ਅਰਥ ਇਹ ਨਹੀਂ ਕਿ ਇਹ ਸਭ ਅਸਲ ਨਹੀਂ ਹੈ ਪਰ ਪਰਮ ਦੁਆਰਾ ਬਣਾਇਆ ਗਿਆ ਹੈ ਪਰਮ ਦੀ ਪ੍ਰਕਿਰਿਆ ਇਸ ਹਕੀਕਤ ਨੂੰ ਬਣਾਉਂਦੀ ਹੈ ਪਰ ਇੱਕ ਸਮੇਂ ਇੱਕੋ ਹੀ ਹਕੀਕਤ ਹੁੰਦੀ ਹੈ ਕੋਈ ਤੁਲਨਾ ਨਹੀਂ ਹੁੰਦੀ ਇਸ ਲਈ ਜਦੋਂ ਅਸੀਂ ਸੁਪਨਾ ਦੇਖ ਰਹੇ ਹੁੰਦੇ ਹਾਂ ਉਸ ਦਾ ਅਸੀਂ ਜਾਗਦੇ ਅਵਸਥਾ ਵਿੱਚ ਬੈਠੇ ਕਿਸੇ ਨਾਲ ਤੁਲਨਾ ਨਹੀਂ ਕਰ ਸਕਦੇ ਅਸੀਂ ਸੁਪਨੇ ਦੇ ਪਾਤਰ ਨਾਲ ਹੀ ਤੁਲਨਾ ਕਰਦੇ ਹਾਂ ਉਹ ਸਾਰੇ ਵੱਖਰੇ ਦਿਖਾਈ ਦਿੰਦੇ ਹਨ ਸਵਾਲ ਇਹ ਹੋ ਸਕਦਾ ਹੈ ਕਿ ਅਸੀਂ ਸਾਰੇ ਸੁਪਨਾ ਦੇਖ ਰਹੇ ਹਾਂ ਸਿਰਫ ਇੱਕ ਜਦੋਂ ਅਸੀਂ ਜਾਗ ਜਾਂਦੇ ਹਾਂ ਅਸੀਂ ਦੇਖਦੇ ਹਾਂ ਕਿ ਸੁਪਨਾ ਲੈਣ ਵਾਲਾ ਸਿਰਫ ਇੱਕ ਸੀ ਅਤੇ ਸਾਰੇ ਵੀ ਉਸ ਸੁਪਨੇ ਦਾ ਹਿੱਸਾ ਸਨ ਇਸੇ ਤਰ੍ਹਾਂ ਇਹ ਸਾਰੀ ਸਿਰਜਣਾ ਇੱਕੋ ਮੰਨਦੀ ਹੈ ਜੋ ਸਭ ਕੁਝ ਪੈਦਾ ਕਰਦਾ ਹੈ ਇਹ ਅਸਲ ਵਿੱਚ ਇੱਕ ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਮੈਂ ਕਹਿੰਦਾ ਹਾਂ ਵਧੀਆ ਪ੍ਰਸ਼ਨ ਕਿਉਂਕਿ ਇਹ ਇੱਕ ਬਹੁਤ ਵੱਡੀ ਸਮੱਸਿਆ ਦਾ ਹੱਲ ਕਰਦਾ ਹੈ ਜੋ ਕਿ ਮੇਰੀ ਵੀ ਸੀ ਮੇਰੀ ਇੱਕ ਸਮੱਸਿਆ ਸੀ ਸੋਚਦਾ ਸੀ ਕਿ ਇਹ ਕਰਮਾ ਦੇ ਨਿਯਮ ਕਿਵੇਂ ਕੰਮ ਕਰਦੇ ਹਨ ਜੇਕਰ ਮੇਰੇ ਇੱਕ ਜੀਵਨ ਵਿੱਚ 1000 ਲੋਕਾਂ ਨਾਲ ਸੰਬੰਧਿਤ ਕਰਮ ਹਨ ਤਾਂ ਕਿ ਅਗਲੀ ਵਾਰ ਮੈਨੂੰ ਦੁਆਰਾ ਵਖਰੀ ਲੜੀ ਦੇ 1000 ਲੋਕਾਂ ਨਾਲ ਸੰਬੰਧ ਬਣਾਉਣਾ ਪਵੇਗਾ ਇਹ ਕੌਣ ਕਰ ਰਿਹਾ ਹੈ ਕਿਸ ਤਰ੍ਹਾਂ ਦਾ ਕੰਪਿਊਟਰ ਸਿਸਟਮ ਅਤੇ ਸੌਫਟਵੇਅਰ ਹੈ ਜੋ ਮੇਰੇ ਨਾਲ ਪ੍ਰਤੀਕਰਮ ਕਰਨ ਲਈ ਉਹੀ ਲੋਕ ਪੈਦਾ ਕਰ ਸਕਦਾ ਹੈ ਫਿਰ ਮੈਨੂੰ ਪਤਾ ਲੱਗਿਆ ਕਿ ਕਿਸੇ ਵੀ ਲੋਕਾਂ ਦਾ ਹੋਣਾ ਜ਼ਰੂਰੀ ਨਹੀਂ ਹੈ ਲੋਕਾਂ ਨੂੰ ਮਨ ਦੁਆਰਾ ਬਣਾਇਆ ਜਾਣਾ ਹੈ ਅਤੇ ਹਰ ਇੱਕ ਜਾਣਾ ਆਪਣਾ ਬ੍ਰਹਮੰਡ ਆਪਣਾ ਸੰਸਾਰ ਬਣਾ ਰਿਹਾ ਹੈ ਅਸੀਂ ਇੱਕ ਅਜਿਹੀ ਦੁਨੀਆ ਦੇਖ ਰਹੇ ਹਾਂ ਜੋ ਸਾਡੇ ਲਈ ਬਣਾਈ ਗਈ ਹੈ ਉੱਥੇ ਸਾਰੇ ਪਾਤਰ ਹਨ ਉਹਨਾਂ ਦੀ ਹਕੀਕਤ ਹੋਰ ਕਿਤੇ ਹੋ ਸਕਦੀ ਹੈ ਪਰ ਉੱਥੇ ਨਹੀਂ ਜਿਤੇ ਅਸੀਂ ਉਹਨਾਂ ਨੂੰ ਵੇਖ ਰਹੇ ਹਾਂ ਇੱਕ ਸੁਪਨੇ ਵਿੱਚ ਅਸੀਂ ਹੋਰ ਕਿਰਦਾਰ ਵੇਖਦੇ ਹਾਂ ਉਹਨਾਂ ਦੀ ਹਕੀਕਤ ਕਿਤੇ ਹੋਰ ਹੈ ਉਹ ਆਪਣਾ ਕੰਮ ਕਰ ਰਹੇ ਹਨ ਅਸੀਂ ਉਹਨਾਂ ਨੂੰ ਆਪਣੇ ਸੁਪਨੇ ਦੀ ਤਰਤੀਬ ਵਿੱਚ ਵੇਖਦੇ ਹਾਂ ਜਿਵੇਂ ਸਾਡਾ ਸੁਪਨਾ ਚਾਹੁੰਦਾ ਹੈ ਕਿ ਉਹਨਾਂ ਨੂੰ ਵੇਖਿਆ ਜਾਵੇ ਇਸ ਲਈ ਜਦੋਂ ਤੁਸੀਂ ਸਾਰੇ ਲੋਕਾਂ ਨੂੰ ਵੇਖਦੇ ਹੋ ਇਹ ਇੱਕ ਸਮੂਹਕ ਸੁਪਨਾ ਜਾਂ ਸਮੂਹਕ ਅਨੁਭਵ ਨਹੀਂ ਹੁੰਦਾ ਇਹ ਇੱਕੋ ਮਨ ਦਾ ਅਨੁਭਵ ਹੁੰਦਾ ਹੈ ਇੱਕ ਚੇਤਨਾ ਦਾ ਅਨੁਭਵ ਹੁੰਦਾ ਹੈ ਜਦੋਂ ਤੁਸੀਂ ਆਪਣੇ ਗਿਆਨ ਵਿੱਚ ਵਾਧਾ ਕਰਦੇ ਹੋ ਕਿ ਤੁਸੀਂ ਕੌਣ ਹੋ ਤਾਂ ਤੁਸੀਂ ਦੇਖੋਗੇ ਕਿ ਸ੍ਰਿਸ਼ਟੀ ਦਾ ਸਾਰਾ ਅਨੁਭਵ ਕੇਵਲ ਇੱਕ ਚੇਤਨਾ ਦਾ ਹਿੱਸੇ ਅਤੇ ਕੋਈ ਵੀ ਕਦੇ ਵੀ ਇਸ ਤੋਂ ਵੱਖ ਹੋਇਆ ਹੀ ਨਹੀਂ ਸੀ ਲੱਖ ਹੋਣਾ ਸਿਰਫ ਪ੍ਰਦਰਸ਼ਨ ਦੀ ਖਾਤਰ ਬਣਾਇਆ ਗਿਆ ਸੀ ਤੁਸੀਂ ਆਪਣੀਆਂ ਅੱਖਾਂ ਦੇ ਪਿੱਛੇ ਦੇ ਪੁਆਇੰਟ ਬਾਰੇ ਦੱਸਿਆ ਜਿੱਥੇ ਰੂਹ ਹੈ ਪਰ ਮੈਂ ਕਿਵੇਂ ਜਾਣ ਸਕਦਾ ਹਾਂ ਕਿ ਮੈਂ ਸਹੀ ਪੁਆਇੰਟ ਲੱਭ ਲਿਆ ਤੁਸੀਂ ਸਹੀ ਪੁਆਇੰਟ ਨੂੰ ਲੱਭ ਲਵੋਗੇ ਕਿਉਂਕਿ ਇਹ ਉਹ ਥਾਂ ਹੈ ਜਿੱਥੋਂ ਤੁਸੀਂ ਮੈਨੂੰ ਇਹ ਪ੍ਰਸ਼ਨ ਪੁੱਛ ਰਹੇ ਹੋ ਅਸੀਂ ਕੋਈ ਵੀ ਪ੍ਰਸ਼ਨ ਕਿੱਥੋਂ ਪੁੱਛਦੇ ਹਾਂ ਤੁਸੀਂ ਇਹ ਪ੍ਰਸ਼ਨ ਪੁੱਛਣ ਬਾਰੇ ਕਿੱਥੋਂ ਸੋਚਿਆ ਤੁਸੀਂ ਜਾਣਦੇ ਹੋ ਕਿ ਉਹ ਕਿੱਥੇ ਹੈ सी, सी, कि ਤੁਹਾਨੂੰ ਥੋੜਾ ਬਹੁਤਾ ਪਤਾ ਹੈ ਉਹ ਤੁਹਾਡੇ ਕੰਨ ਤੋਂ ਨਹੀਂ ਸੀ ਅੰਦਰੋਂ ਸੀ ਠੀਕ ਹੈ ਇਹ ਹੀ ਉਹ ਪੁਆਇੰਟ ਹੈ ਜਦੋਂ ਤੁਸੀਂ ਉਸ ਪੁਆਇੰਟ ਨੂੰ ਲੱਭਣ ਦੀ ਕੋਸ਼ਿਸ਼ ਨਹੀਂ ਕਰ ਰਹੇ ਹੁੰਦੇ ਤਾਂ ਇਸ ਦਾ ਇਹ ਮਤਲਬ ਨਹੀਂ ਤੁਸੀਂ ਉਸ ਪੁਆਇੰਟ ਨੂੰ ਗਵਾਹ ਦਤਾ ਹੈ ਅਸੀਂ ਉਸੇ ਜਗ੍ਹਾ ਤੇ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਜਗ੍ਹਾ ਤੋਂ ਅਸੀਂ ਪੁਆਇੰਟ ਲੱਭ ਰਹੇ ਹਾਂ ਅਸੀਂ ਇਹ ਸੋਚਣਾ ਸ਼ੁਰੂ ਕਰ ਦਿੰਦੇ ਹਾਂ ਕਿ ਅਸੀਂ ਤੀਜੀ ਅੱਖ ਦੇ ਪੁਆਇੰਟ ਦੀ ਭਾਲ ਕਰਨੀ ਹੈ ਇਹ ਇੱਕ ਬਹੁਤ ਵੱਡੀ ਗਲਤੀ ਹੈ ਜੇ ਤੁਸੀਂ ਕਿਸੇ ਪੁਆਇੰਟ ਦੀ ਭਾਲ ਕਰਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਉਹ ਅਸੀਂ ਨਹੀਂ ਹਾਂ ਉਹ ਚੀਜ਼ ਸਾਡੇ ਤੋਂ ਵੱਖ ਹੈ ਅਸੀਂ ਆਪਣੇ ਆਪ ਦੀ ਤਲਾਸ਼ ਕਰ ਰਹੇ ਹਾਂ ਅਸੀਂ ਉਸ ਦੀ ਤਲਾਸ਼ ਕਰ ਰਹੇ ਹਾਂ ਜਿੱਥੋਂ ਅਸੀਂ ਕੰਮ ਕਰ ਰਹੇ ਹਾਂ ਅਸੀਂ ਉਸ ਦੀ ਤਲਾਸ਼ ਕਰ ਰਹੇ ਹਾਂ ਜਿੱਥੋਂ ਅਸੀਂ ਤਵੱਜਾ ਨੂੰ ਸੁੱਟ ਰਹੇ ਹਾਂ ਅਸੀਂ ਆਪਣੀ ਤਵੱਜਾ ਨੂੰ ਉਸ ਦੇ ਸਰੋਤ ਵੱਲ ਮੋੜ ਰਹੇ ਹਾਂ ਇਸ ਦਾ ਮਤਲਬ ਹੈ ਕਿ ਜਾਗਦੀ ਅਵਸਥਾ ਵਿੱਚ ਜਿੱਥੋਂ ਅਸੀਂ ਸੋਚ ਰਹੇ ਹਾਂ ਜਿੱਥੋਂ ਅਸੀਂ ਗੱਲ ਕਰ ਰਹੇ ਹਾਂ ਇਹ ਹੈ ਉਹ ਪੁਆਇੰਟ ਜੇ ਤੁਸੀਂ ਅਭਿਆਸ ਦੀਆਂ ਸਧਾਰਨ ਤਕਨੀਕਾਂ ਨੂੰ ਵਰਤਦੇ ਹੋ ਜਿਵੇਂ ਕਿ ਇਹ ਸੋਚਣਾ ਕਿ ਇਹ ਸਰੀਰ ਤੁਹਾਡਾ ਕਰ ਹੈ ਤੁਸੀਂ ਛੇਵੀਂ ਮੰਜ਼ਲ ਤੇ ਬੈਠੇ ਹੋ ਅਤੇ ਕਹਿੰਦੇ ਹੋ ਮੈਂ ਸਿਰ ਦੇ ਸੈਂਟਰ ਵਿੱਚ ਬੈਠਾ ਹਾਂ ਇਹ ਨਹੀਂ ਕਿ ਮੈਂ ਲੱਭ ਰਿਹਾ ਹਾਂ ਕਿ ਮੈਂ ਕਿੱਥੇ ਬੈਠਾ ਹਾਂ ਤੁਸੀਂ ਕੋਈ ਪੁਆਇੰਟ ਨਹੀਂ ਲੱਭ ਰਹੇ ਤੁਸੀਂ ਆਪ ਹੀ ਪੁਆਇੰਟ ਹੋ ਇਸ ਅਭਿਆਸ ਦੀ ਤਕਨੀਕ ਨਾਲ ਉਹ ਪੁਆਇੰਟ ਆਪਣੇ ਆਪ ਤੁਹਾਡੇ ਕੋਲ ਆ ਜਾਂਦਾ ਹੈ ਫਿਰ ਤੁਸੀਂ ਮਹਿਸੂਸ ਕਰੋ ਹਾਂ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਮੇਰੇ ਸਰੀਰ ਦੇ ਦੋ ਕੰਨ ਬਾਹਰ ਹਨ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਮੇਰਾ ਸਿਰ ਸਿੱਕਰਤੇ ਹੈ ਮੈਂ ਮਹਿਸੂਸ ਕਰ ਸਕਦਾ ਹਾਂ ਕਿ ਮੇਰਾ ਗਲਾ ھیਠਾ ਹੈ ਮੈਂ ਉੱਥੇ ਬੈਠਾ ਹਾਂ ਉਹੀ ਪੁਆਇੰਟ ਹੈ ਅਤੇ ਬਸ ਤੁਸੀਂ ਇਹੀ ਕਰਨਾ ਹੈ ਆਪਣੇ ਆਪ ਨੂੰ ਇਕੱਠਾ ਕਰਨਾ ਹੈ ਆਪਣੇ ਅਖੰਡੇ ਹੋਏ ਵਿਚਾਰਾਂ ਨੂੰ ਉਸ ਬਿੰਦੂ ਤੇ ਇਕੱਠਾ ਕਰਨਾ ਹੈ ਸੋ ਇਹ ਮੁਸ਼ਕਲ ਨਹੀਂ ਸਾਨੂੰ ਕਿਸੇ ਵੀ ਚੀਜ਼ ਦੀ ਖੋਜ ਨਹੀਂ ਕਰਨੀ ਪੈਂਦੀ ਤੁਸੀਂ ਉੱਥੇ ਹੋ ਤੁਸੀਂ ਉੱਥੋਂ ਹੀ ਕੰਮ ਕਰ ਰਹੇ ਹੋ ਬੇਸ਼ੱਕ ਸ੍ਰੀ ਜੀ ਵਿਗਿਆਨ ਦੇ ਡਾਕਟਰਾਂ ਨੇ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਉਹ ਪੁਆਇੰਟ ਕਿੱਥੇ ਹੈ ਅਸੀਂ ਅਸਲ ਵਿੱਚ ਕਿੱਥੇ ਹਾਂ ਇਹ ਇਸ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰਦੇ ਹਨ ਉਹ ਕਹਿੰਦੇ ਹਨ ਕਿ ਇਹ ਕਿਦਰੇ ਪਿਟਿਟਰੀ ਗਲੈਂਡ ਦੇ ਤਲ ਤੇ ਜੋ ਸਿਰ ਦੇ ਮੱਧ ਵਿੱਚ ਲੜਕਿਆ ਹੋਇਆ ਹੈ ਅਤੇ ਹੋ ਸਕਦਾ ਹੈ ਇੱਕ ਪਾਸੇ ਪੀਨਿਅਲ ਗਲੈਂਡ ਤੱਕ ਫੈਲਿਆ ਹੋਵੇ ਅਤੇ ਇਸ ਲਈ ਉਹ ਸਰੀਰਕ ਵਿਗਿਆਨ ਅਨੁਸਾਰ ਇਹ ਦੱਸਣ ਦੇ ਯੋਗ ਹੋ ਗਏ ਹਨ ਕਿ ਇਸ ਦੇ ਸਫਤ ਹੋ ਵੱਧ ਹੋਣ ਦੀ ਸੰਭਾਵਨਾ ਕਿੱਥੇ ਹੈ ਇਹ ਮਾਇਨੇ ਨਹੀਂ ਰੱਖਦਾ ਜਿੱਥੇ ਵੀ ਅਸੀਂ ਹਾਂ ਅਸੀਂ ਉੱਥੇ ਹਾਂ ਇਹ ਨਹੀਂ ਕਿ ਪਿਟਿਟਰੀ ਗਲੈਂਡ ਦੇ ਵੇਰਵੇ ਨਾਲ ਅਸੀਂ ਆਪਣੀ ਜਗ੍ਹਾ ਬਦਲਦੇ ਹਾਂ ਅਸੀਂ ਜਿੱਥੇ ਹਾਂ ਉੱਥੇ ਹੀ ਰਹਾਂਗੇ ਅਤੇ ਆਪਣੇ ਆਪ ਨੂੰ ਖੋਜਣ ਦੀ ਅਭਿਆਸ ਦੀ ਕਲਾ ਇਹ ਹੈ ਕਿ ਆਪਣੀ ਤਵੱਜਾ ਨੂੰ ਉਸ ਜਗ੍ਹਾ ਤੇ ਵਾਪਸ ਲੈ ਕੇ ਜਾਓ ਜਿੱਥੇ ਤੁਸੀਂ ਹੋ ਕੋਈ ਵਿਸ਼ੇਸ਼ ਪੁਆਇੰਟ ਨਹੀਂ ਲੱਭਣਾ ਇਸ ਪੁਆਇੰਟ ਨੂੰ ਤੀਜੀ ਅੱਖ ਦਾ ਕੇਂਦਰ ਕਿਹਾ ਜਾਂਦਾ ਹੈ ਠੀਕ ਹੈ ਆਖਰਕਾਰ ਅਸੀਂ ਸਮੇਂ ਅਤੇ ਸਪੇਸ ਤੋਂ ਪਰ ਚਲੇ ਜਾਂਦੇ ਹਾਂ ਅਖੀਰ ਵਿੱਚ ਅਸੀਂ ਇਹ ਜਾਣ ਜਾਂਦੇ ਹਾਂ ਕਿ ਸਾਡੀ ਹਕੀਕਤ ਸਮੇਂ ਅਤੇ ਸਪੇਸ ਵਿੱਚ ਨਹੀਂ ਰਹਿੰਦੀ ਸਮਾਂ ਅਤੇ ਸਪੇਸ ਇੱਕ ਰਚਨਾ ਹੈ ਇਹ ਰਚਨਾ ਅਨੁਭਵ ਲਈ ਹੈ ਇਹ ਰਚਨਾ ਇੱਕ ਵਿਸਥਿਤਰ ਅਨੁਭਵ ਲਈ ਹੈ ਅਤੇ ਸਾਡੇ ਕੋਲ ਸਮੇਂ ਅਤੇ ਸਪੇਸ ਤੋਂ ਬਿਨਾਂ ਵੀ ਅਨੁਭਵ ਹੋ ਸਕਦਾ ਹੈ ਅਤੇ ਅਸੀਂ ਆਪਣੇ ਆਪ ਵਿੱਚ ਹਮੇਸ਼ਾ ਸਮੇਂ ਅਤੇ ਸਪੇਸ ਤੋਂ ਪਰੇ ਦੀ ਅਵਸਥਾ ਵਿੱਚ ਹੁੰਦੇ ਹਾਂ ਇਹ ਇੱਕ ਪੁਆਇੰਟ ਤੇ ਕਿਵੇਂ ਸਥਿਤ ਹੈ ਉਹ ਪੁਆਇੰਟ ਇਸ ਪੁਆਇੰਟ ਤੋਂ ਉੱਚਾ ਹੈ ਇਹ ਉਹ ਪੁਆਇੰਟ ਹੈ ਜਿੱਥੋਂ ਅਸੀਂ ਇੱਕ ਸਤੂਲ ਸਰੀਰ ਅਤੇ ਸਤੂਲ ਬ੍ਰਹਮੰਡ ਦਾ ਅਨੁਭਵ ਕਰ ਰਹੇ ਹਾਂ ਅਤੇ ਉਹ ਪੁਆਇੰਟ ਉੱਚਾ ਹੈ ਜਿੱਥਾਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਇੱਕ ਸੁਪਨੇ ਵਰਗੀ ਬਣਾਈ ਗਈ ਚੀਜ਼ ਹੈ ਜਿਵੇਂ ਵੱਡੇ ਮਹਾਰਾਜ ਉਸ Swami ਜੀ ਨੂੰ 18 ਚੱਕਰਾਂ ਦੇ ਬਾਰੇ ਦੱਸ ਰਹੇ ਸਨ 18 ਚੱਕਰ 6 ਹੇਟਾਂ ਹਨ 6 ਅੱਖਾਂ ਦੇ ਪਿੱਛੇ ਹਨ ਸਿੱਧਾ ਅੱਖਾਂ ਦੇ ਮੱਤੋਂ ਵਾਪਸ ਤੀਸਰੇ ਕੇਂਦਰ ਵੱਲ ਅਤੇ 6 ਤੀਸਰੇ ਕੇਂਦਰ ਤੋਂ ਉੱਪਰ ਉੱਠ ਕੇ ਚੋਟੀ ਵੱਲ ਹਨ ਇਹ ਇਦਾਂ ਹੈ 6 ਚੱਕਰ ਸਤੂਲ ਦੇ ਅੰਡ ਅਤੇ ਬ੍ਰਹਮੰਡ ਦੇ 6 ਚੱਕਰ ਸਚਕੰਡ ਅਤੇ ਨਾਮੀ ਦੇਸ਼ ਦੇ 6 ਚੱਕਰ ਅਤੇ ਇਸ ਤਰ੍ਹਾਂ ਹੋਰ ਇਸ ਲਈ ਇਹ ਮਨੁੱਖੀ ਸਰੀਰ ਇੱਕ ਯੋਜਨਾਬੰਦ ਢਾਂਚਾ ਹੈ ਮਨੁੱਖੀ ਸਰੀਰ ਵਿੱਚ ਇਸ ਸਰੀਰਿਕ ਢਾਂਚੇ ਤੋਂ ਇਲਾਵਾ ਰੋਹਾਨੀ ਢਾਂਚਾ ਵੀ ਹੈ ਅਤੇ ਇਹ ਰੋਹਾਨੀ ਢਾਂਚਾ ਸਰੀਰ ਵਿੱਚ ਇਸ ਤਰ੍ਹਾਂ ਰੱਖਿਆ ਗਿਆ ਹੈ ਅਤੇ ਜਿਵੇਂ ਜਿਵੇਂ ਤੁਸੀਂ ਵਿਕਾਸ ਕਰਦੇ ਹੋ ਜੇਕਰ ਉੱਚ ਪੱਧਰਾਂ ਦਾ ਅਨੁਭਵ ਕਰਦੇ ਹੋ ਤਾਂ ਤੁਸੀਂ ਆਪਣੇ ਸਰੀਰ ਨੂੰ ਦੇਖ ਸਕਦੇ ਹੋ ਤਾਂ ਤੁਸੀਂ ਦੇਖੋਗੇ ਕਿ ਤੁਸੀਂ ਇੱਥੋਂ ਉੱਥੇ ਚਲੇ ਗਏ ਹੋ ਉਹ ਪੁਆਇੰਟ ਤੁਹਾਨੂੰ ਸਪੇਸ ਅਤੇ ਸਮੇਂ ਦੇ ਤਜਰਬੇ ਤੋਂ ਦੂਰ ਲੈ ਜਾਂਦਾ ਹੈ ਹਾਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਨਾਰਕ ਚੇਤਨਾ ਦਾ ਇੱਕ ਹਿੱਸਾ ਹੈ ਸਭ ਕੁਝ ਉਸ ਦਾ ਹਿੱਸਾ ਹੈ ਕੁਝ ਵੀ ਇਸ ਤੋਂ ਬਾਹਰ ਨਹੀਂ ਹੈ ਨਾਰਕ ਵੀ ਮਨ ਦਾ ਇੱਕ ਅਨੁਭਵ ਹੈ ਕਿਉਂਕਿ ਉਹ ਸਮੇਂ ਅਤੇ ਸਪੇਸ ਵਿੱਚ ਹੈ ਆਤਮਾ ਆਪਣੇ ਆਪ ਨੂੰ ਮਨ ਨਾਲ ਜੋੜ ਕੇ ਮਨ ਨਾਲ ਪਛਾਣ ਕੇ ਮਨ ਦੇ ਸਾਰੇ ਅਨੁਭਵਾਂ ਨੂੰ ਰੂਹ ਦੇ ਅਨੁਭਵ ਦੇ ਰੂਪ ਵਿੱਚ ਪ੍ਰਾਪਤ ਕਰਦੀ ਹੈ ਇਸ ਵਿੱਚ ਨਰਕ ਦਾ ਅਨੁਭਵ ਵੀ ਸ਼ਾਮਲ ਹੈ। ਪਰ ਸਵਰਗ ਤੇ ਬਿਲਕੁਲ ਉਲਟ ਹੈ। ਸਵਰਗ ਬਹੁਤ ਵਧੀਆ ਹੈ। ਅਸੀਂ ਆਨੰਦ ਲੈਂਦੇ ਹਾਂ। ਨਰਕ ਭਿਆਨਕ ਹੈ। ਸਾਨੂੰ ਸਜ਼ਾ ਮਿਲਦੀ ਹੈ। ਹੁਣ ਪ੍ਰਸ਼ਨ ਇਹ ਹੈ ਨਰਕ ਨੂੰ ਕਿਉਂ ਬਣਾਇਆ ਗਿਆ? ਨਰਕ ਤਾਂ ਹੀ ਹੈ ਤਾਂ ਜੋ ਅਸੀਂ ਸਵਰਗ ਦਾ ਅਨੁਭਵ ਕਰ ਸਕੀਏ। ਜੇ ਕੋਈ ਨਰਕ ਨਾ ਹੁੰਦਾ ਤਾਂ ਸਵਰਗ ਵੀ ਨਹੀਂ ਸੀ ਹੋਣਾ। ਹੁਣ ਇਹ ਅਜੀਬ ਲੱਗ ਰਿਹਾ ਹੈ। ਸੱਚਾਈ ਤਾਂ ਇਹ ਹੈ ਕਿ ਇਸ ਸਮੇਂ ਅਤੇ ਸਪੇਸ ਦੀ ਇਸ ਰਚਨਾ ਵਿੱਚ ਕਿਸੇ ਵੀ ਚੀਜ਼ ਨੂੰ ਉਸ ਦੇ ਵਿਰੋਧੀ ਜਾਂ ਆਪੋਜ਼ਿਟ ਦੇ ਬਗਾਰ ਨਹੀਂ ਅਨੁਭਵ ਕੀਤਾ ਜਾ ਸਕਦਾ ਇਹ ਸੰਸਾਰ ਗਿਆਨ ਇੰਦਰੀਆ ਦੀ ਪ੍ਰਣਾਲੀ ਇਸ ਵਿਰੋਧੀ ਜਾਂ ਆਪੋਜ਼ਿਟ ਦੇ ਜੋੜਿਆਂ ਤੇ ਆਧਾਰਿਤ ਹੈ ਕੇਵਲ ਜਦੋਂ ਕਿਸੇ ਚੀਜ਼ ਦੇ ਕੋਈ ਆਪੋਜ਼ਿਟ ਹੁੰਦਾ ਹੈ ਤਾਂ ਅਸੀਂ ਉਸ ਚੀਜ਼ ਨੂੰ ਵੇਖ ਸਕਦੇ ਹਾਂ ਰੋਸ਼ਨੀ ਦਾ ਉਦਾਹਰਣ ਲਓ ਇੱਥੇ ਰੋਸ਼ਨੀ ਹੈ ਮਨੁੱਖੀ ਰੋਸ਼ਨੀ ਹਮੇਸ਼ਾ ਦਿਖਾਈ ਦਿੰਦੀ ਰਹੇ ਅਤੇ ਕਦੇ ਹਨੇਰਾ ਨਾ ਹੋਵੇ ਅਸੀਂ ਆਪਣੀਆਂ ਅੱਖਾਂ ਬੰਦ ਕਰੀਏ ਤਾਂ ਵੀ ਰੋਸ਼ਨੀ ਹੋਵੇ ਆਪਣੀ ਅੱਖਾਂ ਖੋਲੀਏ ਤਾਂ ਵੀ ਰੋਸ਼ਨੀ ਸੌਂਦੇ ਜਾਗਦੇ ਹਮੇਸ਼ਾ ਰੋਸ਼ਨੀ ਹੋਵੇ ਇਸ ਤਰ੍ਹਾਂ ਤੁਸੀਂ ਕਦੇ ਵੀ ਰੋਸ਼ਨੀ ਨੂੰ ਨਹੀਂ ਵੇਖਿਆ ਹੁੰਦਾ ਤਾਂ ਤੁਸੀਂ ਕਦੇ ਵੀ ਰੋਸ਼ਨੀ ਦਾ ਸ਼ਬਦ ਵੀ ਨਾ ਸੁਣਿਆ ਹੁੰਦਾ ਰੋਸ਼ਨੀ ਹੋਦ ਵਿੱਚ ਆਈ ਕਿਉਂਕਿ ਹਨੇਰਾ ਸੀ ਹਰ ਅਨੁਭਵ ਸੁਖ ਅਤੇ ਦੁੱਖ ਇਹ ਸਾਰੇ ਵਿਰੋਧੀ ਜੋੜੇ ਹਨ ਇਸੇ ਲਈ ਕਿਹਾ ਜਾਂਦਾ ਹੈ ਕਿ ਮਨ ਦੀ ਦੁਨੀਆ ਦਵੈਤ ਦਾ ਸੰਸਾਰ ਹੈ ਵਿਰੋਧੀ ਜੋੜੇ ਦਾ ਸੰਸਾਰ ਹੈ ਇਸ ਲਈ ਨਰਕ ਅਤੇ ਸਵਰਗ ਦੇ అనుభవ ਨੂੰ ਤੀਬਰ ਦੁੱਖ ਅਤੇ ਤੀਬਰ ਖੁਸ਼ੀ ਦੇ ਰੂਪ ਵਿੱਚ ਬਣਾਇਆ ਗਿਆ ਹੈ ਪਰ ਇਹ ਦੋਵੇਂ ਮਨ ਦੇ ਢਾਂਚੇ ਹਨ ਦੋਵੇਂ ਮਨ ਦੇ అనుభవ ਹਨ ਮਨ ਤੋਂ ਪਰੇ ਨਾ ਤਾਂ ਕੋਈ ਨਰਕ ਅਤੇ ਨਾ ਕੋਈ ਸਵਰਗ ਹੈ ਕੋਈ ਸਪੇਸ ਨਹੀਂ ਕੋਈ ਸਮਾਂ ਕੋਈ ਕਰਮ ਅਤੇ ਕੋਈ ਵੀ ਵਿਰੋਧੀ ਜੋੜੇ ਨਹੀਂ ਹੁੰਦੇ ਜੇ ਹਰ ਚੀਜ਼ ਵਿਰੋਧੀ ਜੋੜਿਆਂ ਅਨੁਸਾਰ ਹੀ ਅਨੁਭਵ ਕੀਤੀ ਜਾਂਦੀ ਤਾਂ ਅਸੀਂ ਮਨ ਤੋਂ ਉਤਰੀ ਅਵਸਥਾ ਦਾ ਅਨੁਭਵ ਕਿਦਾਂ ਕਰ ਸਕਦੇ ਹਾਂ ਜੋ ਵਿਰੋਧੀ ਜੋੜਿਆਂ ਵਿੱਚ ਨਹੀਂ ਹੈ ਅਸੀਂ ਇਸ ਦਾ ਅਨੁਭਵ ਕਰਦੇ ਹਾਂ ਕਿਉਂਕਿ ਇਸ ਦੁਨੀਆ ਦੇ ਸੰਬੰਧ ਵਿੱਚ ਇਹ ਇਸ ਤੋਂ ਆਪੋਜ਼ਿਟ ਹੈ ਕਿਉਂਕਿ ਉੱਥੇ ਕੋਈ ਵਿਰੋਧੀ ਜੋੜੇ ਨਹੀਂ ਹਨ ਇਹ ਹੱਲੇ ਵੀ ਵਿਰੋਧੀ ਜੋੜਿਆਂ ਵਾਂਗੂ ਕਾਰਜ ਕਰ ਰਿਹਾ ਹੈ ਇਹ ਇੱਕ ਫਰਾਨ ਪੂਰਵਕ ਚੀਜ਼ ਹੈ ਇਹ ਬਹੁਤ ਸੰਪੂਰਨ ਹੈ ਇਹਨਾਂ ਤਜਰਬਿਆਂ ਨੂੰ ਪੈਦਾ ਕਰਨ ਇਸ ਬ੍ਰਹਮੰਡ ਨੂੰ ਬਣਾਉਣ ਲਈ ਜੋ ਵੀ ਨਿਸ਼ਾਨ ਲਾਗੋ ਕਿਤੇ ਗਏ ਹਨ ਉਹ ਬਹੁਤ ਸੰਪੂਰਨ ਹਨ ਪੂਰਨ ਤੌਰ ਤੇ ਵੇਖੋ ਵੱਡੀ ਤਸਵੀਰ ਵੇਖੋ ਤੁਹਾਨੂੰ ਸੰਪੂਰਨਤਾ ਦਿਖੇਗੀ ਇਸ ਦੇ ਇੱਕ ਹਿੱਸੇ ਨੂੰ ਵੇਖੋ ਇਹ ਨਾ ਮੁਕੰਮਲ ਲੱਗੇਗੀ ਪਰ ਸਾਰੀ ਵੱਡੀ ਤਸਵੀਰ ਹਰ ਚੀਜ਼ ਨੂੰ ਸੰਪੂਰਨ ਬਣਾਉਂਦੀ ਹੈ ਅਤੇ ਇਸ ਲਈ ਸਦਾ ਮਨ ਨਰਕ ਅਤੇ ਸਵਰਗ ਨੂੰ ਉਸੇ ਤਰੀਕੇ ਨਾਲ ਬਣਾਉਂਦਾ ਹੈ ਜਿਵੇਂ ਹੋਰ ਰੂਪਾਂ ਦੇ ਅਨੁਭਵ ਬਣਾਏ ਗਏ ਹਨ ਮੈਂ ਤੁਹਾਨੂੰ ਦੱਸਦਾ ਹਾਂ ਇਹ ਤਰ੍ਹਾਂ ਤਰ੍ਹਾਂ ਦੇ ਅਨੁਭਵ ਇੱਕ ਕਾਨੂੰਨ ਦੇ ਅਧੀਨ ਹੁੰਦੇ ਹਨ ਕਾਨੂੰਨ ਇਸ ਨੂੰ ਕਾਨੂੰਨ ਕਹਿੰਦੇ ਹਨ ਬਾਈਬਲ ਵਿੱਚ ਇੱਕ ਕਹਾਣੀ ਹੈ ਇੱਕ ਪਿਤਾ ਆਪਣੇ ਅੰਨੇ ਜਨਮੇ ਬੱਚੇ ਨੂੰ ਜੀਜ਼ਸ ਕ੍ਰਾਈਸ ਕੋਲ ਲਿਆਇਆ ਅਤੇ ਉਹ ਕਹਿੰਦਾ ਹੈ ਗੁਰੂ ਜੀ ਕਿ ਇਹ ਬੱਚਾ ਆਪਣੇ ਕਰਮਾ ਕਰਕੇ ਜਾਂ ਆਪਣੇ ਪਿਤਾ ਦੇ ਪਾਪਾਂ ਕਰਕੇ ਅੰਨਾ ਪੈਦਾ ਹੋਇਆ ਕਿ ਕਿ ਇਹ ਅੰਨਾ ਪੈਦਾ ਹੋਇਆ ਸੀ ਉਸ ਕੋਲ ਪਾਪ ਕਰਨ ਦਾ ਕੋਈ ਸਮਾਂ ਹੀ ਨਹੀਂ ਸੀ ਪਿਛਲੀ ਜ਼ਿੰਦਗੀ ਤੋਂ ਬਗੈਰ ਬੱਚੇ ਦੇ ਅੰਨੇ ਹੋਣ ਦਾ ਕੋਈ ਤਰੀਕਾ ਨਹੀਂ ਹੈ ਕਿ ਇਹ ਪਿਤਾ ਦਾ ਪਾਪ ਹੈ ਕਿ ਉਹ ਅੰਨਾ ਪੈਦਾ ਹੋਇਆ ਹੈ ਕਿਸ ਨੂੰ ਆਪਣੇ ਪਿਤਾ ਦੇ ਪਾਪਾਂ ਦੀ ਸਜ਼ਾ ਕਿਉਂ ਮਿਲਣੀ ਚਾਹੀਦੀ ਹੈ ਅਤੇ ਜੀਜ਼ਸ ਕ੍ਰਾਈਸਟ ਨੇ ਜਵਾਬ ਦਿੱਤਾ ਇਹ ਹਿਬ੍ਰੀ ਭਾਸ਼ਾ ਤੋਂ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਅਤੇ ਵੱਖ-ਵੱਖ ਅਨੁਵਾਦਾਂ ਵਿੱਚ ਤਬਦੀਲੀਆਂ ਦੇ ਬਾਵਜੂਦ ਕਿਹਾ ਜਾਂਦਾ ਹੈ ਅਤੇ ਇਸ ਨੇ ਜਵਾਬ ਦਿੱਤਾ ਇਹ ਨਾ ਤਾਂ ਬੱਚੇ ਦਾ ਪਾਪ ਹੈ ਅਤੇ ਨਾ ਹੀ ਪਿਤਾ ਦਾ ਪਾਪ ਹੈ ਇਹ ਹੈ ਕਾਨੂੰਨ ਦੀ ਵਿਆਪਕਤਾ ਦਾ ਹੋਣਾ ਇਹ ਹੀ ਕਿਹਾ ਗਿਆ ਹੈ ਕਿ ਕਾਨੂੰਨ ਦੀ ਵਿਆਪਕਤਾ ਦਾ ਹੋਣਾ ਲੋਕਾਂ ਨੇ ਵਿਚਾਰ ਕੀਤਾ ਕਿ ਉਹ ਕਿਹੜਾ ਕਾਨੂੰਨ ਹੈ ਜਿਸ ਬਾਰੇ ਉਹ ਗੱਲ ਕਰ ਰਹੇ ਹਨ ਇਹ ਕਾਨੂੰਨ ਉਹੀ ਕਾਨੂੰਨ ਹੈ ਜੋ ਹਰ ਕੋਈ ਦੱਸਦਾ ਹੈ ਕਰਮਾ ਦਾ ਨਿਯਮ ਕਿਰਿਆ ਅਤੇ ਪ੍ਰਤੀਕਿਰਿਆ ਦੇ ਨਿਯਮ ਪਰ ਜੋ ਉਹਨਾਂ ਨੇ ਕਿਹਾ ਉਹ ਇਹ ਹੈ ਕਿ ਤੁਹਾਡੇ ਕੋਲ ਇੱਕ ਟਾਈਮ ਫਰੇਮ ਹੋਣਾ ਚਾਹੀਦਾ ਹੈ ਜਿਸ ਵਿੱਚ ਇਹ ਕਿਰਿਆ ਹੋਵੇ ਅਤੇ ਇਹ ਹੀ ਟਾਈਮ ਫਰੇਮ ਪ੍ਰਤੀਕਿਰਿਆ ਪੈਦਾ ਕਰਦਾ ਹੈ ਅਤੇ ਇਸ ਲਈ ਨਰਕ ਅਤੇ ਸਵਰਗ ਸਾਡੇ ਕੰਮ ਦੁਆਰਾ ਪੈਦਾ ਕੀਤੇ అనుభవ ਹਨ ਹੁਣ ਕਰਮਾ ਦੇ ਨਿਯਮਾਂ ਵਿੱਚ ਇੱਕ ਅਜੀਬ ਕਿਸਮ ਦੀ ਭਿਆਨਕ ਵਿਸ਼ੇਸ਼ਤਾ ਹੈ ਉਹ ਇਹ ਹੈ ਕਿ ਚੰਗੇ ਕਰਮ ਮਾੜੇ ਕਰਮਾਂ ਨੂੰ ਮਿਟਾਉਂਦੇ ਨਹੀਂ ਹਨ ਜੇ ਤੁਸੀਂ ਚੰਗਾ ਕਰਦੇ ਹੋ ਤਾਂ ਤੁਹਾਨੂੰ ਇਨਾਮ ਮਿਲਦਾ ਹੈ ਜੇ ਤੁਸੀਂ ਬੁਰਾ ਕਰਦੇ ਹੋ ਤਾਂ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਹੈ ਜੇ ਤੁਸੀਂ ਚੰਗਾ ਕਰਦੇ ਹੋ ਅਤੇ ਫਿਰ ਮਾੜਾ ਕਰਦੇ ਹੋ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਮੈਂ ਚੰਗਾ ਕੀਤਾ ਹੁਣ ਮੈਂ ਬੁਰਾ ਕਰਨ ਜਾ ਰਿਹਾ ਹਾਂ ਹੁਣ ਮੈਂ ਫਿਰ ਚੰਗਾ ਕਰਾਂਗਾ ਜਾਂ ਇਕਬਾਲ ਕਰ ਲਵਾਂਗਾ ਅਤੇ ਮੈਂ ਇਸ ਤੋਂ ਬਾਹਰ ਆ ਜਾਵਾਂਗਾ ਨਹੀਂ ਜੋ ਤੁਸੀਂ ਬੁਰਾ ਕੀਤਾ ਉਸ ਦੀ ਤੁਹਾਨੂੰ ਸਜ਼ਾ ਦਿੱਤੀ ਜਾਂਦੀ ਹੈ ਅਤੇ ਜੋ ਤੁਸੀਂ ਚੰਗਾ ਕਰਦੇ ਹੋ ਉਸ ਦਾ ਤੁਹਾਨੂੰ ਇਨਾਮ ਮਿਲਦਾ ਹੈ ਮੌਤ ਦੇ ਸਮੇਂ ਲੋਕਾ ਦਾ ਅਨੁਭਵ ਇਹ ਹੁੰਦਾ ਹੈ ਕਿ ਇਹ ਆਖਰੀ ਚੁਆਇਸ ਹੈ ਜੋ ਉਹਨਾਂ ਨੂੰ ਮੁਰਕੀ ਰੂਪ ਵਿੱਚ ਦਿੱਤੀ ਜਾਂਦੀ ਹੈ ساری ਉਮਰ ਦੇ ਕਰਮ ਇੱਕ ਮਰ ਰਹੇ ਵਿਅਕਤੀ ਦੇ ਸਾਹਮਣੇ ਚੱਲਦੇ ਦਿਸਦੇ ਹਨ ਤੁਹਾਡੇ ਕਰਮ ਦੱਸਦੇ ਹਨ ਕਿ ਕਰਮਾ ਅਨੁਸਾਰ ਤੁਸੀਂ ਸਵਰਗ ਵਿੱਚ 30 ਦਿਨ ਅਤੇ ਨਰਕ ਵਿੱਚ 40 ਦਿਨ ਬਿਤਾਉਣ ਦੇ ਯੋਗ ਹੋ ਤੁਸੀਂ ਪਹਿਲਾਂ ਕਿੱਥੇ ਜਾਣਾ ਪਸੰਦ ਕਰੋਗੇ ਕੁਝ ਲੋਕ ਕਹਿੰਦੇ ਹਨ ਅਸੀਂ ਪਹਿਲਾਂ ਸਵਰਗ ਜਾਣਾ ਚਾਹੁੰਦੇ ਹਾਂ ਹੋ ਸਕਦਾ ਹੈ ਕਿ ਅਸੀਂ ਕਿਸੇ ਤਰ੍ਹਾਂ ਉੱਥੋਂ ਬਚ ਸਕੀਏ ਇਦਾਂ ਸੋਚਦੇ ਹਨ ਕੁਝ ਲੋਕ ਕੁਝ ਲੋਕ ਕਹਿੰਦੇ ਹਨ ਪਹਿਲਾਂ ਨਰਕ ਇੱਕ ਵਾਰੀ ਉਹ ਸਮਾਂ ਬੀਤ ਜਾਵੇ ਤਦ ਅਸੀਂ ਸਵਰਗ ਦਾ ਆਨੰਦ ਲੈ ਸਕਦੇ ਹਾਂ ਕਿਉਂਕਿ ਜੇ ਅਸੀਂ ਸਵਰਗ ਵਿੱਚ ਨਰਕ ਦੀ ਅੜੀਕ ਵਿੱਚ ਹੋਵਾਂਗੇ ਤਾਂ ਅਸੀਂ ਸਵਰਗ ਦਾ ਵੀ ਆਨੰਦ ਨਹੀਂ ਲੈ ਸਕਾਂਗੇ ਮੈਂ ਹੁਣੇ ਇੱਥੇ ਹੀ ਇੱਕ ਛੋਟਾ ਜਿਹਾ ਪੋਲ ਕਰਦਾ ਹਾਂ ਮੰਨ ਲਓ ਕਿ ਸਾਡੀ ਮੌਤ ਵੇਲੇ ਸਰਦੇ ਵਿੱਚੋਂ ਹਰੇਕ ਨੇ 1 ਮਹੀਨਾ ਸਵਰਗ ਅਤੇ 1 ਮਹੀਨਾ ਨਰਕ ਵਿੱਚ ਰਹਿਣ ਦੀ ਯੋਗਤਾ ਪੂਰੀ ਕੀਤੀ ਹੈ। ਤੋਂ ਹੱਨੇ ਵਿੱਚੋਂ ਕਿੰਨੇ ਪਹਿਲਾਂ ਸਵਰਗ ਜਾਣਾ ਚਾਹੁੰਦੇ ਹਨ? ਕਿੰਨੇ ਪਹਿਲਾਂ ਨਰਕ ਜਾਣਾ ਚਾਹੁੰਦੇ ਹਨ? ਉਹ ਨਰਕ ਉਹ ਗਣਤੀ ਹੈ। ਇਹ ਇੱਕ ਨਿਸ਼ਚਿਤ ਆਧਾਰ ਹੈ ਅਤੇ ਨਰਕ ਅਤੇ ਸਵਰਗ ਕੇਵਲ ਅਨੁਭਵ ਹਨ ਜਿਵੇਂ ਕਿ ਇਹ ਸੰਸਾਰ ਇੱਕ ਅਨੁਭਵ ਹੈ ਪਰ ਉਹ ਤੀਬਰ ਅਨੁਭਵ ਹਨ। ਇਹ ਮਨ ਦੁਆਰਾ ਬਣਾਏ ਗਏ ਹਨ। ਸਭ ਕੁਝ ਮਨ ਦੁਆਰਾ ਬਣਾਇਆ ਗਿਆ ਹੈ ਪਰ ਉਹ ਸਾਡੇ ਕੁਝ ਕਾਰਜਾ ਦੀ ਭੂਮਿਕਾ ਨੂੰ ਤੇਜ਼ ਕਰਨ ਲਈ ਬਣਾਏ ਗਏ ਹਨ ਸਾਡੇ ਕਿਸ ਤਰ੍ਹਾਂ ਦੇ ਇਰਾਦਿਆਂ ਨੂੰ ਵਧੇਰੇ ਸਜਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਕਿਹਨਾਂ ਨੂੰ ਘਟ ਮਾਤਰਾਵਾਂ ਨੇ ਧਾਰਿਤ ਕੀਤੀਆਂ ਗਈਆਂ ਹਨ ਭੈੜੇ ਅਤੇ ਮਾੜੇ ਕੰਮਾਂ ਦੀਆਂ ਮਾਤਰਾਵਾਂ ਅਤੇ ਚੰਗੀਆਂ ਚੀਜ਼ਾਂ ਦੀਆਂ ਮਾਤਰਾਵਾਂ ਜਿਨ੍ਹਾਂ ਦਾ ਚੰਗਾ ਫਲ ਮਿਲਦਾ ਹੈ ਸੋ ਕਰਮਾ ਦਾ ਨਿਯਮ ਇਸ ਆਧਾਰ ਤੇ ਕੰਮ ਕਰਦਾ ਹੈ ਅਤੇ ਕਰਮਾ ਦਾ ਨਿਯਮ ਅਸੀਂ ਸਾਰੇ ਇਸ ਨਿਯਮ ਤੋਂ ਗੁజర్ ਰਹੇ ਹਾਂ ਭਾਵੇਂ ਅਸੀਂ ਇਸ ਨੂੰ ਪਸੰਦ ਕਰੀਏ ਜਾਂ ਨਾ ਭਾਵੇਂ ਇਸ ਤੇ ਵਿਸ਼ਵਾਸ ਕਰੀਏ ਜਾਂ ਨਾ ਭਾਵੇਂ ਸਾਨੂੰ ਇਹ ਪਸੰਦ ਹੈ ਜਾਂ ਨਹੀਂ ਜੇਕਰ ਕੋਈ ਕਹਿੰਦਾ ਹੈ ਮੈਂ ਕਰਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਠੀਕ ਹੈ ਕਹਿ ਲਓ ਜੇ ਸਾਡੇ ਕਰਮ ਨਾ ਹੁੰਦੇ ਤਾਂ ਤੁਸੀਂ ਇੱਥੇ ਨਾ ਹੁੰਦੇ ਤੁਸੀਂ ਮੈਨੂੰ ਇਹ ਦੱਸਣ ਲਈ ਇੱਥੇ ਨਾ ਹੁੰਦੇ ਕੁਝ ਲੋਕ ਕਹਿੰਦੇ ਹਨ ਮੈਂ ਕਰਮਾ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਰੱਬ ਨੂੰ ਨਹੀਂ ਮੰਨਦਾ ਮੈਂ ਨਾਸਤਿਕ ਹਾਂ ਅਤੇ ਉਹੀ ਲੋਕ ਬਾਅਦ ਵਿੱਚ ਕਹਿੰਦੇ ਹਨ ਸ਼ੁਕਰ ਹੈ ਰੱਬਾ ਮੈਂ ਇੱਕ ਨਾਸਤਿਕ ਹਾਂ ਇੱਕ ਰਿਛ ਬਾਰੇ ਇੱਕ ਕਹਾਣੀ ਹੈ ਇੱਕ ਜੰਗਲ ਵਿੱਚ ਇੱਕ ਰਿਛ ਰਹਿੰਦਾ ਸੀ ਅਤੇ ਇੱਕ ਨਾਸਤਿਕ ਜੰਗਲ ਵਿੱਚ ਘੁੰਮ ਰਿਹਾ ਸੀ ਅਚਾਨਕ ਉਸਨੇ ਰਿਛ ਨੂੰ ਆਪਣੇ ਵੱਲ ਤੇਜ਼ੀ ਨਾਲ ਆਉਂਦੇ ਵੇਖਿਆ ਉਹ ਬੰਦਾ ਜਿੰਨੀ ਤੇਜ਼ੀ ਨਾਲ ਦੌੜ ਸਕਦਾ ਸੀ ਦੌੜਿਆ ऋच्छ भी तेगी नाल उस ਦੇ ਪਿੱਛੇ ਦੌੜਿਆ ਉਸ ਨੇ ਮੁੜ ਕੇ ਰਿਛਵਲ ਦੇਖਿਆ ਰਿਛ ਉਸ ਦੇ ਬਹੁਤ ਨੇੜੇ ਪਹੁੰਚ ਗਿਆ ਅਤੇ ਆਖਰਕਾਰ ਰਿਛ ਨੇ ਉਸ ਨੂੰ ਝਪਟਾ ਮਾਰ ਕੇ ਦੇਖ ਦਿੱਤਾ ਉਸ ਸਮੇਂ ਨਾਸਤਿਕ ਨੇ ਪੁਕਾਰਿਆ हे ਰੱਬਾ ਮੈਨੂੰ ਬਚਾ ਲੈ ਇਕਦਮ ਸਭ ਕੁਝ ਅਡੋਲ ਹੋ ਗਿਆ ਅਤੇ ਆਕਾਸ਼ ਤੋਂ ਇੱਕ ਆਵਾਜ਼ ਆਈ ਅਤੇ ਉਸ ਨੇ ਕਿਹਾ ਤੂੰ ਤਾਂ ਮੇਰੀ ਹੋਂਦ ਤੇ ਕਦੇ ਵਿਸ਼ਵਾਸ ਹੀ ਨਹੀਂ ਕੀਤਾ ਅਤੇ ਹੁਣ ਮੁਸੀਬਤ ਦੇ ਸਮੇਂ ਤੋਂ ਮੈਨੂੰ ਪੁਕਾਰ ਰਿਹਾ ਹੈ ਨਾਸਤਿਕ ਨੇ ਕਿਹਾ ਮਾਫ ਕਰੀ ਰੱਬਾ ਮੈਨੂੰ ਤੇਰੀ ਹੋਣ ਤੇ ਤਾਂ ਵਿਸ਼ਵਾਸ ਨਹੀਂ ਸੀ ਅਤੇ ਮੈਨੂੰ ਇਹ ਵੀ ਪਤਾ ਹੈ ਕਿ ਮੈਨੂੰ ਇਸਾਈ ਬਣਨ ਵਿੱਚ ਬਹੁਤ देर ਹੋ ਗਈ ਪਰ ਕੀ ਤੁਸੀਂ ਰਿਚ ਨੂੰ ਇਸਾਈ ਬਣਾ ਸਕਦੇ ਹੋ ਅਤੇ ਆਵਾਜ਼ ਨੇ ਕਿਹਾ ਤਤਾ ਅਸਤੋ ਇੰਜ ਹੀ ਹੋਵੇਗਾ ਅਤੇ ਰਿਚ ਜੋ ਉਸ ਨੂੰ ਮਾਰਨ ਜਾ ਰਿਹਾ ਸੀ ਨੇ ਅਚਾਨਕ ਆਪਣੇ ਪੰਜੇ ਨੂੰ ਹਟਾ ਲਿਆ ਹੱਥ ਜੋੜੇ ਆਕਾਸ਼ ਵੱਲ ਵੇਖਿਆ ਅਤੇ ਕਿਹਾ ਰੱਬਾ ਜੋ ਤੂੰ ਮੈਨੂੰ ਭੋਜਨ ਦੇ ਰਿਹਾ ਹੈ ਉਸ ਦੀ ਤੇਰਾ ਸ਼ੁਕਰ ਕੁਝ ਨਹੀਂ ਬਦਲਦਾ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ ਜਾਂ ਨਹੀਂ ਕਰਦੇ ਕਾਨੂੰਨ ਤਾਂ ਵਿਆਪਕ ਹੁੰਦੇ ਹਨ ਭਾਵੇਂ ਤੁਸੀਂ ਉਹਨਾਂ ਤੇ ਵਿਸ਼ਵਾਸ ਕਰੋ ਜਾਂ ਨਾ ਕਿਸੇ ਚੀਜ਼ ਦੀ ਸਿਰਜਣਾ ਤੁਹਾਡੀ ਵਿਸ਼ਵਾਸ ਪ੍ਰਣਾਲੀ ਤੇ ਨਹੀਂ ਨਿਰਭਰ ਕਰਦੀ ਇਸ ਕਾਨੂੰਨ ਸਰਵ ਵਿਆਪੀ ਹੈ ਜੋ ਕੁਝ ਵੀ ਸਿਰਜਿਆ ਹੋਇਆ ਹੈ ਹਰ ਤਰ੍ਹਾਂ ਦੀ ਰਚਨਾ ਉਸ ਨਿਜਮ ਦਾ ਹੀ ਇੱਕ ਹਿੱਸਾ ਹੈ ਸਿਰਫ ਇਹ ਹੀ ਰਚਨਾ ਨਹੀਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਸੰਸਾਰ ਹਨ ਸਤੂਲ ਪੱਧਰ ਤੇ ਵੀ ਬਹੁਤ ਸਾਰੇ ਸੰਸਾਰ ਮੌਜੂਦ ਹਨ ਸੂਖਮ ਪੱਧਰ ਤੇ ਵੀ ਹੋਰ ਜ਼ਿਆਦਾ ਸੰਸਾਰ ਮੌਜੂਦ ਹਨ ਇੱਥੇ ਬਹੁਤ ਸਾਰੇ ਸੰਸਾਰ ਸਿਰਜੇ ਗਏ ਹਨ ਲਗਭਗ ਅਨੰਤ ਇਸ ਨੂੰ ਇਸ ਤਰ੍ਹਾਂ ਸਮਝੋ ਮਨ ਲਾਓ ਕਿ ਸਮੇਂ ਅਤੇ ਸਪੇਸ ਦਾ ਬ੍ਰਹਿਮੰਡ ਅਨੰਤ ਜਾਂ ਇਨਫਿਨਿਟ ਹੈ अनंत ਦਾ ਮਤਲਬ ਹੈ ਤੁਸੀਂ ਭਾਵੇਂ ਕਿਸੇ ਵੀ ਦਿਸ਼ਾ ਵਿੱਚ ਜਾਓ ਤੁਸੀਂ 19 ਦੂਰ ਤੱਕ ਜਾ ਸਕਦੇ ਹੋ ਜਿੱਥੇ ਤੱਕ ਅਨੰਤ ਹੈ ਕਿਉਂਕਿ ਤੁਸੀਂ ਹਰ ਦਿਸ਼ਾ ਵਿੱਚ ਅਨੰਤ ਤੱਕ ਜਾ ਸਕਦੇ ਹੋ ਇਸ ਸੰਸਾਰ ਦੀ ਬਣਤਰ ਕੀ ਹੋਵੇਗੀ ਇਹ ਇੱਕ ਵੱਡਾ ਗਲੋਬ ਹੋਵੇਗਾ ਇਹ ਇੱਕ ਠੋਸ ਗਲੋਬ ਹੋਵੇਗਾ ਜਿਸ ਵਿੱਚ ਇਹ ਦੁਨੀਆ ਮੌਜੂਦ ਹੈ ਬੇਸ਼ੱਕ ਅਨੰਤ ਹੋਵੇਗਾ ਪਰ ਅਸੀਂ ਅਨੰਤ ਨੂੰ ਇੱਕ ਸੰਖਿਆ ਦੇ ਰਹੇ ਹਾਂ ਤਾ ਜੋ ਇਹ ਇੱਕ ਗਲੋਬ ਦੀ ਕਲਪਨਾ ਕੀਤੀ ਜਾ ਸਕੇ ਇਸ ਤਰ੍ਹਾਂ ਮੰਨ ਲਓ ਕਿ ਇਸ ਦੁਨੀਆ ਦੀ ਤਰ੍ਹਾਂ ਇੱਕ ਹੋਰ ਗਲੋਬ ਹੈ ਪਰ ਸੂਖਸ਼ਮ ਉਹ ਗਲੋਬ ਵੀ ਬਿਅੰਤ ਹੈ ਜਾਂ ਇਨਫਿਨਿਟ ਹੈ ਅਤੇ ਉਸ ਵਿੱਚ ਸਾਡੇ ਵਰਗੇ ਅਨੰਤ ਜੀਵ ਹਨ ਪਰ ਉਹਨਾਂ ਕੋਲ ਸਥੂਲ ਸਰੀਰ ਨਹੀਂ ਹੈ ਪਰ ਉਹਨਾਂ ਕੋਲ ਸੂਖਸ਼ਮ ਸਰੀਰ ਹੈ ਜਿਸ ਨੂੰ ਕੋਈ ਵਿਸਥੂਲ ਮਾਦੇ ਦੀ ਜਰੂਰਤ ਨਹੀਂ ਅਤੇ ਉਹ ਗਲੋਬ ਵੀ ਮੌਜੂਦ ਹੈ ਅਤੇ ਕਿਸੇ ਤਰੀਕੇ ਨਾਲ ਉਹ ਇਸ ਸਥੂਲ ਗਲੋਬ ਦੇ ਸਿਖਰ ਤੇ ਅਤੇ ਸਥੂਲ ਗਲੋਬ ਨੂੰ ਥੋੜਾ ਓਵਰਲੈਪ ਕਰਦਾ ਹੈ ਓਵਰਲੈਪ ਕਰਨ ਕਰਕੇ ਉਸ ਸੂਖਮ ਗਲੋਬ ਦਾ ਥੋੜਾ ਹਿੱਸਾ ਇਸ ਦੁਨੀਆ ਦੇ ਹਿੱਸੇ ਵਿੱਚ ਹੈ ਅਤੇ ਬਾਕੀ ਉਤਲੇ ਹਿੱਸੇ ਵਿੱਚ ਫਿਰ ਤੀਜਾ ਗਲੋਬ ਕਾਰਨ ਗਲੋਬ ਮੰਨ ਦਾ ਗਲੋਬ ਅਨੰਤ ਦਾ ਗਲੋਬ ਹੋਰ ਵੱਡਾ ਗਲੋਬ ਪਰ ਇਹ ਸੂਖਮ ਗਲੋਬ ਦੇ ਸਿਖਰ ਤੇ ਅਤੇ ਉਸ ਨੂੰ ਓਵਰਲੈਪ ਕਰਦਾ ਹੈ ਤਸਵੀਰ ਕਿਹੋ ਜਿਹੀ ਹੋਵੇਗੀ ਮੈਂ ਇੱਕ ਸਥੂਲ ਤਸਵੀਰ ਬਣਾ ਰਿਹਾ ਹਾਂ ਤਾਂ ਜੋ ਅਸੀਂ ਤਿੰਨ ਵਿਸ਼ਾਲ ਗਲੋਬ ਗੋਲਾਕਾਰ ਸ੍ਰਿਸ਼ਟੀ ਦੇ ਤਿੰਨ ਵੱਡੇ ਗਲੋਬਾਂ ਦੀ ਕਲਪਨਾ ਕਰ ਸਕੀਏ ਸਥੂਲ ਰਚਨਾ ਦਾ ਇੱਕ ਸਥੂਲ ਗਲੋਬ ਸੂਖਮ ਰਚਨਾ ਦਾ ਇੱਕ ਸੂਖਮ ਗਲੋਬ ਮਾਨਸਿਕ ਵਿਚਾਰਾਂ ਤੇ ਸੰਕਲਪਾ ਦਾ ਇੱਕ ਮਾਨਸਿਕ ਗਲੋਬ ਅਤੇ ਇੱਥੇ ਦੋ ਓਵਰਲੈਪ ਹਨ ਹੁਣ ਜੇ ਤੁਸੀਂ ਦੇਖਦੇ ਹੋ ਕਿ ਉਹ ਠੋਸ 3 ਡਾਈਮੈਨਸ਼ਨਲ ਗਲੋਬ ਹਨ ਇਹ ਮੱਛੀ ਦੀ ਤਸਵੀਰ ਬਣਾਉਂਦੇ ਹਨ ਕੀ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਉਹ ਓਵਰਲੈਪ ਕਰਦੇ ਹਨ ਉਹ ਬਿਲਕੁਲ ਮੱਛੀ ਦੀ ਸ਼ਕਲ ਤਰ੍ਹਾਂ ਬਣ ਜਾਂਦੇ ਹਨ ਤਿੰਨ ਗਲੋਬ ਦੋ ਮੱਛੀਆਂ ਬਣਾਉਂਦੇ ਹਨ ਇੱਕ ਵਿਸ਼ਾਲ ਤਸਵੀਰ ਮੈਂ ਬਾਈਬਲ ਵਿੱਚ ਪੜ੍ਹਿਆ ਸੀ ਕਿ ਜੀਜ਼ਸ ਕ੍ਰਾਈਸਟ ਨੇ 50 ਹਜ਼ਾਰ ਲੋਕਾਂ ਨੂੰ ਦੋ ਮੱਛੀਆਂ ਦਿੱਤੀਆਂ ਜਿਨ੍ਹਾਂ ਨੂੰ ਉਹਨਾਂ ਲੋਕਾਂ ਨੇ ਖਾਧਾ ਕੁਝ ਕਹਿੰਦੇ ਹਨ 50000 ਸੇ ਅਤੇ ਹਜ਼ਾਰਾਂ ਲੋਕਾਂ ਨੂੰ ਦੋ ਮੱਛੀਆਂ ਖਵਾਈਆਂ ਗਈਆਂ ਲੋਕਾਂ ਨੇ ਸੋਚਿਆ ਕਿ ਉਹਨਾਂ ਨੇ ਤਲਾਬ ਤੋਂ ਦੋ ਮੱਛੀਆਂ ਲਈਆਂ ਅਤੇ ਉਹਨਾਂ ਦੇ ਕਈ ਟੁਕੜੇ ਕਰ ਦਿੱਤੇ ਕਿ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਜਿਸ ਬਾਰੇ ਜੀਜ਼ਸ ਕ੍ਰਾਈਸਟ ਜੀ ਗੱਲ ਕਰ ਰਹੇ ਹਨ ਉਹ ਮੱਛੀ ਜਿਸ ਬਾਰੇ ਉਹ ਗੱਲ ਕਰ ਰਹੇ ਹਨ ਉਹ ਉਹ ਮੱਛੀ ਹੈ ਜੋ ਸ੍ਰਿਸ਼ਟੀ ਦੇ ਤਿੰਨ ਰੂਪਾਂ ਨੂੰ ਓਵਰਲੈਪ ਕਰਦੀ ਹੈ ਕਿ ਉਹ ਬ੍ਰਹਮੰਡ ਦੇ ਬਿਲਕੁਲ ਸਿਰੇ ਬਾਰੇ ਸਿਖਾ ਰਹੇ ਹਨ ਜਿੱਥੇ ਤੁਸੀਂ ਆਪਣੀ ਜਗ੍ਹਾ ਵਾਪਸ ਜਾ ਸਕਦੇ ਹੋ ਇਸੇ ਲਈ ਓਵਰਲੈਪ ਦੀ ਇੱਕ ਵਿਸ਼ੇਸ਼ਤਾ ਹੈ ਕਿ ਜੇ ਇੱਕ ਆਤਮਾ ਇਸ ਸਥੂਲ ਰੂਪ ਵਿੱਚ ਸੰਸਾਰ ਵਿੱਚ ਆਉਂਦੀ ਹੈ ਤਾਂ ਉਹ ਸਿਰਫ ਸਥੂਲ ਗਲੋਬ ਵਿੱਚ ਹੀ ਹੋਵੇਗੀ ਪਰ ਜੇ ਸ਼ਰੀਰ ਪਿੱਛੇ ਰਹਿ ਜਾਂਦਾ ਹੈ ਮਰ ਜਾਂਦਾ ਹੈ ਤਾਂ ਉਸ ਆਤਮਾ ਦਾ ਅਜੇ ਵੀ ਸੂਖਮ ਗਲੋਬ ਵਿੱਚ ਇੱਕ ਜੀਵਨ ਹੁੰਦਾ ਹੈ ਜੋ ਕਿ ਸ਼ਰੀਰ ਰਹਿਤ ਅਵਸਥਾ ਵਿੱਚ ਇੱਕ ਸੂਖਮ ਸਰੀਰ ਦੇ ਰੂਪ ਵਿੱਚ ਹੁੰਦਾ ਹੈ ਕੁਝ ਕੁ ਸਮੇਂ ਲਈ ਇਹ ਸੂਖਮ ਸਰੀਰ ਉਸ ਸਥੂਲ ਅਤੇ ਸੂਖਮ ਓਵਰਲੈਪ ਹੋ ਸਕਦਾ ਹੈ ਇਸ ਓਵਰਲੈਪ ਵਿੱਚ ਉਸ ਦਾ ਸੰਬੰਧ ਇੱਥੇ ਸਾਡੇ ਨਾਲ ਸਥੂਲ ਸੰਸਾਰ ਵਿੱਚ ਅਤੇ ਉੱਥੇ ਸੂਖਮ ਸੰਸਾਰ ਵਿੱਚ ਵੀ ਹੋਵੇਗਾ ਇਸ ਸਥੂਲ ਸਰੀਰ ਤੋਂ ਬਗੈਰ ਵਾਲੀਆਂ ਰੂਹਾਂ ਨੂੰ ਅਸੀਂ ਭੂਤ ਕਹਿੰਦੇ ਹਾਂ ਅਸੀਂ ਕਹਿੰਦੇ ਹਾਂ ਉਹ ਜਗ੍ਹਾ ਭੂਤਿਆ ਹੈ ਜਾਂ ਹਾਉਂਟਡ ਹੈ ਇਸ ਦਾ ਕੀ ਮਤਲਬ ਲੋਕ ਭੂਤਿਆ ਮਕਾਨ ਦਾ ਅਨੁਭਵ ਕਰਦੇ ਹਨ ਉਹ ਕਹਿੰਦੇ ਹਨ ਉਹ ਜਿਹੜਾ ਮਰ ਗਿਆ ਹੈ ਮੈਂ ਅਜੇ ਵੀ ਉਸ ਵਿਅਕਤੀ ਦੀ ਮੌਜੂਦਗੀ ਮਹਿਸੂਸ ਕਰਦਾ ਹਾਂ ਮੈਂ ਅਜੇ ਵੀ ਉਸ ਵਿਅਕਤੀ ਦੀਆਂ ਪੈਣਾ ਸੁਣਦਾ ਹਾਂ ਕੁਝ ਸੰਕੇਤ ਦੱਸਦੇ ਹਨ ਕਿ ਉਹ ਵਿਅਕਤੀ ਅਜੇ ਵੀ ਉੱਥੇ ਹੈ ਇਸ ਦਾ ਮਤਲਬ ਕੀ ਹੈ ਇਸ ਦਾ ਮਤਲਬ ਹੈ ਕਿ ਉਹ ਅਜੇ ਵੀ ਉੱਥੇ ਹਨ ਪਰ ਉਹ ਇੱਕ ਸਤੂਰ ਸ਼ਰੀਰ ਵਿੱਚ ਨਹੀਂ ਹਨ ਉਹ ਸਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਹ ਓਵਰਲੈਪ ਵਿੱਚ ਹਨ ਇਹ ਜਾਣਨਾ ਮਹੱਤਵਪੂਰਨ ਹੈ ਕਿ ਇਸ ਰਚਨਾ ਨੂੰ ਕਿਵੇਂ ਰੱਖਿਆ ਗਿਆ ਹੈ ਇਹ ਉਹ ਨਹੀਂ ਜੋ ਅਸੀਂ ਵੇਖਦੇ ਹਾਂ ਜੋ ਅਸੀਂ ਦੇਖ ਰਹੇ ਹਾਂ ਉਹ ਇੱਕ ਬਹੁਤ ਹੀ ਛੋਟਾ ਹਿੱਸਾ ਹੈ ਪਰ ਇੱਕ ਅਭਿਆਸ ਦੀ ਤਕਨੀਕ ਦੁਆਰਾ ਆਪਣੀ ਚੇਤਨਾ ਨੂੰ ਇਨ੍ਹਾਂ ਪੱਧਰਾਂ ਤੱਕ ਉੱਪਰ ਝੁੱਕ ਕੇ ਬਾਹਰੀ ਪਹਿਰਾਵਿਆਂ ਨੂੰ ਉਤਾਰ ਕੇ ਤੁਸੀਂ ਇਹ ਹੁੰਦਾ ਵੇਖ ਸਕਦੇ ਹੋ ਤੁਸੀਂ ਬਾਹਰੀ ਪਹਿਰਾਵਿਆਂ ਨੂੰ ਕਿਵੇਂ ਉਤਾਰ ਸਕਦੇ ਹੋ ਇਹ ਜੈਕਟ ਨੂੰ ਉਤਾਰਨਾ ਆਸਾਨ ਹੈ ਮੈਂ ਇਸ ਨੂੰ ਉਤਾਰ ਕੇ ਸੁੱਟ ਸਕਦਾ ਹਾਂ ਪਰ ਮੈਂ ਆਪਣੇ ਸਰੀਰ ਨੂੰ ਕਿਵੇਂ ਉਤਾਰ ਸਕਦਾ ਹਾਂ ਸਧਾਰਨ ਟੰਗ ਜਿਸ ਨਾਲ ਲੋਕ ਆਪਣੇ ਸਰੀਰ ਨੂੰ ਉਤਾਰਦੇ ਹਨ ਉਹ ਹੈ ਮੌਤ ਦੁਆਰਾ ਸਰੀਰ ਮਰ ਜਾਂਦਾ ਹੈ ਤਾਂ ਉਤਰ ਜਾਂਦਾ ਹੈ ਕੀ ਅਸੀਂ ਜਿੰਦਾ ਹੁੰਦੇ ਹੋਏ ਸਰੀਰ ਨੂੰ ਉਤਾਰ ਸਕਦੇ ਹਾਂ ਇੱਥੇ ਹੁੰਦੇ ਹੋਏ ਸਰੀਰ ਨੂੰ ਉਤਾਰ ਸਕਦੇ ਹਾਂ ਅਸੀਂ ਇਦਾਂ ਕਰ ਸਕਦੇ ਹਾਂ ਅਭਿਆਸ ਦੀ ਤਕਨੀਕ ਅਭਿਆਸ ਦੀ ਝੁਕਤੀ ਸਾਨੂੰ ਇਹ ਸਿਖਾਉਂਦੀ ਹੈ ਕਿ ਜਿੰਦਾ ਹੁੰਦੇ ਹੋਏ ਤੁਸੀਂ ਇਸ ਸਰੀਰ ਨੂੰ ਕਿਵੇਂ ਉਤਾਰ ਸਕਦੇ ਹੋ ਜਿਸ ਨਾਲ ਤੁਸੀਂ ਜਿੰਦੇ ਜੀ ਇਹ ਅਨੁਭਵ ਕਰ ਲੈਂਦੇ ਹੋ ਕਿ ਮੌਤ ਤੋਂ ਬਾਅਦ ਤੁਹਾਡੇ ਨਾਲ ਕੀ ਵਾਪਰੇਗਾ ਅਸਲ ਵਿੱਚ ਇਸ ਨੂੰ ਜੀਉਂਦੇ ਜੀ ਮਰਨਾ ਕਿਹਾ ਜਾਂਦਾ ਹੈ ਪਾਲ ਨੇ ਬਾਈਬਲ ਵਿੱਚ ਕਿਹਾ ਮੈਂ ਹਰ ਰੋਜ਼ ਮਰਦਾ ਹਾਂ ਅਤੇ ਭਾਰਤੀ ਰਹੱਸਵਾਦੀਆਂ ਨੇ ਕਿਹਾ ਜਦੋਂ ਤੱਕ ਤੁਸੀਂ ਜਿਉਂਦੇ ਹੋਏ ਨਹੀਂ ਮਰ ਸਕਦੇ ਤੁਹਾਨੂੰ ਰੋਹਾਨੀਅਤ ਨਹੀਂ ਮਿਲ ਸਕਦੇ ਇਹ ਸੰਭਵ ਹੈ ਕਿ ਰੋਹਾਨੀ ਗਿਆਨ ਦੇ ਇੱਕ ਹਿੱਸੇ ਵਜੋਂ ਅਸੀਂ ਜਿਉਂਦੇ ਹੋਏ ਵੀ ਆਪਣੇ ਇਸ ਸਰੀਰ ਨੂੰ ਉਤਾਰ ਕੇ ਕਿਸੇ ਉੱਚੇ ਪੱਧਰ ਤੇ ਜਾ ਸਕਦੇ ਹਾਂ ਇਹ ਅਸੀਂ ਕਿਵੇਂ ਕਰ ਸਕਦੇ ਹਾਂ ਜਿਉਂਦੇ ਹੋਏ ਆਪਣੇ ਸਰੀਰ ਨੂੰ ਕਿਵੇਂ ਉਤਾਰ ਸਕਦੇ ਹਾਂ ਇਸ ਤੋਂ ਤਵੱਜਾ ਵਾਪਸ ਖਿੱਚ ਕੇ ਇਹ ਬਹੁਤ ਸੋਕਾ ਹੈ ਤੁਸੀਂ ਕਿਵੇਂ ਜਾਣਦੇ ਹੋ ਕਿ ਤੁਹਾਡੇ ਕੋਲ ਇੱਕ ਸਰੀਰ ਹੈ ਤੁਸੀਂ ਕਿਵੇਂ ਜਾਣਦੇ ਹੋ ਕਿ ਅਸੀਂ ਸਥੂਲ ਜੀਵ ਹਾਂ ਕਿਉਂਕਿ ਅਸੀਂ ਆਪਣੀ ਤਵੱਜਾ ਨੂੰ ਇਸ ਦੇ ਰੱਖਿਆ ਹੋਇਆ ਹੈ ਜੇਕਰ ਤੁਸੀਂ ਤਵੱਜਾ ਖਿੱਚ ਕੇ ਪਿੱਛੇ ਤੀਜੀ ਅੱਖ ਦੇ ਕੇਂਦਰ ਵੱਲ ਜਾਂਦੇ ਹੋ ਅਤੇ ਲਗਾਤਾਰ ਇਸ ਤਵਜੂ ਦੀ ਇਕਾਗਰਤਾ ਦਾ ਅਭਿਆਸ ਕਰਦੇ ਹੋ ਤਾਂ ਤੁਸੀਂ ਇਸ ਸਰੀਰ ਤੋਂ ਅਣਜਾਣ ਹੋ ਜਾਵੋਗੇ ਜੇ ਤੁਹਾਡੇ ਵਿੱਚੋਂ ਕੁਝ ਲੋਕਾਂ ਨੇ ਹਸਪਤਾਲ ਜਾਂ ਹੋਰ ਕਿਧਰੇ ਕਿਸੇ ਨੂੰ ਮਰਤੇ ਵੇਖਿਆ ਹੈ ਜੇ ਕੋਈ ਹੌਲੀ-ਹੌਲੀ ਮਰ ਰਹੇ ਵਿਅਕਤੀ ਨੂੰ ਦੇਖਿਆ ਹੈ ਤਾਂ ਉਹ ਵਿਅਕਤੀ ਦੱਸ ਸਕੇਗਾ ਕਿ ਮੌਤ ਕਿਵੇਂ ਹੋ ਰਹੀ ਹੈ ਉਹ ਦੱਸਦੇ ਹਨ ਕਿ ਉਹਨਾਂ ਨੂੰ ਪਹਿਲਾਂ ਇਹ ਨਹੀਂ ਪਤਾ ਰਹਿੰਦਾ ਕਿ ਉਹਨਾਂ ਦੇ ਪੈਰ ਕਿੱਥੇ ਚਲੇ ਗਏ ਹਨ ਉਹਨਾਂ ਦੇ ਹੱਥ ਕਿੱਥੇ ਚਲੇ ਗਏ ਹਨ ਉਹ ਕਹਿੰਦੇ ਹਨ ਨਹੀਂ ਨਹੀਂ ਮੇਰੇ ਪੈਰ ਉੱਥੇ ਲਿਜਾਓ ਪੈਰ ਤਾਂ ਉਹ ਪਹਿਲਾਂ ਹੀ ਉੱਥੇ ਹਨ ਪਹਿਲਾਂ ਉਹ ਹੱਥਾਂ ਪੈਰਾਂ ਦਾ ਅਹਿਸਾਸ ਗਵਾ ਦਿੰਦੇ ਹਨ ਕਿ ਉਹਨਾਂ ਦੇ ਪੈਰ ਅਤੇ ਹੱਥ ਕਿੱਥੇ ਹਨ ਫਿਰ ਉਹ ਲੱਤਾਂ ਅਤੇ ਬਾਹਾਂ ਦਾ ਅਹਿਸਾਸ ਗਵਾ ਦਿੰਦੇ ਹਨ ਫਿਰ ਉਹਨਾਂ ਨੂੰ ਆਪਣੇ ਢੱਡ ਦਾ ਅਹਿਸਾਸ ਨਹੀਂ ਰਹਿੰਦਾ ਅਤੇ ਉਹ ਅਜੇ ਵੀ ਸਾਡੇ ਨਾਲ ਗੱਲ ਕਰ ਰਹੇ ਹੁੰਦੇ ਹਨ ਫਿਰ ਉਹਨਾਂ ਨੂੰ ਆਵਾਜ਼ ਦਾ ਅਹਿਸਾਸ ਨਹੀਂ ਰਹਿੰਦਾ ਅਤੇ ਉਹ ਬੋਲ ਨਹੀਂ ਸਕਦੇ ਪਰ ਉਹ ਅਜੇ ਵੀ ਜਿਉਂਦੇ ਹਨ ਜਦੋਂ ਉਹ ਸਿਰ ਦਾ ਅਹਿਸਾਸ ਗਵਾ ਬੈਠਦੇ ਹਨ ਤਾਂ ਦਿਮਾਗ ਮਰ ਜਾਂਦਾ ਹੈ ਤਾਂ ਉਹ ਮਰ ਜਾਂਦੇ ਹਨ ਇਹ ਹੈ ਮੌਤ ਦੀ ਪ੍ਰਕਿਰਿਆ ਅਭਿਆਸ ਤੁਹਾਨੂੰ ਇਹੋ ਕਰਨ ਦਾ ਤਰੀਕਾ ਦਿੰਦਾ ਹੈ ਤੀਜੀ ਅੱਖ ਦੇ ਕੇਂਦਰ ਤੇ ਅੱਖਾਂ ਦੇ ਪਿੱਛੇ ਆਪਣਾ ਧਿਆਨ ਖਿੱਚ ਕੇ ਤੁਸੀਂ ਜੋ ਕਰ ਰਹੇ ਹੋ ਉਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਤਵੱਜਹ ਆਪਣੇ ਸਰੀਰ ਤੋਂ ਖਿੱਚ ਰਹੇ ਹੋ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਨਹੀਂ ਰਹੇਗਾ ਕਿ ਤੁਹਾਡੇ ਹੱਥ ਅਤੇ ਬਾਹਾਂ ਕਿੱਥੇ ਚਲੇ ਗਏ ਹਨ ਜਿੱਦਾਂ ਜਿੱਦਾਂ ਤੁਸੀਂ ਸਿਰ ਤੇ ਤਵੱਜਹ ਕੇਂਦ੍ਰਿਤ ਕਰਦੇ ਹੋ ਜਿਵੇਂ ਕਿ ਤੁਸੀਂ ਉੱਥੇ ਹੋ ਅਤੇ ਇਹ ਸਰੀਰ ਤੁਹਾਡਾ ਮਕਾਨ ਹੈ ਤੁਹਾਡਾ ਅਹਿਸਾਸ ਉਹੀ ਹੋਵੇਗਾ ਜੋ ਸਰੀਰਕ ਮੋੜ ਦਾ ਅਹਿਸਾਸ ਹੁੰਦਾ ਹੈ ਅਤੇ ਜਦੋਂ ਤੁਸੀਂ ਉੱਥੇ ਹੁੰਦੇ ਹੋ ਅਤੇ ਤੁਹਾਡਾ ਸਰੀਰ ਚਲਾ ਜਾਂਦਾ ਹੈ ਫਿਰ ਤੁਸੀਂ ਕੌਣ ਹੋਵੋਗੇ ਤੁਹਾਡੇ ਕੋਲ ਇੱਕ ਹੋਰ ਸਰੀਰ ਹੋਵੇਗਾ ਸੂਖਮ ਸਰੀਰ ਤੁਸੀਂ ਜਿੰਦੇ ਜੀ ਇਸ ਸਥੂਲ ਸਰੀਰ ਵਿੱਚ ਹੁੰਦੇ ਹੋਏ ਆਪਣੇ ਉੱਚ ਸਰੀਰਾਂ ਦਾ ਅਨੁਭਵ ਕਰ ਸਕੋਗੇ ਇਸ ਲਈ ਇੱਕ ਸੂਖਮ ਸੰਸਾਰ ਨੂੰ ਵੇਖਣ ਦੇ ਇਹ ਅਨੁਭਵ ਉਹਨਾਂ ਸੰਸਾਰਾਂ ਨੂੰ ਵੇਖਣਾ ਅਭਿਆਸ ਦੁਆਰਾ ਸੰਭਵ ਹੈ ਇੱਕ ਸਾਸੀ ਅਭਿਆਸ ਦਾ ਆਨੰਦ ਲੈਣਾ ਜਾਂ ਐਡਵੈਂਚਰ ਲਈ ਅਸੀਂ ਇੱਥੇ ਐਡਵੈਂਚਰ ਅਤੇ ਮਨੋਰੰਜਨ ਤੋਂ ਇਲਾਵਾ ਕਿਸੇ ਹੋਰ ਕਾਰਨ ਨਹੀਂ ਨਹੀਂ ਆਏ ਇਹ ਸਭ ਇਸ ਲਈ ਬਣਾਇਆ ਗਿਆ ਸੀ ਤਾਂ ਕਿ ਚੇਤਨਾ ਐਡਵੈਂਚਰ ਅਤੇ ਮਨੋਰੰਜਨ ਦੇ ਅਨੁਭਵ ਲੈ ਸਕੇ ਪਰ ਇਹ ਦੁੱਖ ਅਤੇ ਦਰਦ ਵਿੱਚ ਬਦਲ ਗਿਆ ਆਪਣੇ ਆਪ ਨੂੰ ਮਨ ਸਮਝਣ ਕਰਕੇ ਇਹ ਨਿਰਾਸ਼ਾ ਵਿੱਚ ਬਦਲ ਗਿਆ ਤੁਸੀਂ ਆਪਣੇ ਆਪ ਨੂੰ ਮਨ ਤੋਂ ਵੱਖ ਕਰ ਲਓ ਇਹ ਦੁਨੀਆ ਦੁਆਰਾ ਐਡਵੈਂਚਰ ਬਣ ਜਾਵੇਗੀ ਹੁਣੇ ਹੀ ਇੱਥੇ ਇਸ ਨਾਲ ਤੁਹਾਨੂੰ ਇਸ ਦੇ ਫਸਲ ਕਾਰਨ ਦਾ ਪਤਾ ਲੱਗ ਜਾਵੇਗਾ ਕਿ ਇਹ ਕਿਉਂ ਬਣਾਇਆ ਗਿਆ ਸੀ ਵਧੇਰੇ ਮਨੋਰੰਜਨ ਲਈ ਵਧੇਰੇ ਐਡਵੈਂਚਰ ਲਈ ਇਹ ਸੀ ਉਦੇਸ਼ ਹਾਂ ਕਿਉਂਕਿ ਤੁਸੀਂ ਅਜੇ ਵੀ ਇੱਥੇ ਜੁੜੇ ਹੋਏ ਹੋ ਤੁਸੀਂ ਸੱਚਮੁੱਚ ਸਰੀਰ ਨੂੰ ਨਹੀਂ ਛੱਡਦੇ ਤੁਸੀਂ ਆਪਣੀ ਤਵੱਜਾ ਨੂੰ ਸਰੀਰ ਚੋਂ ਕਢਾ ਲੈਂਦੇ ਹੋ ਇਸ ਲਈ ਜਦੋਂ ਤੁਸੀਂ ਆਪਣੀ ਤਵੱਜਾ ਵਾਪਸ ਲੈ ਆਉਂਦੇ ਹੋ ਤਾਂ ਤੁਸੀਂ ਇੱਥੇ ਹੁੰਦੇ ਹੋ ਖਤਰੇ ਵਾਂਗੂ ਲੱਗਦਾ ਹੈ ਮੇਰੇ ਪਿਤਾ ਮੈਂ ਤੁਹਾਨੂੰ ਆਪਣੇ ਘਰ ਦਾ ਅਨੁਭਵ ਦੱਸਦਾ ਹਾਂ ਮੇਰੇ ਪਿਤਾ ਜੀ ਨੇ ਵੱਡੇ ਮਹਾਰਾਜ ਤੋਂ ਨਾਮਦਾਨ ਦੀ ਸਿੱਖਿਆ ਲਈ ਜਦੋਂ ਉਹਨਾਂ ਨੇ ਅਭਿਆਸ ਕੀਤਾ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਉਹ ਮਰ ਰਹੇ ਹਨ ਉਹ ਬਹੁਤ ਡਰ ਗਏ ਮੈਂ ਦੁਬਾਰਾ ਅਭਿਆਸ ਨਹੀਂ ਕਰਾਂਗਾ ਅਤੇ ਉਹ ਭੱਜੇ-ਭੱਜੇ ਮਹਾਰਾਜ ਕੋਲ ਆਏ ਅਤੇ ਉਹਨਾਂ ਨੇ ਕਿਹਾ ਤੁਸੀਂ ਮੈਨੂੰ ਇੱਕ ਇਹੋ ਜਿਹੀ ਸਿੱਖਿਆ ਦਿੱਤੀ ਹੈ ਮੇਰੀ ਤਾਂ ਲਗਭਗ ਮੌਤ ਹੀ ਹੋ ਗਈ ਸੀ ਮੈਨੂੰ ਲੱਗ ਰਿਹਾ ਸੀ ਕੀ ਮੈਂ ਆਪਣਾ ਸਰੀਰ ਛੱਡ ਰਿਹਾ ਹਾਂ ਮੈਂ ਮਰ ਰਿਹਾ ਹਾਂ ਵੱਡੇ ਮਹਾਰਾਜ ਨੇ ਜਵਾਬ ਦਿੱਤਾ ਇਹ ਮਰਨ ਦਾ ਅਨੁਭਵ ਹੈ ਪਰ ਜਿੰਦੇ ਜੀ ਮਰਨ ਦਾ ਇਹ ਅਹਿਸਾਸ ਉਦੋਂ ਹੋ ਰਿਹਾ ਹੁੰਦਾ ਹੈ ਜਦੋਂ ਤੁਹਾਡੇ ਸਰੀਰ ਦੇ ਸਾਰੇ ਅੰਗ ਅਜੇ ਵੀ ਕੰਮ ਕਰ ਰਹੇ ਹੁੰਦੇ ਹਨ ਤੁਹਾਡਾ ਦਿਲ ਕੰਮ ਕਰ ਰਿਹਾ ਹੁੰਦਾ ਹੈ ਸਾਰੇ ਮਹੱਤਵਪੂਰਨ ਸੰਕੇਤ ਮੌਜੂਦ ਹੁੰਦੇ ਹਨ ਸਭ ਕੁਝ ਕਾਇਮ ਹੁੰਦਾ ਹੈ ਆਪਣੀ ਤਵੱਜਾ ਨੂੰ ਖਿੱਚਣ ਕਰਕੇ ਤੁਸੀਂ ਇਹ ਅਨੁਭਵ ਕਰ ਰਹੇ ਸੀ ਕਿ ਮਰਨਾ ਕੀ ਹੁੰਦਾ ਹੈ ਤੁਸੀਂ ਸੱਚਮੋਚ ਨਹੀਂ ਸੀ ਮਰ ਰਹੇ ਉਨ੍ਹਾਂ ਨੇ ਮੇਰੇ ਪਿਤਾ ਨੂੰ ਭਰੋਸਾ ਦਿਵਾਇਆ ਅਤੇ ਕਿਹਾ ਇਤਿਹਾਸ ਵਿੱਚ ਅੱਜ ਤੱਕ ਕੋਈ ਵੀ ਅਭਿਆਸ ਦੌਰਾਨ ਨਹੀਂ ਮਰਿਆ ਇਸ ਦਾ ਅਰਥ ਹੈ ਕਿ ਜੇਕਰ ਮੌਤ ਦਾ ਸਮਾਂ ਵੀ ਆ ਜਾਵੇ ਕੁਦਰਤੀ ਮੌਤ ਦਾ ਤੁਸੀਂ ਉਸ ਸਮੇਂ ਵੀ ਨਹੀਂ ਮਰਦੇ ਇਸ ਲਈ ਕੋਈ ਖਤਰਾ ਨਹੀਂ ਉਜੀ ਗੱਲ ਜੋ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਕਹੀ ਕਿ ਜੇ ਤੁਸੀਂ ਮਰ ਗਏ ਤਾਂ ਤੁਸੀਂ ਕੀ ਸੋਚਦੇ ਹੋ ਕੀ ਹੋਵੇਗਾ ਤੁਸੀਂ ਕਿਸ ਨੂੰ ਵੇਖੋਗੇ ਮੇਰੇ ਪਿਤਾ ਜੀ ਨੇ ਕਿਹਾ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਉੱਥੇ ਹੋਵੋਗੇ ਵੱਡੇ ਮਹਾਰਾਜ ਨੇ ਕਿਹਾ ਮੈਂ ਉੱਥੇ ਹੋਵਾਂਗਾ ਤੁਸੀਂ ਕਿਉਂ ਡਰਦੇ ਹੋ ਫਿਰ ਸਾਰਾ ਡਰ ਦੂਰ ਹੋ ਗਿਆ ਫਿਰ ਉਹ ਵਧੇਰੇ ਅਭਿਆਸ ਕਰਨ ਲੱਗ ਪਏ ਇਸ ਲਈ ਹਾਲਾਂਕਿ ਅਨੁਭਵ ਇਸੇ ਤਰ੍ਹਾਂ ਦਾ ਹੁੰਦਾ ਹੈ ਪਰ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਬਿਨਾ ਕਿਸੇ ਮਹਾਤਮਾ ਜਾਂ ਗੁਰੂ ਦੀ ਸਹਾਇਤਾ ਤੋਂ ਬਿਨਾ ਇਹ ਅਨੁਭਵ ਦਾ ਅਭਿਆਸ ਨਾ ਲਵ ਤੁਹਾਡੇ ਕੋਲ ਇੱਕ ਪਰਮ ਸੰਤ ਸਤਗੁਰੂ ਹੋਣਾ ਜ਼ਰੂਰੀ ਹੈ ਜੋ ਤੁਹਾਨੂੰ ਅੰਦਰੋਂ ਅਤੇ ਬਾਹਰੋਂ ਸੇਧ ਦਿੰਦਾ ਰਹੇ ਅਤੇ ਫਿਰ ਤੁਸੀਂ ਸੁਰੱਖਿਅਤ ਰਹੋਗੇ ਨਹੀਂ ਤਾਂ ਤੁਹਾਨੂੰ ਮਾੜਾ ਅਨੁਭਵ ਵੀ ਹੋ ਸਕਦਾ ਹੈ ਭਾਵੇਂ ਤੁਸੀਂ ਮਰੋਗੇ ਨਹੀਂ ਲੋਕ ਨਰਕਾ ਵਿੱਚ ਚਲੇ ਜਾਂਦੇ ਹਨ ਬਿਨਾਂ ਨਿਰਦੇਸ਼ ਤੋਂ ਉਹ ਭਿਆਨਕ ਅਨੁਭਵਾਂ ਵਿੱਚ ਚਲੇ ਜਾਂਦੇ ਹਨ ਇਸ ਲਈ ਅਸੀਂ ਕਿਸੇ ਲਈ ਵੀ ਬਿਨਾਂ ਸੇਧ ਦੇ ਅਭਿਆਸ ਦੀ ਸਿਫਾਰਿਸ਼ ਨਹੀਂ ਕਰਦੇ ਅਭਿਆਸ ਗਾਈਡਡ ਜਾਂ ਸੇਧ ਵਾਲਾ ਹੋਣਾ ਚਾਹੀਦਾ ਹੈ ਫਰਕ ਪਾਣੀ ਦੀ ਇੱਕ ਬੂੰਦ ਹੋਣਾ ਅਤੇ ਇੱਕ ਸਮੁੰਦਰ ਹੋਣਾ ਹੈ ਜਦੋਂ ਮੈਂ ਛੋਟਾ ਸੀ ਕਿਸੇ ਨੇ ਮੈਨੂੰ ਕਿਹਾ ਰੋਹਾਨੀ ਮਾਰਗ ਇੱਕ ਬਹੁਤ ਸ਼ਾਨਦਾਰ ਰਸਤਾ ਹੈ ਤੁਸੀਂ ਜਾਣਦੇ ਹੋ ਕੀ ਤੁਸੀਂ ਕੌਣ ਹੋ ਤੁਸੀਂ ਪਾਣੀ ਦੀ ਇੱਕ ਬੂੰਦ ਹੋ ਚੇਤਨਾ ਦੀ ਇੱਕ ਬੂੰਦ ਹੋ ਤੁਸੀਂ ਸਮੁੰਦਰ ਤੋਂ ਆਪਣੇ ਪ੍ਰਭੂ ਤੋਂ ਸਮੁੱਚਤਾ ਤੋਂ ਵੱਖ ਹੋ ਗਏ ਹੋ ਇਹ ਬੂੰਦ ਭਟਕਦੀ ਹੈ ਇੱਧਰ ਉੱਧਰ ਗੁੰਮ ਹੋ ਜਾਂਦੀ ਹੈ ਅਤੇ ਵਾਪਸ ਜਾ ਕੇ ਸਮੁੰਦਰ ਵਿੱਚ ਲੀਨ ਹੋਣਾ ਚਾਹੁੰਦੀ ਹੈ ਜਦੋਂ ਮੈਂ ਇਹ ਸੁਣਿਆ ਮੈਂ ਕਿਹਾ ਮੈਨੂੰ ਇੱਕ ਖੇਡ ਚੰਗੀ ਨਹੀਂ ਜਾਪਦੀ ਕਿਉਂਕਿ ਜੇ ਮੈਂ ਇੱਕ ਬੂੰਦ ਹਾਂ ਮੈਨੂੰ ਪਤਾ ਹੈ ਕਿ ਮੈਂ ਇੱਕ ਬੂੰਦ ਹਾਂ ਕਟੋ ਕਟ ਮੇਰੀ ਇੱਕ ਪਛਾਣ ਹੈ ਜੇ ਮੈਂ ਸਮੁੰਦਰ ਵਿੱਚ ਲੀਨ ਹੋ ਜਾਂਦਾ ਹਾਂ ਤਾਂ ਮੈਨੂੰ ਕੋਣ ਸਿਆਣੇਗਾ ਮੈਂ ਆਪਣੀ ਪਛਾਣ ਗਵਾ ਬੈਠਾਂਗਾ ਸਮੁੰਦਰ ਨੂੰ ਇਸ ਇੱਕ ਹੋਰ ਬੂੰਦ ਦੀ ਕੋਈ ਪ੍ਰਵਾਹ ਨਹੀਂ ਹੋਵੇਗੀ ਇਹ ਤਾਂ ਹਾਰ-ਹਾਰ ਦੀ ਖੇਡ ਹੈ ਇੱਕ ਬੂੰਦ ਦਾ ਸਮੁੰਦਰ ਵਿੱਚ ਜਾ ਕੇ ਅਪੇਦ ਹੋਣਾ ਇਸ ਖੇਡ ਵਿੱਚ ਕੋਈ ਜਿੱਤ ਨਹੀਂ ਹੈ ਪਰ ਮੇਰੀ ਪੂਰੀ ਧਾਰਨਾ ਗਲਤ ਸੀ ਸੱਚ ਇਹ ਹੈ ਕਿ ਮੈਂ ਇੱਕ ਬੂੰਦ ਹਾਂ ਵਰਮੇ ਕਦੇ ਸਮੁੰਦਰ ਨੂੰ ਛੱਡਿਆ ਹੀ ਨਹੀਂ ਸੀ ਮੈਂ ਸਮੁੰਦਰ ਦੇ ਅੰਦਰ ਇੱਕ ਬੂੰਦ ਸੀ ਅਤੇ ਇਹ ਚੇਤਨਾ ਹੈ ਜਿਸ ਨੇ ਮੈਨੂੰ ਬੂੰਦ ਬਣਾ ਦਿੱਤਾ ਮੈਂ ਆਪਣੀ ਚੇਤਨਾ ਫਲਾਈ ਅਤੇ ਖੋਜਿਆ ਕਿ ਮੈਂ ਹਮੇਸ਼ਾ ਸਮੁੰਦਰ ਹੀ ਸੀ ਇਹ ਨਹੀਂ ਕਿ ਮੈਂ ਜਾ ਕੇ ਸਮੁੰਦਰ ਵਿੱਚ ਲੀਨ ਹੋਣਾ ਹੈ ਫਿਰ ਮੈਨੂੰ ਸਮਝ ਆਇਆ ਕਿ ਸਾਡੀ ਹਕੀਕਤ ਇੱਕ ਹੀ ਹੈ ਇਸ ਵੱਖਰੇਪਨ ਕਰਕੇ ਇਹ ਲੱਗਿਆ ਕਿ ਅਸੀਂ ਇੱਕ ਬੂੰਦ ਹਾਂ ਕਿ ਅਸੀਂ ਵੱਖੋ-ਵੱਖ ਹਾਂ ਪਰ ਨਹੀਂ ਕਿ ਅਸਲ ਵਿੱਚ ਵੱਖਰੇ ਹੋਏ ਇਹ ਸਿਰਫ ਵੱਖਰੇ ਹੋਣ ਦਾ అనుਭਵ ਕਰਨ ਲਈ ਹੈ ਜੋ ਕਿ ਸਾਡਾ ਪਹਿਲਾ ਪਹਿਰਾਵਾ ਹੈ ਸਾਡਾ ਪਹਿਲਾ ਸਰੀਰ ਸਾਡੀ ਆਤਮਾ ਵੀ ਸਾਡਾ ਇੱਕ ਸਰੀਰ ਹੈ ਸਭ ਤੋਂ ਪਹਿਲਾ ਸਰੀਰ ਫਿਰ ਆਉਂਦਾ ਹੈ ਮਨ ਫਿਰ ਆਉਂਦੀਆਂ ਹਨ ਗਿਆਨ ਇੰਦਰੀਆਂ ਫਿਰ ਇਹ ਸਥੂਲ ਸਰੀਰ ਆਉਂਦਾ ਹੈ ਇਸ ਲਈ ਵੱਖਰਾਪਨ ਖੁਦ ਇੱਕ ਭਰਮ ਹੈ ਸੱਚ ਅਖੰਡ ਕੀ ਹੈ ਇਕ ਸਮੁੰਦਰ ਕੀ ਹੈ ਇਹ ਬਹੁਤ ਸਾਰੀਆਂ ਬੂੰਦਾਂ ਹਨ ਕੀ ਤੁਸੀਂ ਕਦੇ ਸੋਚਿਆ ਹੈ ਸਮੁੰਦਰ ਸਿਰਫ ਬੂੰਦਾਂ ਨਾਲ ਭਰਿਆ ਹੋਇਆ ਹੈ ਇਹ ਸਿਰਫ ਜਾਗਰੂਕਤਾ ਦਾ ਅੰਤਰ ਹੈ ਮੰਨ ਲਓ ਇੱਥੇ ਇੱਕ ਪਾਣੀ ਦਾ ਕੱਪ ਹੈ ਉਹ ਬੂੰਦਾਂ ਨਾਲ ਭਰਿਆ ਹੋਇਆ ਹੈ ਇਹ ਇੱਕ ਪਾਣੀ ਦਾ ਬਿਆਲਾ ਵੀ ਹੈ ਬੂੰਦਾਂ ਇਸ ਤੋਂ ਵੱਖ ਨਹੀਂ ਹਨ ਪਰ ਜੇ ਚੇਤਨਾ ਦਾ ਪਰਦਾ ਡਿੱਗਦਾ ਹੈ ਕਿ ਮੈਂ ਪਾਣੀ ਦਾ ਸਿਰਫ ਇੱਕ ਕੋਨੇ ਦਾ ਹਿੱਸਾ ਹਾਂ ਤਾਂ ਇਹ ਵਕਰਾ ਹੋ ਜਾਂਦਾ ਹੈ ਜਦੋਂ ਇਸ ਨੂੰ ਆਪਣੀ ਸਮੁੱਚਤਾ ਬਾਰੇ ਪਤਾ ਲੱਗਦਾ ਹੈ ਤਾਂ ਇਹ ਫੈਲ ਜਾਂਦਾ ਹੈ ਜੇਕਰ ਤੁਸੀਂ ਸੋਚੋ ਕਿ ਤੁਸੀਂ ਸਿਰਫ ਇੱਕ ਬੂੰਦ ਹੋ ਤਾਂ ਵੀ ਉਹ ਬੂੰਦ ਸਮੁੰਦਰ ਦੇ ਅੰਦਰ ਹੀ ਹੈ ਬਾਹਰ ਨਹੀਂ ਸੱਚਖੰਡ ਬੂੰਦਾਂ ਨਾਲ ਭਰਿਆ ਹੋਇਆ ਹੈ ਸਾਰੀਆਂ ਵਿਅਕਤੀਗਤ ਰੂਹਾਂ ਜਿਨ੍ਹਾਂ ਨੂੰ ਇੱਕੋ ਸਮੇਂ ਦੌਰਾ ਅਨੁਭਵ ਹੁੰਦਾ ਹੈ ਦੌਰੇ ਅਨੁਭਵ ਦਾ ਮਤਲਬ ਹੈ ਇੱਕ ਬੂੰਦ ਹੋਣਾ ਅਤੇ ਸਮੁੰਦਰ ਦਾ ਹਿੱਸਾ ਹੋਣਾ ਅਤੇ ਸਮੁੰਦਰ ਹੋਣਾ ਹੁਣ ਕਿਉਂਕਿ ਇੱਥੇ ਕੋਈ ਸਮਾਂ ਅਤੇ ਸਪੇਸ ਨਹੀਂ ਹੈ ਇਹ అనుభవ ਜਾਂ ਆਪਣੇ ਆਪ ਦਾ ਇਹ ਗਿਆਨ ਕਿ ਤੁਸੀਂ ਇੱਕੋ ਸਮੇਂ ਵਿਅਕਤੀਗਤ ਹੋ ਅਤੇ ਸਮੂੱਚੇ ਹੋ ਇੱਕੋ ਸਮੇਂ ਹੁੰਦਾ ਹੈ ਇਹ ਵੱਖ-ਵੱਖ ਨਹੀਂ ਹੁੰਦਾ ਇਹ ਇਦਾਂ ਨਹੀਂ ਕਿ ਕਦੇ ਤੁਸੀਂ ਸੋਚੋਗੇ ਤੁਸੀਂ ਇਹ ਹੋ ਕਦੇ ਤੁਸੀਂ ਸੋਚੋਗੇ ਤੁਸੀਂ ਉਹ ਹੋ ਅਜੇ ਹਾ ਸਿਰਫ ਸਮੇਂ ਅਤੇ ਸਪੇਸ ਵਿੱਚ ਹੁੰਦਾ ਹੈ ਸੱਚकांड ਵਿੱਚ ਅਜਿਹੀ ਕੋਈ ਚੀਜ਼ ਨਹੀਂ ਹੁੰਦੀ ਅਸੀਂ ਹਰ ਵਕਤ ਬੂੰਦ ਅਤੇ ਸਮੁੰਦਰ ਨੂੰ ਇੱਕੋ ਹੀ ਸਮੇਂ ਜਾਣ ਸਕਦੇ ਹਾਂ ਇਹ ਵਿਆਪਕ ਜਾਂ ਯੂਨੀਵਰਸਲ ਮਨ ਬਾਰੇ ਵੀ ਇਦਾਂ ਹੀ ਹੈ ਮਨ ਇੱਕ ਹੈ ਅਤੇ ਇਹ ਤੀਜੇ ਪਦਰਤੇ ਬਣਾਇਆ ਗਿਆ ਹੈ ਅਤੇ ਇਸ ਦੇ ਹੇਠਾਂ ਵੱਖਰੇ ਵੱਖਰੇ ਮਨ ਬਣਾਏ ਜਾਂਦੇ ਹਨ ਹਰ ਵੱਖਰਾ ਮਨ ਇੱਕ ਵੱਖਰੀ ਆਤਮਾ ਨਾਲ ਜੁੜ ਜਾਂਦਾ ਹੈ ਪਰ ਇਹ ਫਿਰ ਇੱਕ ਭੁਲੇਖਾ ਹੈ ਜੋ ਮਨ ਦੇ ਵਿਅਕਤੀਗਤ ਹੋਣ ਕਰਕੇ ਹੋਇਆ ਹੈ ਇੱਥੇ ਇੱਕ ਵਿਸ਼ਵਵਿਆਪੀ ਜਾਂ ਯੂਨੀਵਰਸਲ ਮਨ ਹੈ ਉਹ ਇੱਕ ਮਨ ਸਭ ਵਿੱਚ ਕੰਮ ਕਰਦਾ ਹੈ ਪਰ ਕਿਉਂਕਿ ਅਸੀਂ ਭਲੇਖੇ ਦੀ ਪ੍ਰਕਿਰਿਆ ਰਾਹੀਂ ਸਭ ਕੁਝ ਬਣਾਉਂਦੇ ਹਾਂ ਇਹ ਪਰਮ ਦੁਆਰਾ ਪੈਦਾ ਕਰਨ ਦੀ ਇੱਕ ਬਹੁਤ ਵਧੀਆ ਪ੍ਰਕਿਰਿਆ ਹੈ ਕਿਉਂਕਿ ਸਾਨੂੰ ਅਸਲੀ ਕੁਝ ਵੀ ਪੈਦਾ ਨਹੀਂ ਕਰਨਾ ਪੈਂਦਾ ਅਸੀਂ ਇੱਕ ਭਲੇਖਾ ਪੈਦਾ ਕਰਦੇ ਹਾਂ ਅਸੀਂ ਉਸ ਭਲੇਖੇ ਨੂੰ ਅਲੱਗ ਕਰਕੇ ਇਸ ਨੂੰ ਅਸਲ ਬਣਾ ਦਿੰਦੇ ਹਾਂ ਇਹ ਇਸ ਤਰ੍ਹਾਂ ਹੁੰਦਾ ਹੈ ਇੱਕ ਤਰ੍ਹਾਂ ਨਾਲ ਮੈਂ ਇੱਕ ਫਿਲਮ ਦੇਖਣ ਜਾਣ ਦੀ ਇਹ ਉਦਾਹਰਨ ਦੇ ਸਕਦਾ ਹਾਂ ਅਸੀਂ ਪਰਦੇ ਤੇ ਫਿਲਮ ਨੂੰ ਵੇਖ ਰਹੇ ਹਾਂ ਅਤੇ ਸਾਰੇ ਪਾਤਰ ਉੱਥੇ ਚੱਲ ਰਹੇ ਹਨ ਇੱਕ ਦੂਜੇ ਨਾਲ ਗੱਲ ਕਰ ਰਹੇ ਹਨ ਦੌੜ ਰਹੇ ਹਨ ਇੱਕ ਦੂਜੇ ਨੂੰ ਮਾਰ ਰਹੇ ਹਨ ਇੱਕ ਦੂਜੇ ਨੂੰ ਜੱਫੀ ਪਾ ਰਹੇ ਹਨ ਜੋ ਕੁਝ ਉਹ ਪਰਦੇ ਤੇ ਇੱਕ ਦੂਜੇ ਨਾਲ ਕਰ ਰਹੇ ਹਨ ਅਸੀਂ ਇਸ ਨੂੰ ਇਸ ਤਰ੍ਹਾਂ ਲੈਂਦੇ ਹਾਂ ਕਿ ਇਹ ਅਸਲ ਹੋ ਰਿਹਾ ਹੈ ਅਸੀਂ ਸਕਰੀਨ ਨੂੰ ਵੇਖ ਰਹੇ ਹਾਂ ਸਕਰੀਨ ਤੇ ਕੋਈ ਵੀ ਫਿਲਮ ਨਹੀਂ ਫਿਲਮ ਸਾਡੇ ਪਿੱਛੇ ਪ੍ਰੋਜੈਕਟਰ ਵਿੱਚ ਹੈ ਅਸੀਂ ਕਦੇ ਵੀ ਕੋਈ ਵੀ ਪਿੱਛੇ ਨਹੀਂ ਵੇਖਦਾ ਕਿ ਇਹ ਫਿਲਮ ਕਿੱਥੋਂ ਆ ਰਹੀ ਹੈ ਅਸੀਂ ਇੱਕ ਟਿਕਟ ਖਰੀਦਦੇ ਹਾਂ ਅਤੇ ਸਕਰੀਨ ਤੇ ਫਿਲਮ ਵੇਖਦੇ ਹਾਂ ਉਸ ਨੂੰ ਅਸਲੀ ਦੇ ਰੂਪ ਵਿੱਚ ਲੈਂਦੇ ਹਾਂ ਇਨਾ ਅਸਲ ਕਿ ਅਸੀਂ ਰੋਂਦੇ ਵੀ ਹਾਂ ਪਰਦੇ ਤੇ ਪਰਛਾਵੇਂ ਵਾਂਗ ਜੋ ਹੋ ਰਿਹਾ ਹੈ ਉਸ ਤੇ ਅਸੀਂ ਹੱਸਦੇ ਹਾਂ ਅਸੀਂ ਇਸ ਨੂੰ ਅਸਲ ਵਜੋਂ ਲੈ ਰਹੇ ਹਾਂ ਸ਼ੁਨਾਦ ਦਾ ਇੱਕ ਦਾਰਸ਼ਨਿਕ ਰਿਸ ਟੋਟੋ ਕਹਿੰਦਾ ਹੈ ਪੂਰੇ ਡਰਾਮੇ ਨੂੰ ਕਿਸੇ ਤਰ੍ਹਾਂ ਬਣਾਇਆ ਗਿਆ ਹੈ ਤਾਂ ਜੋ ਤੁਸੀਂ ਇਸ ਨੂੰ ਅਸਲੀ ਰੂਪ ਵਿੱਚ ਲੈ ਸਕੋ ਉਹ ਕਹਿੰਦਾ ਹੈ ਇਥੋਂ ਤੱਕ ਕਿ ਸਾਡੀ ਸ਼ੰਕਾ ਵੀ ਭਾਵੇਂ ਕਿ ਸਾਨੂੰ ਸ਼ੱਕ ਕਰਨਾ ਚਾਹੀਦਾ ਹੈ ਕਿ ਇਹ ਅਸਲ ਹੈ ਜਾਂ ਨਹੀਂ ਪਰ ਕੁਝ ਸਮੇਂ ਲਈ ਇਸ ਨੂੰ ਵੀ ਰੋਕ ਲਿਆ ਜਾਂਦਾ ਹੈ ਉਹ ਕਹਿੰਦਾ ਹੈ ਜਾਣ ਬੁੱਝ ਕੇ ਅਵਿਸ਼ਵਾਸ ਦੀ ਭਾਵਨਾ ਨੂੰ ਰੋਕ ਲਿਆ ਜਾਂਦਾ ਹੈ ਉਸ ਜਨਾਨਿਕ ਕਥਨ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰ ਰਿਹਾ ਹਾਂ ਕਿ ਜਦੋਂ ਅਸੀਂ ਨਾਟਕ ਵੇਖਦੇ ਹਾਂ ਤਾਂ ਅਸੀਂ ਖੁਸ਼ੀ-ਖੁਸ਼ੀ ਆਪਣੇ ਅਵਿਸ਼ਵਾਸ ਨੂੰ ਮੁਅਤਲ ਕਰ ਦਿੰਦੇ ਹਾਂ ਅਤੇ ਵਿਸ਼ਵਾਸ ਕਰਨਾ ਸ਼ੁਰੂ ਕਰਦੇ ਹਾਂ ਕਿ ਇਹ ਅਸਲ ਹੈ ਅਸੀਂ ਅਜਿਹਾ ਕਿਉਂ ਕਰਦੇ ਹਾਂ ਉਹ ਦੂਸਰਾ ਉੱਤਰ ਦਿੰਦਾ ਹੈ ਤਾਂ ਜੋ ਅਸੀਂ ਉਹਨਾਂ ਪਾਤਰਾਂ ਨਾਲ ਪਛਾਣ ਕਰ ਸਕੀਏ ਅਤੇ ਕਹਿ ਸਕੀਏ ਮੈਂ ਉਸ ਪਾਤਰ ਵਰਗਾ ਹਾਂ ਉਹ ਦੁਖੀ ਹੈ ਤਾਂ ਮੈਂ ਵੀ ਦੁਖੀ ਹਾਂ ਉਹ ਰੋ ਰਿਹਾ ਹੈ ਤਾਂ ਮੈਂ ਵੀ ਰੋ ਰਿਹਾ ਹਾਂ ਇਹ ਤੁਸੀਂ ਆਪਣੀਆਂ ਵਾਧੂ ਭਾਵਨਾਵਾਂ ਤੋਂ ਛੁਟਕਾਰਾ ਪਾਉਣ ਲਈ ਕਰਦੇ ਹੋ ਉਹ ਦੱਸਦਾ ਹੈ ਇਹ ਭਾਵਨਾਵਾਂ ਦੀ ਨਿਕਾਸੀ ਦਾ ਸਾਧਨ ਹੈ ਇਹਨਾਂ ਲੋਕਾਂ ਨੇ ਸਮਝਾਇਆ ਹੈ ਕਿ ਨਾਟਕ ਸਾਡੇ ਲਈ ਕਿਵੇਂ ਅਸਰੀ ਹੋ ਸਕਦਾ ਹੈ ਅਤੇ ਇਹੋ ਚੀਜ਼ ਸਾਡੇ ਨਾਲ ਇਸ ਵੱਡੇ ਡਰਾਮੇ ਵਿੱਚ ਵਾਪਰ ਰਹੀ ਹੈ ਨਾਟਕ ਦੇ ਹਰ ਪੱਧਰ ਤੇ ਇਸੇ ਤਰ੍ਹਾਂ ਹੀ ਹੋ ਰਿਹਾ ਹੈ ਨਾਟਕ ਦਾ ਅਸਲੀ ਉਦੇਸ਼ ਤਾਂ ਇਸ ਦਾ ਰੋਮਾਂਚਕ ਹੋਣਾ ਆਨੰਦ ਲੈਣਾ ਸੀ ਅਸੀਂ ਇਸ ਦੇ ਲਈ ਕੀਮਤ ਅਦਾ ਕੀਤੀ ਪਰ ਫਿਰ ਦੁਖੀ ਹੋਏ ਰੋ ਕੇ ਬਾਹਰ ਆਏ ਹੋ ਸਕਦਾ ਹੈ ਕਿ ਇਸ ਨਾਟਕ ਵਿੱਚੋਂ ਸਾਡੇ ਵਿੱਚੋਂ ਬਹੁਤ ਸਾਰੇ ਰੋ ਕੇ ਬਾਹਰ ਆਉਣ ਸਾਨੂੰ ਹੱਸਦੇ ਹੋਏ ਬਾਹਰ ਆਉਣਾ ਚਾਹੀਦਾ ਹੈ ਜੇ ਸਾਨੂੰ ਪਤਾ ਲੱਗ ਜਾਵੇ ਕਿ ਇਹ ਇੱਕ ਨਾਟਕ ਹੈ ਆਖਰਕਾਰ ਨਾਟਕ ਦੇ ਖਤਮ ਹੋਣ ਤੇ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਅਤੇ ਜੇ ਤੁਸੀਂ ਨਾਟਕ ਨੂੰ ਆਧ ਵਿੱਚ ਹੀ ਖਤਮ ਕਰ ਸਕਦੇ ਹੋ ਅਤੇ ਇਹ ਕਹਿ ਸਕੋ ਇਹ ਤਾਂ ਸਿਰਫ ਇੱਕ ਪ੍ਰਦਰਸ਼ਨ ਸੀ ਚਿੰਤਾ ਨਾ ਕਰੋ ਅਸੀਂ ਠੀਕ ਹਾਂ ਤਾਂ ਅਸੀਂ ਪ੍ਰਦਰਸ਼ਨ ਦਾ ਆਨੰਦ ਲਵਾਂਗੇ ਪਰ ਜੇ ਅਸੀਂ ਪ੍ਰਦਰਸ਼ਨ ਨੂੰ ਇੱਕੋ ਇੱਕ ਅਸਲੀਅਤ ਦੇ ਤੌਰ ਤੇ ਲੈਂਦੇ ਹਾਂ ਤਾਂ ਅਸੀਂ ਪ੍ਰਦਰਸ਼ਨ ਦੇ ਉਸ ਪਾਤਰ ਦੇ ਤੌਰ ਤੇ ਦੁਖੀ ਹੋਵਾਂਗੇ ਮੁਸ਼ਕਲ ਇਹ ਹੈ ਇੱਕ ਫਿਲਮ ਵਿੱਚ ਅਸੀਂ ਸਟੇਜ ਤੇ ਨਹੀਂ ਹੁੰਦੇ ਅਸੀਂ ਸਰੋਤਿਆਂ ਵਿੱਚ ਬੈਠੇ ਹੁੰਦੇ ਹਾਂ ਅਤੇ ਅਵਿਸ਼ਵਾਸ ਸੀਮਤ ਹੁੰਦਾ ਹੈ ਇਸ ਲਈ ਉੱਥੇ ਜੋ ਵੀ ਹੋ ਰਿਹਾ ਹੁੰਦਾ ਹੈ ਉਸ ਨਾਲ ਅਸੀਂ ਪੂਰੀ ਤਰ੍ਹਾਂ ਪ੍ਰਭਾਵਿਤ ਨਹੀਂ ਹੁੰਦੇ ਜੇ ਇਹ 3D ਫਿਲਮ ਜਾਂ 4D ਫਿਲਮ ਹੁੰਦੀ ਤਾਂ ਸਾਡੇ ਤੇ ਅਸਰ ਪੈਣਾ ਸੀ ਮੈਂ ਕੱਲ ਲੰਡਨ ਆਈ ਗਿਆ ਸੀ ਅੰਜੂ ਅਤੇ ਮੇਰੀ ਭੈਣ ਦਾ ਧੰਨਵਾਦ ਉਹ ਮੈਨੂੰ ਇੱਥੇ ਲੈ ਕੇ ਆਏ ਅਤੇ ਫਿਰ ਉੱਥੇ ਇੱਕ ਫੋਰਡੇ ਥੋੜਾ ਜਿਹਾ ਕੁਝ ਮਿੰਟਾਂ ਲਈ ਉੱਥੇ ਦਿਖਾਉਂਦੇ ਹਨ ਜਦੋਂ ਉਹ ਸਕਰੀਨ ਤੇ ਪਾਣੀ ਨੂੰ ਛਿੜਕਦੇ ਹਨ ਅਸਲ ਪਾਣੀ ਤੁਹਾਡੇ ਤੇ गिरਦਾ ਹੈ ਸੋ ਇਸ ਤਰ੍ਹਾਂ ਉਹਨਾਂ ਨੇ ਇਸ ਨੂੰ ਹੋਰ ਅਸਲ ਬਣਾਇਆ ਹੁਣ ਉਹ ਅਮਰੀਕਾ ਵਿੱਚ ਡਿਜ਼ਨੀ ਵਰਲਡ ਵਿੱਚ ਵਰਚੁਅਲ ਰਿਐਲਿਟੀ ਬਣਾ ਰਹੇ ਹਨ ਉਹ ਤੁਹਾਨੂੰ ਕੁਝ ਦਸਤਾਨੇ ਪਵਾ ਦਿੰਦੇ ਹਨ ਸੰਵੇਦੀ ਦਸਤਾਨੇ ਉਹ ਸਾਰੀਆਂ ਗਿਆਨ ਇੰਦਰੀਆਂ ਪੈਦਾ ਕਰਦੇ ਹਨ ਜਿਵੇਂ ਕਿ ਉਹ ਅਸਲ ਹੋਣ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸੱਚਮੁੱਚ ਉੱਥੇ ਹੋ ਤੁਸੀਂ ਅਸਲ ਆਪਣੇ ਆਪ ਨੂੰ ਉਹਨਾਂ ਪਾਤਰਾਂ ਵਿੱਚ ਮਹਿਸੂਸ ਕਰਦੇ ਹੋ ਜੋ ਅਸਲ ਨਹੀਂ ਹੁੰਦੇ ਤੁਸੀਂ ਉੱਥੇ ਕਾਰਟੂਨਾਂ ਦੇ ਨਾਲ ਚੱਲ ਸਕਦੇ ਹੋ ਉਹੀ ਕੰਮ ਅਸੀਂ ਇੱਥੇ ਕਰ ਰਹੇ ਹਾਂ ਪਰ ਇਸ ਤੋਂ ਅ ਗਿਆਨ ਹੋਣ ਕਰਕੇ ਕਿ ਇਹ ਕਿਸ ਤਰ੍ਹਾਂ ਹੋ ਰਿਹਾ ਹੈ ਅਸੀਂ ਇਸ ਨੂੰ ਅਸਲ ਲੈਂਦੇ ਹਾਂ ਇਸ ਪਰਮ ਨੂੰ ਹਕੀਕਤ ਵਿੱਚ ਲਿਆ ਕੇ ਪ੍ਰਦਰਸ਼ਨ ਦੀ ਕੀਮਤ ਵਧਾਉਣਾ ਹੈ ਨਾ ਕਿ ਇਸ ਨੂੰ ਅਸਲ ਬਣਾ ਕੇ ਇਸ ਦੇ ਮੂਲ ਨੂੰ ਘਟਾਉਣਾ ਹੈ ਤੁਸੀਂ ਨਿਊਯਾਰਕ ਦੇ ਬਰੋਡਵੇ ਸ਼ੋਅ ਤੇ ਜਾਂਦੇ ਹੋ ਇੱਕ ਸਧਾਰਨ ਸ਼ੋਅ ਮੂਰਖਤਾ ਪੂਰਨ ਹਾਸੇ ਵਾਲਾ ਪ੍ਰਦਰਸ਼ਨ ਤੁਸੀਂ 5 ਡਾਲਰ ਦੀ ਟਿਕਟ ਲੈ ਕੇ ਗਲੀ ਵਿੱਚ ਇਸ ਦਾ ਪ੍ਰਦਰਸ਼ਨ ਦੇਖ ਸਕਦੇ ਹੋ ਤੁਸੀਂ ਇੱਕ ਸ਼ੋਅ ਤੇ ਜਾਂਦੇ ਹੋ ਜਿੱਥੇ ਲੋਕ ਅਸਲ ਵਿੱਚ ਕੰਮ ਕਰ ਰਹੇ ਹੁੰਦੇ ਹਨ ਤੁਸੀਂ ਮਹਿਸੂਸ ਕਰਦੇ ਹੋ ਕਿ ਉਹ ਸੱਚਮੁੱਚ ਅਸਲੀ ਹੈ ਤੁਸੀਂ ਟਿਕਟ ਲਈ 175 ਡਾਲਰ ਦਾ ਭੁਗਤਾਨ ਕਰਦੇ ਹੋ ਤੁਸੀਂ ਇਹ ਨਕਲੀ ਪ੍ਰਦਰਸ਼ਨ ਵੇਖਣ ਲਈ ਵਧੇਰੇ ਕੀਮਤ ਅਦਾ ਕਰਦੇ ਹੋ ਜੋ ਕਿ ਵਧੇਰੇ ਅਸਲ ਦਿਖਾਈ ਦਿੰਦਾ ਹੈ ਇਸ ਲਈ ਅਸੀਂ ਹਕੀਕਤ ਬਣਾਉਣ ਲਈ ਕੁਝ ਕੀਮਤ ਅਦਾ ਕਰਦੇ ਹਾਂ ਅਸੀਂ ਹਕੀਕਤ ਲਈ ਕੀਮਤ ਕਰਨਾ ਅਸੀਂ ਹਕੀਕਤ ਲਈ ਕੀਮਤ ਅਦਾ ਕਰਨਾ ਪਸੰਦ ਕਰਦੇ ਹਾਂ ਇਹ ਵਧੇਰੇ ਅਸਲ ਵਧੇਰੇ ਅਸਲ ਹੋਣਾ ਚਾਹੀਦਾ ਹੈ ਇੱਕ ਫਿਲਮ ਬਣੀ ਸੀ ਗਾਂਧੀ ਗਾਂਧੀ ਇੱਕ ਭਾਰਤੀ ਨੇਤਾ ਸੀ ਅਤੇ ਬ੍ਰਿਟਿਸ਼ ਅਦਾਕਾਰ ਬੇਨ ਕਿੰਗਸ ਨੇ ਉਸਦੀ ਅਦਾਕਾਰੀ ਕੀਤੀ ਸੀ ਉਹ ਇੱਕ ਅਦਾਕਾਰ ਹੈ ਬੇਨ ਕਿੰਗਸ ਨੇ ਉਸਨੇ ਗਾਂਧੀ ਵਜੋਂ ਕੰਮ ਕੀਤਾ ਸੀ ਆਪਣੇ ਇੰਟਰਵਿਊ ਵਿੱਚ ਉਸਨੇ ਕਿਹਾ ਕਿ ਸ਼ੂਟਿੰਗ ਤੋਂ ਤਿੰਨ ਮਹੀਨੇ ਪਹਿਲਾਂ ਹਰ ਦਿਨ ਮੈਂ ਭੁੱਲਣ ਦੀ ਕੋਸ਼ਿਸ਼ ਕਰਦਾ ਹਾਂ ਕਿ ਮੈਂ ਬੇਨ ਕਿੰਗਸ ਨੇ ਸੋਚਦਾ ਹਾਂ ਕਿ ਮੈਂ ਗਾਂਧੀ ਹਾਂ ਜਦੋਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਗਾਂਧੀ ਹਾਂ ਤਾਂ ਮੈਂ ਸ਼ੂਟਿੰਗ ਸ਼ੁਰੂ ਕੀਤੀ ਤਾਂ ਕਿ ਅਸਲ ਵਿੱਚ ਮੈਂ ਗਾਂਧੀ ਦੀ ਤਰ੍ਹਾਂ ਕੰਮ ਕਰ ਸਕਾਂ ਇਸ ਲਈ ਅਸੀਂ ਅਸਲ ਪ੍ਰਦਰਸ਼ਨ ਨੂੰ ਵੇਖਣ ਲਈ ਬਹੁਤ ਸਾਰੀ ਕੀਮਤ ਅਦਾ ਕਰਦੇ ਹਾਂ ਨਕਲੀ ਪ੍ਰਦਰਸ਼ਨ ਲਈ ਨਹੀਂ ਇਸ ਲਈ ਇਸ ਪ੍ਰਦਰਸ਼ਨ ਨੂੰ ਕਈ ਤਰੀਕਿਆਂ ਨਾਲ ਬਿਲਕੁਲ ਅਸਲ ਬਣਾਇਆ ਗਿਆ ਹੈ ਇਹ ਸਥੂਲ ਪ੍ਰਦਰਸ਼ਨ ਜਿਸ ਨੂੰ ਹੁਣ ਅਸੀਂ ਵੇਖ ਰਹੇ ਹਾਂ ਇਸ ਨੂੰ ਅਸਲ ਬਣਾਇਆ ਗਿਆ ਹੈ ਸਭ ਤੋਂ ਪਹਿਲਾਂ ਸਾਨੂੰ ਨਹੀਂ ਪਤਾ ਕਿ ਇਹ ਕਿੱਥੇ ਬਣਾਇਆ ਗਿਆ ਸੀ ਸਾਨੂੰ ਇਸ ਪਦਰ ਤੋਂ ਇਲਾਵਾ ਕਿਸੇ ਵੀ ਹੋਰ ਪਦਰ ਦੀ ਚੇਤਨਾ ਦਾ ਗਿਆਨ ਨਹੀਂ ਹੈ ਇਸ ਲਈ ਅਸੀਂ ਇਸ ਤੇ اٹਕ ਗਏ ਹਾਂ ਜਿਵੇਂ ਕਿ ਇਹ ਹੀ ਅਸਲ ਹੋਵੇ ਦੂਜਾ ਅਸੀਂ ਹਕੀਕਤ ਦੀ ਪਰਿਭਾਸ਼ਾ ਇਸ ਤਰ੍ਹਾਂ ਕਰਦੇ ਹਾਂ ਕਿ ਇੱਕ ਗਿਆਨ ਇੰਦਰੀ ਦੂਜੀ ਨੂੰ ਸਿੱਧ ਕਰ ਸਕੇ ਜਿਵੇਂ ਕਿ ਅਸੀਂ ਕਹਿੰਦੇ ਹਾਂ ਕੀ ਇਹ ਕੱਪ ਅਸਲ ਹੈ ਜਾਂ ਨਹੀਂ ਉਹ ਮੈਂ ਇਸ ਨੂੰ ਛੂ ਸਕਦਾ ਹਾਂ ਮੈਂ ਇਸ ਨੂੰ ਸੁੰਘ ਸਕਦਾ ਹਾਂ ਮੈਂ ਇਹ ਪੀ ਸਕਦਾ ਹਾਂ ਇਹ ਅਸਲ ਹੈ ਅਸੀਂ ਇੱਕ ਗਿਆਨ ਇੰਦਰੀ ਨੂੰ ਜੋ ਕਿ ਦੂਜੀਆਂ ਗਿਆਨ ਇੰਦਰੀਆਂ ਦੀ ਤਰ੍ਹਾਂ ਹੈ ਇਹ ਸਾਬਤ ਕਰਨ ਲਈ ਵਰਤਦੇ ਹਾਂ ਕਿ ਇਹ ਸਭ ਅਸਲ ਹੈ ਇਹ ਬਿਲਕੁਲ ਇੱਕ ਸੁਪਨੇ ਵਿੱਚ ਜਾਣ ਵਾਂਗ ਹੈ ਮੰਨ ਲਓ ਕਿ ਮੈਂ ਸੁਪਨੇ ਵਿੱਚ ਇਹੀ ਪਾਣੀ ਦਾ ਕੱਪ ਦੇਖਿਆ ਅਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਇਹ ਕੱਪ ਸੁਪਨੇ ਦਾ ਕੱਪ ਹੈ ਜਾਂ ਅਸਲ ਹੈ ਮੈਂ ਕਹਿੰਦਾ ਹਾਂ ਉਹ ਮੈਂ ਇਸ ਨੂੰ ਛੂ ਸਕਦਾ ਹਾਂ ਇਹ ਅਸਲ ਹੈ ਨਹੀਂ ਮੈਂ ਮਾਰਕ ਨੂੰ ਉੱਥੇ ਬੁਲਾ ਲੈਂਦਾ ਹਾਂ ਉਹ ਸੁਪਨੇ ਵਿੱਚ ਹੀ ਮਾਰਕ ਕੀ ਤੁਸੀਂ ਵੀ ਇਹ ਕੱਪ ਵੇਖ ਰਹੇ ਹੋ ਉਹ ਕਹਿੰਦਾ ਹੈ ਹਾਂ ਮੈਂ ਵੇਖ ਸਕਦਾ ਹਾਂ ਤਾਂ ਉਹ ਸੱਚਾ ਹੋਣਾ ਚਾਹੀਦਾ ਹੈ ਹੁਣ ਦੋ ਲੋਕ ਇਸ ਨੂੰ ਵੇਖ ਰਹੇ ਹਨ ਹੁਣ ਸੋ ਲੋਕ ਉੱਥੇ ਹਨ ਉਹ ਸਾਰੇ ਉਸ ਕੱਪ ਨੂੰ ਵੇਖ ਰਹੇ ਹਨ ਇਹ ਅਸਲ ਹੋਣਾ ਚਾਹੀਦਾ ਹੈ ਤਾਂ ਮੈਂ ਕਹਿੰਦਾ ਹਾਂ ਇਹ ਅਸਲ ਹੈ ਇਹ ਇੱਕ ਸੁਪਨਾ ਨਹੀਂ ਹੈ ਪਰ ਫਿਰ ਮੈਂ ਜਾਗ ਜਾਂਦਾ ਹਾਂ ਉੱਥੇ ਕੋਈ ਮਾਰਕ ਨਹੀਂ ਹੈ ਉੱਥੇ ਕੋਈ 100 ਲੋਕ ਨਹੀਂ ਹਨ ਕੋਈ ਕੱਪ ਨਹੀਂ ਹੈ ਅਤੇ ਫਿਰ ਵੀ ਮੈਂ ਸੁਪਨੇ ਵੇਲੇ ਸੋਚਿਆ ਕਿ ਪਿਆਲਾ ਅਸਲ ਸੀ ਕਿਉਂਕਿ ਮੇਰੇ ਕੋਲ ਉਸ ਸੁਪਨੇ ਵੇਲੇ ਜਾਗਣ ਦਾ ਅਨੁਭਵ ਨਹੀਂ ਸੀ ਜੇਕਰ ਮੈਨੂੰ ਜਾਗਣ ਦਾ ਅਨੁਭਵ ਹੁੰਦਾ ਤਾਂ ਮੇਰੇ ਸੁਪਨੇ ਦੀ ਤਾਂ ਕੀਮਤ ਹੀ ਖਤਮ ਹੋ ਜਾਂਦੀ ਇਸ ਲਈ ਸਾਨੂੰ ਸੁਪਨੇ ਨੂੰ ਸੱਚ ਬਣਾਉਣ ਲਈ ਜਾਗਦੀ ਅਵਸਥਾ ਨੂੰ ਭੁੱਲਣਾ ਪਵੇਗਾ ਇਸ ਸਥੂਲ ਸੰਸਾਰ ਨੂੰ ਅਸਲ ਬਣਾਉਣ ਲਈ ਤੁਹਾਨੂੰ ਤੁਹਾਡੀ ਉੱਚੀ ਸੂਝ ਵਾਲੀ ਸੂਖਮ ਅਵਸਥਾ ਨੂੰ ਭੁੱਲਣਾ ਪਵੇਗਾ ਸੂਖਮ ਅਤੇ ਸਤੂ ਨੂੰ ਅਸਲ ਬਣਾਉਣ ਲਈ ਤੁਹਾਨੂੰ ਕਰਨ ਅਵਸਥਾ ਨੂੰ ਭੁੱਲਣਾ ਪਵੇਗਾ ਇਹ ਪਤਾ ਲਗਾਉਣ ਲਈ ਕਿ ਅਸੀਂ ਸਮੁੱਚੀ ਚੇਤਨਾ ਹਾਂ ਕਿ ਇੱਕ ਹੀ ਇਹ ਸਾਰੇ ਪਦਰਾ ਦਾ ਸੁਪਰਾ ਵੇਖ ਰਿਹਾ ਹੈ ਤੁਹਾਨੂੰ ਹਰ ਚੀਜ਼ ਇਥੋਂ ਤੱਕ ਕਿ ਅਸੀਂ ਕੇਵਲ ਵੱਖ ਹੋਈ ਰੂਹਾਂ ਇਹਨਾਂ ਸਭ ਨੂੰ ਭੁੱਲਣਾ ਪਵੇਗਾ ਇਸ ਤਰ੍ਹਾਂ ਇਹ ਐਡਵੈਂਚਰ ਬਣਾਇਆ ਗਿਆ ਹੈ ਮੈਨੂੰ ਇਸ ਨੂੰ ਬਣਾਉਣ ਦਾ ਹੋਰ ਕੋਈ ਵਧੀਆ ਤਰੀਕਾ ਦੱਸੋ ਜਦੋਂ ਮੈਂ ਇਸ ਰਚਨਾ ਨੂੰ ਵੇਖਦਾ ਹਾਂ ਮੈਂ ਵੇਖਦਾ ਹਾਂ ਕਿ ਇਹ ਸੰਪੂਰਨ ਹੈ ਤੁਸੀਂ ਕਿਸੇ ਵੀ ਤਰੀਕੇ ਨਾਲ ਇਸ ਵਿੱਚ ਕੋਈ ਸੋਧ ਨਹੀਂ ਕਰ ਸਕਦੇ ਚੇਤਨਾ ਦੀ ਭਰਮ ਦੀ ਤਾਕਤ ਇਹਨਾਂ ਹਕੀਕਤ ਦੇ ਪਰਦਿਆਂ ਨੂੰ ਪੈਦਾ ਕਰਾਂ ਲਈ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੀ ਗਈ ਹੈ ਭਰਮ ਮਾਇਆ ਮਿਥਿਆ ਇੱਕ ਅਜਿਹਾ ਸ਼ਬਦ ਹੈ ਜੋ ਅਸਲ ਵਿੱਚ ਇਸ ਦੇ ਮਿਥਿਆ ਹੋਣ ਤੇ ਲਾਗੂ ਨਹੀਂ ਹੁੰਦਾ ਇਹ ਹਕੀਕਤ ਹੈ ਨਹੀਂ ਤਾਂ ਕੋਈ ਮੈਨੂੰ ਪੁੱਛ ਸਕਦਾ ਹੈ ਈਸ਼ਵਰ ਮੈਨੂੰ ਹਕੀਕਤ ਦੱਸੋ ਬਿਲਕੁਲ ਸੱਚ ਦੱਸੋ ਕਿਸੇ ਨੇ ਕਿਹਾ ਮੈਨੂੰ ਪੁੱਛਿਆ ਮੈਨੂੰ ਸੱਚ ਦੱਸੋ ਅਸਲ ਕੀ ਹੈ ਅਤੇ ਮੈਂ ਕਹਾਂਗਾ ਕੁਝ ਵੀ ਅਸਲ ਨਹੀਂ ਹੈ ਮੈਂ ਸੱਚ ਦੱਸ ਰਿਹਾ ਹਾਂ ਕਿਉਂਕਿ ਅਸਲ ਵਿੱਚ ਅਨਪ੍ਰਵ ਲੈਣ ਵਾਲਾ ਹੀ ਅਸਲ ਹੈ ਜੋ ਕਹਿ ਸਕਦਾ ਹੈ ਕਿ ਇਹ ਅਸਲੀ ਹੈ ਉਹ ਇੱਕ ਜੋ ਇਸ ਨੂੰ ਅਸਲ ਬਣਾ ਸਕਦਾ ਹੈ ਅਤੇ ਉਹ ਕੁਝ ਵੀ ਚੀਜ਼ ਬਾਰੇ ਬੋਲਣ ਤੋਂ ਬਿਨਾ ਹੋਂਦ ਵਿੱਚ ਨਹੀਂ ਆ ਸਕਦਾ ਠੀਕ ਹੈ ਇਸ ਪੂਰੇ ਪ੍ਰਦਰਸ਼ਨ ਦੇ ਸਿਰਜਣਹਾਰ ਜੋ ਅਸੀਂ ਖੁਦ ਹਾਂ ਸਾਡੀ ਆਪਣੀ ਅਸਲ ਸਥਿਤੀ ਵਿੱਚ ਕਿ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਉਹ ਸਿਰਜਣਹਾਰ ਹਾਂ ਪਰ ਅਸੀਂ ਆਪਣੇ ਆਪ ਨੂੰ ਅਣਜਾਣ ਕਰ ਲਿਆ ਅਸੀਂ ਵੱਖ-ਵੱਖ ਵਿਅਕਤੀਗਤ ਅਵਸਥਾਵਾਂ ਵਿੱਚ ਬੈਠੇ ਹੋਏ ਹਾਂ ਆਪਣੇ ਮਨ ਦੀ ਪਛਾਣ ਨਾਲ ਪਛਾਣ ਕਰਦੇ ਹਾਂ ਅਤੇ ਗਿਆਨ ਇੰਦਰੀਆਂ ਨਾਲ ਢਕੇ ਹੋਏ ਇੱਕ ਸੋਚ ਵਾਲੀ ਮਸ਼ੀਨ ਬਣ ਜਾਂਦੇ ਹਾਂ ਅਸੀਂ ਸੋਚਦੇ ਹਾਂ ਕਿ ਗਿਆਨ ਇੰਦਰੀਆਂ ਦੀ ਪ੍ਰਣਾਲੀ ਹੀ ਸਾਡੇ ਗਿਆਨ ਦਾ ਇੱਕ ਮਾਤਰ ਸਰੋਤ ਹੈ ਜੋ ਇੱਕ ਸੰਗਣੇ ਸਰੀਰ ਦੁਆਰਾ ਟਕਿਆ ਹੋਇਆ ਹੈ ਅਤੇ ਸੋਚਦੇ ਹਾਂ ਇਹ ਸਤੂਲ ਸੰਸਾਰ ਹੀ ਇੱਕੋ ਇੱਕ ਅਸਲੀਅਤ ਹੈ ਇਸ ਨਾਲ ਅਸੀਂ ਇੱਥੇ ਬੈਠੇ ਹੋਏ ਹਾਂ ਕਿ ਅਸੀਂ ਇਹ ਸਭ ਕੁਝ ਨੂੰ ਸਿਰਜਨਹਾਰ ਦੀ ਅਵਸਥਾ ਤੱਕ ਪਹੁੰਚ ਸਕਦੇ ਹਾਂ ਬਿਲਕੁਲ ਨਹੀਂ ਜੇ ਤੁਸੀਂ ਸਿਰਜਣਾ ਨੂੰ ਹਟਾ ਦਿੰਦੇ ਹੋ ਤਾਂ ਸਿਰਜਨਹਾਰ ਕਿਵੇਂ ਹੋ ਸਕਦਾ ਹੈ ਕਿ ਸਿਰਜਣਾ ਤੋਂ ਬਿਨਾ ਕੋਈ ਸਿਰਜਨ ਹਾਰ ਹੋ ਸਕਦਾ ਹੈ ਅਸੰਭਵ ਅਸੀਂ ਸੋਚਦੇ ਹਾਂ ਕਿ ਇੱਕ ਦਿਨ ਸਿਰਜਨ ਹਾਰ ਨੇ ਕਿਹਾ ਮੈਂ ਹੁਣ ਸਿਰਜਣਾ ਕਰਾਂਗਾ ਉਹ ਸਾਰੀ ਸਿਰਜਣਾ ਇਸ ਦੁਨੀਆ ਵਿੱਚ ਵਾਪਰੀ ਨਾ ਕਿ ਕਿਤੇ ਉੱਪਰ ਸੱਚ ਇਹ ਹੈ ਕਿ ਸਿਰਜਨ ਹਾਰ ਜਾਂ ਸਿਰਜਣਾ ਨਿਰੰਤਰ ਚੱਲਣ ਵਾਲੀ ਕਿਰਿਆ ਹੈ ਇਹ ਸਮੇਂ ਅਤੇ ਸਪੇਸ ਤੋਂ ਪਰੇ ਹੈ ਅਤੇ ਇਹ ਸਿਰਜਣਾ ਕਈ ਵਾਰ ਭੰਗ ਹੋ ਚੁੱਕੀ ਹੈ ਕਈ ਵਾਰ ਜਨਮ ਲੈ ਚੁੱਕੀ ਹੈ ਪਰ ਇਹ ਹਮੇਸ਼ਾ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਰਹੀ ਹੈ ਚੇਤਨਾ ਵਿੱਚ ਵੀ ਸਿਰਜਣ ਹਾਰ ਹੋਣ ਲਈ ਸਿਰਜਨਾ ਦਾ ਹੋਣਾ ਲਾਜ਼ਮੀ ਹੈ ਜੇ ਚੇਤਨ ਹੋਣ ਲਈ ਕੁਝ ਵੀ ਨਾ ਹੋਵੇ ਤਾਂ ਤੁਸੀਂ ਇਸ ਨੂੰ ਚੇਤਨਾ ਕਿਵੇਂ ਕਹਿ ਸਕਦੇ ਹੋ ਸਮੁੱਚੀ ਚੇਤਨਾ ਲਈ ਵੀ ਜ਼ਰੂਰੀ ਹੈ ਕਿ ਕੁਝ ਚੇਤਨ ਹੋਣ ਵਾਲੀ ਚੀਜ਼ ਮੌਜੂਦ ਹੋਵੇ ਇਸ ਲਈ ਕਿਸੇ ਵੀ ਚੇਤਨ ਅਨੁਭਵ ਲਈ ਸਿਰਜਨਾ ਅਤੇ ਸਿਰਜਣ ਹਾਰ ਦੋ ਮਹਿ ਹੋਣੇ ਜ਼ਰੂਰੀ ਹਨ ਅਸੀਂ ਕਹਿ ਸਕਦੇ ਹਾਂ ਕਿ ਚੇਤਨਾ ਦਾ ਵੀ ਜਨਮ ਹੋਇਆ ਸੀ ਠੀਕ ਹੈ ਫਿਰ ਚੇਤਨਾ ਤੋਂ ਪਹਿਲਾਂ ਕੀ ਸੀ ਇਹ ਕਹਿ ਕੇ ਤੁਸੀਂ ਚੇਤਨਾ ਨੂੰ ਸਮੇਂ ਅਤੇ ਸਪੇਸ ਵਿੱਚ ਬਨ ਰਹੇ ਹੋ ਜੋ ਕਿ ਉਚਿਤ ਨਹੀਂ ਹੈ ਪਰ ਫਿਰ ਵੀ ਸਮਝਣ ਦੀ ਖਾਤਰ ਕਿਉਂਕਿ ਸਮਝ ਦੀ ਖਾਤਰ ਸਾਨੂੰ ਕਹਾਣੀਆਂ ਬਣਾਉਣੀਆਂ ਪੈਂਦੀਆਂ ਹਨ ਹੁਣ ਮੈਨੂੰ ਇੱਕ ਰਹੱਸਮਈ ਕਬੀਰ ਦੀ ਕਿਤਾਬ ਅਨੁਰਾਗ ਸਾਗਰ ਵਿੱਚ ਕਹੀ ਇੱਕ ਕਹਾਣੀ ਸੁਨਾਉ ਲਿਖਿਆ ਗਿਆ ਸੀ ਅਨੁਰਾਗ ਸਾਗਰ ਦਾ ਅੰਗਰੇਜ਼ੀ ਅਰਥ ਹੈ ਪਿਆਰ ਦਾ ਸਮੁੰਦਰ ਅਨੁਰਾਗ ਦਾ ਮਤਲਬ ਹੈ ਪਿਆਰ ਸਾਗਰ ਦਾ ਮਤਲਬ ਹੈ ਸਮੁੰਦਰ ਪਿਆਰ ਦਾ ਸਮੁੰਦਰ ਇਹ ਕਿਤਾਬ ਦੱਸਦੀ ਹੈ ਕਿ ਕਿਵੇਂ ਪਰਮ ਰਚਨਾਤਮਕ ਸ਼ਕਤੀ ਕੇਵਲ ਪਿਆਰ ਸੀ ਪਿਆਰ ਇੱਕ ਤਾਕਤ ਸੀ ਜਿਸ ਨੇ ਪਿਆਰ ਲਈ ਸਥਿਤੀਆਂ ਦਾ ਵਿਸਤਾਰ ਅਤੇ ਇਹਨਾਂ ਨੂੰ ਪੈਦਾ ਕੀਤਾ ਸਮੁੱਚੇ ਨਾਲੋਂ ਵਿਅਕਤੀਗਤ ਰੂਪ ਵਿੱਚ ਵੱਖ ਹੋਣਾ ਸਿਰਫ ਕਿਸੇ ਅਭਿਆਨ ਲਈ ਨਹੀਂ ਸੀ ਬਲਕਿ ਪਿਆਰ ਲਈ ਸੀ ਤਾਂ ਜੋ ਇੱਕ ਪਿਆਰ ਕਰਨ ਵਾਲਾ ਹੋਵੇ ਅਤੇ ਇੱਕ ਪਿਆਰ ਕੀਤੇ ਜਾਣ ਵਾਲਾ ਹੋਵੇ ਇੱਕ ਪ੍ਰੇਮੀ ਹੋਵੇ ਅਤੇ ਇੱਕ ਪਿਆਰਾ ਹੋਵੇ ਉਸ ਪਿਆਰ ਦਾ ਪ੍ਰਗਟਾਵਾ ਹੋਵੇ ਉਹ ਪਿਆਰ ਜ਼ਾਹਰ ਹੋਵੇ ਸੋ ਇਹ ਸਾਰੀ ਸਿਰਜਣਾ ਇਹ ਸਾਰਾ ਅਭਿਆਨ ਉਸ ਪਿਆਰ ਦੇ ਪ੍ਰਗਟਾਵੇ ਲਈ ਹੋਇਆ ਇਸ ਪਿਆਰ ਦੇ ਪ੍ਰਗਟਾਵੇ ਲਈ ਹੀ ਪੱਧਰ ਦਰ ਪਰਦਰ ਬਣਾਏ ਗਏ ਇਸੇ ਲਈ ਕਿਹਾ ਜਾਂਦਾ ਹੈ ਪਰਮਾਤਮਾ ਪਿਆਰ ਹੈ ਇਹ ਦੱਸਣ ਦਾ ਕੋਈ ਹੋਰ ਤਰੀਕਾ ਨਹੀਂ ਹੈ ਕਿ ਪਰਮਾਤਮਾ ਪਿਆਰ ਕਿਵੇਂ ਹੋ ਸਕਦਾ ਹੈ ਜੇ ਪਰਮਾਤਮਾ ਪਿਆਰ ਹੈ ਸਿਰਜਨਾਤਮਕ ਸ਼ਕਤੀ ਪਿਆਰ ਹੈ ਤਾਂ ਫਿਰ ਇਸ ਤਰ੍ਹਾਂ ਕੀਤਾ ਗਿਆ ਤਾਂ ਕਿ ਇਸ ਪਿਆਰ ਦਾ ਅਨੁਭਵ ਕੀਤਾ ਜਾ ਸਕੇ ਇਸ ਦਾ ਅਨੁਭਵ ਕਰਨ ਲਈ ਇਹ ਸਾਰੀਆਂ ਵਿਲੱਖਣਤਾਵਾਂ ਮਨ ਇੰਦਰੀਆ ਸ਼ਰੀਰ ਸਭ ਕੁਝ ਬਣਾਇਆ ਗਿਆ ਸੀ ਉਹ ਸਭ ਕੁਝ ਜੋ ਇਸ ਸਮੇਂ ਅਨੁਭਵ ਕੀਤਾ ਜਾ ਰਿਹਾ ਹੈ ਅਸੀਂ ਸਾਰੇ ਪਿਆਰ ਦਾ ਅਨੁਭਵ ਕਰਦੇ ਹਾਂ ਇੱਥੇ ਕੋਈ ਵੀ ਮਨੁੱਖ ਦੇ ਰੂਪ ਵਿੱਚ ਜਾਨਵਰ ਦੇ ਰੂਪ ਵਿੱਚ ਸੁਪਨੇ ਦੇ ਰੂਪ ਵਿੱਚ ਅਜਿਹਾ ਕੁਝ ਵੀ ਪੈਦਾ ਨਹੀਂ ਹੋਇਆ ਜਿਹੜਾ ਪਿਆਰ ਦਾ ਅਨੁਭਵ ਨਹੀਂ ਕਰਦਾ ਕਿਉਂਕਿ ਪਿਆਰ ਚੇਤਨਾ ਦਾ ਆਧਾਰ ਹੈ ਇਹ ਇੱਕ ਬਹੁਤ ਵੱਡੀ ਰਚਨਾਤਮਕ ਸ਼ਕਤੀ ਹੈ ਅਤੇ ਜਦੋਂ ਸਾਡੇ ਵਿੱਚ ਪਿਆਰ ਦੀ ਉਹੀ ਸ਼ਕਤੀ ਹੋਵੇ ਤਾਂ ਸਭ ਕੁਝ ਜੋ ਅਸੀਂ ਕਰਦੇ ਹਾਂ ਪਿਆਰ ਵਿੱਚ ਬਦਲ ਜਾਂਦਾ ਹੈ ਇਹ ਅਸੀਂ ਕਈ ਕਾਰਨਾ ਕਰਕੇ ਕਰਦੇ ਹਾਂ ਪਰ ਫਿਰ ਇਹ ਲਗਾਵ ਬਣ ਜਾਂਦਾ ਹੈ ਵਾਸਨਾ ਬਣ ਜਾਂਦਾ ਹੈ ਸੈਕਸ ਬਣ ਜਾਂਦਾ ਹੈ ਸੰਬੰਧਾਂ ਦਾ ਵੱਖੋ ਵੱਖਰਾ ਰੁਝਾਨ ਬਣ ਜਾਂਦਾ ਹੈ ਪਰ ਅੰਦਰ ਦੀ ਇਹ ਪਰਮ ਸ਼ਕਤੀ ਪਿਆਰ ਦੀ ਮੁੱਢਲੀ ਸ਼ਕਤੀ ਹੈ ਜਿਵੇਂ ਜਿਵੇਂ ਅਸੀਂ ਇਸ ਅਨੁਭਵ ਨੂੰ ਸਮੇਂ ਅਤੇ ਸਪੇਸ ਤੱਕ ਵਧਾ ਦਿੱਤਾ ਇਹ ਚੇਤਨਾ ਦੇ ਵੱਖ-ਵੱਖ ਪੱਧਰਾਂ ਦਾ ਅਨੁਭਵ ਬਣ ਗਿਆ ਇਹ ਸਪੇਸ ਅਤੇ ਸਮੇਂ ਸਮੇਤ ਬਹੁਤ ਵਾਰ ਖਤਮ ਹੋ ਚੁੱਕਾ ਹੈ ਬਹੁਤ ਵਾਰ ਇਸ ਦਾ ਵਿਸਤਾਰ ਹੋਇਆ ਹੈ ਇਹ ਸੰਸਾਰ ਜੋ ਅਸੀਂ ਦੇਖਦੇ ਹਾਂ ਇਹ ਸੰਸਾਰ ਸਥਾਈ ਨਹੀਂ ਹੈ ਸਾਰਾ ਸਤੂਲ ਬ੍ਰਹਿਮੰਡ ਨਸ਼ਟ ਹੋ ਸਕਦਾ ਹੈ ਪਰ ਇਸ ਤੋਂ ਉੱਤੇ ਇੱਕ ਹੋਰ ਬ੍ਰਹਮੰਡ ਮੌਜੂਦ ਹੈ ਅਤੇ ਇਸ ਨੂੰ ਦੁਬਾਰਾ ਬਣਾਇਆ ਜਾ ਸਕਦਾ ਹੈ ਅਸੀਂ ਵੇਖਦੇ ਹਾਂ ਕਿ ਉਸ ਤਬਾਹੀ ਅਤੇ ਮੁੜ ਸਿਰਜਣਾ ਦਾ ਕਈ ਗ੍ਰੰਥਾ ਵਿੱਚ ਜ਼ਿਕਰ ਕੀਤਾ ਗਿਆ ਹੈ ਉਹ ਇਸ ਨੂੰ ਪਰਲੇ ਕਹਿੰਦੇ ਹਨ ਪਰਲੇ ਦਾ ਅਰਥ ਹੈ ਖਤਮ ਹੋਣਾ ਸਾਰਾ ਬ੍ਰਹਮੰਡ ਖਤਮ ਹੋ ਸਕਦਾ ਹੈ ਕਿਵੇਂ ਇਸ ਤੋਂ ਆਪਣੀ ਤਵੱਜੋ ਖਿੱਚ ਲਓ ਇਹ ਖਤਮ ਹੋ ਜਾਵੇਗਾ ਸਮੁੱਚੀ ਚੇਤਨਾ ਦੇ ਇੱਕ ਪੱਧਰ ਤੋਂ ਸਿਰਫ ਤਵਜੋ ਖਿੱਚਣ ਨਾਲ ਉਹ ਸਾਰੇ ਖਤਮ ਹੋ ਜਾਂਦੇ ਹਨ ਪਰ ਇੱਥੇ ਅਸੀਂ ਇਸ ਨੂੰ ਕੁਝ ਅਲੱਗ ਤਰ੍ਹਾਂ ਦੇਖਦੇ ਹਾਂ ਪਰਮਾਣੂ ਬੰਬ ਧਮਾਕੇ ਗੈਲੈਕਸੀਆਂ ਦਾ ਇੱਕ ਦੂਜੇ ਨਾਲ ਟਕਰਾਉਣਾ ਸਾਡੇ ਲਈ ਇਹ ਇੱਕ ਸਥੂਲ ਅਨੁਭਵ ਹੋਵੇਗਾ ਪਰ ਕੋਈ ਵੀ ਚੀਜ਼ ਬਲੈਕ ਹੋਲ ਇੱਕ ਅਤਿਆੰਤ ਬਲੈਕ ਹੋਲ ਵਿੱਚ ਸਮਾ ਕੇ ਮਿਟ ਸਕਦੀ ਹੈ ਉਸ ਨੂੰ ਮੁੜ ਸਿਰਜਿਆ ਜਾ ਸਕਦਾ ਹੈ ਫਿਰ ਇੱਕ ਮਹਾ ਪਰਲੇ ਹੁੰਦੀ ਹੈ ਵਿਸ਼ਾਲ ਪਦਰਤ ਦੇ ਖਾਤਮਾ ਇਸ ਬ੍ਰਹਿਮੰਡ ਦਾ ਅਤੇ ਸਮੇਂ ਅਤੇ ਸਪੇਸ ਵਿੱਚ ਹਰ ਚੀਜ਼ ਦਾ ਖਤਮ ਹੋ ਜਾਣਾ ਇਸ ਨੂੰ ਮਹਾ ਪਰਲੋਕਿਆ ਜਾਂਦਾ ਹੈ ਇਤਿਹਾਸਿਕ ਤੌਰ ਤੇ ਪਰਲੇ ਅਤੇ ਮਹਾ ਪਰਲੇ ਪਹਿਲਾਂ ਵੀ ਕਈ ਅਰਬਾਂ ਵਾਰ ਹੋ ਚੁੱਕੇ ਹਨ ਅਸੀਂ ਨਵੇਂ ਨਹੀਂ ਹਾਂ ਅਸੀਂ ਇੱਥੇ ਬਹੁਤ ਲੰਬੇ ਸਮੇਂ ਤੋਂ ਆਏ ਹੋਏ ਹਾਂ ਅਸੀਂ ਇੱਥੇ ਬਹੁਤ ਲੰਬੇ ਸਮੇਂ ਤੋਂ ਰਹਿ ਰਹੇ ਹਾਂ ਅਤੇ ਸਾਨੂੰ ਨਹੀਂ ਪਤਾ ਕਿ ਅਸੀਂ ਆਪਣਾ ਘਰ ਕਦੋਂ ਛੱਡਿਆ ਸੀ ਪਰ ਸਾਨੂੰ ਪਤਾ ਹੈ ਕਿ ਅਸੀਂ ਕਦੋਂ ਵਾਪਸ ਜਾ ਸਕਦੇ ਹਾਂ ਜੇ ਤੁਹਾਨੂੰ ਇੱਕ ਪਰਮ ਸੰਤ ਸਤਿਗੁਰੂ ਦੁਆਰਾ ਨਾਮਦਾਨ ਦੀ ਧਿਕਿਆ ਮਿਲ ਜਾਵੇ ਜਿਹੜਾ ਆਮ ਇਨਸਾਨ ਵਾਂਗ ਸਾਡੇ ਨਾਲ ਬੈਠਿਆ ਹੋਇਆ ਵੀ ਸਮੁੱਚੀ ਚੇਤਨਾ ਤੋਂ ਜਾਣੂ ਹੁੰਦਾ ਹੈ ਤਾਂ ਅਸੀਂ ਯਕੀਨਨ ਤੌਰ ਤੇ ਵਾਪਸ ਘਰ ਜਾਵਾਂਗੇ ਇਸ ਦੇ ਲਈ ਨਾਮਦਾਨ ਦੀ ਧਿਕਿਆ ਦੀ ਵੀ ਜ਼ਰੂਰਤ ਨਹੀਂ ਹੈ ਮਹੱਤਵਪੂਰਨ ਗੱਲ ਉਸ ਵਿਅਕਤੀ ਦੀ ਮੌਜੂਦਗੀ ਵਿੱਚ ਹੋਣਾ ਹੈ ਜਿਸ ਦੀ ਚੇਤਨਾ ਇੱਕ ਇਨਸਾਨ ਹੁੰਦੇ ਹੋਏ ਸਮੁੱਚਤਾ ਤੱਕ ਪਹੁੰਚੀ ਹੋਈ ਹੁੰਦੀ ਹੈ ਅਤੇ ਉਹ ਚੇਤਨਾ ਦੀਆਂ ਪੰਜੋ ਪਦਰਾ ਤੇ ਇੱਕੋ ਸਮੇਂ ਕਾਰਜਸ਼ੀਲ ਹੁੰਦਾ ਹੈ ਉਸ ਵਿਅਕਤੀ ਦੀ ਮੌਜੂਦਗੀ ਵਿੱਚ ਉਸ ਦਾ ਪ੍ਰਭਾਵ ਹੀ ਇੰਨਾ ਹੁੰਦਾ ਹੈ ਕਿ ਸਾਨੂੰ ਸਮਾਪਾ ਕੇ ਲਾਜ਼ਮੀ ਤੌਰ ਤੇ ਨਾਮਦਾਨ ਦੀ ਦਿਖਿਆ ਮਿਲੇਗੀ ਅਤੇ ਅਸੀਂ ਲਾਜ਼ਮੀ ਤੌਰ ਤੇ ਵਾਪਸ ਘਰ ਜਾਵਾਂਗੇ ਇਸ ਲਈ ਇਸ ਸਿਸਟਮ ਇੰਜ ਤਿਆਰ ਕੀਤਾ ਗਿਆ ਹੈ ਕਿ ਵਿਅਕਤੀਗਤ ਰੂਹਾਂ ਜਦੋਂ ਚਾਹਣ ਸੰਪੂਰਨਤਾ ਵਿੱਚ ਸਮਾ ਸਕਦੇ ਹਨ ਬਸ ਆਪਣੀ ਜਗਿਆਸਾ ਵਿੱਚ ਵਾਧਾ ਕਰੋ ਭਾਲੋ ਅਤੇ ਤੁਹਾਨੂੰ ਮਿਲ ਜਾਵੇਗਾ ਅਨੁਰਾਗ ਸਾਗਰ ਵਿੱਚ ਕਬੀਰ ਆਪਣੇ ਸ਼ਿਸ਼ਟ ਧਰਮਦਾਸ ਨੂੰ ਕਹਿੰਦੇ ਹਨ ਧਰਮਦਾਸ ਜੋ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਸ ਨੂੰ ਦੱਸਿਆ ਨਹੀਂ ਜਾ ਸਕਦਾ ਇਸ ਦਾ ਵਰਣਨ ਕੀਤਾ ਹੀ ਨਹੀਂ ਜਾ ਸਕਦਾ ਇਕੋ ਇੱਕ ਤਰੀਕੇ ਨਾਲ ਮੈਂ ਇਸ ਦੀ ਵਿਆਖਿਆ ਕਰ ਸਕਦਾ ਹਾਂ ਅਤੇ ਉਹ ਹੈ ਸਥੂਲ ਰੂਪ ਵਿੱਚ ਇੱਕ ਕਹਾਣੀ ਬਣਾ ਕੇ ਹੁਣ ਇਹ ਇੱਕ ਰੂਪਕ ਹੋਵੇਗਾ ਮੈਂ ਤੁਹਾਡੇ ਨਾਲ ਰੂਪਕ ਅਲੰਕਾਰ ਸ਼ਬਦਾ ਵਿੱਚ ਗੱਲ ਕਰਾਂਗਾ ਮੈਂ ਸ਼ੁਰੂ ਕਰਦਾ ਹਾਂ ਅਤੇ ਕਹਿੰਦਾ ਹਾਂ ਇੱਕ ਸਮੇਂ ਦੀ ਗੱਲ ਹੈ ਅਸਲ ਵਿੱਚ ਉਦੋਂ ਕੋਈ ਸਮਾਂ ਨਹੀਂ ਸੀ ਇੱਕ ਵਾਰ ਜਦੋਂ ਕੋਈ ਸਮਾਂ ਨਹੀਂ ਸੀ ਪਰਮੇਸ਼ਰ ਨੇ ਸੋਚਿਆ ਕਿ ਕੁਝ ਦਿਲ ਪਰਚਾਵਾ ਜਾਂ ਫਨ ਕੀਤਾ ਜਾਵੇ ਅਤੇ ਉਸ ਨੇ 16 ਬੱਚੇ ਪੈਦਾ ਕੀਤੇ 16 ਬੱਚੇ ਕੌਣ ਸਨ ਇਹ ਬੱਚੇ ਉਹ ਸਾਡੇ ਵਰਗੇ ਲੋਕ ਨਹੀਂ ਸਨ ਉਹ ਗੁਣ ਸਨ ਸਬਰ ਦਾ ਗੁਣ ਜਨੂਨ ਅਤੇ ਕਈ ਹੋਰ ਸਿਰਫ ਅਨੁਪਮਾ ਦੇ ਗੁਣ ਅਨੁਪਮਾ ਦੇ ਇਹ ਗੁਣ ਜਿਨ੍ਹਾਂ ਨੂੰ ਅਸੀਂ ਬੱਚਿਆਂ ਦੇ ਤੌਰ ਤੇ ਬੁਲਾਉਂਦੇ ਹਾਂ ਇੱਕ ਸ਼ਰਾਰਤੀ ਬੱਚਾ ਸੀ ਜਿਵੇਂ ਕਿ ਜ਼ਿਆਦਾਤਰ ਪਰਿਵਾਰਾਂ ਵਿੱਚ ਹੁੰਦਾ ਹੈ ਪੰਜਵਾਂ ਬੱਚਾ ਇੱਕ ਸ਼ਰਾਰਤੀ ਬੱਚਾ ਸੀ ਅਤੇ ਉਹ ਆਪਣੇ ਪਿਤਾ ਦੀ ਨਕਲ ਕਰਨਾ ਚਾਹੁੰਦਾ ਸੀ ਉਸਨੇ ਕਿਹਾ ਪਿਤਾ ਜੀ ਤੁਹਾਡੇ ਕੋਲ ਇਹ ਸਭ ਸਿਰਜਣ ਦੀ ਮਹਾਨ ਸ਼ਕਤੀ ਹੈ ਮੈਨੂੰ ਇਹ ਸ਼ਕਤੀ ਦਿਓ ਪਰਮੇਸ਼ਰ ਨੇ ਕਿਹਾ ਪੁੱਤਰ ਇਸ ਨੂੰ ਕਮਾਉਣ ਲਈ ਤੈਨੂੰ ਕੁਝ ਕਰਨਾ ਪਵੇਗਾ ਇਸ ਨੂੰ ਕਮਾਉਣ ਲਈ ਅਭਿਆਸ ਕਰ ਉਸਨੇ ਕਿਹਾ ਪਿਤਾ ਜੀ ਮੈਂ ਨਦੀ ਤੇ ਜਾਵਾਂਗਾ ਅਤੇ ਅਭਿਆਸ ਕਰਾਂਗਾ ਕਿਉਂ ਕਿਉਂਕਿ ਉਸ ਸਮੇਂ ਦੇ ਯੋਗੀ ਨਦੀ ਵਿੱਚ ਜਾਂਦੇ ਸਨ ਇੱਕ ਪੈਰ ਤੇ ਖੜੇ ਹੋ ਕੇ ਸੂਰਜ ਦੀ ਪੂਜਾ ਕਰਦੇ ਸਨ ਪੂਜਾ ਦਾ ਉਹਨਾਂ ਦਿਨਾਂ ਵਿੱਚ ਇਹ ਆਮ ਢੰਗ ਸੀ ਇਸ ਲਈ ਪਰਮੇਸ਼ਰ ਦਾ ਪੁੱਤਰ ਰੱਬ ਦਾ ਪੰਜਵਾਂ ਪੁੱਤਰ ਜਾ ਕੇ ਨਦੀ ਵਿੱਚ ਪੂਜਾ ਕਰਦਾ ਹੈ ਅਸੀਂ ਕਦੇ ਨਹੀਂ ਸੁਣਿਆ ਕਿ ਨਦੀ ਕਦੋਂ ਬਣਾਈ ਗਈ ਸੀ ਪਰ ਕੋਈ ਨਦੀ ਜ਼ਰੂਰ ਹੋਵੇਗੀ ਉਹ ਜਾਂਦਾ ਹੈ ਅਤੇ ਲੱਖਾਂ ਸਾਲ ਪੂਜਾ ਕਰਦਾ ਹੈ ਉਹ ਇੱਕ ਲੱਤ ਉੱਤੇ ਖੜ ਕੇ ਪੂਜਾ ਕਰਦਾ ਹੈ ਅਤੇ ਉਹ ਕਹਿੰਦਾ ਹੈ ਅੱਛਾ ਪਿਤਾ ਜੀ ਹੁਣ ਮੈਨੂੰ ਆਪਣੇ ਵਾਂਗ ਰਚਨਾ ਰਚਨ ਦੀ ਸ਼ਕਤੀ ਦਿਓ ਪਿਤਾ ਨੇ ਕਿਹਾ ਠੀਕ ਹੈ ਤੂੰ ਕੁਝ ਰੂਹਾਂ ਬਣਾ ਸਕਦਾ ਹੈ ਮੈਂ ਤੈਨੂੰ ਇੱਕ ਸ਼ਕਤੀ ਦੇਵਾਂਗਾ ਉਸਨੇ ਕਿਹਾ ਤੁਸੀਂ ਕਿਸ ਤਰ੍ਹਾਂ ਮੈਨੂੰ ਇਹ ਸ਼ਕਤੀ ਦਿਓਗੇ ਪਿਤਾ ਨੇ ਕਿਹਾ ਮੈਂ ਸਿਰਜਣਾ ਦੀ ਸ਼ਕਤੀ ਨੂੰ ਇੱਕ ਔਰਤ ਦੇ ਰੂਪ ਵਿੱਚ ਬਣਾਵਾਂਗਾ ਪੁੱਤਰ ਕਹਿੰਦਾ ਹੈ ਕਿਉਂ? ਪਿਤਾ ਕਹਿੰਦਾ ਹੈ ਕਿਉਂਕਿ ਇੱਥੇ ਔਰਤਾ ਸਿਰਜਦੀਆਂ ਹਨ। ਸੋ ਉਸਨੇ ਇਹ ਚਿੱਤਰ ਇੱਥੋਂ ਲਿਆ ਕਿਉਂਕਿ ਔਰਤਾ ਬੱਚੇ ਪੈਦਾ ਕਰ ਸਕਦੀਆਂ ਹਨ। ਮੈਂ ਤੈਨੂੰ ਇੱਕ ਔਰਤ ਭੇਜਾਂਗਾ। ਉਹ ਇੱਕ ਔਰਤ ਪੰਜਵੇਂ ਪੁੱਤਰ ਕੋਲ ਭੇਜਦਾ ਹੈ। ਹੁਣ ਅਸੀਂ ਉਸ ਪੁੱਤਰ ਨੂੰ ਨਿਰੰਜਨ, ਕਾਲ ਨਿਰੰਜਨ ਕਹਿੰਦੇ ਹਾਂ। ਬਾਅਦ ਵਿੱਚ ਸਮੇਂ ਅਤੇ ਸਿਰਜਣਹਾਰ ਦੇ ਰੂਪ ਵਿੱਚ ਜਾਣਾਂਗੇ। ਸਮੇਂ ਅਤੇ ਸਪੇਸ ਦਾ ਸਿਰਜਣ ਹਰ ਬੈਠ ਜਾਂਦਾ ਹੈ ਅਤੇ ਜਦੋਂ ਉਹ ਔਰਤ ਵਾਲ ਵੇਖਦਾ ਹੈ ਉਸ ਔਰਤ ਨੇ ਬਹੁਤ ਸੋਹਣੇ ਗਹਿਣੇ ਪਾਏ ਹੁੰਦੇ ਹਨ ਉਹ ਬਹੁਤ ਆਕਰਸ਼ਿਤ ਹੁੰਦਾ ਹੈ ਉਹ ਜਦੋਂ ਚੱਲਦੀ ਹੈ ਚਿੰਗ 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 ਉਸ ਪਲ ਕਬੀਰ ਨੇ ਕਿਹਾ ਧਰਮਦਾਸ ਇਸ ਨੂੰ ਸ਼ਾਬਦਿਕ ਨਾ ਲਓ ਮੈਂ ਇੱਕ ਛੋਟੀ ਜਹੀ ਚੀਜ਼ ਦੀ ਗੱਲ ਕਰ ਰਿਹਾ ਹਾਂ ਜੋ ਹੋਇਆ ਇਹ ਸਭ ਰੂਪਕ ਹੈ ਇਹ ਸਭ ਤੁਹਾਨੂੰ ਦੱਸਣ ਲਈ ਇਸ ਨੂੰ ਕਹਾਣੀ ਦੇ ਰੂਪ ਵਿੱਚ ਪੇਸ਼ ਕੀਤਾ ਗਿਆ ਹੈ ਕਿ ਚੇਤਨਾ ਕਿਸ ਤਰ੍ਹਾਂ نیچے ਉਤਰੀ ਅਤੇ ਉਹ ਔਰਤ ਇੰਨੀ ਸੋਹਣੀ ਸੀ ਕਿ ਇਸ ਆਦਮੀ ਉਸ ਪੰਜਵੇਂ ਪੁੱਤਰ ਨੂੰ ਪਤਾ ਨਹੀਂ ਲੱਗਦਾ ਕਿ ਕੀ ਕਰਨਾ ਹੈ ਉਹ ਸੋਚਦਾ ਹੈ ਕਿ ਉਹ ਇੱਕ ਬਹੁਤ ਹੀ ਸ਼ਾਨਦਾਰ ਚੀਜ਼ ਹੈ ਅਤੇ ਛੋਟੇ ਬੱਚੇ ਜਦੋਂ ਤੁਸੀਂ ਉਹਨਾਂ ਨੂੰ ਕੁਝ ਦਿੰਦੇ ਹੋ ਤਾਂ ਉਹ ਉਸ ਚੀਜ਼ ਨੂੰ ਆਪਣੇ ਮੂੰਹ ਵਿੱਚ ਪਾ ਲੈਂਦੇ ਹਨ ਉਹ ਨਹੀਂ ਜਾਣਦੇ ਕਿ ਉਸ ਨਾਲ ਹੋਰ ਕੀ ਕਰਨਾ ਹੈ ਉਹਨਾਂ ਨੂੰ ਜਨਮ ਦੇ ਸਮੇਂ ਤੋਂ ਹੀ ਦੁੱਧ ਚੁਗਾਇਆ ਜਾਂਦਾ ਹੈ ਜੋ ਕੁਝ ਤੁਸੀਂ ਉਹਨਾਂ ਨੂੰ ਦਿੰਦੇ ਹੋ ਉਹ ਸੋਚਦੇ ਹਨ ਕਿ ਕੁਝ ਖਾਣ ਵਾਲੀ ਚੀਜ਼ ਹੈ ਇਹ ਆਦਮੀ ਇੱਕ ਛੋਟੇ ਬੱਚੇ ਵਰਗਾ ਸੀ ਜਦੋਂ ਉਹ ਔਰਤ ਪ੍ਰਗਟ ਹੋਈ ਤਾਂ ਬੱਚੇ ਪੈਦਾ ਕਰਨ ਦੀ ਬਜਾਏ ਉਸਨੇ ਉਸ ਆਦਮੀ ਨੇ ਉਸਨੂੰ ਨਿਗਲ ਲਿਆ ਉਹ ਔਰਤ ਚੀਕੀ ਮੈਂ ਇਸ ਲਈ ਨਹੀਂ ਆਈ ਮੈਂ ਤੇਰਾ ਭੋਜਨ ਬਣਾਣ ਲਈ ਨਹੀਂ ਆਈ ਉਹ ਰੋਈ ਸਿੱਖੀ ਅਤੇ ਪਿਤਾ ਪਰਮੇਸ਼ਰ ਨੇ ਸੁਣ ਲਿਆ ਮੇਰੇ ਪੁੱਤਰ ਨੇ ਇਹ ਹੀ ਕੀਤਾ ਅਤੇ ਪਿਤਾ ਨੇ ਕਿਹਾ ਉਸ ਨੂੰ ਬਾਹਰ ਕੱਢ ਉਸ ਦੇ ਬਾਹਰ ਆਉਣ ਤੇ ਇਹ ਕਾਲ ਨਿਰੰਜਨ ਉਸ ਪੰਜਵੇਂ ਪੁੱਤਰ ਨੇ ਕਿਹਾ ਠੀਕ ਹੈ ਹੁਣ ਤੂੰ ਵਾਪਸ ਆ ਗਈ ਹੈ ਹੁਣ ਮੈਂ ਸਮਝ ਗਿਆ ਹਾਂ ਕਿ ਤੂੰ ਕਿਸ ਲਈ ਹੈ ਸਾਨੂੰ ਸੰਭੋਗ ਕਰਨਾ ਅਤੇ ਬੱਚੇ ਪੈਦਾ ਕਰਨੇ ਹਨ ਇਹੀ ਹੈ ਉਹ ਕੰਮ ਜਿਸ ਲਈ ਤੈਨੂੰ ਮੇਰੇ ਲਈ ਭੇਜਿਆ ਗਿਆ ਸੀ ਉਸ ਔਰਤ ਨੇ ਕਿਹਾ ਹੁਣ ਤੁਸੀਂ ਇਹ ਕਿਵੇਂ ਕਰ ਸਕਦੇ ਹੋ ਕਿਉਂਕਿ ਤੁਸੀਂ ਅਤੇ ਮੈਂ ਇੱਕੋ ਪਿਤਾ ਦੇ ਜੰਪਲ ਹਾਂ ਮੈਂ ਤੁਹਾਡੀ ਭੈਣ ਵਰਗੀ ਹਾਂ ਇਹ ਪਾਪ ਹੈ ਹੁਣ ਇਤਿਹਾਸ ਵਿੱਚ ਉਸ ਸਮੇਂ ਅਜੇਹਾ ਗੋਤਰ ਗਮਨ ਪਾਪ ਭਾਰਤ ਵਿੱਚ ਵਰਜਿਆ ਹੋਇਆ ਸੀ ਜਦੋਂ ਇਹ ਕਹਾਣੀ ਸੁਣਾਈ ਜਾ ਰਹੀ ਸੀ ਇਸ ਲਈ ਉਸਨੇ ਭਾਰਤਿਕ ਇਤਿਹਾਸਿਕ ਕਿਤਾਬਾਂ ਦੀ ਦਲੀਲ ਦੰਦੇ ਜੋ ਕਿਤਾਬਾਂ ਉਸ ਸਮੇਂ ਲਿਖੀਆਂ ਹੋਈਆਂ ਸੀ ਕਿਹਾ ਮੈਂ ਤੁਹਾਡੇ ਨਾਲ ਸੰਬੰਧ ਨਹੀਂ ਕਰਾਂਗੀ ਕਿਉਂਕਿ ਇਹ ਲਿਖੀਆਂ ਕਿਤਾਬਾਂ ਅਨਸਾਰ ਪਾਪ ਹੈ ਹੋ ਸਕਦਾ ਹੈ ਕਿ ਉਸ ਔਰਤ ਨੇ ਇੱਕ ਕਿਤਾਬਾਂ ਪੜ੍ਹੀਆਂ ਹੋਣ ਪਰ ਕਿਤਾਬਾਂ ਬਹੁਤ ਬਾਅਦ ਵਿੱਚ ਆਈਆਂ ਪਰ ਕਿਸੇ ਤਰ੍ਹਾਂ ਉਸਨੇ ਕਿਤਾਬ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਹ ਅਨੈਤਿਕਤਾ ਹੈ ਪਾਪ ਹੈ ਅਤੇ ਉਸ ਆਦਮੀ ਨੇ ਕਿਹਾ ਨਹੀਂ ਪਰ ਤੈਨੂੰ ਪਤਾ ਹੈ ਕਿ ਤੈਨੂੰ ਇਸ ਉਦੇਸ਼ ਲਈ ਹੀ ਭੇਜਿਆ ਗਿਆ ਹੈ ਫਿਰ ਉਸ ਔਰਤ ਨੇ ਕਿਹਾ ਪਰ ਮੈਂ ਤੁਹਾਡੇ ਤੋਂ ਬਾਹਰ ਆਈ ਹਾਂ ਮੈਂ ਤੁਹਾਡੀ ਧੀ ਵਰਗੀ ਹਾਂ ਇਹ ਵੀ ਪਾਪ ਹੈ ਅਤੇ ਮੈਂ ਆਪਣੇ ਪਿਤਾ ਦਾ ਹਿੱਸਾ ਹਾਂ ਮੈਂ ਤੁਹਾਡੀ ਮਾਂ ਵਰਗੀ ਹਾਂ ਇਹ ਵੀ ਅਨੈਤਿਕਤਾ ਹੈ ਇਹ ਸਭ ਪਾਪ ਹਨ ਇਹ ਤਿੰਨੋਂ ਪਾਪ ਹਨ ਜੋ ਮੈਂ ਕਰਨ ਲਈ ਤਿਆਰ ਨਹੀਂ ਹਾਂ ਪਰ ਉਸ ਆਦਮੀ ਨੇ ਇਨ੍ਹਾਂ ਸ਼ਬਦਾਂ ਵਿੱਚ ਕਿਹਾ ਪਾਪ ਪੁੰਨ ਹਮੇ ਲਾਗੇ ਨਾਹੀਂ ਅਸੀਂ ਪਾਪ ਤੋਂ ਪਰੇ ਹਾਂ ਸਜ਼ਾ ਅਤੇ ਇਨਾਮ ਤੋਂ ਪਰੇ ਹਾਂ ਅਸੀਂ ਪਾਪ ਦੇ ਸਿਰਜਣਹਾਰ ਹਾਂ ਕੁਝ ਵੀ ਸਾਨੂੰ ਪ੍ਰਭਾਵਿਤ ਨਹੀਂ ਕਰੇਗਾ ਅਤੇ ਇਸ ਲਈ ਉਸ ਔਰਤ ਨੇ ਉਸ ਦੀ ਗੱਲ ਮੰਨ ਲਈ ਕਿ ਉਹ ਪਾਪ ਤੋਂ ਪਰੇ ਹਨ ਅਤੇ ਉਹਨਾਂ ਨੇ ਤਿੰਨ ਬੱਚੇ ਪੈਦਾ ਕੀਤੇ ਸਮਾ ਅਤੇ ਸਪੇਸ਼ ਦਾ ਜਨਮ ਹੋਇਆ ਤਿੰਨਾਂ ਬੱਚਿਆਂ ਨੂੰ ਨਾਮ ਦਿੱਤਾ ਜਾਣਾ ਸੀ ਉਹਨਾਂ ਦਾ ਨਾਮ ਰੱਖਿਆ ਗਿਆ ਆਰੰਭ ਮੱਧ ਅਤੇ ਅੰਤ ਇਹ ਸਮਾਸੇ ਜਦੋਂ ਵੀ ਇੱਕ ਸ਼ੁਰੂਆਤ ਹੋਵੇ ਇੱਕ ਮੱਧ ਹੋਵੇ ਅਤੇ ਇੱਕ ਅੰਤ ਹੋਵੇ ਤਾਂ ਤੁਸੀਂ ਸਮਾ ਅਤੇ ਸਪੇਸ ਬਣਾ ਰਹੇ ਹੋ ਸ਼ੁਰੂਆਤ ਮੱਧ ਅਤੇ ਅੰਤ ਤੋਂ ਬਿਨਾ ਸਮਾ ਅਤੇ ਸਪੇਸ ਨਹੀਂ ਹੋ ਸਕਦਾ ਇਸ ਲਈ ਉਹਨਾਂ ਨੂੰ ਦੇਵਤਿਆਂ ਦਾ ਨਾਮ ਦੇਣਾ ਪਿਆ ਸੀ ਕਿਉਂਕਿ ਲੋਗ ਹੁਣ ਇਸ ਸਾਰੇ ਬ੍ਰਹਮੰਡ ਦੇ ਇਨਾ ਵੱਡੇ ਸਿਰਜਣਹਾਰਾਂ ਦੀ ਪੂਜਾ ਕਰਨ ਜਾ ਰਹੇ ਸਨ ਇਸ ਲਈ ਉਹਨਾਂ ਦਾ ਨਾਮ ਬ੍ਰਹਮਾ ਵਿਸ਼ਨੂੰ ਸ਼ਿਵ ਰੱਖਿਆ ਗਿਆ ਬ੍ਰਹਮਾ ਸਿਰਜਣਹਾਰ ਵਿਸ਼ਨੂੰ ਸੰਭਾਲਣ ਵਾਲਾ ਅਤੇ ਸ਼ਿਵ ਨਾਸ਼ ਕਰਨ ਵਾਲਾ ਇਹ ਇਸ ਤਰ੍ਹਾਂ ਇਹ ਇੱਕ ਪੂਰਾ ਟਾਈਮ ਫਰੇਮ ਪੈਦਾ ਹੋ ਗਿਆ ਅਤੇ ਉਸ ਤੋਂ ਬਾਅਦ ਜੋ ਵੀ ਵਾਪਰੇਗਾ ਭਾਵੇਂ ਉਹ ਬ੍ਰਹਮੰਡਾ ਦੀ ਸਿਰਜਣਾ ਹੋਵੇ ਜਾਂ ਕਿਸੇ ਘਟਨਾ ਦੀ ਸਿਰਜਣਾ ਜਾਂ ਮਨੁੱਖ ਦੀ ਸਿਰਜਣਾ ਜਾਂ ਇੱਕ ਜੀਵਨ ਸ਼ਕਤੀ ਦੀ ਸਿਰਜਣਾ ਸਭ ਦਾ ਆਰੰਭ ਮਦ ਅਤੇ ਅੰਤ ਹੋਵੇਗਾ ਉਹਨਾਂ ਨੇ ਐਲਾਨ ਕੀਤਾ ਕਿ ਹੁਣ ਸਾਡੀ ਸਲਤਨਤ ਵਿੱਚ ਕੁਝ ਵੀ ਅਜੇ ਹਾ ਮੌਜੂਦ ਨਹੀਂ ਹੋ ਸਕਦਾ ਜਿਸ ਦਾ ਸ਼ੁਰੂਆਤ ਮਦ ਅਤੇ ਅੰਤ ਨਹੀਂ ਹੋਵੇਗਾ ਇਸ ਲਈ ਇਹ ਤਿੰਨ ਦੇਵਤੇ ਇਹ ਤਿੰਨ ਜਾਣੇ ਇਸ ਸਮੇਂ ਅਤੇ ਸਪੇਸ ਦੇ ਚਰਿੱਤਰ ਇਸ ਨੂੰ ਚਲਾਉਣਗੇ ਇਸ ਲਈ ਉਹਨਾਂ ਨੇ ਪਹਿਲਾ ਟਾਈਮ ਫਰੇਮ ਖੋਲ ਦਿੱਤਾ ਅਤੇ ਜਿਵੇਂ ਜਿਵੇਂ ਸਮੇਂ ਦਾ ਵਿਸਤਾਰ ਹੋਇਆ ਸਮੇਂ ਵਿੱਚ ਪਾਉਣ ਲਈ ਕੁਝ ਵੀ ਨਹੀਂ ਸੀ ਇਸ ਲਈ ਉਹਨਾਂ ਨੇ ਸਪੇਸ ਬਣਾਈ ਸੋ ਹੁਣ ਅਤੇ ਫਿਰ ਤੋਂ ਉਹਨਾਂ ਨੇ ਇੱਧਰ ਅਤੇ ਉੱਧਰ ਬਣਾਇਆ ਇਹ ਹੈ ਸਮਾਂ ਅਤੇ ਸਪੇਸ ਉਸ ਤੋਂ ਬਾਅਦ ਜੋ ਵੀ ਇਸ ਰਚਨਾ ਵਿੱਚ ਵਾਪਰੇਗਾ ਉਸ ਦਾ ਹੁਣ ਅਤੇ ਫਿਰ ਅਤੇ ਇੱਧਰ ਅਤੇ ਉੱਧਰ ਹੋਵੇਗਾ ਹਰ ਚੀਜ਼ ਨੂੰ ਪਹਿਲੂ ਮਿਲਿਆ ਸੋ ਇਹ ਚਾਰ ਪੰਜ ਅਯਾਮੀ ਚੀਜ਼ ਸਾਹਮਣੇ ਆਈ ਅਤੇ ਸਾਰੇ ਬ੍ਰਹਮੰਡਾ ਨੂੰ ਚਲਾਉਣਾ ਸ਼ੁਰੂ ਕੀਤਾ ਅਤੇ ਇਹ ਹੋਂਦ ਵਿੱਚ ਆਇਆ ਹੁਣ ਕਬੀਰ ਕਹਿੰਦਾ ਹੈ ਧਰਮਦਾਸ ਤੂੰ ਇਹਨਾਂ ਦੀ ਪੂਜਾ ਕਰ ਰਿਹਾ ਹੈ ਉਹਨਾਂ ਦੇ ਕੰਮ ਕਰਕੇ ਤੂੰ ਉਹਨਾਂ ਨੂੰ ਦੇਵਤਿਆਂ ਵਜੋਂ ਪੂਜ ਰਿਹਾ ਹੈ ਉਹ ਤੁਹਾਡੇ ਦੇਵਤੇ ਬਣ ਨਹੀਂ ਨਹੀਂ ਸੀ ਬਣਾਏ ਗਏ ਤੂੰ ਇੱਥੇ ਦਾ ਨਿਵਾਸੀ ਨਹੀਂ ਹੈ ਇਹ ਆਤਮਾ ਜੋ ਸਮੁੱਚੀ ਚੇਤਨਾ ਦੀ ਰਚਨਾ ਹੈ ਇਹ ਸਮੁੱਚੀ ਚੇਤਨਾ ਨਾਲ ਸੰਬੰਧਿਤ ਹੈ ਇਹ ਰਚਨਾਵਾਂ ਹਨ ਇੱਥੋਂ ਤੱਕ ਕਿ ਬ੍ਰਹਮਾ ਵਿਸ਼ਨੂੰ ਸ਼ਿਵ ਵੀ ਕਿਸੇ ਅਨੁਭਵ ਨੂੰ ਕਾਇਮ ਰੱਖਣ ਲਈ ਰਚਨਾਵਾਂ ਹਨ ਇਸ ਤੋਂ ਵੱਧ ਕੁਝ ਨਹੀਂ ਹੈ ਇਸ ਲਈ ਧਰਮਦਾਸ ਮੈਨੂੰ ਬਹੁਤ ਗੰਭੀਰਤਾ ਨਾਲ ਨਾ ਲਓ ਮੈਂ ਬਸ ਇੱਕ ਕਹਾਣੀ ਸੁਣਾ ਰਿਹਾ ਹਾਂ ਉਹ ਧਰਮਦਾਸ ਨੂੰ ਯਾਦ ਦਿਵਾਉਂਦੇ ਰਹੇ ਕਿ ਮੈਂ ਤੁਹਾਨੂੰ ਇੱਕ ਕਹਾਣੀ ਸੁਣਾ ਰਿਹਾ ਹਾਂ ਤਾ ਜੋ ਤੁਹਾਨੂੰ ਇਹ ਅਹਿਸਾਸ ਦਿਵਾ ਸਕਾਂ ਕਿ ਇਹ ਦੁਨੀਆ ਕਿਵੇਂ ਹੋਂਦ ਵਿੱਚ ਆਈ ਅਤੇ ਅਨੁਰਾਗ ਸਾਗਰ ਦੀ ਇਹ ਕਹਾਣੀ ਅੱਗੇ ਦੱਸਦੀ ਹੈ ਕਿ ਇਹਨਾਂ ਤਿੰਨਾਂ ਦੇ ਬਾਅਦ ਵਿੱਚ ਇਹ ਸਭ ਚੀਜ਼ਾਂ ਕਿਵੇਂ ਬਣਾਈਆਂ ਗਈਆਂ ਉਹ ਤਿੰਨ ਦੇਵਤੇ ਨਦੀ ਤੇ ਗਏ ਮੇਰਾ ਖਿਆਲ ਹੈ ਕਿ ਨਦੀ ਪਹਿਲਾਂ ਹੀ ਉੱਥੇ ਸੀ ਨਦੀ ਪਹਿਲਾਂ ਹੀ ਬਣਾਈ ਗਈ ਸੀ ਪਰ ਕਹਾਣੀ ਵਿੱਚ ਇਸ ਦਾ ਕੋਈ ਜ਼ਿਕਰ ਨਹੀਂ ਹੈ ਉਹ ਨਦੀ ਤੇ ਜਾਂਦੇ ਹਨ ਫਤੇ ਉਹਨਾਂ ਨੂੰ ਤਿੰਨ ਔਰਤਾਂ ਮਿਲਦੀਆਂ ਹਨ ਅਤੇ ਉਹ ਉਹਨਾਂ ਦੇ ਸਾਥੀ ਬਣ ਜਾਂਦੇ ਹਨ ਅਤੇ ਲక్ష్ਮੀ ਸਰਸਵਤੀ ਇਹ ਦੇਵੀਆਂ ਮਿਥਿਹਾਸ ਵਿੱਚ ਆ ਜਾਂਦੀਆਂ ਹਨ ਫਤੇ ਫਿਰ ਉਹ ਬੱਚੇ ਪੈਦਾ ਕਰਦੇ ਹਨ ਫਿਰ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਪੈਦਾ ਕੀਤਾ ਉਹ ਸਾਰੇ ਇੱਥੇ ਇੱਕ ਪਰਮ ਇੱਕ ਵਿਸ਼ਾਲ ਪਰਮ ਵਿੱਚ ਹਨ ਵਿਸ਼ਾਲ ਪਰਮ ਦਾ ਮਤਲਬ ਹੈ ਅਸੀਂ ਸਰੋਤੋਂ ਬੇਖਬਰ ਕਰ ਦਿੱਤੇ ਜਾਂਦੇ ਹਨ ਅਤੇ ਇਹ ਹਕੀਕਤ ਬਣ ਜਾਂਦੀ ਹੈ ਲੱਗਦਾ ਹੈ ਕਿ ਅਸੀਂ ਇੱਕ ਅਸਲ ਸੰਸਾਰ ਵਿੱਚ ਜੀ ਰਹੇ ਹਾਂ ਭਰਮ ਨੂੰ ਕਦੇ ਵੀ ਭਰਮ ਪੈਦਾ ਕਰਨ ਲਈ ਨਹੀਂ ਵਰਤਿਆ ਗਿਆ ਭਰਮ ਦੀ ਵਰਤੋਂ ਹਕੀਕਤ ਬਣਾਉਣ ਲਈ ਕੀਤੀ ਗਈ ਹੈ ਅਤੇ ਇਸ ਲਈ ਇਹ ਹਕੀਕਤ ਦੇ ਪੱਧਰ ਹਨ ਭਰਮ ਦੇ ਪੱਧਰ ਨਹੀਂ ਹਾਲਾਂਕਿ ਇਹ ਭਰਮ ਦੀ ਪ੍ਰਕਿਰਿਆ ਦੁਆਰਾ ਬਣਾਏ ਗਏ ਹਨ ਇਸ ਲਈ ਇਹ ਇੱਕ ਸੁਤੰਤਰ ਹਕੀਕਤ ਹੈ ਅਤੇ ਇਸ ਨੂੰ ਕਿਸੇ ਹੋਰ ਚੀਜ਼ ਨਾਲ ਜਾਂਚਣ ਲਈ ਕੁਝ ਵੀ ਨਹੀਂ ਹੈ ਇੱਕ ਸੁਪਨੇ ਵਾਂਗ ਸੁਪਨੇ ਵਿੱਚ ਹਰ ਚੀਜ਼ ਇੱਕ ਦੂਜੇ ਦੇ ਸੰਬੰਧ ਵਿੱਚ ਅਸਲ ਹੁੰਦੀ ਹੈ ਜਾਗਦੀ ਅਵਸਥਾ ਵਿੱਚ ਨਹੀਂ ਸੁਪਨੇ ਦੀ ਅਵਸਥਾ ਵਿੱਚਲੇ ਸਾਡੇ ਕੋਲ ਜਾਗਦੀ ਅਵਸਥਾ ਨਹੀਂ ਹੋ ਸਕਦੀ ਇੱਕ ਸਮੇਂ ਸਾਡੇ ਕੋਲ ਸਿਰਫ ਇੱਕ ਅਵਸਥਾ ਹੋ ਸਕਦੀ ਹੈ ਇਸ ਲਈ ਇੱਕ ਸਮੇ ਸਾਡੇ ਕੋਲ ਸਿਰਫ ਇੱਕ ਹੀ ਹਕੀਕਤ ਹੋ ਸਕਦੀ ਹੈ ਇੱਥੋਂ ਤੱਕ ਕਿ ਉਹ ਲੋਕ ਜੋ ਰੋਹਾਨੀ ਅਭਿਆਸ ਕਰਦੇ ਹਨ ਅਤੇ ਉੱਚ ਪੜਾਵਾਂ ਉੱਚ ਪੱਧਰ ਦੀਆਂ ਚੇਤਨਾਵਾਂ ਤੇ ਜਾਂਦੇ ਹਨ ਅਤੇ ਇਹਨਾਂ ਖੇਤਰਾਂ ਅਤੇ ਇਸ ਸੰਸਾਰ ਤੋਂ ਪਰੇ ਮੌਜੂਦ ਸੰਸਾਰਾਂ ਨੂੰ ਖੋਜਦੇ ਹਨ ਇੱਥੋਂ ਤੱਕ ਕਿ ਉਹ ਇੱਕ ਸਮੇਂ ਵਿੱਚ ਸਿਰਫ ਇੱਕ ਸੰਸਾਰ ਵੇਖ ਸਕਦੇ ਹਨ ਉਸ ਵਿਅਕਤੀ ਨਾਲ ਕੀ ਵਾਪਰਦਾ ਹੈ ਜੋ ਅਭਿਆਸ ਵਿੱਚ ਜਾਂਦਾ ਹੈ ਅਤੇ ਇੱਕ ਹਕੀਕਤ ਦਾ ਅਨੁਭਵ ਕਰਦਾ ਹੈ ਉਹ ਹਕੀਕਤ ਜੋ ਇਸ ਨਾਲੋਂ ਵੱਧ ਅਸਲ ਹੈ ਅਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਜੋ ਦੁਨੀਆ ਹੈ ਉਹ ਸਿਰਫ ਉਸ ਦੁਨੀਆ ਦਾ ਇੱਕ ਪ੍ਰਤੀਬਿੰਬ ਸੀ ਉਸ ਸੰਸਾਰ ਦਾ ਇੱਕ ਪਰਛਾਵਾ ਸੀ ਅਤੇ ਫਿਰ ਉਹ ਇਸ ਸੰਸਾਰ ਵਿੱਚ ਵਾਪਸ ਆ ਜਾਂਦਾ ਹੈ ਹੁਣ ਇਸ ਸੰਸਾਰ ਵਿੱਚ ਉਸ ਦਾ ਅਨੁਭਵ ਕਿਸ ਤਰ੍ਹਾਂ ਦਾ ਹੋਵੇਗਾ ਉਹ ਉਸ ਦੁਨੀਆ ਦੀ ਅਸਲੀਅਤ ਦੇ ਅਨੁਭਵ ਨੂੰ ਗਵਾ ਦੇਵੇਗਾ ਅਤੇ ਇਸ ਨੂੰ ਅਸਲ ਬਣਾ ਦੇਵੇਗਾ ਉਹ ਕਹੇਗਾ ਹਾਂ ਮੈਨੂੰ ਇੱਕ ਬਹੁਤ ਵਧੀਆ ਅਨੁਭਵ ਹੋਇਆ ਸੀ ਉਹ ਇਸ ਨਾਲੋਂ ਵਧੇਰੇ ਅਸਲ ਸੀ ਪਰ ਫਿਰ ਉਹ ਇਸ ਸਰੀਰ ਵਿੱਚ ਆ ਜਾਵੇਗਾ ਅਤੇ ਇਸ ਸੰਸਾਰ ਨੂੰ ਫਿਰ ਅਸਲ ਦੇ ਰੂਪ ਵਿੱਚ ਲੈ ਲਵੇਗਾ ਇੱਕ ਸਮੇਂ ਸਿਰਫ ਇੱਕ ਹੀ ਹਕੀਕਤ ਹੁੰਦੀ ਹੈ ਤੁਸੀਂ ਜਾਣਦੇ ਹੋ ਕਿ ਤੁਸੀਂ ਅੱਜ ਜਾਗ ਰਹੇ ਹੋ ਤੁਸੀਂ ਰਾਤ ਨੂੰ ਸੋ ਜਾਂਦੇ ਹੋ ਸਪਨਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਭੁੱਲ ਜਾਂਦੇ ਹੋ ਕਿ ਅਸਲ ਸੰਸਾਰ ਕਿਹੋ ਜਿਹਾ ਸੀ ਸੁਪਨੇ ਆਦੀ ਦੁਨੀਆ ਅਸਲ ਬਣ ਜਾਂਦੀ ਹੈ ਜਦੋਂ ਤੁਸੀਂ ਜਾਗਦੇ ਹੋ ਸੁਪਨੇ ਆਦੀ ਦੁਨੀਆ ਅਲੋਪ ਹੋ ਜਾਂਦੀ ਹੈ ਅਤੇ ਇਹ ਦੁਨੀਆ ਦੁਬਾਰਾ ਤੋਂ ਹਕੀਕਤ ਬਣ ਜਾਂਦੀ ਹੈ ਇਹ ਅੰਤ ਤੱਕ ਬਿਲਕੁਲ ਇਸੇ ਤਰ੍ਹਾਂ ਚੱਲਦਾ ਹੈ ਹਰ ਵਾਰ ਜਦੋਂ ਤੁਸੀਂ ਕੋਈ ਉੱਚ ਅਨੁਭਵ ਲੈਂਦੇ ਹੋ ਤਾਂ ਤੁਸੀਂ ਇਸ ਨੂੰ ਬਰਕਰਾਰ ਨਹੀਂ ਰੱਖ ਪਾਉਂਦੇ ਕਿਉਂਕਿ ਜੇ ਤੁਸੀਂ ਇਸ ਨੂੰ ਬਰਕਰਾਰ ਰੱਖਦੇ ਹੋ ਤਾਂ ਹੀਠਾ ਦੇ ਪੱਦਰ ਮੌਜੂਦ ਨਹੀਂ ਰਹਿ ਸਕਦੇ ਤੁਸੀਂ ਉੱਚ ਅਸਲੀਅਤ ਦੇ ਅਨੁਭਵ ਨੂੰ ਖਤਮ ਕਰ ਦਿੰਦੇ ਹੋ ਵਾਪਸ ਆਉਂਦੇ ਹੋ ਅਤੇ ਇਹ ਤੁਹਾਡੀ ਹਕੀਕਤ ਬਣ ਜਾਂਦੀ ਹੈ ਇੱਕ ਵਾਰ ਵਿੱਚ ਇੱਕ ਹੀ ਹਕੀਕਤ ਸवाय ਉਦੋਂ ਦੇ ਜਦੋਂ ਤੁਸੀਂ ਸਮੁੱਚੀ ਚੇਤਨਾ ਤੇ ਪਹੁੰਚ ਜਾਂਦੇ ਹੋ ਜਦੋਂ ਸਾਰੀ ਅਸਲੀਅਤ ਇੱਕ ਹੀ ਦਿਖਾਈ ਦਿੰਦੀ ਹੈ ਉਦੋਂ ਤੁਸੀਂ ਇੱਥੇ ਵੀ ਹੋ ਸਕਦੇ ਹੋ ਉੱਥੇ ਵੀ ਇੱਧਰ ਵੀ ਉੱਧਰ ਵੀ ਹਰ ਜਗ੍ਹਾ ਸਿਰਫ ਇੱਕੋ ਇੱਕ ਜਗ੍ਹਾ ਜਿੱਥੇ ਤੁਸੀਂ ਸਾਰੀਆਂ ਹਕੀਕਤਾਂ ਦਾ ਇਕੱਠੇ ਹੀ ਅਨੁਭਵ ਕਰ ਸਕਦੇ ਹੋ ਉਹ ਸਤਾਨ ਹੈ ਸੱਚਖੰਡ ਇਹੀ ਕਾਰਨ ਹੈ ਕਿ ਪਰਮ ਸੰਤ ਸਤਗੁਰੂ ਭਾਵੇਂ ਉਹ ਸਾਡੇ ਵਰਗੇ ਸਧੂ ਸ਼ਰੀਰ ਵਿੱਚ ਹੋਣ ਉਹ ਸਮੁੱਚੀ ਹਕੀਕਤ ਵਿੱਚ ਹੁੰਦੇ ਹਨ ਉਹ ਸਿਰਫ ਇਸ ਅਸਲੀਅਤ ਵਿੱਚ ਹੀ ਕੰਮ ਨਹੀਂ ਕਰਦੇ ਇੱਥੇ ਉਹ ਸਾਡੀ ਖਾਤਰ ਕੰਮ ਕਰਦੇ ਹਨ ਦੀਆਂ ਕੀ ਉਹਨਾਂ ਨੇ ਇਹ ਕਾਰਜ ਅਪਣਾਇਆ ਹੁੰਦਾ ਹੈ ਅਨੁਭਵ ਦਾ ਇੱਕ ਕਾਰਜ ਜੋ ਉਹਨਾਂ ਨੇ ਇੱਥੇ ਅਪਣਾਇਆ ਹੁੰਦਾ ਹੈ ਉਹ ਅਜਿਹਾ ਕਾਰਜ ਕਿਵੇਂ ਅਪਣਾ ਸਕਦੇ ਹਨ ਜਦੋਂ ਸਾਡਾ ਮਨ ਹੀ ਸਭ ਕੁਝ ਪੈਦਾ ਕਰ ਰਿਹਾ ਹੁੰਦਾ ਹੈ ਤੁਹਾਡੇ ਵਿੱਚੋਂ ਕਈ ਕਹਿਣਗੇ ਹੁਣੇ ਹੀ ਤਾਂ ਤੁਸੀਂ ਬੋਲਿਆ ਹੈ ਕਿ ਤੁਹਾਡਾ ਮਨ ਹੀ ਸਭ ਕੁਝ ਪੈਦਾ ਕਰਦਾ ਹੈ ਤਾਂ ਕਿ ਮਨ ਇੱਕ ਕਾਮਨ ਮੁਰਸ਼ਦ ਵੀ ਨਹੀਂ ਬਣਾਉਂਦਾ ਕਿ ਮਨ ਇੱਕ ਪਰਮ ਸੰਤ ਸਤਗੁਰੂ ਨਹੀਂ ਬਣਾਉਂਦਾ ਯਕੀਨਨ ਮਨ ਇੱਕ ਪਰਮ ਸੰਤ ਸਤਗੁਰੂ ਨੂੰ ਵੀ ਉਸੇ ਤਰੀਕੇ ਨਾਲ ਬਣਾਉਂਦਾ ਹੈ ਮੈਂ ਉਸ ਕਾਮਲ ਮੁਰਸ਼ਿਦ ਦੀ ਗੱਲ ਕਰ ਰਿਹਾ ਹਾਂ ਜੋ ਪੂਰਨ ਗਿਆਨਵਾਨ ਹੈ ਉਹ ਵੀ ਮਨ ਦੁਆਰਾ ਹੀ ਬਣਾਇਆ ਜਾਂਦਾ ਹੈ ਪਰ ਸਾਡੇ ਆਪੇ ਦੀ ਚੇਤਨਾ ਉਸ ਨੂੰ ਬਾਹਰ ਇੱਕ ਪਰਛਾਵੇਂ ਵਿੱਚ ਰੱਖਿਆ ਜਾਂਦਾ ਹੈ ਤਾਂ ਜੋ ਉਸ ਪਰਛਾਵੇਂ ਦੀ ਸਹਾਇਤਾ ਨਾਲ ਅਸੀਂ ਜਾਗ ਸਕੀਏ ਇਸ ਲਈ ਇਹ ਨਾ ਸੋਚੋ ਕਿ ਇੱਕ ਪਰਮ ਸੰਤ ਸਤਿਗੁਰੂ ਜੋ ਅਸੀਂ ਬਾਹਰ ਵੇਖਦੇ ਹਾਂ ਅਸਲ ਵਿੱਚ ਸਮੁੱਚੀ ਚੇਤਨਾ ਹੈ ਸਮੁੱਚੀ ਚੇਤਨਾ ਅਜੇ ਵੀ ਤੁਹਾਡੇ ਅੰਦਰ ਹੀ ਹੁੰਦੀ ਹੈ ਪਰ ਜਦੋਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਦੇ ਹੋ ਤਾਂ ਤੁਸੀਂ ਹਨੇਰਾ ਵੇਖਦੇ ਹੋ ਬਾਹਰ ਤੁਸੀਂ ਕੁਝ ਨਹੀਂ ਵੇਖ ਸਕਦੇ ਇਸ ਲਈ ਉਹ ਬਾਹਰ ਦਿਖਾਈ ਦਿੰਦਾ ਹੈ ਇਹ ਲਗਭਗ ਇਸੇ ਤਰ੍ਹਾਂ ਹੈ ਕਿ ਸਤਿਗੁਰੂ ਹਮੇਸ਼ਾ ਸਾਡੇ ਅੰਦਰ ਹੈ ਅਸਲ ਸਤਿਗੁਰੂ ਜਿਹੜਾ ਸਾਨੂੰ ਘਰ ਲੈ ਕੇ ਜਾਵੇਗਾ ਉਹ ਅੰਦਰ ਹੈ ਬਾਹਰ ਨਹੀਂ ਅਸੀਂ ਉਸ ਨੂੰ ਨਹੀਂ ਦੇਖਦੇ ਜਦੋਂ ਅਸੀਂ ਆਪਣੀਆਂ ਅੱਖਾਂ ਬੰਦ ਕਰਦੇ ਹਾਂ ਅਸੀਂ ਉਸ ਨੂੰ ਵੇਖਦੇ ਨਹੀਂ ਇਸ ਲਈ ਉਹ ਬਾਹਰ ਦੇ ਪ੍ਰਦਰਸ਼ਨ ਦਾ ਹਿੱਸਾ ਬਣ ਜਾਂਦਾ ਹੈ ਅਤੇ ਫਿਰ ਅਸੀਂ ਉਸ ਨੂੰ ਵੇਖ ਸਕਦੇ ਹਾਂ ਇਹ ਇੱਕ ਸਭ ਤੋਂ ਵਧੀਆ ਤਰੀਕਾ ਹੈ ਚੀਜ਼ਾਂ ਨੂੰ ਕਰਨ ਦਾ ਉੱਤਮ ਤਰੀਕਾ ਜੇ ਅਸੀਂ ਆਪਣੇ ਆਪ ਨੂੰ ਬੰਦ ਕਰ ਲੈਂਦੇ ਹਾਂ ਅਤੇ ਘਰ ਵਾਪਸ ਜਾਣ ਲਈ ਚਾਬੀ ਚਾਹੁੰਦੇ ਹਾਂ ਇਹ ਉਹੀ ਪ੍ਰਬੰਧ ਹੈ ਜੋ ਅਸੀਂ ਉਸ ਵੇਲੇ ਕਰਾਂਗੇ ਸਾਡੀ ਸਹਾਇਤਾ ਲਈ ਜ਼ਰੂਰ ਕਿਸੇ ਕੋਲ ਚਾਬੀ ਹੋਣੀ ਚਾਹੀਦੀ ਹੈ ਭਾਵੇਂ ਸਾਨੂੰ ਕੋਈ ਮਾਇਆ ਦਾ ਭਰਮ ਵੀ ਪੈਦਾ ਕਰਨਾ ਪਵੇ ਮਾਇਆ ਦਾ ਅਜੇ ਹ ਪਰਮ ਪੈਦਾ ਕਰਾਂਗੇ ਜਿੱਥੇ ਅਜੇ ਵੀ ਸਮੁੱਚੀ ਚੇਤਨਾ ਨਾਲ ਸੰਪਰਕ ਹੋਵੇ ਇੱਕ ਪਰਮ ਸੰਤ ਸਤਗੁਰੂ ਸਾਡੇ ਸੁਪਨੇ ਦਾ ਇੱਕ ਹਿੱਸਾ ਹੁੰਦਾ ਹੈ ਹਰ ਪਦਰਤੇ ਸਾਡੀ ਅਸਲੀਅਤ ਦਾ ਹਿੱਸਾ ਹਰ ਪਦਰਤੇ ਉਹ ਪ੍ਰਗਟ ਹੁੰਦਾ ਹੈ ਅਤੇ ਜਦੋਂ ਅਸੀਂ ਇਸ ਪਦਰਤ ਤੋਂ ਉੱਠ ਜਾਂਦੇ ਹਾਂ ਉਹ ਅਲੋਪ ਹੋ ਜਾਂਦਾ ਹੈ ਹਰ ਹੋਰ ਕਿਸੇ ਚੀਜ਼ ਵਾਂਦਰ ਅਸਲ ਭਾਰਤ ਵਿੱਚ ਰਾਮਾ ਕ੍ਰਿਸ਼ਨ ਸੰਪਰਦੇ ਦੇ ਇੱਕ Swami ਹੋਏ ਹਨ ਜਿਨ੍ਹਾਂ ਨੇ 110 ਸਾਲ ਪਹਿਲਾਂ ਅਮਰੀਕਾ ਵਿਖੇ ਹੋਏ ਵਿਸ਼ਮ ਧਰਮਾਂ ਦੇ ਸੰਮੇਲਨ ਵਿੱਚ ਭਾਸ਼ਣ ਦਿੱਤਾ ਸੀ ਉਹ ਉੱਥੇ ਬੋਲੇ ਸਨ ਉਹਨਾਂ ਦਾ ਨਾਮ ਵਿਵੇਕਾਨੰਦ ਸੀ ਸਵਾਮੀ ਵਿਵੇਕਾਨੰਦ ਇਹ ਸੰਵੇਲਨ ਸ਼ਿਕਾਗੋ ਵਿੱਚ ਹੋਇਆ ਜਿੱਥੇ ਵਿਵੇਕਾਨੰਦ ਬੋਲੇ ਸਨ ਅਤੇ ਉਹਨਾਂ ਨੇ ਉੱਥੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਸੀ ਦੋ ਦਿਨਾ ਤੋਂ ਮੈਂ ਤੁਹਾਨੂੰ ਕਹਿੰਦਾ ਆ ਰਿਹਾ ਹਾਂ ਕਿ ਇਹ ਸੰਸਾਰ ਝੂਠ ਹੈ ਇਹ ਮਾਇਆ ਮਿਥਿਆ ਅਵਿਸ਼ਵਾਸ਼ ਪਰਮ ਹੈ ਫਿਰ ਤੁਸੀਂ ਮੈਨੂੰ ਕਿਵੇਂ ਵੇਖ ਰਹੇ ਹੋ ਮੈਂ ਵੀ ਜ਼ਰੂਰ ਭਰਮ ਹੋਵਾਂਗਾ ਇਹ ਕਿਸ ਤਰ੍ਹਾਂ ਹੈ ਕਿ ਮੈਂ ਖੁਦ ਝੂਠ ਹੁੰਦੇ ਹੋਏ ਕਿਵੇਂ ਤੁਹਾਨੂੰ ਹਕੀਕਤ ਬਾਰੇ ਦੱਸ ਰਿਹਾ ਹਾਂ ਮੈਂ ਇਸੇ ਪਰਮ ਦਾ ਹਿੱਸਾ ਬਣ ਕੇ ਤੁਹਾਨੂੰ ਸੱਚ ਬਾਰੇ ਕਿਵੇਂ ਦੱਸ ਰਿਹਾ ਹਾਂ ਤੁਸੀਂ ਦੇਖੋਗੇ ਕਿ ਮੇਰੇ ਅਤੇ ਬਾਕੀ ਭਰਮਾਂ ਵਿਚਾਰ ਇੱਕ ਅੰਤਰ ਹੈ ਬਾਕੀ ਪਰਮ ਤੁਹਾਨੂੰ ਆਪਣੇ ਵੱਲ ਖਿੱਚ ਰਹੇ ਹਨ ਅਤੇ ਤੁਹਾਨੂੰ ਇੱਥੇ ਬੰਨ ਰਿਹਾ ਹੈ ਇਹ ਭੁਲੇਖਾ ਇਹ ਵੀ ਪਰਮ ਹੈ ਪਰ ਇਹ ਤੁਹਾਡਾ ਤਿਹਾਨ ਉਸ ਜਗ੍ਹਾ ਤੇ ਵਾਪਸ ਮੋੜ ਰਿਹਾ ਹੈ ਜਿੱਥੇ ਦੇ ਤੁਸੀਂ ਹੋ ਅਤੇ ਤੁਹਾਨੂੰ ਵਾਪਸ ਘਰ ਲਿਆ ਜਾ ਰਿਹਾ ਹੈ ਇਹ ਫਰਕ ਹੈ ਇੱਥੋਂ ਤੱਕ ਕਿ ਪਰਮ ਸੰਤ ਸਤਗੁਰੂ ਵੀ ਸਾਡੀ ਜ਼ਿੰਦਗੀ ਦੀਆਂ ਬਾਕੀ ਰਚਨਾਵਾਂ ਇਸ ਤਰ੍ਹਾਂ ਉਸੇ ਤਰ੍ਹਾਂ ਆਉਂਦੇ ਹਨ ਪਰ ਉਹਨਾਂ ਕੋਲ ਸਾਡੀ ਸਮੁੱਚੀ ਚੇਤਨਾ ਇਸ ਰੂਪ ਵਿੱਚ ਹੁੰਦੀ ਹੈ ਜਿਸ ਦਾ ਅਸੀਂ ਇੱਥੇ ਹੁੰਦੇ ਹੋਏ ਲਾਭ ਲੈ ਸਕਦੇ ਹਾਂ ਜਦੋਂ ਅਸੀਂ ਇੱਥੇ ਹਾਂ ਅਤੇ ਇਹੀ ਕਾਰਨ ਹੈ ਕਿ ਉਹ ਇੱਕ ਇੱਕ ਉਦਾਹਰਣ ਹੈ ਜੋ ਸਾਡੇ ਵਰਗੇ ਮਨੁੱਖ ਦੇ ਰੂਪ ਵਿੱਚ ਨજર ਆਉਂਦੇ ਹਨ ਪਰ ਉਹਨਾਂ ਕੋਲ ਚੇਤਨਾ ਦਾ ਗਿਆਨ ਹੁੰਦਾ ਹੈ ਜਿਸ ਨੂੰ ਉਹ ਸਾਂਝਾ ਕਰ ਸਕਦੇ ਹਨ ਉਹ ਕਿਵੇਂ ਸਾਂਝਾ ਕਰਦੇ ਹਨ ਪਹਿਲਾਂ ਗੱਲ ਕਰਕੇ ਉਹ ਸਾਨੂੰ ਵਾਚ ਗਿਆਨ ਦਿੰਦੇ ਹਨ ਵਾਚਕ ਦਾ ਅਰਥ ਹੈ ਗੱਲਬਾਤ ਤੁਸੀਂ ਗੱਲਬਾਤ ਦੁਆਰਾ ਅਸਲ ਗਿਆਨ ਨਹੀਂ ਦੇ ਸਕਦੇਦਰ ਅਸਲ ਇੱਕ ਮਹਾਤਮਾ ਭੀਖਾ ਜੀ ਹੋਏ ਹਨ ਇੱਕ ਹੋਰ ਸਾਧੂ ਉਹ ਕਹਿੰਦੇ ਹਨ ਭੀਖਾ ਬਾਦ ਅਗਮ ਕੀ ਕਹਿਣ ਮੇ ਨਾਹੀ ਜੋ ਕਹੇ ਉਹ ਜਾਣੇ ਨਾਹੀ ਜੋ ਜਾਣੇ ਉਹ ਕਹੇ ਨਾਹੀ ਉਹ ਕਹਿੰਦੇ ਹਨ ਜਿਸ ਕੋਲ ਅਸਲ ਗਿਆਨ ਹੈ ਉਹ ਇਸ ਬਾਰੇ ਬੋਲ ਨਹੀਂ ਸਕਦਾ ਇਹ ਕਿਹਾ ਨਹੀਂ ਜਾ ਸਕਦਾ ਜੇ ਉਹ ਬੋਲਦਾ ਹੈ ਇਸ ਦਾ ਅਰਥ ਹੈ ਉਹ ਜਾਣਦਾ ਨਹੀਂ ਅਤੇ ਜੇ ਉਹ ਜਾਣਦਾ ਹੈ ਉਹ ਬੋਲ ਨਹੀਂ ਸਕਦਾ ਇਸ ਲਈ ਵਾਚਕ ਗਿਆਨ ਜਾਂ ਬੋਲਿਆ ਗਿਆਨ ਕਦੇ ਵੀ ਅਸਲ ਨਹੀਂ ਹੁੰਦਾ ਬੋਲਿਆ ਹੋਇਆ ਗਿਆਨ ਕੇਵਲ ਅਸਲ ਗਿਆਨ ਦੀ ਸਹਾਇਤਾ ਕਰਨ ਲਈ ਹੈ ਜਰੂਰ ਇਹ ਅਸਲ ਗਿਆਨ ਬੋਲਣ ਤੋਂ ਇਲਾਵਾ ਕਿਸੇ ਹੋਰ ਢੰਗ ਨਾਲ ਆਉਂਦਾ ਹੈ ਇਹ ਪਰਮ ਸੰਤ ਸਤਗੁਰੂ ਕਿਵੇਂ ਕਾਰਜ ਕਰਦੇ ਹਨ ਉਹ ਬੋਲੀ ਜਾਂਦੀ ਭਾਸ਼ਾ ਨਾਲ ਸ਼ੁਰੂ ਕਰਦੇ ਹਨ ਉਹ ਬੋਲੀਆਂ ਜਾਣ ਵਾਲੀਆਂ ਪਛਾਵਾਂ ਦੁਆਰਾ ਸਾਡੀ ਜਿਗਿਆਸਾ ਨੂੰ ਛੁੰਦੇ ਹਨ ਅਤੇ ਅਸੀਂ ਇਸ ਨੂੰ ਸਮਝਣਾ ਸ਼ੁਰੂ ਕਰਦੇ ਹਾਂ ਉਹ ਸਾਡੇ ਵਿੱਚ ਮੌਜੂਦ ਬੋਧਿਕ ਰੁਕਾਵਟ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ ਮਨ ਜੋ ਰੁਕਾਵਟ ਪੈਦਾ ਕਰਦਾ ਹੈ ਇਹ ਆਪਣੀਆਂ ਸ਼ੰਕਾਵਾਂ ਨੂੰ ਦੂਰ ਕਰਨਾ ਚਾਹੁੰਦਾ ਹੈ ਇਹ ਬਚਨ ਮਨ ਨਹੀਂ ਹੁੰਦੇ ਹਨ ਆਤਮਾ ਲਈ ਨਹੀਂ ਆਤਮਾ ਉਹਨਾਂ ਦੇ ਪਿਆਰ ਦੁਆਰਾ ਪ੍ਰਭਾਵਿਤ ਹੁੰਦੀ ਹੈ ਪਿਆਰ ਮਨ ਦੇ ਪਰੇ ਤੋਂ ਆਉਂਦਾ ਹੈ ਇੱਥੋਂ ਤੱਕ ਕਿ ਸ਼ੁਰੂ ਤੋਂ ਹੀ ਅਸੀਂ ਬੋਲਨ ਨਾਲੋਂ ਜ਼ਿਆਦਾ ਇੱਕ ਕਾਮਨ ਮੁਰਸ਼ਿਦ ਦੇ ਪਿਆਰ ਨਾਲ ਪ੍ਰਭਾਵਿਤ ਹੁੰਦੇ ਹਨ ਮਨ ਬਚਨ ਨਾਲ ਪ੍ਰਭਾਵਿਤ ਹੁੰਦਾ ਹੈ ਆਤਮਾ ਪਿਆਰ ਦੁਆਰਾ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਪਿਆਰ ਆਪਣੀ ਸ਼ੁੱਧਤਾ ਨਾਲ ਆਪਣੀ ਪਵਿੱਤਰਤਾ ਨਾਲ ਸਾਨੂੰ ਉੱਚਾ ਚੁੱਕਦਾ ਰਹਿੰਦਾ ਹੈ ਜਦੋਂ ਕਿ ਬਚਨ ਮਨ ਨੂੰ ਯਕੀਨ ਦਿਵਾਉਂਦੇ ਰਹਿੰਦੇ ਹਨ ਮਨ ਨੂੰ ਕਹਿੰਦੇ ਹਨ ਇੱਕ ਪਾਸੇ ਰਹੋ ਇੱਕ ਪਾਸੇ ਰਹੋ ਸੰਤੁਸ਼ਟ ਹੋਵੋ ਸੰਤੋਸ਼ਟ ਹੁੰਦੇ ਰਹੋ ਜਿਗਿਆਸੂ ਦੇ ਪ੍ਰਸ਼ਨ ਦੇ ਜੋ ਉੱਤਰ ਦਿੱਤੇ ਜਾਂਦੇ ਹਨ ਉਹ ਉਸ ਦੇ ਮਨ ਲਈ ਹੁੰਦੇ ਹਨ ਉਹ ਇਸ ਲਈ ਕਿ ਉਸ ਦਾ ਮਨ ਹਰ ਸਮੇਂ ਰਸਤੇ ਵਿੱਚ ਨਾ ਆਵੇ ਕਿਉਂਕਿ ਜਦੋਂ ਤੱਕ ਸਾਨੂੰ ਸ਼ੱਕ ਰਹਿੰਦਾ ਹੈ ਮਨ ਸਾਨੂੰ ਤੀਜੀ ਅੱਖ ਦੇ ਕੇਂਦਰ ਵਿੱਚ ਵੀ ਆਪਣਾ ਧਿਆਨ ਕੇਂਦਰਿਤ ਨਹੀਂ ਕਰਨ ਦੇਵੇਗਾ ਉਹ ਤੁਹਾਨੂੰ ਕੇਂਦਰ ਆ ਦੇਵੇਗਾ ਵਿਚਾਰ ਸਾਨੂੰ ਕਿਸੇ ਵੀ ਚੀਜ਼ ਨਾਲੋਂ ਤੇਜੀ ਨਾਲ ਖਲਾਸ ਸਕਦੇ ਹਨ ਇਥੋਂ ਤੱਕ ਕਿ ਅਭਿਆਸ ਵਿੱਚ ਵੀ ਤੁਸੀਂ ਅਭਿਆਸ ਕਰਦੇ ਹੋ ਤਾਂ ਬਹੁਤ ਵਿਚਾਰ ਆਉਂਦੇ ਹਨ ਜੇ ਕੋਈ ਬਹੁਤ ਘੱਟ ਸੋਚਦਾ ਹੈ ਉਹ ਵੀ ਅਭਿਆਸ ਦੇ ਦੌਰਾਨ ਵਧੇਰੇ ਸੋਚੇਗਾ ਤੁਹਾਡੇ ਵਿਚਾਰ ਤੁਹਾਨੂੰ ਹਰ ਜਗ੍ਹਾ ਲੈ ਜਾਣਗੇ ਭੁਲੀਆਂ ਗੱਲਾਂ ਯਾਦ ਆਉਣਗੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਤੁਸੀਂ ਯਾਦ ਨਹੀਂ ਰੱਖਣਾ ਚਾਹੁੰਦੇ ਅਭਿਆਸ ਵੇਲੇ ਉਹ ਯਾਦ ਆਉਣਗੀਆਂ ਕਿਉਂਕਿ ਮਨ ਤੁਹਾਨੂੰ ਪੜਕਾਉਣਾ ਚਾਹੁੰਦਾ ਹੈ ਇਹ ਇੱਕ ਰੁਕਾਵਟ ਬਣ ਜਾਂਦੀ ਹੈ ਇਸ ਦਾ ਰੁਕਾਵਟ ਬਣਨ ਦਾ ਕਾਰਨ ਇਹ ਹੈ ਕਿ ਮਨ ਕੋਸ਼ਿਸ਼ ਕਰਦਾ ਹੈ ਹੋਰ ਸਾਰੇ ਜੀਵਾਂ ਵਾਂਗ ਆਪਣੇ ਆਪ ਨੂੰ ਬਚਾਉਣ ਦੀ ਸਥਿਤੀ ਵਿੱਚ ਰਹਿਣ ਦੀ ਕੋਸ਼ਿਸ਼ ਇਹ ਬਚਣਾ ਚਾਹੁੰਦਾ ਹੈ ਤੁਸੀਂ ਅਸਲ ਵਿੱਚ ਇਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ ਇਸ ਦੇ ਉੱਪਰ ਜਾ ਕੇ ਤੁਸੀਂ ਇਸ ਨੂੰ ਦਿਖਾਉਣ ਜਾ ਰਹੇ ਹੋ ਕਿ ਇਹ ਮਨ ਮੌਜੂਦ ਹੀ ਨਹੀਂ ਹੈ ਇਹ ਮਨ ਤੂੰ ਮੇਰੇ ਕਰਕੇ ਹੈ ਅਤੇ ਇਸ ਲਈ ਮਨ ਆਪਣੇ ਹੋਂਦ ਨੂੰ ਕਾਇਮ ਰੱਖਣ ਲਈ ਜ਼ੋਰ ਦਿੰਦਾ ਹੈ ਸੋਚ ਦੁਆਰਾ ਜ਼ੋਰ ਦਿੰਦਾ ਹੈ ਅਤੇ ਉਹ ਸੋਚਾ ਸਾਨੂੰ ਏਠਾ ਪਕੜ ਕੇ ਰੱਖਦੀਆਂ ਹਨ ਇਸ ਲਈ ਜਦੋਂ ਇੱਕ ਵਾਰ ਮਨ ਸੰਤੁਸ਼ਟ ਹੋ ਜਾਂਦਾ ਹੈ ਕਿ ਤੁਸੀਂ ਉਸ ਨੂੰ ਮਾਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਅਤੇ ਤੁਸੀਂ ਇਸ ਦੀ ਸਹੀ ਵਰਤੋਂ ਕਰ ਰਹੇ ਹੋ ਫਿਰ ਮਨ ਇੱਕ ਦੋਸਤ ਬਣ ਜਾਂਦਾ ਹੈ ਮਨ ਜੋ ਸਾਡਾ ਸਭ ਤੋਂ ਵੱਡਾ ਦੁਸ਼ਮਣ ਹੁੰਦਾ ਹੈ ਅਤੇ ਜਦੋਂ ਇਹ ਮੁੜਦਾ ਹੈ ਤਾਂ ਸਾਡਾ ਸਭ ਤੋਂ ਵੱਡਾ ਮਿੱਤਰ ਬਣ ਜਾਂਦਾ ਹੈ ਕਾਰਨ ਹੈ ਕਿ ਮਨ ਆਨੰਦਮਈ ਰਸਾਂ ਦਾ ਸ਼ੁਕੀਨ ਹੁੰਦਾ ਹੈ ਸਾਨੂੰ ਇਸ ਬਾਰੇ ਇਹ ਇੱਕ ਚੀਜ਼ ਪਤਾ ਹੈ ਮਨ ਹਰ ਤਰ੍ਹਾਂ ਦੇ ਸੁੱਖ ਅਤੇ ਆਨੰਦ ਚਾਹੁੰਦਾ ਹੈ ਸਰੀਰਿਕ ਆਨੰਦ ਮਾਨਸਿਕ ਆਨੰਦ ਭਾਵਨਾਤਮਕ ਆਨੰਦ ਇਹ ਹਰ ਸਮੇਂ ਆਨੰਦਾਂ ਦੀ ਭਾਲ ਵਿੱਚ ਹੁੰਦਾ ਹੈ ਇਹ ਨਾ ਸਿਰਫ ਇੱਕ ਕਿਸਮ ਦਾ ਆਨੰਦ ਬਲਕਿ ਕਈ ਕਿਸਮ ਦੇ ਆਨੰਦਾ ਦੀ ਮੰਗ ਕਰਦਾ ਹੈ ਜੇ ਤੁਸੀਂ ਬਾਰ ਬਾਰ ਉਹੀ ਆਨੰਦ ਦਿੰਦੇ ਹੋ ਇਹ ਉਸ ਤੋਂ ਅੱਕ ਜਾਵੇਗਾ ਮੈਨੂੰ ਕੁਝ ਹੋਰ ਚਾਹੀਦਾ ਹੈ ਤੁਸੀਂ ਮਨ ਨੂੰ ਸਭ ਤੋਂ ਸਵਾਦੀ ਭੋਜਨ ਦਿੰਦੇ ਹੋ ਅਤੇ ਇਹ ਕਹਿੰਦਾ ਹੈ ਬੜਾ ਸਵਾਦ ਹੈ ਜੇ ਉਹੀ ਭੋਜਨ ਬਾਰ ਬਾਰ ਦਿੰਦੇ ਰਹੋ ਤਾਂ ਇਹ ਉਸ ਤੋਂ ਥੱਕ ਜਾਵੇਗਾ ਕੁਝ ਹੋਰ ਮੰਗੇਗਾ ਮਨ ਕਈ ਤਰ੍ਹਾਂ ਦੇ ਅਨੁਪਮ ਚਾਹੁੰਦਾ ਹੈ ਜਦੋਂ ਆਪਣੇ ਅਭਿਆਸ ਦੁਆਰਾ ਅਤੇ ਮਨ ਨੂੰ ਇਸ ਦੀ ਸੋਚ ਤੋਂ ਦੂਰ ਰੱਖਦੇ ਹੋਏ ਤੁਸੀਂ ਇੱਕ ਅਭਿਆਸ ਦੀ ਅਜਿਹੀ ਸਥਿਤੀ ਤੇ ਪਹੁੰਚ ਸਕਦੇ ਹੋ ਜਿੱਥੇ ਮਨ ਇੱਕ ਚੰਗਾ ਸਵਾਦ ਲੈ ਸਕਦਾ ਹੈ ਤਾਂ ਮਨ ਇੱਕ ਦੋਸਤ ਬਣ ਜਾਂਦਾ ਹੈ ਫਿਰ ਇਹ ਤੁਹਾਡੇ ਨਾਲ ਚੱਲਦਾ ਹੈ ਫਿਰ ਇਹ ਤੁਹਾਡੀ ਅਭਿਆਸ ਵਿੱਚ ਮਦਦ ਕਰਦਾ ਹੈ ਫਿਰ ਉਹੀ ਮਨ ਜਦੋਂ ਇਸ ਨੂੰ ਸਵਾਦ ਅਤੇ ਆਨੰਦ ਦੇ ਅੰਦਰੂਨੀ ਅਨੁਭਵ ਹੁੰਦੇ ਹਨ ਤਦ ਇਹ ਤੁਹਾਡਾ ਮਿੱਤਰ ਬਣ ਜਾਂਦਾ ਹੈ ਅਤੇ ਖੁਦ ਅੰਦਰ ਜਾਣਾ ਚਾਹੁੰਦਾ ਹੈ ਉਸ ਪੜਾ ਤੇ ਅਭਿਆਸ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ ਅਤੇ ਇਹ ਸਾਡੇ ਸਾਰਿਆਂ ਨਾਲ ਇੱਕ ਖਾਸ ਸਮੇਂ ਵਾਪਰਦਾ ਹੈ ਕਿ ਮਨ ਅੰਦਰ ਜੋ ਦੇਖ ਅਤੇ ਅਨੁਭਵ ਕਰ ਰਿਹਾ ਹੁੰਦਾ ਹੈ ਇਹ ਇਸ ਦਾ ਆਨੰਦ ਲੈਣਾ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਸੂਖਮ ਮੰਡਲ ਤੇ ਗਿਆਨ ਇੰਦਰੀਆਂ ਦੇ ਅਨੁਭਵ ਸਥੂਲ ਮੰਡਲ ਨਾਲੋਂ ਕਿਤੇ ਵਧੇਰੇ ਤੀਬਰ ਹੁੰਦੇ ਹਨ ਅਤੇ ਉਹ ਉੱਥੇ ਮਨ ਨੂੰ ਵਿਅਸਤ ਰੱਖ ਸਕਦੇ ਹਨ ਅਤੇ ਇਸ ਨਾਲ ਮਨ ਸਿਰਫ ਇਸ ਸਤੂਲ ਸੰਸਾਰ ਦੀਆਂ ਚੀਜ਼ਾਂ ਨਾਲ ਹੀ ਨਹੀਂ ਜੁੜਿਆ ਰਹਿੰਦਾ ਮੈਂ ਹੁਣ ਤੱਕ ਤੁਹਾਡੇ ਨਾਲ ਕਾਫੀ ਗੱਲਬਾਤ ਕਰ ਲਈ ਹੈ ਅਤੇ ਹੁਣ ਅਸੀਂ ਇੱਕ ਬ੍ਰੇਕ ਲਵਾਂਗੇ ਮੈਨੂੰ ਲੱਗਦਾ ਹੈ ਕਿ ਦੁਪਹਿਰ ਦੇ ਹਲਕੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਹੈ ਅਸੀਂ ਫਿਰ ਦੁਪਹਿਰ ਬਾਅਦ ਲਗਭਗ 3 ਵਜੇ ਦੁਬਾਰਾ ਮੁਲਾਕਾਤ ਕਰਾਂਗੇ ਠੀਕ ਹੈ ਤੁਹਾਡਾ ਬਹੁਤ ਧੰਨਵਾਦ